ਇਹ ਲਾਈਵ ਸਾਡਾ ਪ੍ਰੋਗਰਾਮ ਦੇਖ ਰਹੇ ਹੈਗੇ ਜਸ ਪੰਜਾਬੀ 'ਤੇ, ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਹੁਣ ਦਿਖਾ ਰਿਹਾ ਹੈਗਾ ਪਰੇਡ ਸ਼ੁਰੂ ਹੋਣ ਤੋਂ ਪਹਿਲਾਂ, ਕਿ ਅਸੀਂ ਵਰਕਸ਼ਾਪ ਦੇ ਵਿੱਚ ਹੈਗੇ ਹਾਂ ਜਿਹੜੀ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਬੈਕ ਸਾਈਡ 'ਤੇ ਹੈਗੀ ਆ, ਜਿੱਥੇ ਫਲੋਟ ਤਿਆਰ ਹੁੰਦਾ ਹੈਗਾ ਔਰ ਆਪਣੇ ਪੰਜਾਬੀ ਸਿੱਖ ਪਰਿਵਾਰਾਂ ਤੋਂ ਬੱਚੇ ਆਉਂਦੇ ਨੇ ਔਰ ਇਸ ਫਲੋਟ ਨੂੰ ਖੁਦ ਤਿਆਰ ਕਰਦੇ ਨੇ। ਉਹਨਾਂ ਦੇ ਅੰਦਰ ਇੱਕ ਉਤਸ਼ਾਹ ਹੈ, ਰੰਗਦਾਰ ਫੁੱਲਾਂ ਦੇ ਨਾਲ ਇਸ ਫਲੋਟ ਨੂੰ ਸਜਾਉਣ ਲੱਗੇ ਹੈਗੇ ਆ। ਜਿੱਥੇ ਫੁੱਲਾਂ ਦੀ ਗੱਲ ਆਉਂਦੀ ਹੈਗੀ ਆ, ਉੱਥੇ ਸਾਨੂੰ ਯਾਦ ਆਉਂਦਾ ਹੈਗਾ ਕਿ ਜਿਹੜੀ ਰੋਜ਼ ਡੇ ਪਰੇਡ ਐਲਏ ਦੇ ਵਿੱਚ ਹੁੰਦੀ ਹੈਗੀ ਆ ਔਰ ਅੱਜ ਵੀ ਇੱਕ ਉਹੀ ਮਾਹੌਲ ਸਾਨੂੰ ਨਜ਼ਰ ਆ ਰਿਹਾ ਹੈਗਾ। ਉੱਥੇ ਜਾ ਕੇ ਵੀ ਅਸੀਂ ਵਰਕਸ਼ਾਪ 'ਚ ਦੇਖਦੇ ਹੈਗੇ ਕਿਸ ਤਰੀਕੇ ਨਾਲ ਫਲੋਟ ਤਿਆਰ ਕੀਤੇ ਜਾਂਦੇ ਹੈਗੇ ਆ, ਅਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਕਿੱਦਾਂ ਬੱਚੇ ਲੱਗੇ ਹੋਏ ਨੇ ਇਸ ਫਲੋਟ ਨੂੰ ਤਿਆਰ ਕਰਨ ਦੇ ਉੱਤੇ ਉਹਨਾਂ ਦੇ ਨਾਲ ਹੋਰ ਵੀ। ਔਰ ਬੜਾ ਚੰਗਾ ਲੱਗਦਾ ਹੈ ਕਿ ਜਦੋਂ ਯੰਗਸਟਰ ਜਿਹੜੇ ਸਾਡੇ ਹੈਗੇ ਆ, ਸਾਡੀ ਇਹ ਪਨੀਰੀ ਜਿਹੜੀ ਆ ਉਹ ਇਸ ਪਾਸੇ ਨੂੰ ਲੱਗੀ ਹੈਗੀ ਆ ਔਰ ਇੱਕ ਸ਼ਰਧਾ ਦੇ ਨਾਲ ਇਸ ਕੰਮ ਨੂੰ ਦਿਲੋਂ ਕਰ ਰਹੇ ਨੇ। ਅਤੇ ਆਓ ਵਿਖਾਉਂਦੇ ਹਾਂ ਤੁਹਾਨੂੰ ਕਿਸ ਤਰੀਕੇ ਨਾਲ ਹੋ ਰਹੀ ਹੈ ਤਿਆਰੀ ਫਲੋਟ ਦੀ। ਅੱਖਾਂ ਨੂੰ ਕਿੰਨਾ ਖੂਬਸੂਰਤ ਇਹ ਨਜ਼ਾਰਾ ਲੱਗ ਰਿਹਾ ਹੈਗਾ। ਇਹ ਰੰਗਦਾਰ ਫੁੱਲ ਤੁਸੀਂ ਵੇਖ ਰਹੇ ਹੋ ਕਿ ਜਿਹੜੇ ਇਹ ਟੋਟਲ ਤੁਸੀਂ ਇਹ ਫੁੱਲ ਦੇਖ ਰਹੇ ਹੈਗੇ ਆ, ਇਹ ਫਲੋਟ ਦੇ ਉੱਤੇ ਸਜਾਏ ਜਾਣਗੇ ਔਰ ਬੱਚੇ ਇਕੱਲੇ ਇਕੱਲੇ ਫੁੱਲ ਨੂੰ ਧਾਗੇ ਦੇ ਵਿੱਚ ਪਰੋ ਕੇ ਤਿਆਰ ਕਰ ਰਹੇ ਨੇ ਔਰ ਤੁਹਾਨੂੰ ਵਿਖਾਵਾਂਗੇ ਕਿ ਇਹ ਕਿੰਨਾ ਖੂਬਸੂਰਤ ਸਜ ਰਿਹਾ ਹੈ ਚੂਬਾ ਸਿਟੀ ਨਗਰ ਕੀਰਤਨ ਦਾ ਇਹ ਫਲੋਟ। ਇੰਝ ਲੱਗਦਾ ਕਿ ਅਸੀਂ ਫੁੱਲਾਂ ਦੇ ਕਿਸੇ ਖੂਬਸੂਰਤ ਪਾਰਕ ਦੇ ਵਿੱਚ ਆ ਗਏ ਹੈਗੇ ਹਾਂ। ਉਹ ਦੂਰ, ਜ਼ਿਆਦਾ ਦੂਰ ਨਹੀਂ, ਸਾਰੀ ਵਰਕਸ਼ਾਪ ਹੈਗੀ ਆ। ਤੁਸੀਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਬੱਚੇ ਇੱਕ ਇੱਕ ਫੁੱਲ ਨੂੰ ਪਲਾਸਟਿਕ ਦੀ ਧਾਗੇ 'ਚ ਜਾਂ ਕਹਿ ਸਕਦੇ ਹਾਂ ਡੋਰ ਦੇ ਅੰਦਰ ਪਰੋ ਰਹੇ ਨੇ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਦੇਖ ਰਿਹਾ ਕਿ ਅਸੀਂ ਦੇਖੇ ਸੀ ਕਿ ਉਹ ਕਿੰਨੇ ਫਲਾਵਰ ਉਹਦੇ ਸਜਾਏ ਹੈਗੇ ਆ ਔਰ ਤੁਸੀਂ ਬੜੇ ਪਿਆਰ ਦੇ ਨਾਲ ਸਾਰੇ ਲੱਗੇ ਹੈਗੇ ਆ। ਕਿੰਨੇ ਦਿਨ ਤੋਂ ਤੁਸੀਂ ਇਹ ਜਿਹੜਾ ਫਲੋਰ ਦੀ ਤਿਆਰੀ ਹਾਲ ਡੇਜ਼ ਯੂ ਆਰ ਰਹੀ ਹੈ? ਤਕਰੀਬਨ 2 ਹਫ਼ਤੇ ਹੋ ਗਏ ਆ। ਪਹਿਲਾਂ ਡਿਜ਼ਾਇਨਿੰਗ ਦੱਸ ਰਿਹਾ ਕਿ ਕਿੱਦਾਂ ਕਿਹੜਾ ਰੰਗ ਕਰਨਾ ਆ ਅਤੇ ਕਿਹੜੇ ਮਹਾਰਾਜ ਦੇ ਰੁਮਾਲੇ ਨਾਲ ਮੈਚ ਕਰਨਾ ਆ ਅਤੇ ਹੁਣ ਆਹ ਵਾਲੇ ਹਫ਼ਤੇ ਅਸੀਂ ਬਸ ਤਿਆਰੀ ਕਰਨ ਲੱਗੇ ਮਹਾਰਾਜ ਲਈ। ਆਈ ਹੈਵ ਵਨ ਕੁਐਸਚਨ ਇਨ ਮਾਈ ਮਾਈਂਡ, ਰਾਈਟ, ਕਿ ਇੱਕ ਤਾਂ ਵੀ ਕਈ ਵਾਰੀ ਹੁੰਦਾ ਕਿ ਪੇਰੈਂਟਸ ਕਹਿੰਦੇ ਆ ਕਿ ਚਲੋ ਬਈ ਜਾ ਕੇ ਤੁਸੀਂ ਫਲੋਟ ਬਣਦਾ ਉਹਦੀ ਸੇਵਾ ਕਰੋ, ਹੈ ਨਾ। ਕਈ ਵਾਰੀ ਆਪਣੇ ਮਨ ਦੇ ਵਿੱਚ ਹੁੰਦਾ ਹੈਗਾ ਆ, ਇਹਨਾਂ ਦੋਨਾਂ ਵਿੱਚੋਂ ਕਿਹੜੀ ਚੀਜ਼ ਤੁਸੀਂ ਪ੍ਰੈਫਰ ਕਰਦੇ? ਤੁਹਾਡੇ ਆਪਣੇ ਦਿਲ ਦੇ ਵਿੱਚ ਆਉਂਦਾ ਕਿ ਅਸੀਂ ਫਲੋਟ ਨੂੰ ਤਿਆਰ ਕਰਨਾ ਜਾ ਕੇ ਮੰਮੀ ਪਾਪਾ ਨੇ ਕਿਹਾ ਕਿ ਜਾ ਕੇ ਫਲੋਟ ਦੀ ਸੇਵਾ? ਨਹੀਂ, ਆਪਣੇ ਮਨ 'ਚ ਹੋਣਾ ਚਾਹੀਦਾ ਆ, ਕਿਉਂਕਿ ਸਾਡੇ ਮਹਾਰਾਜ ਨੇ ਇੱਥੇ ਬੈਠਣਾ ਆ, ਅਸੀਂ ਮਹਾਰਾਜ ਲਈ ਤਿਆਰ ਕਰਦੇ ਹਾਂ ਅਤੇ ਮਨ ਖੁਸ਼ੀ ਮਿਲਦੀ ਹੈ ਕਿ ਅਸੀਂ ਸਾਡੇ ਮਹਾਰਾਜ ਲਈ ਆਪਾਂ ਸਾਰਾ ਤਿਆਰ ਕਰ ਰਹੇ ਹਾਂ। ਓਕੇ, ਹਾਂਜੀ, ਚਾਹ ਉਹਨਾਂ ਲਈ ਅਸੀਂ ਬਸ ਇੰਨੀ ਸੇਵਾ ਕਰਕੇ ਅਸੀਂ ਬਸ ਇਹੀ ਅਰਦਾਸ ਕਰਦੇ ਕਿ ਉਹ ਸਾਨੂੰ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖਣੇ, ਚਰਨਾਂ ਕਮਲਾਂ ਦਾ ਪਿਆਰ ਬਖਸ਼ਣ। ਮਹਾਰਾਜ ਬਿਲਕੁਲ ਤੁਹਾਡੇ ਡ੍ਰੀਮਸ ਨੂੰ ਕੰਪਲੀਟ ਕਰੇਗਾ ਆਉਣ ਵਾਲੇ ਫਿਊਚਰ, ਤੁਹਾਡੀ ਲਾਈਫ ਨੂੰ, ਕਿਉਂਕਿ ਤੁਸੀਂ ਬੜੇ ਮਨ ਦੇ ਨਾਲ ਸਾਰੇ ਜਣੇ ਆ ਇੱਥੇ ਰਲ ਕੇ ਅੱਜ ਲੱਗੇ ਹੋਏ ਹੈਗੇ ਫਲੋਟ ਨੂੰ ਸਜਾਉਣ ਦੇ ਲਈ, ਤਾਂ ਆਪਾਂ ਹੋਰ ਵੀ ਫਲੋਟ ਨੂੰ ਦੇਖਦੇ ਹੈਗੇ ਹਾਂ ਜਦੋਂ ਤਿਆਰ ਹੋ ਜਾਊਗਾ। ਥੈਂਕ ਯੂ। ਖਾਲਸਾ ਵਾਹਿਗੁਰੂ ਜੀ ਫਤਿਹ। ਅਸੀਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਨਾਲ ਬੱਚੇ ਟੇਪ ਨੂੰ ਕੱਟ ਕੇ, ਕਿਉਂਕਿ ਫਲਾਵਰਸ ਨੂੰ ਸੈਟਅਪ ਕਰਨ ਦੇ ਲਈ ਬਿਲਕੁਲ ਬੜੇ ਪਿਆਰ ਦੇ ਨਾਲ ਨਾਜੁਕ ਨਾਜੁਕ ਹੱਥਾਂ ਦੇ ਨਾਲ ਪਿਆਰੇ ਪਿਆਰੇ ਫੁੱਲਾਂ ਨੂੰ ਤਿਆਰ ਕਰ ਰਹੇ ਨੇ। ਉਸ ਤੋਂ ਬਾਅਦ ਇਹਨਾਂ ਦੇ ਹਾਰ ਬਣਾਏ ਜਾਣਗੇ, ਜਾਂ ਜਿਸ ਤਰੀਕੇ ਨਾਲ ਵੀ ਬੱਚਿਆਂ ਦਾ ਕਨਸੈਪਟ ਹੈਗਾ ਕਿ ਇਸ ਫਲੋਟ ਨੂੰ ਕਿਸ ਖੂਬਸੂਰਤੀ ਦੇ ਨਾਲ ਉਹਨਾਂ ਨੇ ਇਹਨਾਂ ਫੁੱਲਾਂ ਦੇ ਨਾਲ ਸਜਾਉਣਾ ਹੈ, ਕਿਉਂਕਿ ਗੁਰੂ ਮਹਾਰਾਜ ਆਪਣੇ ਆਪ ਹੀ ਉਹਨਾਂ ਦੇ ਦਿਲੋਂ ਦਿਮਾਗ ਦੇ ਵਿੱਚ ਆ ਕੇ ਆਪਣੇ ਇਸ ਕਾਰਜ ਨੂੰ ਪੂਰਾ ਕਰਵਾਉਂਦੇ ਨੇ। ਬਹੁਤ ਹੀ ਖੂਬਸੂਰਤ ਹਰਿਮੰਦਰ ਸਾਹਿਬ ਦਾ ਇਹ ਫਲੋਟ ਬਣਿਆ ਹੈਗਾ ਔਰ ਮੈਂ ਦੇਖ ਰਿਹਾ ਕਿ ਇੱਧਰ ਸਾਰੇ ਸਿੰਘ ਬੜੀ ਤਿਆਰੀ ਕਰ ਰਹੇ ਹੈਗੇ ਆ। ਉਹਨਾਂ ਨਾਲ ਗੱਲ ਕਰਦੇ ਕਿ ਕਿਸ ਤਰੀਕੇ ਨਾਲ ਫਲੋਟ ਦੀ ਤਿਆਰੀ ਹੋ ਰਹੀ ਹੈਗੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਡਾਕਟਰ ਸਾਹਿਬ, ਅੱਜ ਸੈਕਰਾਮੈਂਟ ਤੋਂ ਬਾਅਦ ਤੁਹਾਨੂੰ ਫਿਰ ਯੂਬਾ ਸਿਟੀ ਦੇ ਵਿੱਚ ਮਿਲਣ ਦਾ ਮੌਕਾ ਮਿਲਿਆ ਹੈਗਾ ਔਰ ਮੈਂ ਦੇਖ ਰਿਹਾ ਕਿ ਉਹ ਬੱਚਿਆਂ ਦੇ ਚਿਹਰੇ 'ਤੇ ਜੋ ਨੂਰ ਨਜ਼ਰ ਆ ਰਿਹਾ ਹੈਗਾ ਆ, ਉਹ ਇੱਕ ਇੱਕ ਫੁੱਲ ਨੂੰ ਨਾ ਬੜਾ ਛਾਂਟ ਛਾਂਟ ਕੇ ਤਿਆਰ ਕਰ ਰਹੇ ਹੈਗੇ ਆ ਔਰ ਇਹਨਾਂ ਚੀਜ਼ਾਂ ਦੇ ਪਿੱਛੇ ਤੁਹਾਡੇ ਵਰਗੇ ਜਿਹੜੇ ਬੁੱਧੀਜੀਵੀ ਹੈਗੇ ਆ ਉਹਨਾਂ ਦਾ ਹੀ ਹੱਥ ਹੁੰਦਾ ਆ, ਉਹਨਾਂ ਪੇਰੈਂਟਸ ਦਾ ਹੱਥ ਹੁੰਦਾ ਹੈਗਾ ਕਿ ਬੱਚੇ ਇਸ ਪਾਸੇ ਨੂੰ ਲੱਗਦੇ ਹੈਗੇ ਆ। ਕਿਸ ਤਰੀਕੇ ਨਾਲ ਤਿਆਰੀ ਹੋ ਰਹੀ ਆ ਜੀ ਇਸ ਫਲੋਟ ਦੀ? ਸਭ ਤੋਂ ਪਹਿਲਾਂ ਮੈਂ ਦੇਸ਼ ਵਿਦੇਸ਼ਾਂ ਦੇ ਵਿੱਚ ਜਸ ਪੰਜਾਬੀ ਦੇ ਜ਼ਰੀਏ ਜੋ ਵੀ ਜਣੇ ਨੂੰ ਦੇਖ ਰਹੇ ਨੇ, ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਦੀ ਲੱਖ ਲੱਖ ਵਧਾਈ ਦਿੰਦਾ ਗੁਰਪੁਰਬ ਦੀ। ਇਹ
जो मन विच भावना है भी असी गुरु साहब जी का फलोट तैयार करना है, ये ये पिछे एक ओ मन विच एक खिच है भई जो गुरु नानक देव जी वेले तो गुरु गोबिंद सिंह साहब जी तक जिन्हां सिखां ने गुरु साहब जी की सेवा विच आपो अपनी योगदान पाया भई अज सानू एक मौका मिलिया है कि अज गुरु ग्रंथ साहब जी का युवा शरीर नगर कीर्तन निकलना है भई किसे तरीके मतलब असी उस गुरु नानक दी जोत दी असी खुशी लै सकी अपने दिल दी प्रगटावा कर सकी। हाँ 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 इन्हां बच्चियां नूं किसे ने ये नहीं कहा भी तुसी जरूर जाओ, इन्हां ने समा आप आके पुछा दसो जी ऐतकी फ्लोट की सेवा किने करनी, तो मन में यह समंग हूँ तुम ये सोचोगे भई ये बच्चे वेले ने, इन्हां विचों अद्धे बच्चे कोई मैडिकल कॉलेज में पढ़ता पे कोई इंजीनियरिंग करता पे कोई यूनिवर्सिटी में पढ़ते हैं तो आपो अपने हिसाब नाल छुट्टियां लैके तो इस फ्लोट की तैयारी कर आए हैं। सो इस गल की बहुत खुशी है भई ये इन्हां मुल्कां विच रहिंदिआं होइआं भी जिथे आपां सारे पासे इस गल तो निराश भी हाँ भी कौम दे विच किस तरीके दे नाल इस वेले वंडियां भी पईआं होइआं ने ते किते नशे दा ज़्यादा प्रभाव है किते माँ बाप बच्चों दे नाल उन्हां दा मेल वर्ताप नहीं हैगा, बोली तो भी बंदे बच्चे सखणे ने पंजाबी नहीं बोलते तो ये बच्चे जो खास तौर पर जो अपने घरां चों इत्थे आके महाराज की खुशी लैण वास्ते आए ने उच्चे चीहे कर रहे ने भई गुरु साहब जी की सिर्फ इन्हां दे मन विच एक यही प्रार्थना है गुरु प्रति भी सानू तुसी साडा जीवन सफला हो सके साड़ी सेवा मतलब इत्थे लेखे लग सके इस गल की सानू बहुत ज़्यादा तसली। ये बहुत ही शलाघा वाला कदम हैगा इन्हां बच्चों का कि जिथे तुसी दस्सिया कि कोई मैडिकल कॉलेज दे विच जा रहा कोई मैडिकल की स्टडी कर रहा कोई कंप्यूटर साइंस की अपने अपने वख-वख तरीके नाल स्टडी कर रहे हैगे आ और उहदे विचों जिहड़ी इधरले पासे नूं अपनी मनशा नूं अपने दिल नूं लगाना हैगा ये मैं तो समझदा कि जिहड़े पेरेंट्स हैगे उन्हां दा बहुत वड्डा हाथ है और उस तो उन्हां दे उपर जिहड़ा वड्डा हाथ हैगा वाहेगुरु दा हैगा कि वह उन्हां दे दिलों दिमाग दे विच आ के अपने क्योंकि अक्सर कई बार लोग कहिंदे हैगे जी कि वह साडा विरसा साडी पंजाबीयत जां साडी सिक्खी, मेरा ख्याल नहीं हैगा कि इस सिक्खी नूं कोई भी हवा जां कोई भी इहो जिहा तूफान हिला सकदा हैगा। ये थोड़ी गल बिल्कुल सही है, इस गल का प्रगटावा जो असीं इत्थे देख रहे हैं इस वेले इन्हां बच्चों के जरिए इन्हां बच्चों के थ्रू देखो सब तो ज़्यादा जरूरी है भी आपां लिबास पा सकते हैं जी पर जिहड़ी भावना है ना उदों बिना सिखी की कोई मतलब पालना नहीं कर सकता अपने जीवन में, तो सब तो वड्डी गल आपां कहिंदे आ भई जिहड़े बच मर्द है जिहड़े उह असीं अपने आप नूं बड़ा ती समरखां समझदे हां ते वड्डा सिख समझ के दुनिया में पेश करते हैं पर साडी असली जड़ इन्हां बीबियां विच है। बिल्कुल बिल्कुल इन्हां बीबियां दे मनां विच जिन्नी देर तक वह जज्बा ते जज्बात ते गुरु प्रति सत्कार ते श्रद्धा नहीं होगी तो ये बच्चे किदां गुरसिख जमनगी। बिल्कुल ਤੁਹਾਡੇ ਸਹੀ ਹੈ ਕਿ ਮਾਤਾ ਸੁੰਦਰੀ ਨੂੰ ਕੌਣ ਭੁੱਲ ਸਕਦਾ ਹੈ। ਹਾਂ ਬਿਲਕੁਲ ਬਿਲਕੁਲ ਕਹਿੰਦਾ ਮਤਲਬ ਕਿ ਜਿਹੜੇ ਉਹ ਬੂਟੇ ਲੱਗੇ ਹੈਗੇ ਆ ਅੱਜ ਇਹ ਸਿੱਖੀ ਦੇ ਵਿੱਚ ਮੇਰਾ ਖਿਆਲ ਹੈ ਜਿੱਦਾਂ ਬੱਚੇ ਫੁੱਲਾਂ ਦੇ ਨਾਲ ਇਸ ਵੇਲੇ ਸਜਾ ਰਿਹਾ ਇਹ ਵੀ ਜਿਹੜੇ ਬੱਚੇ ਆਲੇ ਦੁਆਲੇ ਮੈਂ ਦੇਖ ਰਿਹਾ ਕਿ ਜੰਕਸ਼ਨ ਖੜੇ ਹੈਗੇ ਮੈਂ ਦੇਖ ਰਿਹਾ ਸੀ ਕਿ ਉੱਪਰ ਉਹ ਲੱਗੇ ਹੋਏ ਆ ਕੋਈ ਡਰਿਲ ਕਰ ਰਿਹਾ ਹੈਗਾ ਅਸੀਂ ਇਹ ਦੋ ਤਿੰਨ ਦਿਨ ਤੋਂ ਨੋਟ ਕਰ ਰਹੇ ਹੈਗੇ ਔਰ ਹੁਣ ਬਿਲਕੁਲ ਤਿਆਰੀ ਹੈਗੀ ਜਿੱਥੇ ਕਿ ਹੁਣ ਅਸੀਂ ਇਹ ਅੱਜ ਜੋ ਰਿਕਾਰਡ ਕਰ ਰਹੇ ਹਾਂ ਆਪਾਂ ਸ਼ਾਮਾਂ ਵੇਲੇ ਕਰ ਰਹੇ ਹਾਂ ਔਰ ਸਵੇਰ ਨੂੰ ਇਹ ਫਲੋਟ ਜਾਣਾ ਮਗਰ ਆਹ ਜਿਹੜੀ ਪ੍ਰੋਗਰਾਮ ਹੈਗਾ ਹੁਣ ਜਦੋਂ ਕਿ ਨਗਰ ਕੀਰਤਨ ਨਿਕਲਣ ਵਾਲਾ ਹੈਗਾ ਉਸ ਤੋਂ ਪਹਿਲਾਂ ਹੀ ਚੱਲਣਾ ਹੈਗਾ ਔਰ ਮੈਂ ਸਿੰਘ ਸਾਹਿਬ ਨੂੰ ਮਿਲਿਆ ਸੀਗਾ ਇੱਧਰ ਤੁਹਾਡੇ ਨਾਲ ਹੀ ਖੜੇ ਹੈਗੇ ਆ ਔਰ ਜਿਹੜਾ ਮੈਂ ਇਹਨਾਂ ਦੇ ਚਿਹਰੇ ਦੇ ਉੱਤੇ ਨੂਰ ਵੇਖਿਆ ਕਹਿੰਦੇ ਕਿ ਮੈਂ 2 ਸਾਲ ਤੋਂ ਸੇਵਾ ਕਰ ਰਿਹਾ ਕਿ ਮੈਨੂੰ ਜਿਹੜੀ ਸੇਵਾ ਮਿਲੀ ਹੈ ਨਾ ਉਹ ਲਫ਼ਜ਼ ਕਰਦੇ ਕਰਦੇ ਮੈਂ ਦੇਖਣਾ ਅੱਖਾਂ 'ਚ ਹੰਝੂ ਆ ਗਏ ਉਹ ਇੱਕ ਪਿਆਰ ਜਿਹੜਾ ਸੀਗਾ ਮੈਂ ਚਾਹਾਂਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਇੱਕ ਦਿਲ ਦੇ ਵਿੱਚ ਜਜ਼ਬਾ ਹੈਗਾ ਇੱਕ ਜਜ਼ਬਾਤ ਹੈਗਾ ਇਸ ਫਲੋਟ ਨੂੰ ਤਿਆਰ ਕਰਨ ਲਈ ਔਰ ਸੰਗਤ ਦੇ ਪ੍ਰਤੀ? ਅਸੀਂ ਤਾਂ ਬਹੁਤ ਇਹੀ ਕਹਿਣਾ ਚਾਹੁੰਦੇ ਬੜੇ ਭਾਗਾਂ ਵਾਲੇ ਹਾਂ ਵੀ ਜਿਹੜੇ ਸਾਨੂੰ ਇਹ ਮੌਕਾ ਮਿਲਿਆ ਫਿਰ ਦੁਬਾਰਾ ਤਾਂ ਇਸ ਕਮੇਟੀ ਦਾ ਵੀ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਫਿਰ ਦਿੱਤਾ ਤਾਂ ਇਸ ਕਰਕੇ ਐਤੀ ਨਵਾਂ ਡਿਜ਼ਾਇਨ ਅਸੀਂ ਜੀ ਸਾਰਿਆਂ ਨੇ ਬੱਚਿਆਂ ਨੇ ਰਲ ਕੇ ਇਹ ਡਿਜ਼ਾਇਨ ਹੀ ਚੇਂਜ ਕਰਤਾ ਕਿਉਂਕਿ ਮੋਰ ਨੈਚੁਰਲ ਕਰਤਾ ਕਿਉਂਕਿ ਜ਼ਿਆਦਾ ਅਸੀਂ ਫਲਾਵਰ ਕਰ ਰਹੇ ਹਾਂ ਇਸ ਵੇਲੇ ਰਾਈਟ ਤਾਂ ਤੁਸੀਂ ਦੇਖ ਲਿਆ ਹਾਂ ਕਿਵੇਂ ਬੱਚੇ ਲੱਗ ਰਹੇ ਨੇ। ਕਹਿੰਦੇ ਕਿ ਜਿਹੜੀ ਕਹਿੰਦੇ ਪ੍ਰਕਿਰਤਿਕ ਚੀਜ਼ ਹੈਗੀ ਆ ਜਿਹੜੇ ਬਾਕੀ ਚੀਜ਼ਾਂ ਤਾਂ ਅਸੀਂ ਖੁਦ ਹੀ ਤਿਆਰ ਕਰ ਲੈਂਦੇ ਹੈਗੇ ਕਿਉਂਕਿ ਅੱਜ ਦਾ ਯੁੱਗ ਇੰਨਾ ਐਡਵਾਂਸ ਹੋ ਗਿਆ ਕੋਈ ਵੀ ਚੀਜ਼ ਬਣਾ ਲਓ ਮਗਰ ਜਿਹੜੀ ਇੱਕ ਨੇਚਰ ਉਸ ਰੱਬ ਗੁਰੂ ਸੱਚੇ ਪਾਤਸ਼ਾਹ ਵੱਲੋਂ ਮਿਲੀ ਜਿਹੜੀ ਸਾਨੂੰ ਚੀਜ਼ ਕੁਦਰਤ ਵੱਲੋਂ ਹੈਗੀ ਉਹਦਾ ਇਸਤੇਮਾਲ ਕਰ ਰਹੇ ਔਰ ਮੈਂ ਇੱਕ ਜਿਹੜੀ ਚੀਜ਼ ਨੋਟ ਕਰ ਰਿਹਾ ਹੈਗਾ ਪਿਛਲੇ ਸਾਲ ਵੀ ਅਸੀਂ ਨੋਟ ਕੀਤਾ ਸੀਗਾ ਕਿ ਕੁਛ ਸਾਲ ਪਹਿਲਾਂ ਜਿਹੜੀ ਰੂਫ ਸੀਗੀ ਉਹ ਡਿਫਰੈਂਟ ਹੁੰਦੀ ਸੀਗੀ ਕੀ ਤੁਸੀਂ ਕੀਤਾ ਕਿਉਂਕਿ ਕਈ ਵਾਰੀ ਬਾਰਿਸ਼ ਦਾ ਹੋ ਜਾਂਦਾ ਹੈਗਾ ਮੈਨੂੰ ਕੁਝ ਲੱਗਦਾ ਕਿ ਬੜਾ ਸਪੈਸ਼ਲ ਇਹਨੂੰ ਸੈਟਅਪ ਕੀਤਾ ਦੋ ਪਿਛਲੇ 3 ਕੁ ਸਾਲ ਦੇ ਜਦੋਂ ਕਾਫੀ ਬਾਰਿਸ਼ ਹੋਈ ਸੀ ਬੜੀ ਲੀਕਿੰਗ ਹੋ ਰਹੀ ਸੀ ਤਾਂ ਉਹਨਾਂ ਨੇ ਸਾਨੂੰ ਇਹ ਦੱਸਿਆ ਵੀ ਸੀ ਵੀ ਕਾਫੀ ਜਿਹੜੇ ਆਪਣੇ ਬੈਠੇ ਸੀ ਕੀਰਤਨ ਸਿੰਘ ਜਿਹੜੇ ਬੈਠੇ ਸੀ ਤਾਂ ਉਹਨਾਂ ਨੂੰ ਬੜੀ ਤੰਗੀ ਆਈ ਸੀ ਇਸ ਕਰਕੇ ਇਹ ਸਾਰਾ ਕੁਛ ਹੀ ਸਿਲੀਕੋਨ ਨਾਲ ਸੀਲ ਕਰਤਾ
अंत उपरों धो के सिलिकॉन असर करता भी हम जो भी कभी फ्यूचर जो कोई भी ऐसी बारिश पेगी तो कभी लीकेज नहीं होगी। सच्चे पातशाह थानू होर कहना मतलब है कि एक पंजाबी का लफज मत बख्शे इस गलते और उन्होंने थोड़े नाल आशीर्वाद हो ताकि ये जिहड़ियां फुलवाड़ियां दिन पर दिन अगे तो अगे निखरदियां रहन और इहदा जो कहिंदे गुरु नानक देव जी का जो प्रकाश जिहड़ा होया सीगा वह इस वेले इन्ना कि ज़्यादा फैल जाए क्योंकि तकरीबन सारे की सोच बन चुकी है कि वह नहीं आह नहीं आह नहीं पर जो आ चीज़ों को असं वेखते हैं तो साडा मन जिहड़ा दगदग कर उठता है कि किस तरीके दे नाल बच्चे लगे हुए आ क्योंकि तकरीबन मैनू बहुत मौका मिलता है जस ब्रॉडकास्टिंग वालों अलग अलग जगह गुरुद्वारा साहब जाने का और खास तौर के उत्ते एले के अंदर परेड निकलती हैगी आ जिते उत्ते सिर्फ फुलां दे नाल ही सजाया जाता है और उत्थे भी मैं यही गल करांगा यही साडे बच्चे जिहड़े हैगे आ उस फ्लोट नूं तैयार करदे और बड़ी खुशी वाली गल आ कि पिछले तीन चार साल तो जिहड़ा साडा सिक्खी का एक फ्लोट भी उस जिहड़ा रोज़ डे परेड आ उहदे विच शामिल किया गया और ये बड़े फखर की गल हैगी आ। सो बहुत वधिया लग्गा तुहाडे नाल मिल के और परमात्मा करे कि तुसीं अगे तो अगे होर खूबसूरत फ्लोट बनाओ तो जस पंजाबी वालों तुहानूं बहुत बहुत मुबारकबाद आ सारिआं नूं और खास तौर दे उत्ते कि जिहड़ा तुसीं इह देखो हर कोई आया कोई लंगर वाले पासे आया मगर जी आप सेवा हैगी है क्योंकि असी कहने नगर कीर्तन की शोभा जी है जिहड़ा गुरु महाराज का जिहड़ा स्थान हैगा आ कि वह जिहड़ा खास तौर पर होंगे कि जो दूरों ही नज़र पवे एक लिशकारा पवे कि वो तुसी बड़ा खूबसूरत सजा रहे हैं। वाहेगुरु जी खालसा वाहेगुरू जी की फतेह। जिहड़ा सीन मैं थोनों विखा रहा है एसी फिक्स किया जा रहा है क्योंकि इस फ्लोट न तुसीं देख रहे हैं कि अगर थोड़ी नज़र जाती हैगी है तो अंदर इस फ्लोट नूं चलाना इन्ने रास्ते इन्ने घंटे लिए बहुत ही औखा हुंदा हैगा और जिहड़ा ड्राइवर है इस नूं ड्राइव करता है फ्लोट नूं वो हीट दे विच बैठा रहिंदा है और यह बड़ा वधिया उपराला किया जा रहा है कि उहदे लई इस वेले सिंह साहिबान लगे हुए ने एसी सैटअप करन दे लई और यही बहुत खूबसूरत चीज़ां हुंदियां हैगियां और तुसीं देख रहे हैं कि किस तरीके दे नाल फ्लोट की तैयारी हो रही हैगी आ। ये फ्लोट का पिछला हिस्सा है सेंटर दे विच दरवाज़ा है जिस दे अंदर पौड़ियां बनिया हुई ने और जिथों की रागी साहबान जां गुरु ग्रंथ साहब जी नूं फ्लोट तक अंदर लेके जाया जाता है। फ्लोट की तैयारी दे लई शुरुआत हो चुकी हैगी आ। टेपल गन दे नाल डेकोरेशन की जा रही है। इस वेले असी फ्लोर दे उपर है और तुसी देख रहे हैं कितना खूबसूरत इस नूं बनाया जा रहा है। वाहेगुरु जी का खालसा वाहेगुरु जी की फतेह। समूह सिख जगत नूं 39वें महान नगर कीर्तन की लख लख बधाई होवे। बड़े ਭਾਗਾਂ ਵਾਲੀ ਧਰਤੀ ਹੈ ਅਜੂਬਾ ਸਿਟੀ ਦੀ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇਹ ਇਕੱਠ ਠਾਠਾ ਮਾਰ ਰਿਹਾ ਹੈ। ਮੈਨੂੰ ਆਸ ਹੈ ਕਿ ਅੱਜ ਤਕਰੀਬਨ 70 ਤੋਂ 80 ਹਜ਼ਾਰ ਦੀ ਗਿਣਤੀ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਹੈ। ਥਾਂ ਥਾਂ 'ਤੇ ਥਰੂ ਆਊਟ ਕੈਲੀਫੋਰਨੀਆ ਤੋਂ ਸੰਗਤ ਨੇ ਆ ਕੇ ਲੰਗਰ ਲਾਏ ਹੋਏ ਹਨ। ਸਾਰੇ ਹੀ ਆਪਣੀਆਂ ਸਭਾਵਾਂ ਵਿੱਚ ਜੁੜੇ ਹੋਏ ਹਨ। ਮੈਂ ਬੇਨਤੀ ਕਰਦਾ ਕਿ ਸਾਰੇ ਹੀ ਬੜੇ ਪਿਆਰ ਪ੍ਰੇਮ ਦੇ ਨਾਲ ਇਸ ਨਗਰ ਕੀਰਤਨ ਦੀ ਸੇਵਾ ਨੂੰ ਨਿਭਾਓ ਅਤੇ ਗੁਰੂ ਦੀਆਂ ਖੁਸ਼ੀਆਂ ਲੈ ਕੇ ਘਰਾਂ ਨੂੰ ਪਹੁੰਚੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀ ਵੀ ਪ੍ਰੋਗਰਾਮ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਂ ਡਾਕਟਰ ਜਸਵੀਰ ਸਿੰਘ ਕੰਗ ਹੈ। ਅੱਜ ਅਜੂਬਾ ਸਿਟੀ ਦੇ ਵਿੱਚ ਆਪਾਂ ਬੜੀ ਹੀ ਸ਼ਰਧਾ ਅਤੇ ਧੂਮਧਾਮ ਦੇ ਨਾਲ ਗੁਰਗੱਦੀ ਦਿਵਸ ਮਨਾ ਰਹੇ ਹਾਂ। ਇਹ ਇੱਕ ਬੜਾ ਹੀ ਯੂਨੀਕ ਮੂਮੈਂਟ ਹੈ ਦੁਨੀਆ 'ਚ। ਇੱਕ ਸਾਡਾ ਇੱਕ ਇੱਦਾਂ ਦਾ ਗ੍ਰੰਥ ਹੈ ਗੁਰੂ ਗ੍ਰੰਥ ਸਾਹਿਬ ਜੀ ਜੋ ਕਿ ਇੱਕ ਮਾਨਵਤਾ ਦੀ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਸਾਨੂੰ। ਨਾਮ ਜਪਣ ਦਾ, ਕਿਰਤ ਕਰਨ ਦਾ, ਵੰਡ ਕੇ ਛਕਣ ਦਾ ਜੋ ਸੁਨੇਹਾ ਗੁਰੂ ਗ੍ਰੰਥ ਸਾਹਿਬ ਤੋਂ ਮਿਲਦਾ, ਇਹ ਜਿਹੜਾ ਸੁਨੇਹਾ ਇਕੱਲਾ ਸਿੱਖਾਂ ਦੇ ਲਈ ਨਹੀਂ, ਇਹ ਸਾਰੀ ਮਾਨਵਤਾ ਦੇ ਲਈ ਆ। ਇਸ ਸਪੈਸ਼ਲ ਲਾਈਵ ਟੈਲੀਕਾਸਟ ਦੇ ਵਿੱਚ ਅਸੀਂ ਦੁਨੀਆ ਭਰ ਦੇ ਆਪਣੇ ਕਰੋੜਾਂ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ। ਅੱਜ ਜੋ ਤੁਹਾਨੂੰ ਅਸੀਂ ਰੂਹਾਨੀ ਸਫ਼ਰ 'ਤੇ ਜਿਹੜੇ ਲੈ ਕੇ ਚੱਲੇ ਹਾਂ, ਜੋ ਤੁਹਾਨੂੰ ਅਲੌਕਿਕ ਨਜ਼ਾਰਾ ਅਸੀਂ ਦਿਖਾਉਣ ਲੱਗੇ ਹਾਂ ਗੁਰੂ ਘਰ ਦਾ, ਉਹ ਆਪਣੇ ਆਪ 'ਚ ਬੜਾ ਅਲੌਕਿਕ ਹੈ, ਬੜਾ ਵਿਲੱਖਣ ਹੈ।
ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਯੂਬਾ ਸਿਟੀ ਦਾ ਨਗਰ ਕੀਰਤਨ ਅਸੀਂ ਤੁਹਾਨੂੰ ਲਾਈਵ ਦਿਖਾਉਣ ਵਾਸਤੇ ਯੂਬਾ ਸਿਟੀ ਦੇ ਵਿੱਚ ਜਸ ਬ੍ਰੌਡਕਾਸਟਿੰਗ ਦੀਆਂ ਜਸ ਪੰਜਾਬੀ ਦੀਆਂ ਕਈ ਟੀਮਾਂ ਮੌਜੂਦ ਨੇ ਸਾਡੇ ਕਈ ਸਾਰੇ ਕੈਮਰਾ ਯੂਨਿਟਸ ਨੇ ਜਿਹੜੇ ਯੂਬਾ ਸਿਟੀ ਦੇ ਨਗਰ ਕੀਰਤਨ ਨੂੰ ਕਵਰ ਕਰਨ ਲਈ ਉੱਥੇ ਤੈਨਾਤ ਨੇ ਔਰ ਦੁਨੀਆ ਭਰ ਦੇ ਜਿਹੜੇ ਦਰਸ਼ਕ ਨੇ ਸਾਡੇ ਇਸ ਸਪੈਸ਼ਲ ਲਾਈਵ ਟੈਲੀਕਾਸਟ ਨੂੰ ਦੇਖ ਰਹੇ ਨੇ ਯੂਬਾ ਸਿਟੀ ਦੇ ਵਿੱਚ ਜਿਹੜਾ ਗੁਰਦੁਆਰਾ ਸਿੱਖ ਟੈਂਪਲ ਯੂਬਾ ਸਿਟੀ ਹੈ ਤੁਹਾਨੂੰ ਪਤਾ ਹੋਏਗਾ ਕਿ ਹਰ ਸਾਲ ਜਿਹੜਾ ਉੱਥੇ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਂਦਾ ਹੈ ਜਿਹੜਾ ਐਤਕੀ ਵੀ ਜਿਹੜਾ ਅੱਜ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ 39ਵੇਂ ਨਗਰ ਕੀਰਤਨ ਦੀਆਂ ਨੇ 1980 ਤੋਂ ਲਗਾਤਾਰ ਇਹ ਸਿਲਸਿਲਾ ਯੂਬਾ ਸਿਟੀ ਦੇ ਵਿੱਚ ਨਗਰ ਕੀਰਤਨ ਦਾ ਹੁੰਦਾ ਜਿੱਥੇ ਦੁਨੀਆ ਭਰ ਤੋਂ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਹੁੰਮ ਹੁਮਾ ਕੇ ਪਹੁੰਚਦੀਆਂ ਨੇ ਆਪਣੀ ਸ਼ਰਧਾ ਔਰ ਉਤਸ਼ਾਹ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੁੰਦੀਆਂ ਨੇ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਜਸ ਬ੍ਰੌਡਕਾਸਟਿੰਗ ਨੇ ਜਸ ਪੰਜਾਬੀ ਨੇ ਵੀ ਇਸ ਨਗਰ ਕੀਰਤਨ ਦੀ ਸਪੈਸ਼ਲ ਔਰ ਲਾਈਵ ਕਵਰੇਜ ਵਾਸਤੇ ਖਾਸ ਉਪਰਾਲੇ ਕੀਤੇ ਨੇ ਸਾਡੀਆਂ ਕਈ ਸਾਰੀਆਂ ਕੈਮਰਾ ਯੂਨਿਟਸ ਨੇ ਜਿਹੜੀਆਂ ਨਗਰ ਕੀਰਤਨ ਦੇ ਜਿਹੜਾ ਰੂਟ ਹੈ ਉੱਥੇ ਮੌਜੂਦ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਨੇ ਔਰ ਅਸੀਂ ਤੁਹਾਨੂੰ ਪਲ ਪਲ ਦੀ ਜਿਹੜੀ ਜਾਣਕਾਰੀ ਤੁਹਾਨੂੰ ਦੇਵਾਂਗੇ ਔਰ ਲਾਈਵ ਟੈਲੀਕਾਸਟ ਦਿਖਾਵਾਂਗੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਦੁਨੀਆ ਭਰ ਦੇ ਦਰਸ਼ਕ ਸਾਡੇ ਇਸ ਲਾਈਵ ਸਪੈਸ਼ਲ ਟੈਲੀਕਾਸਟ ਨੂੰ ਦੇਖ ਰਹੇ ਨੇ UK ਅਤੇ ਯੂਰਪ ਆਸਟ੍ਰੇਲੀਆ ਨਿਊਜ਼ੀਲੈਂਡ ਔਰ USA ਦੇ ਵਿੱਚ ਕਈ ਸਾਰੇ ਜਿਹੜੇ ਕੇਬਲ ਨੈਟਵਰਕਸ ਨੇ ਤੁਸੀਂ ਉਹਨਾਂ ਦੇ ਉੱਤੇ ਇਸ ਚੈਨਲ ਆਪਣੇ ਜਸ ਬ੍ਰੌਡਕਾਸਟਿੰਗ ਨੂੰ ਜਸ ਪੰਜਾਬੀ ਦੇ ਸਪੈਸ਼ਲ ਲਾਈਵ ਟੈਲੀਕਾਸਟ ਨੂੰ ਦੇਖ ਸਕਦੇ ਹੋ ਔਰ ਜਿਹੜੇ ਤੁਹਾਡੇ ਆਪਣੇ ਦੋਸਤ ਰਿਸ਼ਤੇਦਾਰ ਜਿਹੜੀ ਸੰਗਤਾਂ ਇਸ ਲਾਈਵ ਟੈਲੀਕਾਸਟ ਦੇ ਨਾਲ ਜੁੜਨੀਆਂ ਚਾਹੁੰਦੀਆਂ ਨੇ ਤੁਸੀਂ ਉਹਨਾਂ ਨੂੰ ਵੀ ਇਨਫੋਰਮ ਕਰ ਸਕਦੇ ਹੋ ਸੋਸ਼ਲ ਮੀਡੀਆ ਦੇ ਰਾਹੀਂ ਵੀ ਇਸ ਕੀਰਤਨ ਨਗਰ ਕੀਰਤਨ ਦੀ ਲਾਈਵ ਕਵਰੇਜ ਦਿਖਾਉਣ ਦੇ ਅਸੀਂ ਖਾਸ ਉਪਰਾਲੇ ਕੀਤੇ ਨੇ ਤੁਸੀਂ ਫੇਸਬੁੱਕ 'ਤੇ ਔਰ ਯੂਟਿਊਬ 'ਤੇ ਵੀ ਲਾਈਵ ਦੇਖ ਸਕਦੇ ਹੋ ਫੇਸਬੁੱਕ 'ਤੇ ਜਸ ਪੰਜਾਬੀ TV ਦਾ ਜਿਹੜਾ ਪੇਜ ਹੈ ਉੱਥੇ ਤੁਸੀਂ ਲਾਈਵ ਦੇਖ ਸਕਦੇ ਹੋ ਇਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਈਏ ਕਿ UK ਅਤੇ ਯੂਰਪ ਦੇ ਵਿੱਚ ਸਕਾਈ ਚੈਨਲ 712 'ਤੇ ਤੁਸੀਂ ਇਹਨੂੰ ਦੇਖ ਸਕਦੇ ਹੋ ਚੈਨਲ ਸਾਡੇ ਨੂੰ ਲਾਈਵ ਇੰਡੀਆ ਦੇ ਵਿੱਚ ਜਿਹੜਾ ਤੁਸੀਂ ਹੈ ਕਿ YUP TV ਔਰ ਜੀਓ ਨੈਟਵਰਕ 'ਤੇ ਦੇਖ ਸਕਦੇ ਹੋ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਵਿਜ਼ਨ ਏਸ਼ੀਆ ਦੇ ਚੈਨਲ ਨੰਬਰ 2525 ਔਰ YUP TV 'ਤੇ ਦੇਖ ਸਕਦੇ ਹੋ ਔਰ USA ਦੇ ਜਿਹੜੇ ਆਲ ਮੇਜਰ ਕੇਬਲ ਨੈਟਵਰਕਸ ਨੇ ਸਾਰੇ ਮੌਜੂਦ ਕੇਬਲ ਨੈਟਵਰਕਸ 'ਤੇ ਤੁਸੀਂ ਇਸ ਲਾਈਵ ਟੈਲੀਕਾਸਟ ਨੂੰ ਦੇਖ ਸਕਦੇ ਹੋ ਅਤੇ ਸਾਡੀ ਇਹ ਗੁਜ਼ਾਰਿਸ਼ ਹੈ ਕਿ ਤੁਸੀਂ ਆਪਣੇ ਦੋਸਤਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹੋ ਜ਼ਿਆਦਾ ਤੋਂ ਜ਼ਿਆਦਾ ਇਸ ਜਿਹੜੇ ਗੁਰੂ ਘਰ ਦੇ ਨਾਲ ਜੁੜਨ ਇਸ ਨਗਰ ਕੀਰਤਨ ਦੇ ਜਾਂ ਅਲੌਕਿਕ ਨਜ਼ਾਰਾ ਜੋ ਵਿਲੱਖਣ ਤਸਵੀਰ ਦੇਖਣ ਨੂੰ ਮਿਲੇਗੀ ਉਹਦੇ ਨਾਲ ਜੁੜਨ ਅਤੇ ਮੈਨੂੰ ਲੱਗਦਾ ਘਰ ਬੈਠੇ ਤੁਸੀਂ ਗੁਰੂ ਘਰ ਦੇ ਨਾਲ ਜੁੜੋ ਅਤੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੇ ਤੁਹਾਨੂੰ USA ਦੀ ਅਸੀਂ ਗੱਲ ਕਰੀਏ ਡਿਸ਼ ਨੈਟਵਰਕ ਦੇ ਚੈਨਲ ਨੰਬਰ 736 ਵੈਰੀਜ਼ੋਨ ਦੇ 1757 ਕੇਬਲ ਵਿਜ਼ਨ ਦੇ 1164 ਔਰ ਸਪੈਕਟਰਮ ਟਾਈਮ ਵਾਰਨਰ 1563 ਔਰ ਜਿਹੜਾ ਯੂਟਿਊਬ 'ਤੇ ਤੁਹਾਨੂੰ ਮੈਂ ਦੱਸਿਆ ਔਰ ਜਸ ਪੰਜਾਬੀ TV ਔਰ ਫੇਸਬੁੱਕ 'ਤੇ ਵੀ ਤੁਸੀਂ ਲਾਈਵ ਟੈਲੀਕਾਸਟ ਦੇਖ ਸਕਦੇ ਹੋ 2008 ਤੋਂ ਤੁਹਾਨੂੰ ਦਰਸ਼ਕੋ ਇਹ ਦੱਸ ਦਈਏ ਕਿ 2008 ਤੋਂ ਸਾਡੇ ਕਰੋੜਾਂ ਦਰਸ਼ਕ ਜਿਹੜੇ ਨੇ ਉਹ ਜਸ ਪੰਜਾਬੀ 'ਤੇ ਯੂਬਾ ਸਿਟੀ ਦੇ ਨਗਰ ਕੀਰਤਨ ਦਾ ਅਲੌਕਿਕ ਨਜ਼ਾਰਾ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਔਰ 2008 ਤੋਂ ਅਸੀਂ ਪਹਿਲੇ ਚੈਨਲ ਸੀਗੇ ਪੂਰੇ USA ਦੇ ਵਿੱਚ ਜਿਨ੍ਹਾਂ ਨੇ ਲਾਈਵ ਟੈਲੀਕਾਸਟ ਸ਼ੁਰੂ ਕੀਤਾ ਔਰ ਤੁਹਾਡੇ ਆਸ਼ੀਰਵਾਦ ਨਾਲ ਤੁਹਾਡੇ ਸਹਿਯੋਗ ਦੇ ਨਾਲ ਜਸ ਬ੍ਰੌਡਕਾਸਟਿੰਗ ਦਾ ਜਸ ਪੰਜਾਬੀ ਦਾ ਇਹ ਸਫ਼ਰ ਜਾਰੀ ਹੈ ਔਰ ਅੱਜ ਵੀ ਤੁਹਾਨੂੰ ਅਸੀਂ ਯੂਬਾ ਸਿਟੀ ਦਾ ਇਹ ਨਗਰ ਕੀਰਤਨ ਲਾਈਵ ਦਿਖਾ ਰਹੇ ਹਾਂ ਸਾਡੇ ਕਰੋੜਾਂ ਦਰਸ਼ਕ ਇਸ ਤਸਵੀਰ ਨੂੰ ਇਹਨਾਂ ਤਸਵੀਰਾਂ ਨੂੰ ਲਾਈਵ ਦੇਖ ਰਹੇ ਨੇ ਸਾਡੀਆਂ ਖਾਸ ਟੀਮਾਂ ਯੂਬਾ ਸਿਟੀ 'ਚ ਮੌਜੂਦ ਨੇ ਤੁਹਾਨੂੰ ਉੱਥੇ ਦਾ ਜਿਹੜਾ ਗੁਰਦੁਆਰਾ ਸਾਹਿਬ ਨੇ ਅੱਧਰ ਦਾ ਉੱਥੇ ਜਿਹੜਾ ਕੀਰਤਨ ਸਮਾਗਮ ਚੱਲ ਰਿਹਾ ਉਹਦੀਆਂ ਤਸਵੀਰਾਂ ਦਿਖਾਵਾਂਗੇ ਉਸ ਤੋਂ ਥੋੜ੍ਹੀ ਦੇਰ ਬਾਅਦ ਜਦੋਂ ਇਹ ਨਗਰ ਕੀਰਤਨ ਸ਼ੁਰੂ ਹੋਏਗਾ ਨਗਰ ਕੀਰਤਨ ਦੀ ਵੀ ਤੁਹਾਨੂੰ ਪਲ ਪਲ ਦੀ ਜਾਣਕਾਰੀ ਇੱਕ ਇੱਕ ਤਸਵੀਰ ਐਕਸਕਲੂਸਿਵ ਤੁਹਾਨੂੰ ਕਵਰੇਜ ਅਸੀਂ ਦਿਖਾਵਾਂਗੇ ਸਾਡੀਆਂ ਸਾਰੀਆਂ ਕੈਮਰਾ ਟੀਮਾਂ ਉੱਥੇ ਮੌਜੂਦ ਨੇ ਇਹ ਵੀ ਤੁਹਾਨੂੰ ਦੱਸ ਦਈਏ ਜਿਹੜਾ ਨਗਰ ਕੀਰਤਨ ਹੈ ਇਹਦੇ ਵਿੱਚ ਲੱਖਾਂ ਦੀ ਤਾਦਾਦ ਵਿੱਚ ਦੁਨੀਆ ਭਰ ਤੋਂ ਸੰਗਤਾਂ ਆ ਕੇ ਸ਼ਾਮਿਲ ਹੁੰਦੀਆਂ ਨੇ ਇਸ ਦਾ ਮੈਂ ਤੁਹਾਨੂੰ ਕਹਿੰਦਾ ਯੂਬਾ ਸਿਟੀ ਦਾ ਜਿਹੜਾ ਨਗਰ ਕੀਰਤਨ ਹੈ ਇਹਦੇ 'ਚ ਜੋ ਸਿੱਖ ਇਤਿਹਾਸ ਔਰ ਸਿੱਖ ਵਿਰਸੇ ਦੀ ਤੁਹਾਨੂੰ ਝਲਕ ਦੇਖਣ ਨੂੰ ਮਿਲਦੀ ਹੈ ਉਹ ਆਪਣੇ ਆਪ ਦੇ ਵਿੱਚ ਵਿਲੱਖਣ ਹੈ ਆਪਣੇ ਦਰਸ਼ਕਾਂ ਨੂੰ ਅਸੀਂ ਇਹ ਵੀ ਦੱਸ ਦਈਏ ਕਿ ਜਿਹੜਾ ਇਹ ਤਿਆਰੀਆਂ ਸੀਗੀਆਂ ਇਹ ਇੱਕ ਦਿਨ ਦੀ ਨਹੀਂ ਹੁੰਦੀਆਂ ਉੱਥੇ 4-5 ਦਿਨ ਤੋਂ ਤਿਆਰੀਆਂ ਚੱਲਦੀਆਂ ਨੇ ਤੁਹਾਨੂੰ ਅਸੀਂ ਇਹ ਵੀ ਦਿਖਾਇਆ ਸੀ ਫਰਾਈਡੇ ਨੂੰ ਸ਼ੁੱਕਰਵਾਰ ਨੂੰ ਉੱਥੇ ਜੋ ਇੱਕ ਆਤਿਸ਼ਬਾਜ਼ੀ ਦਾ ਫਾਇਰਵਰਕਸ ਦਾ ਹੋਇਆ ਸੀ ਅਸੀਂ ਜਸ ਪੰਜਾਬੀ ਦਾ ਤੁਹਾਨੂੰ ਐਕਸਕਲੂਸਿਵ ਕਵਰੇਜ ਦਿਖਾਈ ਉਸ ਤੋਂ ਬਾਅਦ ਸ਼ਨੀਵਾਰ ਨੂੰ ਨਿਸ਼ਾਨ ਸਾਹਿਬ ਜੀ ਦੀ ਜੋ ਸੇਵਾ ਹੁੰਦੀ ਹੈ ਉਹਦੀਆਂ ਵੀ ਤਸਵੀਰਾਂ ਅਸੀਂ ਤੁਹਾਨੂੰ ਲਾਈਵ ਦਿਖਾਈਆਂ ਔਰ ਅੱਜ ਐਤਵਾਰ ਦੇ ਦਿਨ ਲੱਖਾਂ ਦੀ ਤਾਦਾਦ ਵਿੱਚ ਜਿਹੜੇ ਯੂਬਾ ਸਿਟੀ ਦੇ ਵਿੱਚ ਸਾਡੀ ਸੰਗਤਾਂ ਮੌਜੂਦ ਨੇ ਅਸੀਂ ਉਹਨਾਂ ਦਾ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਲੇਕਿਨ ਜਿਹੜੇ ਸਾਡੇ ਕਰੋੜੋਂ ਦਰਸ਼ਕ ਨੇ ਘਰਾਂ 'ਚ ਬਹਿ ਕੇ ਇਸ ਚੈਨਲ ਨੂੰ ਲਾਈਵ ਦੇਖ ਰਹੇ ਨੇ ਟੈਲੀਕਾਸਟ ਨੂੰ ਲਾਈਵ ਦੇਖ ਰਹੇ ਨੇ ਤੁਸੀਂ ਵੀ ਗੁਰੂ ਘਰ ਦੇ ਨਾਲ ਜੁੜ ਸਕਦੇ ਹੋ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹੋ ਔਰ ਅਸੀਂ ਤੁਹਾਨੂੰ ਦੱਸਿਆ ਕਿ ਤੁਸੀਂ ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਕਹਿ ਸਕਦੇ ਹੋ ਕਿ ਇਸ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਦੇਖਣ ਔਰ ਗੁਰੂ ਘਰ ਦੇ ਨਾਲ ਜੁੜਨ ਹੁਣ ਅਸੀਂ ਤੁਹਾਨੂੰ ਥੋੜ੍ਹੀ ਦੇਰ 'ਚ ਤਸਵੀਰਾਂ ਦਿਖਾਵਾਂਗੇ ਯੂਬਾ ਸਿਟੀ ਦੇ ਗੁਰਦੁਆਰੇ ਦੀਆਂ ਜਿੱਥੇ ਨਗਰ ਕੀਰਤਨ ਚੱਲਦਾ ਪਿਆ
ਯੂਬਾ ਸਿਟੀ ਦੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਯੂਬਾ ਸਿਟੀ ਦੇ ਵਿੱਚ ਜਿਹੜਾ ਨਗਰ ਕੀਰਤਨ ਹੈ, ਨਗਰ ਕੀਰਤਨ ਤੋਂ ਪਹਿਲਾਂ ਕਿਸ ਤਰ੍ਹਾਂ ਤਿਆਰੀਆਂ ਚੱਲਦੀਆਂ ਨੇ, ਕਿਸ ਤਰ੍ਹਾਂ ਉੱਥੇ ਬਾਜ਼ਾਰ ਸੱਜੇ ਹੋਏ ਨੇ, ਔਰ ਜਿਹੜੇ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਉੱਥੇ ਪਹੁੰਚੀਆਂ ਨੇ ਦੁਨੀਆ ਭਰ ਤੋਂ, ਇਹ ਤੁਸੀਂ ਦੇਖ ਸਕਦੇ ਹੋ। ਬਾਜ਼ਾਰ ਦੀਆਂ ਤਸਵੀਰਾਂ, ਦੁਕਾਨਾਂ ਸੱਜੀਆਂ ਹੋਈਆਂ ਨੇ, ਇਹ ਤਸਵੀਰਾਂ ਜਿਹੜੀਆਂ ਸਾਡੀਆਂ ਕੈਮਰਾ ਟੀਮਸ ਨੇ ਪਹਿਲਾਂ ਕੈਦ ਕੀਤੀਆਂ, ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਯੂਬਾ ਸਿਟੀ ਤੋਂ ਲਾਈਵ, ਗੁਰਦੁਆਰੇ ਤੋਂ, ਗੁਰਦੁਆਰਾ ਸਿੱਖ ਟੈਂਪਲ ਯੂਬਾ ਸਿਟੀ ਦਾ, ਉੱਥੋਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ। ਸਤਿ ਸ਼੍ਰੀ ਅਕਾਲ ਜੀ। ਕੀਰਤਨ ਜੋ ਹੈ ਉੱਥੇ ਹੁਣ ਥੋੜ੍ਹੀ ਦੇਰ 'ਚ ਸ਼ੁਰੂ ਹੋਏਗਾ, ਔਰ ਜਸ ਪੰਜਾਬੀ ਨੇ ਇਹਦੇ ਲਈ ਬੜੇ ਇਲੈਬੋਰੇਟ ਕੀਤੇ, ਸਾਡੀ ਕਈ ਕੈਮਰਾ ਟੀਮਾਂ ਉੱਥੇ ਮੌਜੂਦ ਨੇ, ਤੁਹਾਨੂੰ ਸਾਰੀਆਂ ਤਸਵੀਰਾਂ ਅਸੀਂ ਲਾਈਵ ਦਿਖਾਵਾਂਗੇ। ਔਰ ਇੱਕ ਛੋਟਾ ਜਿਹਾ ਬ੍ਰੇਕ ਦਾ ਸਮਾਂ ਹੈ, ਬ੍ਰੇਕ ਤੋਂ ਬਾਅਦ ਲਾਈਵ ਟੈਲੀਕਾਸਟ ਦਾ ਜਿਹੜਾ ਹੈ ਰੂਹਾਨੀ ਸਫ਼ਰ ਹੈ, ਜੋ ਅਲੌਕਿਕ ਨਜ਼ਾਰਾ ਹੈ, ਅਸੀਂ ਆਪਣੇ ਕਰੋੜਾਂ ਦਰਸ਼ਕਾਂ ਨੂੰ ਲੈ ਕੇ ਪੇਸ਼ ਕਰਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਵਾਰ ਫਿਰ ਸਵਾਗਤ ਤੁਹਾਡਾ ਸਭ ਦਾ। ਘਰਾਂ ਵਿੱਚ ਬੈਠੇ ਜਿਹੜੇ ਖਾਸ ਤੌਰ 'ਤੇ ਦਰਸ਼ਕ ਨੇ, ਉਹਨਾਂ ਨਾਲ ਫਿਰ ਇੱਕ ਵਾਰ ਜੁੜ ਰਹੇ ਹਾਂ ਜਸ ਪੰਜਾਬੀ ਦੇ ਜ਼ਰੀਏ। ਮਹਾਨ ਨਗਰ ਕੀਰਤਨ ਜਿਹੜਾ 39ਵਾਂ ਹੈ ਇੱਥੇ, ਉਹਦੇ ਵਿੱਚ ਹੈਗੇ ਆ ਸਾਡੇ ਨਾਲ, ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਸੀ, ਵਪਾਰ ਹੈ ਬ੍ਰਦਰਸ ਜਿਹੜੇ ਨੇ ਹਰ ਕੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ, ਵੈਸੇ ਇਕੱਠੇ ਹੁੰਦੇ, ਅੱਜ ਇਕੱਲੇ ਅੱਜ ਇੰਦਰਵੀਰ ਵਪਾਰ ਸਾਹਿਬ ਹੁਣ ਸਾਨੂੰ ਟੱਕਰੇ ਨੇ ਇਸ ਪਾਰਕ ਦੇ ਵਿੱਚ, ਸਹਿ ਸੰਗਤ ਦੇ ਵਿੱਚ ਆਏ ਨੇ, ਹਰ ਸਾਲ ਆਉਂਦੇ ਨੇ ਔਰ ਹਰ ਕੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ, ਚਾਹੇ ਉਹ ਸੋਸ਼ਲ ਹੋਵੇ, ਚਾਹੇ ਧਾਰਮਿਕ ਹੋਵੇ, ਚਾਹੇ ਖੇਡਾਂ ਹੋਣ, ਚਾਹੇ ਸੱਭਿਆਚਾਰਕ ਹੋਵੇ। ਸੋ ਹਾਂਜੀ ਭਾਅ ਜੀ, ਸਵਾਗਤ ਹੈ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਦਲਵੀਰ ਸਿੰਘ ਬੋਪਾਰਾ ਹੈ, ਸਾਰੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਮੈਂ ਜੀ ਆਖਦਾ ਹਾਂ। ਇਸ ਨਗਰ ਕੀਰਤਨ ਦੇ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਅਤੇ ਵੈਲਕਮ ਟੂ ਯੂਨੀਵਰਸਿਟੀ ਨਗਰ ਕੀਰਤਨ। ਚੜ੍ਹਦਾ ਪੰਜਾਬ ਕਲੱਬ ਜਿਹੜੇ ਹੈਗੇ ਸੈਕਰਾਮੈਂਟੋ, ਜੋ ਕਿ ਹਰ ਕੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੇ ਨੇ, ਕਬੱਡੀਆਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ। ਸਰਦਾਰ ਬਲਜੀਤ ਸਿੰਘ ਬਾਸੀ ਸਾਹਿਬ, ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ। ਸਭ ਤੋਂ ਮੈਂ ਬੇਨਤੀ ਕਰਦਾ ਕਿ ਇਹ ਜਿਹੜਾ ਨਗਰ ਕੀਰਤਨ ਹੈ 39ਵਾਂ, ਜਿਹਦੇ ਵਿੱਚ ਅਸੀਂ ਸਾਰਾ ਚੜ੍ਹਦਾ ਪੰਜਾਬ ਕਲੱਬ ਜਿਹੜੀ ਆ ਇੱਥੇ ਪਹੁੰਚੀ ਹੋਈ ਹਾਂ, ਜੱਗੀ ਭਾਅ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਅਪ ਕੀਤਾ ਹੈਗਾ ਇੱਥੇ। ਬਾਕੀ ਹੈਗਾ, ਅਸੀਂ ਇੱਕ ਗੱਲ ਦਾ ਤਾਂ ਜ਼ਰੂਰ ਆ ਵੀ ਜਿੱਥੇ ਵੀ ਅੱਜ ਤੱਕ ਚੜ੍ਹਦਾ ਪੰਜਾਬ ਨੇ ਹਰ ਇੱਕ ਖੇਤਰ ਦੇ ਵਿੱਚ ਜੋ ਵੀ ਯੋਗਦਾਨ ਹੁੰਦਾ ਪਾਇਆ, ਅਤੇ ਅਸੀਂ ਅੱਗੇ ਤੋਂ ਇੱਥੇ ਵੀ ਲੰਗਰ ਲਾਉਣ ਦਾ ਬਾਬੇ ਨਾਨਕ ਨੇ ਜੋ ਬਖਸ਼ਿਆ ਵੀ, ਚੜ੍ਹਦੇ ਪੰਜਾਬ ਨੇ ਅੱਜ ਇਹ ਇੱਕ ਪ੍ਰਣ ਕੀਤਾ ਕਿ ਅਸੀਂ ਅਗਲੇ ਸਾਲ ਤੋਂ ਇੱਥੇ ਵੀ ਲੰਗਰ ਲਾਵਾਂਗੇ ਜੀ। ਜੀ, ਤੁਸੀਂ ਵੀ ਚੜ੍ਹਦਾ ਪੰਜਾਬ ਨਾਲ ਜੁੜੇ ਹੋਏ ਹੋ? ਅੱਛਾ, ਚੜ੍ਹਦਾ ਪੰਜਾਬ ਦੀ ਇਹਨਾਂ ਨੇ ਗੱਲ ਕੀਤੀ ਹੈ, ਬਹੁਤ ਸਾਰੇ ਇਹਨਾਂ ਨੇ ਕਿਹਾ ਵੀ ਕਾਫੀ ਕੰਮਾਂ ਦੇ ਵਿੱਚ ਹਿੱਸਾ ਪਾਉਂਦੇ ਨੇ, ਕਿਹੜੇ ਕਿਹੜੇ ਕੰਮਾਂ ਦੇ ਵਿੱਚ ਚੜ੍ਹਦਾ ਪੰਜਾਬ ਨੇ ਹੁਣ ਤੱਕ ਹਿੱਸਾ ਪਾਇਆ? ਅਸੀਂ ਜਾਂ ਸੋਸ਼ਲ ਦੀ ਗੱਲ ਕਰੀਏ, ਚਾਹੇ ਖੇਡਾਂ ਦੀ ਗੱਲ ਕਰੀਏ, ਚਾਹੇ ਸੱਭਿਆਚਾਰ ਦੀ ਗੱਲ ਕਰੀਏ, ਚਾਹੇ ਅਸੀਂ ਧਾਰਮਿਕ ਕੰਮਾਂ ਦੀ ਗੱਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੇਰੇ ਵੱਲੋਂ ਚੜ੍ਹਦਾ ਪੰਜਾਬ ਕਲੱਬ ਵੱਲੋਂ ਸਾਰੇ ਜਗਤ ਨੂੰ 39ਵੇਂ ਨਗਰ ਕੀਰਤਨ ਦੀ ਯੂਬਾ ਸਿਟੀ ਤੋਂ ਲੱਖ ਲੱਖ ਮੁਬਾਰਕਾਂ ਜੀ। ਜੇ ਗੱਲ ਕਰੀਏ ਚੜ੍ਹਦੇ ਪੰਜਾਬ ਕਲੱਬ ਦੀ, ਤਾਂ ਚੜ੍ਹਦਾ ਪੰਜਾਬ ਕਲੱਬ ਤਕਰੀਬਨ 3-4 ਸਾਲ ਤੋਂ ਹੋਂਦ 'ਚ ਆਇਆ ਆ, ਅਤੇ ਸੋ ਫਾਰ ਅਸੀਂ ਜਿਹੜੇ ਪਹਿਲੋਂ ਵੀ ਤਾਂ ਹੁਣ ਵੀ ਇਸ ਵੇਲੇ ਅਸੀਂ ਜਿੰਨੇ ਵੀ ਸੈਕਰਾਮੈਂਟੋ ਏਰੀਏ ਵਿੱਚ ਕਬੱਡੀ ਟੂਰਨਾਮੈਂਟ ਹੁੰਦੇ ਆਏ ਆ, ਅਸੀਂ ਉਹਦੇ ਵਿੱਚ ਪਹਿਲਾ ਸਥਾਨ 'ਤੇ ਜਿਹੜਾ ਆਉਂਦਾ ਉਹਨੂੰ ਇਨਾਮ ਦਿੰਦੇ ਹਾਂ। ਉਸ ਤੋਂ ਬਾਅਦ ਸਾਡੀਆਂ ਜਿਹੜੀਆਂ 2 ਬਾਸਕਟਬਾਲ ਦੀਆਂ ਟੀਮਾਂ ਆ ਬੱਚਿਆਂ ਦੀਆਂ, ਉਹ ਹਰੇਕ ਸਾਲ ਜਿੱਥੇ ਵੀ ਸਾਡੇ ਪੰਜਾਬੀ ਕਲਚਰ ਨਾਲ ਸੰਬੰਧਿਤ ਪੰਜਾਬੀ ਬਾਸਕਟਬਾਲ ਟੂਰਨਾਮੈਂਟ ਹੁੰਦੇ ਆ, ਉੱਥੇ ਉਹ ਜਾ ਕੇ ਆਪਣਾ ਸ਼ਿਰਕਤ ਕਰਦੀਆਂ ਹੈਗੀਆਂ ਅਤੇ ਉੱਥੇ ਜਾ ਕੇ ਆਪਣਾ ਯੋਗਦਾਨ ਪਾਉਂਦੀਆਂ ਜੀ। ਅਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸੋਸ਼ਲ ਤੋਂ ਬਾਅਦ ਸਾਡੇ ਭਲੇ ਦੀ ਗੱਲ ਕਰੀਏ, ਤਾਂ ਸਾਡਾ ਜਿਹੜਾ ਕਲੱਬ ਜਿਹੜਾ ਆ ਸਰਬੱਤ ਦੇ ਭਲਾ ਟਰੱਸਟ ਜਿਹੜਾ, ਜੋ ਕਿ ਡਾਕਟਰ ਅਬਰਾਜ ਸਾਹਿਬ ਦੀ ਨਿਗਰਾਨੀ ਹੇਠ ਚੱਲਦਾ ਜੀ, ਉਹਦੇ ਨਾਲ ਜੁੜ ਕੇ ਅਸੀਂ ਇੰਡੀਆ ਵਿੱਚ ਜਾ ਕੇ ਕਾਫੀ ਸ਼ਲਾਘਾਯੋਗ ਕੰਮ ਕਰਦੇ, ਜਿੱਦਾਂ ਕਿ ਅੱਖਾਂ ਦਾ ਕੈਂਪ ਲਾਉਣਾ ਜਾਂ ਗਰੀਬਾਂ ਦੀ ਹੈਲਪ ਕਰਨੀ ਕਿਸੇ ਦੀ ਤਰ੍ਹਾਂ। ਅਤੇ ਅਸੀਂ ਆਉਣ ਵਾਲੇ ਸਮੇਂ 'ਚ ਉਮੀਦ ਕਰਦੇ ਹਾਂ ਬਈ ਜਿਹੜਾ ਚੜ੍ਹਦਾ ਪੰਜਾਬ ਕਲੱਬ ਆ, ਆਉਣ ਵਾਲੇ ਸਮੇਂ 'ਚ ਹੋਰ ਵੀ ਅਗਲੇ ਲੰਬੀਆਂ ਪਲਾਂਘਾਂ ਪੱਟੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਜੀ, ਸਾਰੀ ਸੰਗਤ ਇੱਥੇ ਜੁੜੀ ਹੈ ਵੱਖ ਵੱਖ ਥਾਵਾਂ ਤੋਂ, ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਮਲਾਗਰ ਸਿੰਘ ਖਹਿਰਾ ਜੀ। ਮੈਂ ਬਹੁਤ ਧੰਨਵਾਦ ਕਰਦਾ ਜੀ ਜਸ ਪੰਜਾਬੀ ਦਾ, ਜਿਨ੍ਹਾਂ ਨੇ ਸਾਡੇ ਚੜ੍ਹਦਾ ਪੰਜਾਬ ਕਲੱਬ ਦੇ ਸਾਰੇ ਹੀ ਜਿੰਨੇ ਵੀ ਮੈਂਬਰ, ਉਹਨਾਂ ਨਾਲ ਗੱਲਬਾਤ ਕੀਤੀ ਅਤੇ ਜਸ ਪੰਜਾਬੀ ਵਧਾਈ ਦਾ ਪੱਤਰ। ਥੈਂਕ ਯੂ ਜੀ, ਬੜੀ ਮਿਹਰਬਾਨੀ। ਹਾਂਜੀ, ਨਹੀਂ ਪੈਸੇ ਨਹੀਂ ਲੱਗਣੇ, ਫਰੀ ਹੈ। ਚਲੋ, ਬੜੀ ਮਿਹਰਬਾਨੀ। ਔਰ ਸਾਡੇ ਜਿਹੜੇ ਹਰ ਤਰ੍ਹਾਂ ਦੇ ਹੁੰਦੇ ਨੇ ਲੋਕ, ਬੋਪਾਰਾ ਸਾਹਿਬ ਨਾਲ ਗੱਲ ਹੋ ਗਈ ਹੁਣੇ, ਤੁਹਾਡਾ ਫਿਰ ਇੱਕ ਵਾਰੀ ਧੰਨਵਾਦ ਜ਼ਰੂਰ ਕਰਦੇ ਹਾਂ, ਤੁਸੀਂ ਵੀ ਸੰਗਤ ਦਾ ਧੰਨਵਾਦ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਦੁਬਾਰਾ ਜੀ, ਅਤੇ ਹੁਣ ਅਸੀਂ ਚੜ੍ਹਦਾ ਪੰਜਾਬ ਦੇ ਨਾਲ ਖੜ੍ਹੇ ਹਾਂ, ਇਹਨਾਂ ਦੇ ਨਾਲ ਬਰਾਬਰ ਖੜ੍ਹਨ ਦਾ ਬੜਾ ਮਾਣ ਪ੍ਰਾਪਤ ਹੁੰਦਾ ਜਦੋਂ ਇਹਨਾਂ ਦੇ ਗਰੁੱਪ ਦੇ ਵਿੱਚ ਆ ਜਾਈਦਾ ਆ।
ਅਤੇ ਇਹ ਗਰੁੱਪ ਇੰਨਾ ਕੁ ਚੰਗਾ ਆ ਵੀ ਬਹੁਤ ਜ਼ਿਆਦਾ ਜਿੰਨਾ ਕਹਿ ਦਈਏ ਉਦੋਂ ਵੱਧ ਕੇ ਜ਼ਿਆਦਾ ਚੰਗਾ ਆ ਅਤੇ ਕੰਮ ਵੀ ਬਹੁਤ ਚੰਗੇ ਕਰਦੇ ਨੇ ਕਮਿਊਨਿਟੀ ਦੀ ਸੇਵਾ ਵਾਸਤੇ ਹਰ ਵਕਤ ਨਾਲ ਖੜ੍ਹਦੇ ਨੇ ਕਮਿਊਨਿਟੀ ਦੇ ਭਾਵੇਂ ਉਹ ਧਾਰਮਿਕ ਕੰਮ ਹੋਣ ਭਾਵੇਂ ਸੱਭਿਆਚਾਰਕ ਕੰਮ ਹੋਣ ਭਾਵੇਂ ਗਰੀਬਾਂ ਦੀ ਹੈਲਪ ਕਰਨੀ ਹੋਵੇ ਜਾਂ ਲੰਗਰਾਂ ਦੀ ਸੇਵਾ ਲਾਉਣੀ ਹੋਵੇ ਉਹ ਹਮੇਸ਼ਾ ਹੀ ਇਸ ਗਰੁੱਪ ਦੇ ਹਿੱਸੇ ਆ ਅਤੇ ਅਸੀਂ ਚਾਹੁੰਦੇ ਹਾਂ ਕਿ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਹਮੇਸ਼ਾ ਹੀ ਇਹ ਕਲੱਬ ਚੜ੍ਹਦੀ ਕਲਾ ਦੇ ਵਿੱਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ ਨਾਲ ਹਰਜੀਤ ਸਿੰਘ ਤੁਸੀਂ ਆ ਜਾਓ ਇੱਧਰ ਔਰ ਸਾਡੇ ਦਰਸ਼ਕ ਇਹਨਾਂ ਦੀ ਸ਼ਕਲ ਸ਼ਾਇਦ ਉਨੀ ਨਾ ਪਛਾਣਦੇ ਹੋਣ ਪਰ ਇਹਨਾਂ ਦੀ ਆਵਾਜ਼ ਜਿਹੜੀ ਹੈ ਜਸ ਪੰਜਾਬੀ ਦੇ ਦਰਸ਼ਕ ਜ਼ਰੂਰ ਪਛਾਣਦੇ ਹੋਣਗੇ ਸਾਡੇ ਜਲਵੇ ਪ੍ਰੋਗਰਾਮ ਦੇ ਵਿੱਚ ਜਲਵੇ ਜੱਗੀ ਦੇ ਵਿੱਚ ਇਹ ਹਰ ਸੋਮਵਾਰ ਹਾਜ਼ਰੀ ਲਵਾਉਂਦੇ ਹੁੰਦੇ ਕੋਈ ਨਾ ਕੋਈ ਗੀਤ ਗਾ ਕੇ ਕੋਈ ਸੱਭਿਆਚਾਰ ਗੀਤ ਗਾ ਕੇ ਕੁਲਦੀਪ ਮਾਨਕ ਸਾਹਿਬ ਨਾਲ ਇਹਨਾਂ ਦੀ ਆਵਾਜ਼ ਕਾਫੀ ਮਿਲਦੀ ਹੈ ਮੈਂ ਚਾਹਾਂਗਾ ਜੀ ਤੁਹਾਡੀ ਇਹੀ ਦੋ ਸ਼ਬਦ ਹੋਣਗੇ ਇਹੀ ਤੁਹਾਡੇ ਸੰਗਤਾਂ ਵਾਸਤੇ ਕਿ ਤੁਸੀਂ ਅੱਜ ਨਗਰ ਕੀਰਤਨ ਦੇ ਸੰਬੰਧ 'ਚ ਦੋ ਲਾਈਨਾਂ ਜ਼ਰੂਰ ਸੁਣਾਓ ਸਾਡੇ ਕੁਛ ਵੀ ਧਾਰਮਿਕ ਤੇਰੇ ਸਿੰਘਾਂ ਵਾਂਗੂ ਕਿਸੇ ਕਰ ਬਾਨ ਨਹੀਂ ਹੋਣਾ ਤੇਰੇ ਸਿੰਘਾਂ ਵਾਂਗੂ ਕਿਸੇ ਕਰ ਬਾਨ ਨਹੀਂ ਹੋਣਾ ਤਨ ਯਾਰ ਨਾਚਰਾ ਕੇ ਬੰਦ ਕਿਟ ਬਾਉਣਾ ਤੇਰੇ ਸਿੰਘਾਂ ਵਾਂਗੂ ਕਿਸੇ ਕਰ ਬਾਨ ਨਹੀਂ ਹੋਣਾ ਲੋੜ ਦੇਸ਼ ਨੂੰ ਜਪਈ ਕਰ ਬਾਨੀਆਂ ਦੀ ਅੱਗੇ ਫੌਜ ਆਈ ਜੋਦੀਆਂ ਲਸਾਨੀਆਂ ਦੀ ਫਾਂਸੀ ਵਾਲਾ ਰੱਸਾ ਚੁੰਮ ਗਲ ਵਿੱਚ ਪਾਉਣਾ ਤੇਰੇ ਸਿੰਘਾਂ ਵਾਂਗੂ ਕਿਸੇ ਕਰ ਬਾਨ ਨਹੀਂ ਹੋਣਾ ਬਹੁਤ ਮਿਹਰਬਾਨੀ ਜੀ ਇਹਨਾਂ ਦੀ ਆਵਾਜ਼ ਬਹੁਤ ਅੱਛੀ ਪਰਮਾਤਮਾ ਨੇ ਬਖਸ਼ੀ ਹੈ ਪਰ ਕੰਮਾਂ ਕਰਨ ਦੇ ਵਿੱਚ ਸ਼ੌਕ ਜਿਹੜਾ ਉਹ ਪੂਰਾ ਨਹੀਂ ਕਰ ਸਕਦੇ ਆ ਜਾਓ ਭਾਜੀ ਕੋਈ ਨਹੀਂ ਹਾਂਜੀ ਕੀ ਕਹਿਣਾ ਚਾਹੁੰਦੇ ਇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਪਹਿਲੀ ਵਾਰੀ ਇਹ ਪ੍ਰੋਗਰਾਮ ਦੇਖ ਰਿਹਾ ਪਰ ਬਹੁਤ ਅੱਛਾ ਲੱਗਾ ਆਪਣੇ ਇੰਡੀਅਨ ਕਮਿਊਨਿਟੀ ਨੇ ਬਹੁਤ ਵਧੀਆ ਕੰਮ ਕੀਤਾ ਹੈ ਧਾਰਮਿਕ ਲੋਕਾਂ ਨੂੰ ਜੋੜਦੇ ਆ ਬਹੁਤ ਵਧੀਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਐਲਏ ਤੋਂ ਹਾਂਜੀ ਤੁਸੀਂ ਆ ਜਾਓ ਇਹ ਕਿਆ ਲਿਆ ਤੁਸੀਂ ਇਹਦਾ ਅੱਛਾ ਪੰਜਾਬੀ ਰੇਡੀਓ ਜੀ ਸਾਡੇ ਸਮਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਸੁਣਦੇ ਹੁੰਦੇ ਸੀ ਪਿੰਡ 'ਚ ਇੱਕ ਰੇਡੀਓ ਹੁੰਦਾ ਸੀ ਹਾਂਜੀ ਕੀ ਕਹਿਣਾ ਚਾਹੁੰਦੇ ਇਸ ਨਗਰ ਕੀਰਤਨ ਦੀ ਖਾਸ ਤੌਰ 'ਤੇ ਅਸੀਂ ਯੂਬਾ ਸਿਟੀ ਦੀ ਧਰਤੀ 'ਤੇ ਹੈਗੇ ਇਸ ਪਵਿੱਤਰ ਧਰਤੀ ਦੇ ਜਿਸ ਧਰਤੀ ਨੂੰ ਇਹ ਮਾਣ ਹਾਸਲ ਹੈ ਪੂਰੀ ਦੁਨੀਆਂ ਦੇ ਵਿੱਚ ਕਿ ਇਹ ਧਰਤੀ ਨਗਰ ਕੀਰਤਨ ਕਰਕੇ ਪੂਰੀ ਦੁਨੀਆਂ ਦੇ ਵਿੱਚ ਜਾਣੀ ਜਾਂਦੀ ਯੂਬਾ ਸਿਟੀ ਦੀ ਧਰਤੀ ਸੋ ਇਸ ਧਰਤੀ ਦੇ ਉੱਤੇ ਪਰਮਾਤਮਾ ਦੀ ਜਿੱਥੇ ਬਖਸ਼ਿਸ਼ ਹੈਗੀ ਹੈ ਉੱਥੇ ਸੰਗਤ ਜਿਹੜੀ ਬਹੁਤ ਜੁੜਦੀ ਹੈ ਇਸ ਮਹਾਨ ਨਗਰ ਕੀਰਤਨ ਜੋ ਕਿ ਹੁਣ ਤਕਰੀਬਨ ਸਮਾਪਤੀ ਵਾਲੇ ਪਾਸੇ ਨੂੰ ਵੱਧ ਰਿਹਾ ਕੀ ਕਹਿਣਾ ਚਾਹੁੰਦੇ ਹਾਂਜੀ ਪਹਿਲਾਂ ਤਾਂ ਮੈਂ ਆਪਣੇ ਚੜ੍ਹਦਾ ਪੰਜਾਬ ਕਲੱਬ ਵੱਲੋਂ 49ਵੇਂ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਦਿੰਦਾ ਅਤੇ ਦੂਜੀ ਗੱਲ ਇਹ ਆ ਇਹ ਨਗਰ ਕੀਰਤਨ ਸਾਰੇ ਹੀ ਦੇਸ਼ਾਂ ਦੇ ਵਿੱਚ ਬਹੁਤ ਹੀ ਅੱਛੀ ਤਰ੍ਹਾਂ ਜਾਣਿਆ ਜਾਂਦਾ ਜਿਹੜਾ ਕਿ ਬਹੁਤ ਹੀ ਮਹਾਨ ਨਗਰ ਕੀਰਤਨ ਹਮੇਸ਼ਾ ਮੈਨੂੰ ਵੀ ਇੱਥੇ 10-15 ਸਾਲ ਤੋਂ ਮੈਂ ਇਸ ਨਗਰ ਕੀਰਤਨ ਦੇ ਵਿੱਚ ਹਮੇਸ਼ਾ ਹੀ ਆਣ ਕੇ ਸੰਗਤਾਂ ਦੇ ਦਰਸ਼ਨ ਕਰਦਾ ਅਤੇ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਮੱਥਾ ਟੇਕਦਾ ਬਾਕੀ ਸਾਰੇ ਲੋਕਾਂ ਨੂੰ ਪਤਾ ਹੈਗਾ ਕਿ ਇਹ ਨਗਰ ਕੀਰਤਨ ਬਹੁਤ ਹੀ ਵਿਸ਼ਾਲ ਨਗਰ ਕੀਰਤਨ ਹੁੰਦਾ ਹੈ ਅਤੇ ਥੈਂਕ ਯੂ ਮਿਹਰਬਾਨੀ ਜੀ ਜਿੱਥੇ ਗੱਲ ਕੀਤੀ ਹੈ ਕਿ ਨਗਰ ਕੀਰਤਨ ਪੂਰੀ ਦੁਨੀਆਂ ਦੇ ਵਿੱਚ ਜਾਣਿਆ ਜਾਂਦਾ ਉਹਦੇ 'ਚ ਮੈਂ ਸਮਝਦਾ ਬਹੁਤ ਵੱਡਾ ਰੋਲ ਮੀਡੀਆ ਦਾ ਵੀ ਹੈਗਾ ਮੀਡੀਆ ਮਤਲਬ ਕਿ ਜਿਵੇਂ ਅਸੀਂ ਜਸ ਪੰਜਾਬੀ ਦੀ ਗੱਲ ਕਰੀਏ ਕਿ ਇਸ ਸਮੇਂ ਜਸ ਪੰਜਾਬੀ ਦੇ ਜ਼ਰੀਏ ਅਮੈਰੀਕਾ ਕਨੇਡਾ ਇੰਗਲੈਂਡ ਯੂਰਪ ਆਸਟ੍ਰੇਲੀਆ ਨਿਊਜ਼ੀਲੈਂਡ ਇੰਡੀਆ ਸਭ ਜਗ੍ਹਾ ਇਹ ਦਿਖਾਇਆ ਜਾ ਰਿਹਾ ਸੋ ਜਿੱਥੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਕਿਰਪਾ ਹੈਗੀ ਆ ਕਿ ਇਹ ਨਗਰ ਕੀਰਤਨ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਉੱਥੇ ਹੀ ਇਹਦੇ 'ਚ ਮੈਂ ਸਮਝਦਾ ਮੀਡੀਆ ਦਾ ਵੀ ਕਾਫੀ ਵੱਡਾ ਹੱਥ ਹੁੰਦਾ ਕਿਉਂਕਿ ਮੀਡੀਆ ਹੀ ਪੂਰੀ ਦੁਨੀਆ ਦੇ ਵਿੱਚ ਦਿਖਾਉਂਦਾ ਪਰ ਕੁਝ ਲੋਕਾਂ ਨੂੰ ਮੀਡੀਆ ਦੀ ਓਨੀ ਅਹਿਮੀਅਤ ਨਹੀਂ ਹੁੰਦੀ ਪਤਾ ਜਾਂ ਸਮਝ ਨਹੀਂ ਹੁੰਦੀ ਪਰ ਫਿਰ ਵੀ ਕਿਤੇ ਨਾ ਕਿਤੇ ਮੀਡੀਆ ਦਾ ਬਹੁਤ ਵੱਡਾ ਹੱਥ ਹੈਗਾ ਅਗਰ ਅਸੀਂ ਇਸ ਨਗਰ ਕੀਰਤਨ ਦੀ ਪੂਰੀ ਦੁਨੀਆ ਦੇ ਵਿੱਚ ਜਾਣ ਪਛਾਣ ਦੀ ਗੱਲ ਕਰੀਏ ਔਰ ਯੂਬਾ ਸਿਟੀ ਦੀ ਇਸ ਧਰਤੀ 'ਤੇ ਪਵਿੱਤਰ ਧਰਤੀ 'ਤੇ ਜਿਹੜੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਵਾਲਾ ਫਲੋਟ ਹੈ ਉਹ ਤਕਰੀਬਨ ਪਤਾ ਲੱਗਿਆ ਕਿ ਉਹ ਗੁਰੂ ਘਰ ਦੇ ਨੇੜੇ ਪਹੁੰਚ ਚੁੱਕਿਆ ਸੋ ਦੇਖਦੇ ਹਾਂ ਜੀ ਇਸ ਗੁਰੂ ਘਰ ਦੇ ਵਿੱਚ ਕੁਛ ਹੋਰ ਰੰਗ ਜਸ ਪੰਜਾਬੀ ਦੇ ਨਾਲ ਜੁੜੇ ਰਹੋ ਜੀ ਤੁਸੀਂ ਸਤਿ ਸ੍ਰੀ ਅਕਾਲ ਜੁਗੋ ਜੁਗ ਟਲ ਚਵਰ ਤਖ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜੁੜੀ ਸੰਗਤ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਨ ਕੋਟਾਨ ਸ਼ੁਕਰ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ
ਭਾਈ ਗੁਰਦਾਸ ਦਾ ਫਰਮਾਨ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ 1469 'ਚ ਇਸ ਨਿਰਮਲ ਪੰਥ ਦੀ ਨੀਂਹ ਰੱਖੀ ਸੀ, ਉਹ ਦਸਾਂ ਜਾਮਿਆਂ ਨੇ ਇਸ ਨੂੰ ਪਾਲਣ ਪੋਸ ਕੇ ਦਸਵੇਂ ਜਾਮੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ ਸੰਪੂਰਨ ਰੂਪ ਦਿੱਤਾ ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਕੀਤਾ ਹੋਇਆ ਤਿਆਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਸਾਨੂੰ ਹੁਕਮ ਅਤੇ ਹਦਾਇਤ ਸਤਿਗੁਰੂ ਕਰ ਗਏ ਹਨ। ਆਗਿਆ ਭਈ ਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਨਾਲ ਨਾਲ ਜੋ ਬਾਣੀ ਨਾਲ ਜੋੜ ਕੇ ਸਤਿਗੁਰੂ ਸਾਨੂੰ ਗੁਰੂ ਦੀ ਪਰਿਭਾਸ਼ਾ ਸਮਝਾਈ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ ਦੇ ਮਹਾਂਵਾਕ ਅਨੁਸਾਰ ਗੁਰਤਾ ਗੱਦੀ ਦੀ ਖੁਸ਼ੀ ਵਿੱਚ ਅਤੇ 39ਵੇਂ ਨਗਰ ਕੀਰਤਨ ਦੀ ਖੁਸ਼ੀ ਦੇ ਵਿੱਚ ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਗੁਰਮਤਿ ਸਮਾਗਮ ਚੱਲ ਰਹੇ, ਜਿਨ੍ਹਾਂ ਦੀ ਅੱਜ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਅਤੇ ਆਪ ਸੰਗਤ ਦੇ ਸਹਿਯੋਗ ਨਾਲ ਉਹ ਸੰਪੂਰਨ ਹੋਇਆ ਹੈ। ਸਤਿਗੁਰੂ ਦਾ ਕੋਟਾਨ ਕੋਟਾਨ ਸ਼ੁਕਰ ਹੈ ਇਸ ਕਲਯੁੱਗ ਦੇ ਸਮੇਂ ਦੇ ਵਿੱਚ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਸ ਆਉਣ ਵਾਲੇ ਸਮੇਂ ਦਾ ਪਤਾ ਸੀ, ਘਰ ਘਰ ਗੁਰੂ ਬਣ ਕੇ ਬੈਠ ਜਾਣਗੇ, ਘਰ ਘਰ ਮੱਥੇ ਟਿਕਾਉਣਗੇ। ਉਨੀ ਲੰਮੀ ਸੋਚ ਤੋਂ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਬਾਣੀ ਨੂੰ ਗੁਰਤਾ ਗੱਦੀ ਦੇ ਕੇ ਸਾਨੂੰ ਹੁਕਮ ਕਰ ਗਏ ਹਨ। ਆਓ ਆਈ ਹੋਈ ਸਾਰੀ ਸੰਗਤ ਦਾ ਦੂਰੋਂ ਨੇੜੋਂ ਚੱਲ ਕੇ ਸਾਰੀਆਂ ਕੈਲੀਫੋਰਨੀਆ, ਅਮੈਰੀਕਾ, ਕੈਨੇਡਾ, ਇੰਗਲੈਂਡ ਤੋਂ ਮੇਰੇ ਵੀਰ ਸਿੱਖ ਚੈਨਲ ਵਾਲੇ ਹੋਰ ਬਥੇਰੀਆਂ ਸੰਗਤਾਂ ਆਈਆਂ ਹਨ, ਸਾਰੀਆਂ ਸੰਗਤਾਂ ਦਾ ਗੁਰੂ ਘਰ ਦੀ ਮੈਨੇਜਮੈਂਟ ਕਮੇਟੀ ਵੱਲੋਂ, ਇਸ ਇਲਾਕੇ ਦੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰੂ ਕਿਰਪਾ ਕਰੇ, ਆਈ ਹੋਈ ਸਾਰੀ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰੇ, ਦਰੋਂ ਕਰੋ ਨਾਮ ਦੀ ਦਾਤ। ਸਤਿਗੁਰੂ ਚੜ੍ਹਦੀ ਕਲਾ ਪਰਿਵਾਰਾਂ ਵਿੱਚ ਬਖਸ਼ੇ, ਗੁਰਸਿੱਖੀ ਜੀਵਨ ਬਖਸ਼ੇ। ਸਤਿਗੁਰੂ ਕਿਰਪਾ ਕਰੇ, ਨਾਲ ਨਾਲ ਜਿੱਥੇ ਆਪ ਸਾਰੀ ਸੰਗਤ ਦਾ ਧੰਨਵਾਦ ਹੈ, ਉੱਥੇ ਸਾਡੇ ਵੀਰ ਜੋ ਜਥੇ ਕੀਰਤਨ ਦੇ ਮਹਾਨ ਜਥੇ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਬੰਬੇ ਵਾਲੇ, ਹਜ਼ੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ ਵਾਲੇ ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਹਰਿਮੰਦਰ ਸਾਹਿਬ ਵਾਲੇ ਭਾਈ ਸਾਹਿਬ ਭਾਈ ਗੁਰਚਰਨ ਹਰਚਰਨ ਸਿੰਘ ਜੀ ਖਾਲਸਾ, ਸਾਰੇ ਜਥਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਨਾਲ ਨਾਲ ਜਿਹੜੇ ਗੁਰੂ ਕੇ ਲੰਗਰ ਸਿੰਘਾਂ ਨੇ ਬਾਹਰ 'ਚ ਸਾਰੇ ਲਾਏ ਹਨ, ਸਾਰੇ ਯੂਨੀਵਰਸਿਟੀ ਦੇ ਵਿੱਚ ਵੀ, ਗੁਰੂ ਘਰ ਦੇ ਵਿੱਚ ਵੀ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਆਪਾਂ ਪ੍ਰਣ ਕਰੀਏ ਕਿ ਆਪਾਂ ਆਪਸ ਵਿੱਚ ਪਿਆਰ, ਗੁਰਸਿੱਖੀ ਜੀਵਨ ਨੂੰ ਅਪਣਾ ਕੇ ਇਹ ਜੋ ਜੀਵਨ ਮਿਲਿਆ ਸਾਨੂੰ, ਸਤਿਗੁਰੂ ਦਾ ਫਰਮਾਨ ਹੈ ਜੋ ਨਾਰੇ ਪੌੜੀ ਤੋਂ ਚੁੱਕੇ ਆਏ ਜਾਏ ਦੁੱਖ ਪਾਏਗਾ, ਇਹ ਸਾਨੂੰ ਇੱਕ ਜੀਵਨ ਦੀ ਪੌੜੀ ਮਿਲੀ ਹੈ। ਇਸ ਦੇ ਵਿੱਚ ਅਸੀਂ ਗੁਰੂ ਦਾ, ਗੁਰੂ ਦੇ ਲੜ ਲੱਗ ਕੇ ਗੁਰੂ ਨਾਮ ਜਪ ਕੇ ਅਸੀਂ ਆਪਣਾ ਜੀਵਨ ਸਫਲਾ ਬਣਾ ਸਕੀਏ। ਅਤੇ ਹੋਰ ਆਓ ਹੁਣ ਅਰਦਾਸ ਹੋਣੀ ਹੈ, ਉਸ ਤੋਂ ਪਹਿਲਾਂ 2-5 ਮਿੰਟ ਵਾਸਤੇ ਸਾਡੇ ਵੀਰ ਸਰਦਾਰ ਗੁਰਨਾਮ ਸਿੰਘ ਜੀ ਪੰਮਾ ਆਪ ਸੰਗਤ ਨੂੰ ਵਧਾਈ ਦੇਣਗੇ ਅਤੇ ਆਈ ਹੋਈ ਸੰਗਤ ਦਾ ਧੰਨਵਾਦ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ੇ ਰਹਿਮਤ ਦਾ ਸਦਕਾ ਆਪ ਸੰਗਤਾਂ ਦੇ ਉੱਦਮ ਉਪਰਾਲੇ ਨਾਲ ਅੱਜ ਜੋ 39ਵਾਂ ਨਗਰ ਕੀਰਤਨ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਸੰਪੂਰਨ ਹੋਇਆ ਹੈ, ਇਸ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਆਪ ਸੰਗਤਾਂ ਨੇ ਸਤਿਗੁਰਾਂ ਦੇ ਚਰਨ ਪਰਸੇ ਹਨ, ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਸੇਵਾਦਾਰਾਂ ਨੇ ਜਿੱਥੇ ਜਿੱਥੇ ਵੀ ਸੇਵਾਵਾਂ ਕੀਤੀਆਂ ਹਨ, ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਵੀ ਸ਼ਰਧਾ ਭਾਵਨਾ ਲੈ ਕੇ ਆਪ ਸੰਗਤਾਂ ਇਸ ਦਰਬਾਰ 'ਤੇ ਪਹੁੰਚੇ ਹੋ, ਗੁਰੂ ਮਹਾਰਾਜ ਕਿਰਪਾ ਕਰਨ, ਆਪ ਦੀ ਸ਼ਰਧਾ ਭਾਵਨਾ ਗੁਰਮਤਿ ਅਨੁਸਾਰ ਪੂਰੀਆਂ ਕਰਨ ਅਤੇ ਆਉਣ ਵਾਲੇ ਸਮੇਂ ਵਾਸਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਆਉਣ ਵਾਲਾ ਜੋ 40ਵਾਂ ਨਗਰ ਕੀਰਤਨ ਹੈ, ਆਪ ਸੰਗਤਾਂ ਇਸ ਸਾਲ ਨਾਲੋਂ ਵੀ ਵੱਧ ਚੜ੍ਹ ਕੇ ਉਹਦੇ ਵਿੱਚ ਹਿੱਸਾ ਪਾਓ ਸੇਵਾਵਾਂ ਵਿੱਚ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ ਜੋ ਮਨੁੱਖਾ ਦੇਹੀ ਆਪਾਂ ਨੂੰ ਅਕਾਲ ਪੁਰਖ ਨੇ ਸਤਿਗੁਰਾਂ ਨੇ ਬਖਸ਼ੀ ਹੈ, ਇਸ ਵਿੱਚ ਨਾਮ ਬਾਣੀ ਦਾ ਸਿਮਰਨ ਕਰਕੇ ਹੀ ਆਪਾਂ ਜੋ ਪ੍ਰਲੋਕ ਵਿੱਚ ਜਾਣਾ ਹੈ ਉੱਥੇ ਸਹਾਈ ਹੋਣਾ ਹੈ। ਬਾਕੀ ਦੁਨਿਆਵੀ ਜੋ ਚੀਜ਼ਾਂ ਵਸਤਾਂ ਹਨ ਉਹ ਤਾਂ ਸਤਿਗੁਰਾਂ ਨੇ ਹਮੇਸ਼ਾ ਹਰ ਇੱਕ ਨੂੰ ਬਖਸ਼ਣੀਆਂ ਹਨ, ਉਹ ਜੀਵ ਜੰਤੂਆਂ ਨੂੰ ਵੀ ਮਹਾਰਾਜ ਬਖਸ਼ਦੇ ਹਨ। ਸੋ ਆਪਾਂ ਮਨੁੱਖਾ ਜਨਮ ਵਿੱਚ ਆਏ ਹਾਂ, ਇਹ ਸਭ ਤੋਂ ਸ੍ਰੇਸ਼ਟ ਜਨਮ ਹੈ ਅਤੇ ਆਪਾਂ ਇਹਦੇ ਵਿੱਚ ਗੁਰੂ ਮਹਾਰਾਜ ਦਾ ਦਾਮਨ ਫੜ ਕੇ, ਗੁਰਬਾਣੀ ਜਪ ਕੇ, ਆਪਣਾ ਗੁਰੂ ਮਹਾਰਾਜ ਨੇ ਸਾਨੂੰ ਹੁਕਮ ਬਖਸ਼ਿਆ ਉਹਦੇ ਮੁਤਾਬਕ, ਆਸ਼ੇ ਦੇ ਮੁਤਾਬਕ ਆਪਾਂ ਜੀਵਨ ਬਿਤਾਈਏ।
ਤਾਂ ਜੋ ਸਾਡੇ ਸਤਿਗੁਰ ਸਾਡੀ ਬੌੜੀ ਕਰਨ, ਸਾਡੀ ਬਾਂਹ ਫੜਨ। ਹੁਣ ਮੈਂ ਬੇਨਤੀ ਕਰਦਾ, ਗੁਰੂ ਘਰ ਦੇ ਪ੍ਰਧਾਨ ਸਾਹਿਬ ਆਪ ਸੰਗਤਾਂ ਦਾ ਧੰਨਵਾਦ ਕਰਨਗੇ 2 ਮਿੰਟ ਵਾਸਤੇ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਇਹਨਾਂ ਰੌਣਕਾਂ ਨੂੰ ਵਧਾਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਾਰੇ ਹੀ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ, ਗੁਰੂ ਘਰ ਦੇ ਸਟਾਫ ਵੱਲੋਂ ਆਪ ਸਾਰਿਆਂ ਨੂੰ 39ਵੇਂ ਨਗਰ ਕੀਰਤਨ ਦੀ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਰਦਾਸ ਹੋਵੇਗੀ, ਉਸ ਤੋਂ ਬਾਅਦ ਆਪ ਸਾਰਿਆਂ ਨੇ ਗੁਰੂ ਦਾ ਹੁਕਮਨਾਮਾ ਸੁਣ ਕੇ ਫਿਰ ਚਾਲੇ ਪਾਉਣੇ ਆ। ਫਿਰ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਤੂੰ ਦਿਆ ਗਏ ਅਰਦਾਸ ਹਮਾਰੀ, ਜੀਓ ਪਿੰਡ ਸਭ ਕਹੋ ਨਾਨਕ ਸਭ। ਅਰਦਾਸ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰਕਾ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰੂ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰੋ ਸ਼੍ਰੀ ਹਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਮ ਨੇ ਦਿਆ ਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤੀਆਂ, ਹੱਟੀਆਂ ਜਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਨਿਡਿਠ ਕੀਤਾ ਤਿੰਨਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿਤ ਆਵੈ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਦ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ, ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀਆਂ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ, ਸਤਿਗੁਰ ਸੱਚੇ ਪਾਤਸ਼ਾਹ ਆਪ ਜੀਆਂ ਦੀ ਮਿਹਰ ਸਦਕਾ ਅੰਮ੍ਰਿਤ ਵੇਲੇ ਤੋਂ 39ਵਾਂ ਮਹਾਨ ਨਗਰ ਕੀਰਤਨ ਆਪ ਜੀਆਂ ਦੀ ਛਤਰ ਛਾਇਆ ਹੇਠ, 5 ਪਿਆਰੇ ਸਹਿਬਾਨਾਂ ਦੀ ਅਗਵਾਈ ਹੇਠ ਸਜਿਆ ਹੈ ਸਤਿਗੁਰੂ ਪਾਤਸ਼ਾਹ ਜੀ। ਇਸ ਵਕਤ ਸਮੁੱਚੇ ਦੀਵਾਨਾਂ ਦੀ ਨਗਰ ਕੀਰਤਨ ਦੀ ਸਮਾਪਤੀ ਹੋਈ ਹੈ, ਸਮੁੱਚੀ ਸੇਵਾ ਨਿਭਾਉਂਦਿਆਂ ਤੂੰ ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਬਖਸ਼ ਲੈਣਾ, ਸ਼ੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ ਸਮਤ ਬਖਸ਼ਣੀ ਸਤਿਗੁਰੂ ਪਾਤਸ਼ਾਹ ਜੀ। ਜੋ ਵੀ ਮਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਆਪ ਜੀਆਂ ਦੇ ਪਵਿੱਤਰ ਚਰਨ ਕਮਲ ਪਰਸੇ ਹਾਜ਼ਰੀਆਂ ਭਰੀਆਂ, ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕੀਤੀਆਂ, ਸਰਬੱਤ ਸੰਗਤਾਂ ਦੀ ਕੀਤੀ ਹੋਈ ਸੇਵਾ ਸਤਿਗੁਰੂ ਪਾਤਸ਼ਾਹ ਜੀ ਥਾਂਏ ਪਾਉਣੀ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਇਸੇ ਤਰ੍ਹਾਂ ਮੇਰਾ ਭਰੇ ਹੱਥ ਰੱਖੋ ਆਪਣੀਆਂ ਸਰਬੱਤ ਸੰਗਤਾਂ ਨੂੰ ਪਿਆਰ ਇਤਫਾਕ ਬਖਸ਼ਦਿਆਂ ਸਤਿਗੁਰੂ ਪਾਤਸ਼ਾਹ ਜੀ। ਅਗਲਾ ਮਹਾਨ ਨਗਰ ਕੀਰਤਨ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਮਨਾਉਣ ਦਾ ਬਲ ਉਦਮ ਬਖਸ਼ਣਾ, ਇਸ ਵਕਤ ਕਿਰਪਾ ਕਰੋ
ਸਰਬੱਤ ਸੰਗਤਾਂ ਨੂੰ ਇਲਾਹੀ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਸੁੱਖ ਹੋਵੇ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਹੋ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਨਾ, ਮੇਰੇ ਸਭੋ ਦੁੱਖ ਗਵਾਏ ਜੀਓ, ਸਤਨਾਮ ਵਾਹਿਗੁਰੂ ਸਾਹਿਬ ਜੀਓ। ਟੋਡੀ ਮਹੱਲਾ ਪੰਜਵਾਂ, ਪ੍ਰਭ ਜੀ ਮਿਲ ਮੇਰੇ ਪ੍ਰਾਣ, ਬਿਸਰ ਨਹੀਂ ਨਿਮਕ ਹੀਰੇ ਤੇ, ਆਪਣੇ ਭਗਤ ਕੋ ਪੂਰਨ ਦਾਨ। ਪ੍ਰਭ ਜੀ ਮਿਲ ਮੇਰੇ ਪ੍ਰਾਣ, ਬਿਸਰ ਨਾਹੀਂ ਨਿਮਕ ਹੀਰੇ ਤੇ, ਆਪਣੇ ਭਗਤ ਕੋ ਪੂਰਨ ਦਾਨ। ਰਹਾਉ ਖੋਵੋ ਭਰਮ ਰਾਖ ਮੇਰੇ ਪ੍ਰੀਤਮ, ਅੰਤਰ ਜਾਮੀ ਸੁਗੜ ਸੁਜਾਨ, ਕੋਟ ਰਾਜ ਨਾਮ ਧਨ ਮੇਰੇ, ਅੰਮ੍ਰਿਤ ਦ੍ਰਿਸ਼ਟ ਧਾਰੋ ਪ੍ਰਭ ਮਾਨ, ਆਠ ਪਹਿਰ ਰਸਨਾ ਗੁਣ ਗਾਵੇ, ਜਸ ਪੂਰ ਅਕਾਵੈ ਸਮਰੱਥ ਕਾਣ, ਤੇਰੀ ਸ਼ਰਨ ਜੀਅਨ ਕੇ ਦਾਤੇ, ਸਦਾ ਸਦਾ ਨਾਨਕ ਕੁਰਬਾਨ। ਆਠ ਪਹਿਰ ਰਸਨਾ ਗੁਣ ਗਾਵੈ, ਜਸ ਪੂਰ ਅਕਾਵੈ ਸਮਰੱਥ ਕਾਣ, ਤੇਰੀ ਸ਼ਰਨ ਜੀਅਨ ਕੇ ਦਾਤੇ, ਸਦਾ ਸਦਾ ਨਾਨਕ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਮੁਬਾਰਕਾਂ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੋਲੀ ਅੱਡ ਕੇ ਅਰਦਾਸ ਕਰੋ ਸੱਚੇ ਪਾਤਸ਼ਾਹ, ਜਿਵੇਂ ਇਹ 39ਵਾਂ ਮਹਾਨ ਨਗਰ ਕੀਰਤਨ ਆਪ ਜੀਆਂ ਦੀ ਮਿਹਰ ਸਦਕਾ ਬੜੇ ਪਿਆਰ ਨਿਮਰਤਾ ਦੇ ਨਾਲ ਹੋਇਆ। ਸਤਿਗੁਰੂ 40ਵਾਂ ਵੀ ਨਗਰ ਕੀਰਤਨ ਕਿਰਪਾ ਕਰੀ ਆਪਣੇ ਚਰਨਾਂ ਕਮਲਾਂ ਦੇ ਵਿੱਚ ਆਪਣਾ ਪਿਆਰ ਬਖਸ਼ਦਿਆਂ, ਸਰਬੱਤ ਸੰਗਤਾਂ ਨੂੰ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਦਿਆਂ ਸਤਿਗੁਰੂ ਇਸੇ ਤਰ੍ਹਾਂ ਸਜਾ ਲੈਣੇ। ਆਪ ਸਾਰੀਆਂ ਸੰਗਤਾਂ ਨੂੰ ਇੱਕ ਵਾਰੀ ਫਿਰ ਲੱਖ ਲੱਖ ਵਧਾਈਆਂ ਮੁਬਾਰਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਹਿਬ ਜੀਓ। ਦੋਸਤੋ ਮੈਂ ਸਮਝਾਂਗਾ ਇੱਕ ਵਾਰੀ ਫਿਰ ਮੁੜ ਕੇ ਆਖਰੀ ਪਲਾਂ ਦੇ ਵਿੱਚ ਤੁਹਾਡੇ ਕੋਲ ਵਾਪਸ ਆਏ ਹਾਂ, ਜਿੱਥੇ ਮੈਂ ਸਮਝਾਂਗਾ ਕਿ ਅਰਦਾਸ ਹੋ ਚੁੱਕੀ ਹੈ ਫਲੋਟ ਦੇ ਉੱਤੇ ਔਰ ਸਾਧ ਸੰਗਤ ਦੀ ਸਮੁੱਚੀ ਹਾਜ਼ਰੀ ਦੇ ਵਿੱਚ ਧੰਤਾਂ ਦੇ ਪਾਤਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਸਾਂ ਗੁਰੂਆਂ ਦੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਨ ਜਿਹੜਾ ਉਹ ਹੋਣ ਜਾ ਰਿਹਾ ਹੈ। ਮੈਂ ਇਹ ਸਮਝਾਂਗਾ ਕਿ ਇਹ ਯਾਦਗਾਰੀ ਪਲ ਜਿਹੜੇ ਤੁਸੀਂ ਲਗਭਗ ਮੈਂ ਸਮਝਾਂਗਾ 8.5 ਘੰਟੇ ਅੱਜ ਜਸ ਪੰਜਾਬੀ ਦੇ ਉੱਤੇ ਨਿਰੰਤਰ ਲਗਾਤਾਰ ਜਿਹੜਾ ਹੈ ਉਹ ਚਲਾਇਆ। ਸਾਡੀ ਸਮੁੱਚੀ ਟੀਮ ਜਿਹੜੀ ਨਿਊਯਾਰਕ ਬੈਠੀ ਹੈ ਔਰ ਖਾਸ ਤੌਰ 'ਤੇ ਸਮੁੱਚੀ ਟੀਮ ਜਿਹੜੀ ਬਕਾਇਦਾ ਤੌਰ 'ਤੇ ਗਰਾਊਂਡ ਲੈਵਲ ਦੇ ਵਿੱਚ ਯੂਨੀਵਰਸਿਟੀ ਟੈਰਾਬੀਨਾ ਗੁਰੂ ਘਰ ਤੋਂ ਜਿਹੜਾ 9.5 ਘੰਟੇ ਲਾਈਵ ਕੀਤਾ ਗੁਸਤਾਖੀ ਮਾਫ ਅਸੀਂ 1 ਘੰਟਾ ਘੱਟ ਹੋ ਗਏ, 9.5 ਘੰਟੇ ਲਗਾਤਾਰ ਇਸ ਨਗਰ ਕੀਰਤਨ ਨੂੰ ਲਾਈਵ। ਮੈਂ ਸਮਝਾਂਗਾ 9.5 ਘੰਟੇ ਕੋਈ ਪ੍ਰੋਗਰਾਮ ਦੇਖਿਆ ਨਹੀਂ ਜਾਂਦਾ, ਪਰ ਇਹ ਤੁਹਾਡਾ ਬਹੁਤ ਵੱਡਾ ਦਿਲ ਅਤੇ ਅਕੀਦਾ ਸੀ ਕਿ ਤੁਸੀਂ 9.5 ਘੰਟੇ ਇਸ ਪ੍ਰੋਗਰਾਮ ਦੇ ਨਾਲ ਸਵੇਰ ਤੋਂ ਲੈ ਕੇ ਜਿਹੜੇ ਆ ਉਹ ਜੁੜੇ ਰਹੇ ਹਾਂ ਔਰ ਸਾਡੀ ਟੀਮ ਜਿਹੜੀ ਆ ਉਹ ਹਾਲੇ ਉੱਥੇ ਵਾਲੀ ਟੀਮ ਜਿਹੜੀ ਅਜੇ ਫਰੀ ਨਹੀਂ ਹੋਏਗੀ ਕਿਉਂਕਿ ਅੰਦਰ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸੁੱਖ ਆਸਨ ਹੋਣਾ ਉਸ ਦੇ ਨਾਲ ਨਾਲ ਸ਼ਬਦ ਚੱਲਣਾ ਅਤੇ ਮੇਰਾ ਖਿਆਲ ਹੈ ਕਿ ਅਸੀਂ ਬੋਲਦਿਆਂ ਨੇ ਸਟੂਡੀਓ ਦੇ ਵਿੱਚੋਂ ਜੇਕਰ ਸਾਡੇ ਕੋਲੋਂ ਕੋਈ ਭੁੱਲ ਗਲਤੀ ਹੋਈ ਹੋਵੇ ਕੋਈ ਸ਼ਬਦ ਗਲਤ ਬੋਲਿਆ ਗਿਆ ਹੋਵੇ ਤਾਂ ਅਸੀਂ ਵੀ ਖਿਮਾ ਦੇ ਜਾਚਕ ਹੈ ਔਰ ਨਾਲ ਦੀ ਨਾਲ ਮੈਂ ਸਮਝਾਂਗਾ ਕਿ ਸ਼ਬਦ ਚੱਲੇਗਾ ਔਰ ਸੰਗਤ ਜਿਹੜੀ ਆ ਉਹ ਨਾਲ ਨਾਲ ਜਾਏਗੀ ਔਰ ਇਹ ਗੁਰੂ ਘਰ ਦੇ ਅੰਦਰ ਸੁੱਖ ਆਸਨ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਬਕਾਇਦਾ ਤੌਰ ਦੇ ਉੱਤੇ ਜਿਹੜਾ ਹੈ ਉਹ ਹੋ ਜਾਏਗਾ ਔਰ ਅੱਜ ਦਾ ਇਹ ਯਾਦਗਾਰੀ ਪਲ ਅੱਜ ਲੱਖਾਂ ਲੋਕ ਜਿਹੜੇ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਸਕੇ ਸੰਬੰਧੀਆਂ ਦੇ ਨਾਲ ਮੈਂ ਸਮਝਾਂਗਾ ਕਿ ਜ਼ਿੰਦਗੀ ਦੇ ਯਾਦਗਾਰੀ ਪਲ ਜਿਹੜੇ ਆ ਉਹ ਇੱਕ ਯਾਦਾਂ ਦੇ ਰੂਪ ਦੇ ਵਿੱਚ ਛੱਡਦੇ ਔਰ ਆਪਣੇ ਮਨ ਦੇ ਵਿੱਚ ਉਹ ਯਾਦਾਂ ਦੇ ਪਲ ਲੈ ਕੇ ਜਾਂਦੇ। ਇਸ ਗੱਲ ਨੂੰ ਜ਼ਰੂਰ ਕਹਿਣਗੇ ਕਿ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਔਰ ਸੱਚੇ ਪਾਤਸ਼ਾਹ ਸਭ ਨੂੰ ਤੰਦਰੁਸਤੀ ਔਰ ਅਸੀਸ ਬਖਸ਼ੇ ਔਰ ਜਿਸ ਢੰਗ ਦੇ ਨਾਲ ਮੈਂ ਸਮਝਾਂਗਾ ਕਿ ਭਾਈ ਸਾਹਿਬ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੱਕਿਆ ਔਰ ਚੌਰ ਸਾਹਿਬ ਪਿੱਛੇ ਹੋ ਰਿਹਾ ਔਰ ਨਾਲ ਦੀ ਨਾਲ ਜਿਹੜਾ ਹੈ ਉਹ ਸ਼ਬਦ ਵੀ ਜ਼ਰੂਰ ਚੱਲੇਗਾ ਔਰ ਸੁੱਖ ਆਸਨ ਹੋਏਗਾ। ਅਰਦਾਸ ਤੋਂ ਉਪਰੰਤ ਅਸੀਂ ਕਲੋਜ਼ਿੰਗ ਵਾਲੇ ਪਾਸੇ ਨੂੰ ਜਿਹੜਾ ਉਹ ਵਧਾਂਗੇ। ਤੁਹਾਡਾ ਵੀ ਜੁੜਨ ਦਾ ਧੰਨਵਾਦ, ਸਾਡੇ ਕੋਲ ਲਫਜ਼ ਨਹੀਂ ਕਿ ਜਿਸ ਢੰਗ ਦੇ ਨਾਲ ਦੁਨੀਆ ਦੀ ਨੁੱਕਰ ਨੁੱਕਰ ਦੇ ਵਿੱਚੋਂ ਤੁਸੀਂ ਸਾਡੇ ਨਾਲ ਜਿਹੜੇ ਉਹ ਜੁੜੇ ਰਹੇ ਔਰ ਇਸ ਪ੍ਰੋਗਰਾਮ ਨੂੰ ਇੱਕ ਯਾਦਗਾਰੀ ਪ੍ਰੋਗਰਾਮ ਵਜੋਂ ਉਸਾਰਿਆ। ਔਰ ਇਹ ਜ਼ਰੂਰ ਕਹਾਂਗਾ ਕਿ ਹਰ ਸਾਲ ਹੀ ਘੱਟੋ ਘੱਟ ਇਹ ਗੱਲ ਹੁੰਦੀ ਹੈ ਕਿ ਕੁਝ ਨਾ ਕੁਝ ਨਵਾਂ ਸਿੱਖਿਆ ਜਾਵੇ, ਕੁਝ ਨਾ ਕੁਝ ਨਵਾਂ ਕੀਤਾ ਜਾਵੇ, ਕੁਝ ਨਾ ਕੁਝ ਆਪਣੀ ਕੌਮ ਕਮਿਊਨਿਟੀ ਵਾਸਤੇ ਜਿਹੜਾ ਉਹ ਮੀਡੀਆ ਦੇ ਜ਼ਰੀਏ ਨਵੀਆਂ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰ ਆਉਣ। ਸੋ ਗੁਰੂ ਗ੍ਰੰਥ ਸਾਹਿਬ ਜੀ ਛਤਰ ਕਰਨੀ ਕਿੱਥੇ ਇੱਥੇ ਦੱਸੂਗੇ ਹੁਣ ਦੱਸੂਗੇ ਇੱਥੇ ਕਰਨੀ ਇੱਥੇ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੈਮਰਾ ਸੈੱਟ ਕਰ ਲਓ ਆਈਫੋਨ ਦੀਨ ਦੁਨੀਆ ਵਾਲੀ ਪਾਤਸ਼ਾਹ ਜੀ ਆਪਣੇ ਨਿੱਜੀ ਸਥਾਨ ਵੱਲ ਆ ਰਹੇ ਨੇ। ਪੰਜਾਂ ਪਿਆਰਿਆਂ ਦੇ ਸਤਿਗੁਰੂ ਸਹਿਬਾਨ ਜੀ ਦੇ ਅਗਲ ਸਤਿਕਾਰ ਦੇ ਵਿੱਚ ਆਉਣ ਸਤਿਕਾਰਾਂ ਦੇ ਨਾਲ ਆਪਾਂ ਦੂਜੇ ਪਾਰੀਏ ਬੋਲੋ ਈਸ਼ਾ
ਸਤਿਗੁਰੂ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਉੜ ਧੰਨ ਧੰਨ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਸਰੂਪ ਸਾਹਿਬ ਜੀ ਨੂੰ ਸਤਿਗੁਰੂ ਆਪ ਜੀ ਨਿੱਜ ਸਥਾਨਾਂ 'ਤੇ ਲੈ ਕੇ ਆਏ ਰਸਤੇ ਪਿੰਡ ਵਿੱਚ ਲਿਆਉਂਦਿਆਂ ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਬਖਸ਼ ਲੈਣ ਆਪਣੀਆਂ ਸੰਗਤਾਂ ਦੇ ਸਿਰ 'ਤੇ ਮੇਰਾ ਭਰੇ ਹੱਥ ਰੱਖੋ ਗੁਰਸਿੱਖੀ ਜੀਵਨ ਨਾਮ ਦੀ ਦਾਤ ਚੜ੍ਹਦੀ ਕਲਾ ਦੀ ਦਾਤ ਬਖਸ਼ੋ ਸਤਿਗੁਰੂ ਪਾਤਸ਼ਾਹ ਖੁਸ਼ੀਆਂ ਦੀ ਦਾਤ ਬਖਸ਼ੋ ਜੀ ਸੁੱਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਬੋਲੇ ਰਹੀ ਹੈ ਔਰ ਮੈਂ ਜ਼ਰੂਰ ਕਹਾਂਗਾ ਕਿ ਇੱਕ ਟੀਮ ਜਿਹੜੀ ਹੈ ਉਹ ਵੀ ਮਿਲ ਕੇ ਤੁਹਾਨੂੰ ਜ਼ਰੂਰ ਉੱਥੇ ਦਰਸ਼ਨ ਦੇਵੇਗੀ ਵੀ ਜਦ ਤੁਹਾਡੇ ਦਰਸ਼ਨ ਕਰੇਗੀ ਸੁੱਖ ਆਸਨ ਹੋ ਚੁੱਕਾ ਸਾਰਾ ਕੁਛ ਅੰਤਿਮ ਜਿਹੜਾ ਇੱਕ ਪੜਾਅ ਹੈ ਉਹ ਬੀਤ ਚੁੱਕਾ ਇਸ ਵੇਲੇ ਔਰ ਨਵੀਨ ਜੀ ਬਹੁਤ ਇੱਕ ਯਾਦਗਾਰੀ ਮੈਂ ਸਮਝਾਂਗਾ ਕਿ ਮੈਮੋਰੀਅਲ ਪ੍ਰੋਗਰਾਮ ਇਹ ਸੀ ਮੈਮਰੀ ਵਾਲਾ ਔਰ ਇਸ ਗੱਲ ਦੇ ਵਿੱਚ ਕੋਈ ਦੋਰਾਵਾਂ ਨਹੀਂ ਕਿ ਇੰਨੇ ਘੰਟੇ ਲਗਾਤਾਰ ਸਾਡੇ ਵੱਲੋਂ ਵੀ ਇੱਥੋਂ ਵੀ ਲਾਈਵ ਕੀਤਾ ਗਿਆ ਪਰ ਕੋਈ ਵੀ ਬੈਠਿਆਂ ਦੇ ਉੱਤੇ ਸਾਨੂੰ ਇਹ ਕੋਈ ਥਕਾਵਟ ਜਾਂ ਕੋਈ ਮਹਿਸੂਸ ਨਹੀਂ ਹੋਇਆ ਨਾ ਬੋਰੀਅਤ ਹੋਈ ਕਿ ਅਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹਾਂ ਪਰ ਮੈਂ ਸਮਝਾਂਗਾ ਕਿ ਇਹ ਗੁਰੂ ਸਾਹਿਬ ਦਾ ਵੋਟ ਆਸਰਾ ਹੈ ਔਰ ਚੰਦ ਪਲਾਂ ਦੇ ਵਿੱਚ ਸਾਡੀ ਟੀਮ ਜਿਹੜੀ ਹੈ ਉਹ ਬਾਹਰ ਤੁਹਾਨੂੰ ਬਾਹਰ ਦਾ ਇੱਕ ਜਾਇਜ਼ਾ ਜਿਹੜਾ ਛੋਟਾ ਜਿਹਾ ਦੱਸ ਕੇ ਅਤੇ ਅਸੀਂ ਤੁਹਾਡੇ ਕੋਲੋਂ ਫਿਰ ਚਾਰ ਸ਼ਬਦਾਂ ਦੇ ਨਾਲ ਜ਼ਰੂਰ ਜਿਹੜਾ ਹੈ ਉਹ ਮੁੜ ਕੇ ਵਾਪਸ ਅਸੀਂ ਪਰਤਣਾ ਹੈ ਜਿੱਥੇ ਇੱਥੇ ਅਜੇ ਸਮੁੱਚੀ ਸੰਗਤ ਅਤੇ ਸਮੁੱਚਾ ਹਜ਼ੂਮ ਜਿਹੜਾ ਉਹ ਬਾਹਰ ਹੀ ਭਰਿਆ ਹੋਇਆ ਅਤੇ ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇੱਕ ਐਨ ਵਧੀਆ ਢੰਗ ਦੇ ਨਾਲ ਜਿਹੜਾ ਹੈ ਉਹ ਅਜੇ ਲੁਕਾਈ ਉੱਥੇ ਹੈ ਉਹਨਾਂ ਨੇ ਲੰਗਰ ਛਕਣੇ ਨੇ ਆਪਣੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਮਿਲਣਾ ਔਰ ਕੱਲ੍ਹ ਤੱਕ ਇੱਥੇ ਇਸੇ ਤਰ੍ਹਾਂ ਮਹਿਮਾ ਮਹਿਮੀ ਗਹਿਮਾ ਗਹਿਮੀ ਅਤੇ ਰੌਣਕ ਜਿਹੜੀ ਹੈ ਉਹ ਬਕਾਇਦਾ ਤੌਰ ਦੇ ਉੱਤੇ ਬਣੀ ਰਹੇਗੀ ਔਰ ਮੈਂ ਇਸ ਜ਼ਰੂਰ ਕਹਾਂਗਾ ਕਿ ਜੇਕਰ ਕਿਸੇ ਕਵਾਇਤ ਦੇ ਨਾਲ ਕੋਈ ਗੱਲ ਕਰਨੀ ਹੋਵੇ ਜਾਂ ਕਿਸੇ ਢੁੱਕਵੇਂ ਅੰਦਾਜ਼ੇ ਨਾਲ ਕੋਈ ਗੱਲ ਹੋਵੇ ਤਾਂ ਉਹ ਹੋਰ ਵੀ ਸੁਹਾਵਣੀ ਜਿਹੜੀ ਹੈ ਉਹ ਬਣ ਜਾਂਦੀ ਹੈ ਅੱਜ ਜਿਸ ਢੰਗ ਨਾਲ ਜਸ ਪੰਜਾਬੀ ਇੱਕੋ ਇੱਕ ਵਾਹਦ ਚੈਨਲ ਸੀ ਜਿਸ ਨੇ 9.5 ਘੰਟੇ ਲਾਈਵ ਜਿਹੜੀ ਹੈ ਉਹ ਫੀਡ ਦਿੱਤੀ ਵਰਲਡ ਵਾਈਡ ਦੁਨੀਆ ਦੇ ਵਿੱਚ ਹਰ ਪਲੇਟਫਾਰਮ ਦੇ ਉੱਤੇ ਅਸੀਂ ਉਪਲਬਧ ਹਾਂ ਔਰ ਹਰ ਜਗ੍ਹਾ ਦੇ ਉੱਤੇ ਅਸੀਂ ਇਸ ਨੂੰ ਲਾਈਵ ਫੀਡ ਦੇ ਕੇ ਲੋਕਾਂ ਦੇ ਵਿੱਚ ਮੈਂ ਸਮਝਾਂਗਾ ਕਿ ਇੱਕ ਧਰਮ ਪ੍ਰਚਾਰ ਦੀ ਗੱਲ ਹੋਈ ਹੈ ਇੱਕਜੁੱਟਤਾ ਦੀ ਗੱਲ ਹੋਈ ਹੈ ਜਿਨ੍ਹਾਂ ਲੋਕਾਂ ਨੇ ਜ਼ਿੰਦਗੀ ਦੇ ਵਿੱਚ ਕਦੇ ਇਸ ਰੂਪ ਦੇ ਵਿੱਚ ਨਗਰ ਕੀਰਤਨ ਦਾ ਹਰ ਪੱਖ ਹਰ ਨੁੱਕਰ ਹਰ ਚੀਜ਼ ਨਹੀਂ ਦੇਖੀ ਸੀ ਅੱਜ ਦੇ ਨਗਰ ਕੀਰਤਨ ਦੇ ਵਿੱਚ ਉਹਨਾਂ ਲੋਕਾਂ ਨੇ ਉਹ ਚੀਜ਼ਾਂ ਦੇਖੀਆਂ ਨਵੀਨ ਜੀ ਕੀ ਕਹਿਣਾ ਚਾਹੋਗੇ ਤੁਹਾਡਾ ਕੀ ਪ੍ਰਤੀਕਰਮ ਹੈ ਇਹਦੇ ਉੱਤੇ ਮੈਂ ਕਹਾਂਗੀ ਇੱਕ ਯਾਦਗਾਰੀ ਪਲ ਹੈ ਸਾਡੇ ਲਈ ਆਪਣੇ ਸਾਡੇ ਚੈਨਲ ਦੇ ਲਈ ਔਰ ਜਿਹੜੀ ਸੰਗਤ ਹੈ ਜਿਹੜੀ ਸੰਗਤ ਉੱਥੇ ਮੌਜੂਦ ਸੀ ਉਹਨਾਂ ਸਭ ਦੇ ਲਈ ਵੀ ਇੱਕ ਮੀਡੀਆ ਦੇ ਲਈ ਵੀ ਇੱਕ ਯਾਦਗਾਰੀ ਪਲ ਹੈ ਔਰ ਇੱਕ ਤੁਹਾਡਾ ਸਭ ਦਾ ਸਤਿਕਾਰ ਤੁਹਾਡਾ ਸਭ ਦਾ ਸਹਿਯੋਗ ਇਹਦੇ ਵਿੱਚ ਸਾਨੂੰ ਮਿਲਿਆ ਔਰ ਅਸੀਂ ਇਹ ਕਹਿੰਦੇ ਕਿ ਸਾਡੇ ਕਰੋੜਾਂ ਦਰਸ਼ਕਾਂ ਨੇ ਵਰਲਡ ਵਾਈਡ ਇਸ ਲਾਈਵ ਟੈਲੀਕਾਸਟ ਨੂੰ ਦੇਖਿਆ ਇਹ ਸਾਡੇ ਲਈ ਵੀ ਇੱਕ ਬੜੀ ਮਤਲਬ ਅਪੋਰਚੁਨਿਟੀ ਹੈ ਔਰ ਸਾਡੇ ਲਈ ਵੀ ਬੜਾ ਅੱਛਾ ਮੌਕਾ ਸੀ ਇਸ ਸੰਗਤ ਦੀ ਇਸ ਪੰਥ ਦੀ ਸੇਵਾ ਕੀਤੀ ਔਰ ਸਾਡੇ ਲਈ ਬਹੁਤ ਯਾਦਗਾਰੀ ਪਲ ਰਿਹਾ ਬਿਲਕੁਲ ਬਿਲਕੁਲ ਮੈਂ ਕਹਾਂਗਾ ਸ਼ਾਇਦ ਇਸ ਤਰ੍ਹਾਂ ਦੀਆਂ ਮੂਮੈਂਟਸ ਜਿਹੜੀਆਂ ਨੇ ਉਹ ਕਦੇ ਬਣਦੀਆਂ ਨੇ ਔਰ ਇਹਨਾਂ ਚੀਜ਼ਾਂ ਤੋਂ ਬੜਾ ਕੁਛ ਜਿਹੜਾ ਹੈ ਉਹ ਸਿੱਖਣ ਨੂੰ ਮਿਲਦਾ ਔਰ 39 ਵਰ੍ਹਿਆਂ ਦਾ ਇੱਕ ਬਹੁਤ ਮਾਣ ਮੱਤਾ ਇਤਿਹਾਸ ਹੈ 39ਵਾਂ ਨਗਰ ਕੀਰਤਨ ਇਹ ਇਹ ਇੱਕ ਹਿਸਟੋਰੀਕਲ ਹੈ ਔਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਿਹੜੇ ਗਰਾਊਂਡ ਲੈਵਲ ਦੇ ਉੱਤੇ ਸਾਡੇ ਸੱਜਣ ਜਿਹੜੇ ਨੇ ਉੱਥੇ ਵੀ ਕੰਮ ਕਰ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਦੀਪਕ ਧਮਾਨ ਬਕਾਇਦਾ ਤੌਰ 'ਤੇ ਉੱਥੇ ਅਗਵਾਈ ਕਰ ਰਹੇ ਨੇ ਦਲਵੀਰ ਸਿੰਘ ਹੈ ਔਰ ਜਿਹੜੇ ਸੁਖਦੀਪ ਸਿੰਘ ਹੈ
ਔਰ ਇਹ ਸਾਰੇ ਜਿਹੜੇ ਨੇ ਉਹ ਵਧੀਆ ਢੰਗ ਨਾਲ ਜਿਹੜੀ ਉਹ ਅਗਵਾਈ ਕਰ ਰਹੇ ਨੇ ਔਰ ਸਵੇਰ ਤੋਂ ਮੈਂ ਹਰਵਿੰਦਰ ਰਿਆਟ ਔਰ ਤੁਹਾਡੇ ਨਾਲ ਅਕਸਰ ਪ੍ਰੋਗਰਾਮਾਂ ਦੇ ਵਿੱਚ ਬਣੀਦਾ ਔਰ ਮੇਰੇ ਨਾਲ ਨਵੀਨ ਸ਼ਰਮਾ ਜਿਹੜੇ ਆ ਉਹ ਬਕਾਇਦਾ ਤੌਰ ਦੇ ਉੱਤੇ ਸਟੂਡੀਓ ਦੇ ਵਿੱਚੋਂ ਅਸੀਂ ਤੁਹਾਡੇ ਨਾਲ ਇੱਕ ਕੜੀ ਦੇ ਰੂਪ ਦੇ ਵਿੱਚ ਇਹਨਾਂ ਪਲਾਂ ਨੂੰ ਜੋੜਨ ਵਾਸਤੇ ਇਹਨਾਂ ਮੈਮਰੀਜ਼ ਨੂੰ ਜੋੜਨ ਵਾਸਤੇ ਤੁਹਾਡੇ ਨਾਲ ਅਸੀਂ ਵਕਾਇਦਾ ਤੌਰ ਦੇ ਉੱਤੇ ਜਿਹੜੇ ਹੈਗੇ ਆ ਉਹ ਪਹੁੰਚੇ ਹਾਂ ਔਰ ਨਾਲ ਦੀ ਨਾਲ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਿੱਥੇ ਸਾਡੇ ਟੈਕਨੀਕਲ ਸਟਾਫ ਦੇ ਵਿੱਚ ਮਤਲਬ ਜਿਮੀ ਸਿੰਘ ਜਿਹਨੂੰ ਅਸੀਂ ਅਕਸਰ ਕਹਿ ਦਿੰਦੇ ਹਾਂ ਉਹਨੇ ਆਪਣੀ ਜਿਹੜੀ ਬੜੀ ਸਾਰਥਕ ਭੂਮਿਕਾ ਨਿਭਾਈ ਕਿਉਂਕਿ ਉਹ ਵੀ 9-10 ਘੰਟੇ ਤੋਂ ਵਿਹਲਾ ਹੋ ਕੇ ਉਹਦੇ ਵੀ ਚਿਹਰੇ ਦੇ ਉੱਤੇ ਜ਼ਰੂਰ ਰੌਣਕ ਆਏਗੀ ਕਿਉਂਕਿ ਮੈਂ ਸਮਝਾਂਗਾ ਕਿ ਇੰਨੇ ਸਿਸਟਮ ਦੇ ਉੱਤੇ ਧਿਆਨ ਇੰਨਾ ਕੇਂਦਰਿਤ ਹੁੰਦਾ ਕਿ ਕੋਈ ਵੀ ਬਟਨ ਜਿਹੜਾ ਹੈ ਉਹ ਇੱਕ ਵੀ ਬਟਨ ਇੱਧਰ ਉੱਧਰ ਨਹੀਂ ਜਾਣਾ ਚਾਹੀਦਾ ਸਾਡੀ ਟੀਮ ਦੇ ਸਹਿਯੋਗੀ ਮੈਂਬਰ ਜਗਤਾਰ ਜੱਗੀ ਉਹਨਾਂ ਦੀ ਬੜੀ ਅੱਛੀ ਭੂਮਿਕਾ ਜਿਹੜੀ ਹੈ ਉਹ ਰਹੀ ਜਿਨ੍ਹਾਂ ਨੇ ਹਰ ਨੁੱਕਰ ਹਰ ਖੂੰਜੇ ਨੂੰ ਹਰ ਚੀਜ਼ ਨੂੰ ਜਿਹੜਾ ਹੈ ਉਹ ਕੈਦ ਕੀਤਾ ਉੱਥੇ ਔਰ ਜਿੱਥੇ ਮੈਂ ਸਮਝਾਂਗਾ ਕਿ ਸਵੇਰ ਤੋਂ ਤਕਰੀਬਨ 8:30-9 ਵਜੇ ਤੋਂ ਫੈਨੀ ਗੌਰ ਸੰਧੂ ਔਰ ਸਾਡੇ ਜਿਹੜੇ ਪ੍ਰੋਡਕਸ਼ਨ ਦੇ ਮਾਰਕੀਟਿੰਗ ਦੇ ਹੈੱਡ ਹੈ ਔਰ ਉਹ ਅਸ਼ਮਤਾ ਜੋਗੀ ਰਾਜ ਉਹ ਨੇ ਵੀ ਆਪਣੀ ਆਪਣੀ ਜਿਹੜੀ ਜ਼ਿੰਮੇਵਾਰੀ ਸੀ ਉਹ ਸਟੂਡੀਓ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਨਿਭਾਈ ਔਰ ਮੈਂ ਸਮੁੱਚੀ ਟੀਮ ਦਾ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਮੈਂ ਧੰਨਵਾਦ ਕਰਦਾ ਔਰ ਖੁਦ ਮੈਂ ਕਹਾਂਗਾ ਕਿ ਜਦੋਂ ਅਸੀਂ ਕੰਮ ਕਰਨ ਲੱਗਦੇ ਹਾਂ ਤਾਂ ਸਾਡੇ ਵਿੱਚ ਕੋਈ ਵੱਡਾ ਨਹੀਂ ਹੁੰਦਾ ਕੋਈ ਛੋਟਾ ਨਹੀਂ ਹੁੰਦਾ ਕਿਉਂਕਿ ਇੱਕ ਕੜੀ ਬਣਾ ਕੇ ਇੱਕ ਸਹਿਯੋਗ ਬਣਾ ਕੇ ਜਿਹੜਾ ਹੈ ਉਹ ਪ੍ਰੋਗਰਾਮ ਕਰਨਾ ਪੈਂਦਾ ਆਓ ਇੱਕ ਵਾਰੀ 4 ਸ਼ਬਦ ਲੈ ਚੱਲਦੇ ਹਾਂ ਅਸੀਂ ਆਪਣੀ ਉਸ ਟੀਮ ਦੇ ਵੱਲ ਨਜ਼ਰ ਮਾਰਨ ਵਾਸਤੇ ਯੂਬਾ ਸਿਟੀ ਭਾਵ ਕਿ ਟਰਾਬੀਨਾ ਗੁਰੂ ਘਰ ਦੇ ਬਿਲਕੁਲ ਸਾਹਮਣੇ ਜਿੱਥੇ ਕਿ ਅਜੇ ਉਹਨਾਂ ਨੇ ਸਮਾਨ ਸਮੇਟਣਾ ਉਹਨਾਂ ਨੂੰ 2-3 ਘੰਟੇ ਜਿਹੜੇ ਨੇ ਉਹ ਹੋਰ ਲੱਗਣੇ ਨੇ ਆਓ ਲੈ ਚੱਲਦੇ ਹਾਂ ਜਗਤਾਰ ਜੱਗੀ ਹੋਰਾਂ ਨਾਲ ਅਤੇ ਆਪਣੀ ਸਮੁੱਚੀ ਟੀਮ ਨਾਲ ਪੂਰੀ ਦੁਨੀਆ ਵਿੱਚ ਜਸ ਪੰਜਾਬੀ ਦੇਖਣ ਵਾਲੇ ਸਾਰੇ ਸਤਿਕਾਰਯੋਗ ਪੰਜਾਬੀਆਂ ਦਾ ਇੱਕ ਵਾਰ ਫਿਰ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਅੱਜ ਸਵੇਰ ਤੋਂ ਸਾਡੇ ਨਾਲ ਜਸ ਪੰਜਾਬੀ ਦੇ ਜ਼ਰੀਏ ਜੁੜੇ ਹੋਏ ਨੇ 39ਵਾਂ ਮਹਾਨ ਨਗਰ ਕੀਰਤਨ ਯੂਬਾ ਸਿਟੀ ਦੀ ਧਰਤੀ ਤੋਂ ਤੁਸੀਂ ਦੇਖਿਆ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਸਮਰਪਿਤ ਔਰ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿੱਥੇ ਅਸੀਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਰਾ ਕੰਮ ਨੇਪਰੇ ਚਾੜਿਆ ਬੜੀ ਚੰਗੇ ਤਰੀਕੇ ਦੇ ਨਾਲ ਉਸ ਤੋਂ ਬਾਅਦ ਮੈਨੇਜਮੈਂਟ ਕਮੇਟੀ ਅਤੇ ਨਾਲ ਦੀ ਨਾਲ ਸਾਰੀ ਸੰਗਤ ਜਿਹੜੀ ਹੈਗੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੜੇ ਪਿਆਰ ਦੇ ਨਾਲ ਸਾਰਿਆਂ ਨੇ ਅੱਜ ਇਸ ਨਗਰ ਕੀਰਤਨ ਦਾ ਆਨੰਦ ਮਾਣਿਆ ਅਤੇ ਮੇਰੇ ਨਾਲ ਸਾਡੀ ਟੀਮ ਜਿਹੜੀ ਇੱਥੇ ਯੂਬਾ ਸਿਟੀ ਹੈਗੀ ਆ ਉਹਨਾਂ ਦੇ ਮੈਂ ਤਾਰਫ ਕਰਾਉਣਾ ਚਾਹੁੰਦਾ ਸੁਖਦੀਪ ਸਿੰਘਾ ਜੋ ਕਿ ਸਵੇਰ ਦੇ ਖੜ੍ਹੇ ਨੇ ਮੇਰੇ ਖਿਆਲ ਖਾਧਾ ਵੀ ਨਹੀਂ ਕੁਛ ਹੈਗਾ ਕੁਛ ਨਹੀਂ ਖਾਧਾ ਕੋਈ ਗੱਲ ਨਹੀਂ ਪਰਮਾਤਮਾ ਸਭ ਦੇਖਦਾ ਅਤੇ ਨਾਲ ਇੱਧਰ ਦਲਬੀਰ ਸਿੰਘ ਹੈਗੇ ਬਿਲਕੁਲ ਸੱਜੇ ਪਾਸੇ ਇਹ ਸਾਡੇ ਨਵੇਂ ਟੀਮ ਦੇ ਮੈਂਬਰ ਨੇ ਅਤੇ ਇਹਨਾਂ ਦਾ ਵੀ ਬਹੁਤ ਸਵਾਗਤ ਟੀਮ ਦੇ ਵਿੱਚ ਵੀ ਅਤੇ ਅੱਜ ਪਹਿਲੀ ਵਾਰ ਯੂਬਾ ਸਿਟੀ ਇਹ ਨਗਰ ਕੀਰਤਨ ਆਏ ਸੀਗੇ ਅਤੇ ਸਾਡੇ ਡਾਇਰੈਕਟਰ ਬ੍ਰੌਡਕਾਸਟਿੰਗ ਦੀਪਕ ਧੀਮਾਨ ਸਾਹਿਬ ਜਿਨ੍ਹਾਂ ਨੂੰ ਸ਼ੁਰੂ ਤੋਂ ਤੁਸੀਂ 12 ਸਾਲ ਤੋਂ ਜਸ ਪੰਜਾਬੀ 'ਤੇ ਦੇਖਦੇ ਆ ਰਹੇ ਹੋ ਸਾਡੀ ਟੀਮ ਜਿਹੜੀ ਹੈ ਪੂਰੇ ਅਮੈਰੀਕਾ ਦੇ ਵਿੱਚ ਅਸੀਂ ਸਫ਼ਰ ਕੀਤਾ ਜੀ ਧੀਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪੈਨੀ ਮੈਡਮ ਕਰ ਰਹੇ ਨੇ ਉੱਥੋਂ ਮੈਂ ਵੀ ਸਾਰੀ ਟੀਮ ਦਾ ਔਰ ਸਾਡੇ ਸਾਰੇ ਕਰਿਊ ਦਾ ਔਰ ਖਾਸ ਤੌਰ 'ਤੇ ਆਪਣੇ ਵੱਲੋਂ ਪੈਨੀ ਸੰਧੂ ਜੀ ਜਿਹੜੇ ਕਿ ਸਾਡੇ CEO ਨੇ ਔਰ ਅਸ਼ਮਿਤਾ ਸੰਧੂ ਜਿਹੜੇ ਕਿ ਸਾਨੂੰ ਅੱਜ ਡਾਇਰੈਕਟ ਕਰ ਰਹੇ ਨੇ ਔਰ ਜੱਗੀ ਜੀ ਜਿਨ੍ਹਾਂ ਨੇ ਸਾਡਾ ਅੱਜ ਸਾਨੂੰ ਲੀਡ ਕੀਤਾ ਇੱਥੇ ਤੁਹਾਡਾ ਸਾਰਿਆਂ ਦਾ ਔਰ ਖਾਸ ਤੌਰ 'ਤੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਔਰ ਸਾਰਿਆਂ ਨੂੰ ਗੁਰਤਾ ਗੱਦੀ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦ ਜੀ ਇੱਕ ਵਾਰ ਫਿਰ ਜਿੱਥੇ ਮੈਂ ਪੂਰੀ ਸੰਗਤ ਦਾ ਧੰਨਵਾਦ ਕਰਦਾ ਨਾਲ ਨਾਲ ਸਾਡੀ ਨਿਊਯਾਰਕ ਦੀ ਟੀਮ ਉੱਥੇ ਜਿਹੜੀ ਹੈਗੀ ਆ ਹਰਵਿੰਦਰ ਰਿਆਟ ਸਾਹਿਬ ਨਵੀਨ ਸ਼ਰਮਾ ਔਰ ਜਿੰਮੀ ਮੁਲਤਾਨੀ ਜਿੰਮੀ ਜਿਹਨੂੰ ਸਾਰੇ ਜਾਣਦੇ ਨੇ ਜਿੰਮੀ ਉੱਥੇ ਸਾਰਾ ਕੰਟਰੋਲ ਰੂਮ ਦੇਖ ਰਿਹਾ ਅਤੇ ਨਾਲ ਦੀ ਨਾਲ ਸਵੇਰ ਤੋਂ ਹੀ ਕੱਲ੍ਹ ਵੀ ਅਤੇ ਪਰਸੋਂ ਵੀ ਸਾਡੇ ਨਾਲ ਉੱਥੋਂ ਜੁੜੇ ਹੋਏ ਸੀਗੇ ਨਹੀਂ ਤਾਂ ਕੋਈ ਜਿਹੜਾ ਮਾਲਕ ਹੈਗਾ ਉਹਨੂੰ ਮਤਲਬ ਨਹੀਂ ਹੁੰਦਾ ਬੰਦੇ ਕੰਮ ਕਰੀ ਜਾਂਦੇ ਨੇ ਸਾਡੇ CEO ਜਿਹੜੇ ਚੈਨਲ ਦੇ ਹੈਗੇ ਨੇ ਜਸ ਬ੍ਰੌਡਕਾਸਟਿੰਗ ਦੇ ਮੈਡਮ ਪੈਨੀ ਕੇ ਸੰਧੂ ਜੀ ਅਤੇ ਅਸ਼ਮਿਤਾ ਉਹ ਵੀ ਉੱਥੇ ਸਾਡੇ ਨਾਲ ਸਵੇਰ ਤੋਂ ਜੁੜੇ ਹੋਏ ਨੇ ਸੋ ਸਭ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਫਤਿਹ ਅਰਜ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਸਪੈਸ਼ਲ ਲਾਈਵ ਟੈਲੀਕਾਸਟ ਦੇ ਵਿੱਚ ਤੁਸੀਂ ਜਸ ਪੰਜਾਬੀ ਅਤੇ ਐਕਸਕਲੂਸਿਵ ਔਰ ਲਾਈਵ ਟੈਲੀਕਾਸਟ ਦੇਖ ਰਹੇ ਹੋ ਯੂਬਾ ਸਿਟੀ ਨਗਰ ਕੀਰਤਨ ਦਾ
ਤੁਹਾਨੂੰ ਤੁਸੀਂ ਤਸਵੀਰਾਂ ਤੁਹਾਨੂੰ ਦਿਖਾਈਆਂ ਅਜੂਬਾ ਸਿਟੀ ਗੁਰਦੁਆਰੇ ਦੇ ਅੰਦਰ ਜਿੱਥੇ ਕੀਰਤਨ ਦਰਬਾਰ ਚੱਲਦਾ ਪਿਆ ਔਰ ਥੋੜ੍ਹੀ ਦੇਰ ਬਾਅਦ ਨਗਰ ਕੀਰਤਨ ਦੀ ਸ਼ੁਰੂਆਤ ਹੋਏਗੀ ਜੋ ਅਜੂਬਾ ਸਿਟੀ ਦੇ ਵੱਖ ਵੱਖ ਇਲਾਕਿਆਂ 'ਚ ਹੁੰਦਾ ਹੋਇਆ ਵਾਪਸ ਗੁਰਦੁਆਰੇ ਹੀ ਪਹੁੰਚੇਗਾ। ਜਿੱਦਾਂ ਤੁਹਾਨੂੰ ਅਸੀਂ ਦੱਸਿਆ ਸੀ ਕਿ ਅਜੂਬਾ ਸਿਟੀ ਦੇ ਜਿਹੜੇ ਨਗਰ ਕੀਰਤਨ ਹੈ ਇਹਦੇ ਵਿੱਚ ਸ਼ਾਮਿਲ ਹੋਣ ਦੇ ਲਈ ਹੁੰਮ ਹੁਮਾ ਕੇ ਪੂਰੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਲਬਰੇਜ਼ ਜਿਹੜੀਆਂ ਸੰਗਤਾਂ ਨੇ ਦੁਨੀਆ ਭਰ ਤੋਂ ਇੱਥੇ ਪਹੁੰਚੀਆਂ ਹੋਈਆਂ ਨੇ ਔਰ ਅਸੀਂ ਜਸ ਪੰਜਾਬੀ 'ਤੇ ਲਾਈਵ ਟੈਲੀਕਾਸਟ ਦਿਖਾ ਰਹੇ ਹਾਂ। ਵਰਲਡ ਵਾਈਡ ਦੁਨੀਆ ਭਰ ਦੇ ਜਿਹੜੇ ਸਾਡੇ ਕਰੋੜਾਂ ਦਰਸ਼ਕ ਨੇ ਉਹ ਸਿੱਧੇ ਜੁੜੇ ਹੋਏ ਨੇ, ਲਾਈਵ ਟੈਲੀਕਾਸਟ ਦੇਖ ਰਹੇ ਨੇ ਔਰ ਗੁਰੂ ਘਰ ਦਾ ਆਸ਼ੀਰਵਾਦ ਤੁਸੀਂ ਪ੍ਰਾਪਤ ਕਰੋ। ਲਾਈਵ ਟੈਲੀਕਾਸਟ ਦੇ ਰਾਹੀਂ ਘਰ ਬੈਠੇ ਦੇਖੋ ਔਰ ਸੋਸ਼ਲ ਮੀਡੀਆ 'ਤੇ ਵੀ ਅਸੀਂ ਲਾਈਵ ਟੈਲੀਕਾਸਟ ਦੇ ਸਪੈਸ਼ਲ ਉਪਰਾਲੇ ਕੀਤੇ ਨੇ ਯੂਟਿਊਬ ਔਰ ਫੇਸਬੁੱਕ 'ਤੇ। ਤੁਸੀਂ ਜਸ ਪੰਜਾਬੀ ਟੀਵੀ 'ਤੇ ਤੁਸੀਂ ਲਾਈਵ ਸੋਸ਼ਲ ਮੀਡੀਆ 'ਤੇ ਵੀ ਦੇਖ ਸਕਦੇ ਹੋ, ਟੀਵੀ ਸਕਰੀਨ 'ਤੇ ਵੀ ਤੁਸੀਂ ਦੇਖ ਰਹੇ ਹੋ। USA ਔਰ UK, ਯੂਰਪ ਅਤੇ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦੇ ਦਰਸ਼ਕ ਔਰ ਇੰਡੀਆ ਦੇ ਵਿੱਚ ਵੀ ਅਸੀਂ ਤੁਹਾਨੂੰ ਦੱਸਿਆ ਕਿਹੜੇ ਕਿਹੜੇ ਚੈਨਲਾਂ 'ਤੇ ਕਿਹੜੇ ਕਿਹੜੇ ਕੇਬਲ ਨੈਟਵਰਕ 'ਤੇ ਮੌਜੂਦ ਹੈ ਚੈਨਲ। ਇਹ ਸਾਰੇ ਜਿਹੜੇ ਤੁਹਾਡੇ ਆਪਣੇ ਦੋਸਤ ਰਿਸ਼ਤੇਦਾਰ ਜਿਹੜੇ ਉਹਨਾਂ ਨੂੰ ਵੀ ਤੁਸੀਂ ਕਹਿ ਸਕਦੇ ਹੋ ਉਹ ਘੱਟ ਤੋਂ ਇਸ ਹੁਣ ਜੁੜਨ ਔਰ ਦੇਖਣ ਕਿ ਇਸ ਨਗਰ ਕੀਰਤਨ ਦਾ ਹਿੱਸਾ ਬਣਨ। ਤੁਹਾਨੂੰ ਇਹ ਵੀ ਦੱਸ ਦਈਏ ਕਿ 2008 ਤੋਂ ਜਸ ਪੰਜਾਬੀ 'ਤੇ ਅਜੂਬਾ ਸਿਟੀ ਨਗਰ ਕੀਰਤਨ ਦੀ ਤੁਸੀਂ ਵਿਸ਼ੇਸ਼ ਅਤੇ ਲਾਈਵ ਕਵਰੇਜ ਦੇਖਦੇ ਆ ਰਹੇ ਹੋ ਔਰ ਹਰ ਸਾਲ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਔਰ ਇਸ ਸਾਲ ਵੀ ਜਸ ਪੰਜਾਬੀ ਨੇ, ਜਸ ਬ੍ਰੋਡਕਾਸਟਿੰਗ ਨੇ ਬੜੇ ਖਾਸ ਉਪਰਾਲੇ ਕੀਤੇ ਨੇ। ਸਾਡੀਆਂ ਕਈ ਕੈਮਰਾ ਟੀਮਸ, ਕਈ ਸਾਰੇ ਰਿਪੋਰਟਰ ਇਸ ਸਮੇਂ ਅਜੂਬਾ ਸਿਟੀ 'ਚ ਮੌਜੂਦ ਨੇ। ਪਲ ਪਲ ਦੀ ਜਾਣਕਾਰੀ, ਸਿੱਧੀਆਂ ਤਸਵੀਰਾਂ ਤੁਹਾਨੂੰ ਅਸੀਂ ਟੀਵੀ ਸਕਰੀਨ 'ਤੇ ਦਿਖਾ ਰਹੇ ਹਾਂ ਅਜੂਬਾ ਸਿਟੀ ਨਗਰ ਕੀਰਤਨ ਦੀਆਂ, ਜਿਹਦੇ ਵਿੱਚ ਦੁਨੀਆ ਭਰ ਤੋਂ ਜਿਹੜੀਆਂ ਲੱਖਾਂ ਦੀਆਂ ਤਾਦਾਦ 'ਚ ਸੰਗਤਾਂ ਨੇ ਜਿੱਥੇ ਉੱਥੇ ਪਹੁੰਚੀਆਂ ਹੋਈਆਂ ਨੇ, ਸ਼ਰਧਾ ਅਤੇ ਉਤਸ਼ਾਹ ਨਾਲ ਲਬਰੇਜ਼ ਇਹ ਅਲੌਕਿਕ ਨਜ਼ਾਰਾ, ਇਹ ਵਿਲੱਖਣ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਜੂਬਾ ਸਿਟੀ ਤੋਂ। ਅਜੂਬਾ ਸਿਟੀ ਗੁਰਦੁਆਰੇ ਦੇ ਅੰਦਰ ਦਾ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਜਿੱਥੇ ਕੀਰਤਨ ਦਰਬਾਰ ਚੱਲਦਾ ਪਿਆ। ਥੋੜ੍ਹੀ ਦੇਰ ਬਾਅਦ ਕੀਰਤਨ ਦਰਬਾਰ ਤੋਂ ਬਾਅਦ ਜਿਹੜਾ ਨਗਰ ਕੀਰਤਨ ਹੈ ਉਹਦੀ ਸ਼ੁਰੂਆਤ ਹੋਏਗੀ ਰਸਮੀ ਤੌਰ 'ਤੇ ਔਰ ਗੁਰਦੁਆਰੇ ਦੇ ਬਾਹਰ ਤੁਹਾਨੂੰ ਦਿਖਾਇਆ ਸੀ ਜਿੱਦਾਂ ਫਲੋਟਸ ਤਿਆਰ ਨੇ ਸਿੱਖ ਵਿਰਸੇ ਦੀਆਂ ਅਤੇ ਇਤਿਹਾਸ ਦੀਆਂ ਝਲਕੀਆਂ ਨੂੰ ਲੈ ਕੇ ਹੋਰ ਗਿਆਨੀ ਜੀ ਹੋਣਾਂ ਨੂੰ ਬੇਨਤੀ ਆ, ਹੁਣੇ ਗਿਆਨੀ ਜੀ ਹੋਣਾਂ ਨੂੰ ਬੇਨਤੀ ਆ ਕਿ ਸਰੋਪਾ ਵੀ ਦਿੱਤਾ ਜਾਵੇ ਉਹਨਾਂ ਨੂੰ। ਅਜੂਬਾ ਸਿਟੀ ਨਗਰ ਕੀਰਤਨ ਦਾ ਵਿਲੱਖਣ ਅਤੇ ਅਲੌਕਿਕ ਨਜ਼ਾਰਾ ਲਾਈਵ ਤੁਸੀਂ ਅਜੂਬਾ ਸਿਟੀ ਤੋਂ ਦੇਖ ਰਹੇ ਹੋ ਔਰ ਜਸ ਬ੍ਰੋਡਕਾਸਟਿੰਗ ਜਸ ਪੰਜਾਬੀ 'ਤੇ ਵਰਲਡ ਵਾਈਡ ਦਾ ਟੈਲੀਕਾਸਟ ਕੀਤਾ ਜਾ ਰਿਹਾ, ਕਰੋੜਾਂ ਦਰਸ਼ਕ ਇਸ ਲਾਈਵ ਟੈਲੀਕਾਸਟ ਨੂੰ ਦੇਖ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਾਂ ਆਪ ਸੰਗਤਾਂ ਨੂੰ, ਤਕਰੀਬਨ 5-10 ਮਿੰਟ ਦੇ ਵਿੱਚ ਅਰਦਾਸ ਹੋਣੀ ਸ਼ੁਰੂ ਹੋਣੀ ਹੈ, 2 ਮਿੰਟ ਵਾਸਤੇ ਸੰਗਤਾਂ ਦਾ ਧੰਨਵਾਦ ਕਰਨਗੇ ਸਰਦਾਰ ਰਜਿੰਦਰ ਸਿੰਘ ਚੌਹਾਨ। ਆਓ, ਉਸ ਤੋਂ ਬਾਅਦ ਅਰਦਾਸ ਬੇਨਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮੁੱਚੇ ਤੌਰ 'ਤੇ ਅੱਜ 39ਵੇਂ ਨਗਰ ਕੀਰਤਨ 'ਤੇ ਪਹੁੰਚੇ ਹੋਏ ਸਮੁੱਚੇ ਗੁਰੂ ਘਰ ਦੀ ਸਾਧ ਸੰਗਤ ਨੂੰ ਮੁਬਾਰਕਬਾਦ ਪੇਸ਼ ਕਰਦਾ ਅਤੇ ਨਾਲ ਹੀ ਨਾਲ ਸਤਿਗੁਰਾਂ ਚਰਨਾਂ 'ਚ ਆਪਾਂ ਅਰਦਾਸ ਬੇਨਤੀ ਕੀਤੀ ਆ, ਕਰਨੇ ਵੀ ਆ। ਗੁਰੂ ਕਿਰਪਾ ਕਰਨ ਇਹ ਸਮਾਗਮ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਸੰਪੰਨ ਹੋਵੇ। ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਦੁਆਰਾ ਜੋ ਕਿ ਨਗਰ ਕੀਰਤਨ ਨਿਰੰਤਰ ਚੱਲਿਆ ਜਾ ਰਿਹਾ, ਇਹ ਸੰਗਤ ਦੀ ਕਿਰਪਾ ਦੇ ਨਾਲ ਹੀ ਆ। ਮੈਂ ਸਮੁੱਚੇ ਤੌਰ 'ਤੇ ਪ੍ਰਬੰਧਕ ਕਮੇਟੀ ਵੱਲੋਂ, ਅਜੂਬਾ ਸਿਟੀ ਦੀ ਸੰਗਤ ਵੱਲੋਂ ਸਮੁੱਚੇ ਤੌਰ 'ਤੇ ਸਾਰੀ ਹੀ ਸੰਗਤ ਨੂੰ ਵਧਾਈ ਪੇਸ਼ ਕਰਦਾ ਅਤੇ ਨਾਲ ਹੀ ਬੇਨਤੀ ਕਰਦਾ ਕਿ ਬੜੇ ਹੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਆਪਾਂ ਹਾਜ਼ਰੀ ਭਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਹਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਹਮੇਸ਼ਾ ਹੀ ਆ ਕੇ ਸਾਨੂੰ ਸੇਧ ਦਿੰਦੇ ਹਨ, ਸਾਤੋਂ ਸਿਆਣੇ ਹਨ ਅਤੇ ਹਮੇਸ਼ਾ ਗੁਰਮਤਿ ਦੀ ਗੱਲ ਕਰਦੇ ਹਨ। ਹੁਣ ਮੈਂ ਬੇਨਤੀ ਕਰਦਾ ਗਰੇਵਾਲ ਸਾਹਿਬ ਆਪ ਸੰਗਤਾਂ ਨੂੰ ਸਿਰਫ 2 ਮਿੰਟ ਬਾਅਦ 'ਤੇ ਫਤਿਹ ਬੁਲਾਉਣਗੇ। ਪਰਮਿੰਦਰ ਸਿੰਘ ਗਰੇਵਾਲ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਕੀ ਗੋਦ 'ਚ ਬਿਰਾਜਮਾਨ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ 39ਵੇਂ ਸਾਲਾਨਾ ਨਗਰ ਕੀਰਤਨ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਇਹ ਜੋ ਪ੍ਰਬੰਧ ਨੇ, ਭਾਵੇਂ ਪ੍ਰਬੰਧਕ ਕਮੇਟੀਆਂ ਪ੍ਰਬੰਧ ਕਰਦੀਆਂ ਪਰ ਸੰਗਤ ਦੇ ਸਹਿਯੋਗ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ। ਸੋ ਸੰਗਤ ਰੀਅਲੀ ਬਹੁਤ ਹੀ ਭਾਗਾਂ ਵਾਲੀ ਆ।
ਜਿਹੜੀ ਐਡਾ ਵੱਡਾ ਸਮਾਗਮ ਆਯੋਜਿਤ ਕਰਦੀ ਹੈ। ਮੈਂ ਸਾਰੇ ਹੀ ਲੰਗਰ ਵਾਲੇ ਵੀਰਾਂ ਦਾ ਜਿਹੜੇ 7 ਦਿਨਾਂ ਤੋਂ 5 ਦਿਨਾਂ ਤੋਂ ਲੰਗਰ ਜਾਂ ਹੁਣ ਲੰਗਰ ਲਗਾਈ ਬੈਠੇ ਨੇ ਉਹਦੇ 'ਚ 20-20 ਆਈਟਮਾਂ 15-15 ਆਈਟਮਾਂ ਉਹ ਸੰਗਤ ਦੇ ਉਹਦੇ ਵਿੱਚ ਲੈ ਕੇ ਆਉਂਦੇ ਨੇ। ਸੋ ਮੈਂ ਸਾਰੇ ਲੰਗਰ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਜਿਹੜੇ ਵੀ ਵੀਰ ਇੱਥੇ ਜੋੜਿਆਂ ਦੀ ਸੇਵਾ 'ਤੇ ਆਏ ਹੋਏ ਨੇ ਮੈਂ ਇਹ ਸਮੂਹ ਵੀਰਾਂ ਦਾ ਧੰਨਵਾਦ ਕਰਦਾ ਅਤੇ ਜਿਨ੍ਹਾਂ ਨੇ ਆ ਮੱਥਾ ਟਿਕਾਉਣ ਵਾਸਤੇ ਜਾਂ ਹੋਰ ਸਾਡੇ ਪ੍ਰਬੰਧ ਦੇ ਵਿੱਚ ਇੰਨੀ ਸ਼ਮੂਲੀਅਤ ਕੀਤੀ ਹੈ ਮੈਂ ਉਹਨਾਂ ਦਾ ਸਮੂਹ ਕਮੇਟੀ ਵੱਲੋਂ ਧੰਨਵਾਦ ਕਰਦਾ ਅਤੇ ਨਾਲ ਹੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਆਪਾਂ ਇਸੇ ਹੀ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹਰ ਸਾਲ ਜਿਹੜਾ ਹੁੰਦਾ ਨਗਰ ਕੀਰਤਨ ਦੇ ਵਿੱਚ ਐਕਸਕਲੂਸਿਵ ਕਵਰੇਜ ਲੈ ਕੇ ਜਸ ਬ੍ਰੋਡਕਾਸਟਿੰਗ ਜਸ ਪੰਜਾਬੀ ਨੇ ਖਾਸ ਉਪਰਾਲੇ ਕੀਤੇ ਨੇ ਤੁਹਾਨੂੰ ਇਸ ਨਗਰ ਕੀਰਤਨ ਨੂੰ ਲਾਈਵ ਦਿਖਾਉਣ ਦੇ ਲਈ ਸਾਡੇ ਕਰੋੜਾਂ ਦਰਸ਼ਕ ਲਾਈਵ ਵਰਲਡਵਾਈਡ ਇਹਨੂੰ ਲਾਈਵ ਟੈਲੀਕਾਸਟ ਨੂੰ ਦੇਖ ਰਹੇ ਨੇ ਔਰ ਤੁਹਾਨੂੰ ਇਹ ਦੱਸ ਦਈਏ ਕਿ UK ਅਤੇ ਯੂਰਪ ਦੇ ਵਿੱਚ ਸਕਾਈ ਚੈਨਲ ਅਤੇ 712 'ਤੇ ਚੈਨਲ ਉਪਲਬਧ ਹੈ ਦੇਖ ਸਕਦੇ ਨੇ ਤੁਸੀਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਕਹਿ ਸਕਦੇ ਹੋ ਕਿ ਉਹ ਜੁੜਨ ਔਰ ਗੁਰੂ ਘਰ ਦਾ ਸਿੱਧਾ ਆਸ਼ੀਰਵਾਦ ਪ੍ਰਾਪਤ ਕਰਨ ਔਰ ਜੋ ਤੁਸੀਂ ਘੱਟ ਤੋਂ ਘੱਟ ਘਰੋਂ ਬੈਠ ਕਰ ਰਹੇ ਹੋ ਬੈਠ ਕੇ ਤੁਸੀਂ ਇਹ ਤਸਵੀਰਾਂ ਲਾਈਵ ਦੇਖ ਸਕਦੇ ਹੋ ਔਰ ਇਸ ਨਗਰ ਕੀਰਤਨ ਦੀ ਤਸਵੀਰਾਂ ਤੁਸੀਂ ਲਾਈਵ ਦੇਖੋ UK ਐਂਡ ਯੂਰਪ 'ਚ ਸਕਾਈ 712 'ਤੇ ਇੰਡੀਆ ਦੇ ਵਿੱਚ ਯੱਪ ਟੀ ਵੀ ਔਰ ਜੀਓ ਨੈਟਵਰਕ 'ਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਵਿਜ਼ਨ ਏਸ਼ੀਆ ਚੈਨਲ 25 ਔਰ ਯੱਪ ਟੀ ਵੀ 'ਤੇ ਚੈਨਲ ਅਵੇਲੇਬਲ ਹੈ ਔਰ USA ਦੇ ਜਿਹੜੇ ਸਾਰੇ ਮੇਜਰ ਕੇਬਲ ਨੈਟਵਰਕਸ ਨੇ ਆਪਣੇ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਉਸ 'ਤੇ ਤੁਸੀਂ ਲਾਈਵ ਟੈਲੀਕਾਸਟ ਚੈਨਲ ਦਾ ਦੇਖ ਸਕਦੇ ਹੋ ਡਿਸ਼ ਨੈਟਵਰਕ 736 ਵੈਰੀਜ਼ੋਨ 'ਤੇ 1757 ਕੇਬਲ ਵਿਜ਼ਨ 1164 ਔਰ ਸਪੈਕਟ੍ਰਮ ਟਾਈਮ ਵਾਰਨਰ 'ਤੇ 1563 ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵੀ ਲਾਈਵ ਟੈਲੀਕਾਸਟ ਦਿਖਾਉਣ ਦੇ ਜਸ ਬ੍ਰੋਡਕਾਸਟਿੰਗ ਨੇ ਜਸ ਪੰਜਾਬੀ ਨੇ ਖਾਸ ਉਪਰਾਲੇ ਕੀਤੇ ਨੇ ਤੁਸੀਂ ਇਸ ਲਾਈਵ ਟੈਲੀਕਾਸਟ ਨੂੰ YouTube 'ਤੇ ਵੀ ਦੇਖ ਸਕਦੇ ਹੋ ਔਰ Facebook 'ਤੇ ਜਸ ਪੰਜਾਬੀ TV 'ਤੇ ਪੇਜ 'ਤੇ ਤੁਸੀਂ ਲਾਈਵ ਦੇਖ ਸਕਦੇ ਹੋ ਸੋਸ਼ਲ ਮੀਡੀਆ 'ਤੇ ਵੀ ਖਾਸ ਕਵਰੇਜ ਹੈ ਔਰ ਲਾਈਵ ਟੈਲੀਕਾਸਟ ਤੁਸੀਂ TV ਸਕਰੀਨ 'ਤੇ ਦੇਖ ਰਹੇ ਹੋ ਵਰਲਡਵਾਈਡ ਯੂਬਾ ਸਿਟੀ ਤੋਂ ਨਗਰ ਕੀਰਤਨ ਦਾ ਤੁਸੀਂ ਖਾਸ ਤਸਵੀਰਾਂ ਲਾਈਵ ਦੇਖ ਰਹੇ ਹੋ ਔਰ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ 2008 ਤੋਂ ਜਸ ਪੰਜਾਬੀ ਪਹਿਲਾ ਚੈਨਲ ਸੀ ਜਿਹਨੇ ਲਾਈਵ ਕੀਤਾ ਯੂਬਾ ਸਿਟੀ ਤੋਂ ਐਕਸਕਲੂਸਿਵ ਕਵਰੇਜ ਦਿਖਾਈ ਔਰ ਲਗਾਤਾਰ ਸਾਡੀ ਕੋਸ਼ਿਸ਼ਾਂ ਰਹਿੰਦੀਆਂ ਨੇ ਹਰ ਸਾਲ ਅਸੀਂ ਐਕਸਕਲੂਸਿਵ ਅਤੇ ਲਾਈਵ ਕਵਰੇਜ ਆਪਣੇ ਕਰੋੜਾਂ ਦਰਸ਼ਕਾਂ ਲਈ ਲੈ ਕੇ ਪਹੁੰਚੀਏ ਨਗਰ ਕੀਰਤਨ ਦੀ ਸ਼ੁਰੂਆਤ ਹੋਣ ਲੱਗੀ ਹੈ ਕੀਰਤਨ ਜਿਹੜਾ ਦਰਬਾਰ ਸੀ ਹੁਣ ਸਮਾਪਤ ਹੋਇਆ ਅਤੇ ਹੁਣ ਉਸ ਤੋਂ ਬਾਅਦ ਨਗਰ ਕੀਰਤਨ ਦੀ ਜਿਹੜੀ 10ਵੀਂ ਸ਼ੁਰੂਆਤ ਹੋਏਗੀ ਗੁਰਦੁਆਰੇ ਦੇ ਬਾਹਰ ਤੋਂ ਔਰ ਤੁਹਾਨੂੰ ਅਸੀਂ ਦੱਸਿਆ ਸੀਗਾ ਕਿ ਨਗਰ ਕੀਰਤਨ ਯੂਬਾ ਸਿਟੀ ਦੇ ਵੱਖ ਵੱਖ ਇਲਾਕਿਆਂ ਤੋਂ ਹੁੰਦਾ ਹੈ ਵਾਪਸ ਗੁਰਦੁਆਰੇ ਹੀ ਆ ਕੇ ਸੰਪੰਨ ਹੋਏਗਾ ਨਗਰ ਕੀਰਤਨ ਯੂਬਾ ਸਿਟੀ ਦਾ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਲੱਖਾਂ ਦੀ ਤਾਦਾਦ ਵਿੱਚ ਦੁਨੀਆ ਭਰ ਤੋਂ ਸੰਗਤਾਂ ਉੱਥੇ ਪਹੁੰਚੀਆਂ ਨੇ ਔਰ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਕਿ ਜਸ ਬ੍ਰੋਡਕਾਸਟਿੰਗ ਜਸ ਪੰਜਾਬੀ ਨੇ ਵੀ ਲਾਈਵ ਔਰ ਐਕਸਕਲੂਸਿਵ ਟੈਲੀਕਾਸਟ ਦਿਖਾਉਣ ਦੇ ਲਈ ਖਾਸ ਉਪਰਾਲੇ ਕੀਤੇ ਨੇ ਜਸ ਪੰਜਾਬੀ ਦੀਆਂ ਕਈ ਟੀਮਾਂ ਇਸ ਸਮੇਂ ਯੂਬਾ ਸਿਟੀ ਦੇ ਵਿੱਚ ਮੌਜੂਦ ਨੇ ਸਾਡੀ ਕਈ ਕੈਮਰਾ ਟੀਮਾਂ ਤੁਹਾਨੂੰ ਅਲੱਗ ਅਲੱਗ ਲੋਕੇਸ਼ਨਸ ਤੋਂ ਅਲੱਗ ਅਲੱਗ ਜਿਹੜੇ ਥਾਵਾਂ ਤੋਂ ਨਗਰ ਕੀਰਤਨ ਦੀਆਂ ਐਕਸਕਲੂਸਿਵ ਕਵਰੇਜ ਇੱਕ ਇੱਕ ਪਲ ਪਲ ਦੀ ਜਾਣਕਾਰੀ ਅਸੀਂ ਤੁਹਾਨੂੰ ਦੇਵਾਂਗੇ ਔਰ ਅਸੀਂ ਤੁਹਾਨੂੰ ਦੱਸ ਦਈਏ ਕਿ ਜਸ ਪੰਜਾਬੀ 'ਤੇ ਯੂਬਾ ਸਿਟੀ ਦਾ ਨਗਰ ਕੀਰਤਨ ਤੁਸੀਂ 2008 ਤੋਂ ਲਗਾਤਾਰ ਹਰ ਸਾਲ ਦੇਖਦੇ ਆ ਰਹੇ ਹੋ 2008 ਤੋਂ ਇਸ ਸਫ਼ਰ ਦੀ ਸ਼ੁਰੂਆਤ ਹੋਈ ਸੀ 2008 'ਚ ਜਸ ਪੰਜਾਬੀ ਨੇ ਪਹਿਲੀ ਵਾਰੀ ਯੂਬਾ ਸਿਟੀ ਦਾ ਲਾਈਵ ਕੀਰਤਨ ਦਿਖਾਇਆ ਸੀਗਾ ਨਗਰ ਕੀਰਤਨ ਜੀ
और इस समय जिहड़ा स्पैशल टैलीकास्ट है और असीं लाइव जिहड़ा है वर्ल्ड वाइड कर रहे हैं और तुहानूं असीं दस्सिया सी कि दुनिया भर के जिहड़े करोड़ों दर्शक ने सानूं इस समय लाइव देखते पए ने तुहानूं असीं इह वी दस्सिया सी यूके ते यूरोप दे विच इंडिया आस्ट्रेलिया न्यूजीलैंड और यूएसए दे विच कई दर्शक इहनूं करोड़ों दर्शक लाइव देख रहे हैं और असीं तुहानूं केबल नैटवर्क की भी जानकारी दी और असीं सोशल मीडिया से भी दिखाने के लिए खास उपराले किए ने यूट्यूब और फेसबुक का जिहड़ा पेज है उस ते तुसीं लाइव देख सकते हो इस नगर कीर्तन नूं थोड़ी देर बाद नगर नगर कीर्तन की जरा थोड़ी देर च रस्मी शुरुआत होने लगी है असी उस खास उपराले किए ने साड़ियाँ टीम मौजूद ने लेकिन तुम्हें जड़िया तस्वीर ने एक्सकलूसिव अलौकिक नज़ारा है विलखण तस्वीर दिखाने एक निके जे ब्रेक तो बाद यह तस्वीर तुम देख रहे हो यूबा सिटी तो लाइव गुरुद्वारा साहब तो बहर दस्वीर ने जिते लखा की तादाद संगत मौजूद ने जिस तरह तुम देखा गुरु ग्रंथ साहब जी की बीड़ में बहर लिया गया पूरे सत्कार के नाल और उस तो बाद फ्लोट से शोभित करके तो फिर जो फ्लोट शुरू होएगा नाल ही नगर कीर्तन की जी रस्मी शुरुआत है थोड़ी देर से होने लगी है और तुहाडे दर्शकों को असीं दस्सिया सी कि नगर कीर्तन जिहड़ा है यूबा सिटी के वख वख इलाकों हुंदा होया वापस गुरुद्वारे ही आके संपन्न होएगा नगर कीर्तन और लखां दी तादाद विच जिहड़ियां संगतां ने शामिल ने और असीं तुहानूं दस दईए जस टीवी जस ब्रॉडकास्टिंग ते जस पंजाबी ते तुसीं इहनूं लाइव देख रहे हो जस पंजाबी ते इस टैलीकास्ट नूं और असीं तुहानूं दस्सिया कि 2008 तों जस पंजाबी लाइव और एक्सकलूसिव तुहानूं इह दिखांदा आ रिहा यूबा सिटी दा नगर कीर्तन ते तो असी इस लाइव टैलीकास्ट के लिए अपने जो स्पॉन्सर्स ने उन्होंने भी धन्यवाद करना चाहवागे असी उन्होंने स्पॉन्सर्स का जिक्र करना चाहवागे माइक बोपाराय ब्रदर्स अमोलक सिंह गाखल एंड ब्रदर्स बरू साहिब अकैदमी जसदीप सिंह जस्सी सेंटर फॉर सोशल चेंजेस रशपाल सिंह ढींडसा करतारपुर कोरीडोर एंड यूनाइटेड सिख मिशन और गुरु मान्यो ग्रंथ चेतना ग्रुप कैलीफोर्निया ये साढ़े स्पॉन्सर्स ने इस लाइव और स्पैशल टैलीकास्ट के असीं अपने दर्शकों दस दिए करोड़ों दर्शक इस समय लाइव देख रहे हैं दुनिया भर च वर्ल्ड वाइड होने वाले इस टैलीकास्ट नूं और तस्वीर तुम देख रहे हो यूबा सिटी गुरुद्वारे के बाहर तो जिते हुण रस्मी शुरुआत होने लगी है रस्मी तौर पर नगर कीर्तन की शुरुआत होएगी और तुम ये तस्वीर लाइव तो एक्सकलूसिव देख रहे हो जस पंजाबी ते 2008 तो जस पंजाबी तुहानूं लगातार यूबा सिटी की जिहड़ा नगर कीर्तन है इहदी एक्सकलूसिव कवरेज लैके आंदा और इस साल भी असी खास उपराले किए ने जस पंजाबी दियां कई सारिया कैमरा टीमां कई सारे रिपोर्टर्स इस समय यूबा सिटी च मौजूद ने पल पल की जानकारी एक एक जिहड़ी लोकेशनस उत्थों एक्सकलूसिव ते खास कवरेज असी तुहाडे दर्शकों वास्ते लैके आवांगे ते जिहड़े साडे करोड़ों दर्शक जिहड़े इस समय टीवी नाल ते सोशल मीडिया दे राहीं फेसबुक और यूट्यूब दे नाल साडे नाल जुड़े हुए ने उह गुरु घर दे सिद्धे दर्शक असी तुहानूं हुणे लिस्ट दसी जिहड़े साडे स्पॉन्सर्स जो जुड़े हुए ने उन्हां दे नाम फिर दस दईए माइक बोपाराय ब्रदर्स अमोलक सिंह गाखल एंड ब्रदर्स बरू साहिब अकैडमी जसदीप सिंह जस्सी सेंटर फॉर सोशल चेंजेस रशपाल सिंह ढींडसा करतारपुर कोरीडोर एंड यूनाइटेड सिख मिशन गुरु मान्यो ग्रंथ चेतना ग्रुप कैलीफोर्निया अते रंधावा फैमिली दे हैव वैकेंसी फॉर टो ट्रक ड्राइवर्स आर एन आर टोइंग सर्विस एल्स और सॉबरेन एल्स ब्रांते बे एरिया
510-684-2805 ਉਹਨਾਂ ਦਾ ਨੰਬਰ ਹੈ ਜੀ। ਰੰਧਾਵਾ ਫੈਮਿਲੀ ਦੇ ਹੈਵ ਵੈਕੈਂਸੀ ਫੋਰ ਟੋ ਟਰੱਕ ਡਰਾਈਵਰਸ ਆਰ ਐਂਡ ਆਰ ਟੋਇੰਗ ਸਰਵਿਸ ਐਲ ਸੁਬਰਾਂਤੇ ਵੇ ਏਰੀਆ, ਉਹਨਾਂ ਦਾ ਨੰਬਰ ਹੈ 510-684-2805। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਤੁਸੀਂ ਇਸ ਲਾਈਵ ਔਰ ਐਕਸਕਲੂਸਿਵ ਟੈਲੀਕਾਸਟ ਦੇ ਨਾਲ ਐਜ਼ ਸਪੋਂਸਰ ਜੁੜਨਾ ਚਾਹੁੰਦੇ ਹੋ, ਇਹਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ 718-784-0900 'ਤੇ ਹੁਣੇ ਦੇ ਹੁਣੇ ਫੋਨ ਕਰਕੇ ਸਪੋਂਸਰਸ਼ਿਪ ਦੇ ਰਾਹੀਂ ਸਾਡੇ ਨਾਲ ਜੁੜ ਸਕਦੇ ਹੋ। ਔਰ ਜਿਹੜੇ ਦਰਸ਼ਕ ਨਗਰ ਕੀਰਤਨ ਬਾਰੇ ਸਾਡੇ ਨਾਲ ਕੋਈ ਗੱਲ ਕਰਨਾ ਚਾਹੁੰਦੇ ਨੇ, ਉਹ ਜਿਹੜੇ ਸਕਰੀਨ ਦੇ ਹੇਠਾਂ ਨੀਚੇ ਨੰਬਰ ਆ ਰਹੇ ਨੇ ਉਹਨਾਂ 'ਤੇ ਗੱਲ ਸਾਡੇ ਨਾਲ ਕਰ ਸਕਦੇ ਹੋ। ਨੰਬਰ ਆ ਰਹੇ ਨੇ ਉਹ 'ਤੇ ਸਾਡੇ ਨਾਲ ਗੱਲ ਕਰ ਸਕਦੇ ਨੇ, ਗੁਰੂ ਘਰ ਬਾਰੇ, ਨਗਰ ਕੀਰਤਨ ਬਾਰੇ ਜੇ ਤੁਹਾਡੇ ਆਪਣੇ ਵਿਚਾਰ ਤੁਸੀਂ ਸਾਂਝੇ ਕਰ ਸਕਦੇ ਹੋ। ਸਾਡੇ ਕਈ ਦਰਸ਼ਕ ਸਾਨੂੰ ਫੋਨ ਕਰ ਰਹੇ ਨੇ, ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਆਪਣਾ ਨਾਮ ਅਤੇ ਆਪਣਾ ਸ਼ਹਿਰ ਦੱਸ ਦਿਓ ਜੀ। ਮੈਂ ਜਸਵਿੰਦਰ ਸਿੰਘ ਬੈਨੀਪਾਲ ਔਰ ਨਿਊਯਾਰਕ ਤੋਂ ਬੋਲਦਾ ਜੀ ਮੈਂ। ਹਾਂਜੀ ਹਾਂਜੀ ਬੈਨੀਪਾਲ ਜੀ, ਕੀ ਕਹਿਣਾ ਚਾਹੋਗੇ ਜੀ? ਮੈਂ ਤੁਹਾਡਾ ਲਾਈਵ ਦੇਖ ਰਿਹਾ ਜੀ, ਬਹੁਤ ਇਕੱਠ ਆ, ਬਹੁਤ ਵਧੀਆ ਲੱਗ ਰਿਹਾ ਜੀ ਜੀ। ਤੇ ਮੈਨੂੰ ਇੱਕ ਗੱਲ ਵਧੀਆ ਨਹੀਂ ਲੱਗੀ, ਜਿਹੜੇ ਵਿੱਚ ਨੰਗੇ ਸਿਰ ਬਹੁਤ ਫਿਰਦੇ ਨੇ ਕਈ ਪਾਸੇ। ਅੱਛਾ, ਉੱਥੇ ਨਗਰ ਕੀਰਤਨ 'ਚ? ਅੱਛਾ, ਨਗਰ ਕੀਰਤਨ ਦੇ ਵਿੱਚ ਨੰਗੇ ਸਿਰ ਬਹੁਤ ਫਿਰਦੇ ਆ, ਤੇ ਉਹਨਾਂ ਨੂੰ ਨਾ ਥੋੜ੍ਹਾ ਜਿਹਾ ਕਹੋ ਵੀ ਪਲੀਜ਼ ਉੱਤੇ ਰੁਮਾਲ ਲੈਣ ਜਾਂ ਕੁਛ ਕਰਨ, ਨੰਗੇ ਸਿਰ ਬਹੁਤ ਫਿਰਦੀਆਂ ਨੇ। ਨਹੀਂ ਠੀਕ ਹੈ, ਇੱਦਾਂ ਚੰਗਾ ਨਹੀਂ ਲੱਗਦਾ। ਦੇਖੋ ਕਿੰਨਾ ਸੋਹਣਾ ਪ੍ਰੋਗਰਾਮ ਆ, ਕਿੰਨਾ ਇਕੱਠ ਆ, ਕਿੰਨੀ ਦੁਨੀਆਂ ਇਕੱਠੀ ਹੋਈ ਆ, ਕਿੰਨੀ ਕਿੰਨੀ ਦੂਰੋਂ ਆਏ ਨੇ ਜੀ ਜੀ। ਤੇ ਤੁਸੀਂ ਜੀ ਅਮਰੀਕਾ ਵਰਗੇ ਵਿੱਚ ਯੂਬਾ ਸਿਟੀ ਜਿੰਨਾ ਅਲੌਕਿਕ ਨਜ਼ਾਰਾ ਦੇਖ ਰਹੇ ਹੋ ਸਿੱਖ ਸੰਗਤ ਦਾ, ਸਿੱਖ ਵਿਰਸੇ ਦਾ, ਕਿੱਦਾਂ ਮਹਿਸੂਸ ਕਰਦੇ ਹੋ? ਬਹੁਤ ਮਹਿਸੂਸ ਕਰਦੇ ਜੀ, ਬਹੁਤ ਵਧੀਆ ਮਹਿਸੂਸ ਕਰਦੇ। ਇੱਦਾਂ ਲੱਗਦਾ ਜਿਵੇਂ ਅਸੀਂ ਇੰਡੀਆ ਦੇ ਵਿੱਚ ਹੀ ਬੈਠੇ ਹੁੰਦੇ ਹਾਂ, ਜਾਂ ਅਸੀਂ ਜਿਵੇਂ ਕੋਈ ਸਭਾ 'ਤੇ ਗਏ ਹੁੰਦੇ ਨੇ ਕਿਸੇ ਫਤਿਹਗੜ੍ਹ ਸਾਹਿਬ ਜਾਂ ਆਨੰਦਪੁਰ ਸਾਹਿਬ ਹੋਲੇ ਮਹੱਲੇ 'ਤੇ, ਇੱਦਾਂ ਮਹਿਸੂਸ ਹੁੰਦਾ। ਹੋਲੇ ਮਹੱਲੇ ਵਰਗੀਆਂ ਰੌਣਕਾਂ ਲੱਗ ਰਹੀਆਂ ਤੁਹਾਨੂੰ ਦਿਖ ਰਹੀਆਂ? ਹਾਂਜੀ ਹਾਂਜੀ ਹਾਂਜੀ, ਬਹੁਤ ਸੋਹਣਾ ਲੱਗਦਾ, ਰੰਗ ਬਿਰੰਗੀਆਂ ਦਸਤਾਰਾਂ, ਰੰਗ ਬਿਰੰਗੇ ਦੁਪੱਟੇ, ਉਸ ਤਰ੍ਹਾਂ ਹੀ ਬਸ ਨਿਸ਼ਾਨ ਸਾਹਿਬ ਕੀ ਸੇਵਾ ਹੋ ਰਹੀ ਆ ਜਿਵੇਂ ਕੱਲ੍ਹ ਹੋ ਰਹੀ ਸੀ, ਬਹੁਤ ਸੋਹਣਾ ਲੱਗਦਾ ਸੀਗਾ ਜੀ ਜੀ। ਅਸੀਂ ਵੀ ਜਸ ਪੰਜਾਬੀ 'ਤੇ ਹਰ ਸਾਲ ਇਹਨੂੰ ਲਾਈਵ ਦਿਖਾਉਂਦੇ ਹਾਂ, ਅਗਲੇ ਸਾਲ ਮੈਂ ਜ਼ਰੂਰ ਆਊਂਗਾ ਜੀ ਜੀ। ਜਸ ਪੰਜਾਬੀ 'ਤੇ ਅਸੀਂ ਹਰ ਸਾਲ ਇਹਨੂੰ ਲਾਈਵ ਦਿਖਾਈਦਾ ਜੀ, ਨਗਰ ਕੀਰਤਨ ਦੀਆਂ ਪੂਰਾ ਉਪਰਾਲਾ ਸਾਡਾ ਕੀਤਾ ਸਾਰੀ ਸਾਡੀ। ਹਾਂ, ਸਾਡੀ ਸਪੈਸ਼ਲ ਛੁੱਟੀ ਕਰਕੇ ਜੀ ਦੇਖਦਾ ਹੁੰਦਾ ਕਰੇ ਜੀ ਜੀ। ਸ਼ੁਕਰੀਆ ਜੀ ਬਹੁਤ ਬਹੁਤ ਆਪਣੀ ਗੱਲ ਸਾਂਝੀ ਕਰਨ ਵਾਸਤੇ। ਸਾਰੀ ਫੈਮਿਲੀ ਬੈਠੀ ਆ ਸਾਡੀ, ਸਾਰੇ ਦੇਖ ਰਹੇ ਆ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ, ਬਹੁਤ ਜਸ ਪੰਜਾਬੀ ਦਾ ਧੰਨਵਾਦ, ਤੁਸੀਂ ਸਾਰੇ ਲੋਕਾਂ ਨੂੰ ਦਿਖਾ ਰਹੇ ਹੋ, ਸਾਰੇ ਵਰਲਡ 'ਚ ਦਿਖਾ ਰਹੇ ਹੋ। ਸ਼ੁਕਰੀਆ ਜੀ, ਬਹੁਤ ਸਾਰਿਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਤੁਹਾਨੂੰ ਜੀ, ਸਾਰੇ ਕੈਲੀਫੋਰਨੀਆ ਵਾਲੇ ਬੰਦਿਆਂ ਨੂੰ, ਖਾਸ ਕਰ ਜਿਹੜੇ ਯੂਬਾ ਸਿਟੀ ਦੇ ਵਿੱਚ ਪ੍ਰੋਗਰਾਮ ਕਰਾਏ ਨੇ, ਮੋਹਲਵਾਰ ਬੰਦੇ ਨੇ, ਉਹਨਾਂ ਨੂੰ ਬਹੁਤ ਬਹੁਤ ਵਧਾਈਆਂ। ਸਾਰੀ ਸੰਗਤਾਂ ਨੂੰ ਵਧਾਈਆਂ ਜੀ, ਬਹੁਤ ਬਹੁਤ ਸਾਰੀ ਸੰਗਤਾਂ ਨੂੰ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਕੱਪੜਾ ਮਾਰਿਓ ਜੀ ਤੇ। ਹੈਲੋ, 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 ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜੇ ਤੁਸੀਂ ਨਗਰ ਕੀਰਤਨ ਬਾਰੇ, ਗੁਰੂ ਘਰ ਬਾਰੇ ਕੋਈ ਗੱਲ ਸਾਡੇ ਨਾਲ ਕਰਨਾ ਚਾਹੁੰਦੇ ਹੋ, ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਜਿਹੜੇ ਸਕਰੀਨ ਦੇ ਹੇਠਾਂ ਨੰਬਰ ਆ ਰਹੇ ਨੇ, ਤੁਸੀਂ ਉਹਨਾਂ 'ਤੇ ਫੋਨ ਕਰਕੇ ਸਾਡੇ ਨਾਲ ਗੱਲ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਲਾਈਵ ਟੈਲੀਕਾਸਟ, ਸਪੈਸ਼ਲ ਟੈਲੀਕਾਸਟ ਦੇ ਨਾਲ ਐਜ਼ ਸਪੋਂਸਰ ਤੁਸੀਂ ਜੁੜਨਾ ਚਾਹੁੰਦੇ ਹੋ, ਸਪੋਂਸਰ ਕਰਨਾ ਚਾਹੁੰਦੇ ਹੋ, ਤਾਂ ਸਾਨੂੰ 718-784-0900 ਤੋਂ ਤੁਸੀਂ ਫੋਨ ਕਰ ਸਕਦੇ ਹੋ। ਤੁਸੀਂ ਅਸੀਂ ਤੁਹਾਨੂੰ ਸਪੋਂਸਰਸ ਦਾ ਦੱਸੇ, ਮਾਈਕ ਬੋਪਾਰਾਏ, ਬੋਪਾਰਾਏ ਬ੍ਰਦਰਸ, ਮਮਲੁਕ ਸਿੰਘ ਗਿਰਖਲ ਐਂਡ ਬ੍ਰਦਰਸ, ਬਰੂ ਸਾਹਿਬ ਅਕੈਡਮੀ, ਜਸਦੀਪ ਸਿੰਘ ਜੱਸੀ ਸੈਂਟਰ ਫੋਰ ਸੋਸ਼ਲ ਚੇਂਜਿਸ, ਰਸ਼ਪਾਲ ਸਿੰਘ ਢੀਂਡਸਾ ਕਰਤਾਰਪੁਰ ਕੋਰੀਡੋਰ ਐਂਡ ਯੂਨਾਈਟਿਡ ਸਿੱਖ ਮਿਸ਼ਨ, ਗੁਰੂ ਮਾਨਿਓ ਗ੍ਰੰਥ ਚੇਤਨਾ ਗਰੁੱਪ ਕੈਲੀਫੋਰਨੀਆ, ਰੰਧਾਵਾ ਫੈਮਿਲੀ ਦੇ ਹੈਵ ਵੈਕੈਂਸੀ ਫੋਰ ਟੋ ਟਰੱਕ ਡਰਾਈਵਰਸ ਆਰ ਐਂਡ ਆਰ ਟੋਇੰਗ ਸਰਵਿਸ ਐਲ ਸੁਬਰਾਂਤੇ ਬੇ ਏਰੀਆ, ਉਹਨਾਂ ਦਾ ਨੰਬਰ ਹੈ ਜੀ 510-684-2805। ਇਹ ਸਾਡੇ ਇਸ ਲਾਈਵ ਟੈਲੀਕਾਸਟ ਦੇ ਸਾਰੇ ਸਪੋਂਸਰਸ ਨੇ। ਔਰ ਜੇ ਐਜ਼ ਏ ਸਪੋਂਸਰ ਤੁਸੀਂ ਜੁੜਨਾ ਚਾਹੁੰਦੇ ਹੋ ਤਾਂ ਸਾਨੂੰ 718-784-0900, ਮੈਂ ਦੁਬਾਰਾ ਰਿਪੀਟ ਕਰਦਾ ਨੰਬਰ 718-784-0900 'ਤੇ ਫੋਨ ਕਰਕੇ ਹੁਣੇ ਦੇ ਹੁਣੇ ਗੱਲ ਕਰ ਸਕਦੇ ਹੋ। ਔਰ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਗੁਰੂ ਘਰ ਬਾਰੇ, ਨਗਰ ਕੀਰਤਨ ਬਾਰੇ, ਉਹ ਸਾਨੂੰ ਫੋਨ ਕਰ ਸਕਦੇ ਨੇ। ਲੇਕਿਨ ਇਹ ਜਿਹੜਾ ਲਾਈਵ ਟੈਲੀਕਾਸਟ ਹੈ, ਤੁਸੀਂ ਹੁਣ ਲਾਈਵ ਦੇਖ ਰਹੇ ਹੋ, ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਨੇ, ਇਹ ਸਾਡਾ ਸਿਲਸਿਲਾ ਜਾਰੀ ਰਹੇਗਾ। ਲਾਈਵ ਟੈਲੀਕਾਸਟ 'ਤੇ ਤੁਹਾਨੂੰ ਤਸਵੀਰਾਂ ਹੋਰ ਦਿਖਾਵਾਂਗੇ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਜੋ ਕਰ ਸੂਰਜ ਨਿਕਲੇ।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਅੱਜ ਅਸੀਂ ਤੁਹਾਨੂੰ ਸਪੈਸ਼ਲ ਅਤੇ ਲਾਈਵ ਟੈਲੀਕਾਸਟ ਦਿਖਾ ਰਹੇ ਹਾਂ ਯੂਬਾ ਸਿਟੀ ਨਗਰ ਕੀਰਤਨ ਦਾ। 39ਵਾਂ ਨਗਰ ਕੀਰਤਨ ਜੋ ਹੈ ਯੂਬਾ ਸਿਟੀ 'ਚ ਇਸ ਸਮੇਂ ਸ਼ੁਰੂ ਹੋ ਗਿਆ ਹੈ, ਰਸਮੀ ਤੌਰ 'ਤੇ ਉਹਦਾ ਸ਼ੁਰੂਆਤ ਹੋ ਗਈ ਹੈ। ਲੱਖਾਂ ਦੀ ਤਾਦਾਦ 'ਤੇ ਦੁਨੀਆ ਭਰ ਤੋਂ ਸੰਗਤਾਂ ਉੱਥੋਂ ਜੁੜੀਆਂ ਨੇ ਔਰ ਅਸੀਂ ਤੁਹਾਨੂੰ ਪਲ ਪਲ ਦੀਆਂ ਤਸਵੀਰਾਂ ਉੱਥੋਂ ਦਿਖਾ ਰਹੇ ਹਾਂ। ਇਸ ਸਮੇਂ ਸਟੂਡੀਓ 'ਚ ਮੇਰੇ ਨਾਲ ਮੇਰੇ ਸਹਿਯੋਗੀ ਅਰਵਿੰਦਰ ਰਿਆੜ ਜੀ ਵੀ ਮੌਜੂਦ ਨੇ ਅਤੇ ਅਸੀਂ ਜਿਹੜੇ ਕਈ ਦਰਸ਼ਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਸਾਡੇ ਨਾਲ ਕਈ ਦਰਸ਼ਕ ਜੁੜ ਵੀ ਰਹੇ ਨੇ, USA ਤੋਂ UK ਤੋਂ ਅਲੱਗ ਅਲੱਗ ਮੁਲਕਾਂ ਤੋਂ ਫੋਨ ਆ ਰਹੇ ਨੇ ਸਾਨੂੰ, ਉਹਨਾਂ ਨੂੰ ਅਸੀਂ ਕਿਹਾ ਕਿ ਨਗਰ ਕੀਰਤਨ ਬਾਰੇ, ਗੁਰੂ ਘਰ ਬਾਰੇ ਕੋਈ ਵਿਚਾਰ ਸਾਡੇ ਸਾਂਝੇ ਕਰਨਾ ਚਾਹੁੰ, ਉਹ ਸਾਡੇ ਨਾਲ ਗੱਲ ਕਰ ਸਕਦੇ ਨੇ। ਇਸ ਤੋਂ ਇਲਾਵਾ ਜਿਹੜੇ ਸਾਡੇ ਸਪੋਂਸਰਸ ਨੇ ਉਹਨਾਂ ਨੂੰ ਵੀ ਅਸੀਂ ਨੰਬਰ ਦੇ ਰਹੇ ਹਾਂ। ਅਰਵਿੰਦ ਰਿਆੜ ਜੀ ਤੁਸੀਂ ਦੱਸੋ। ਬਹੁਤ ਬਹੁਤ ਸ਼ੁਕਰੀਆ ਨਵੀਨ ਜੀ, ਬਹੁਤ ਬਹੁਤ ਸ਼ੁਕਰੀਆ ਸਮੁੱਚੀ ਸਾਧ ਸੰਗਤ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਿਕੁਐਸਟ ਕਰਨਾ ਚਾਹਾਂਗਾ ਸਾਡੀ ਸਮੁੱਚੀ ਸਾਧ ਸੰਗਤ ਨੂੰ, ਦੂਰ ਦੁਰਾਡੇ ਬੈਠੇ ਉਹਨਾਂ ਲੋਕਾਂ ਨੂੰ, ਕਿ 550 ਨਗਰ ਕੀਰਤਨ ਹੈ। ਜੇਕਰ ਸਪੈਸ਼ਲ ਤੁਸੀਂ ਕੋਈ ਵੀ ਮੈਸੇਜ ਸਾਡੇ 2 ਮਿੰਟ ਦਾ ਦੇਣਾ ਤਾਂ ਤੁਸੀਂ ਸਾਡੇ ਇਸ ਨੰਬਰ 'ਤੇ ਕਾਲ ਕਰੋ, 7187840900 ਦੇ ਉੱਤੇ ਫਾਰ ਸਪੋਂਸਰਸ਼ਿਪ, ਔਰ ਉਹ ਤੁਹਾਡੀ ਕਾਲ ਚੱਕੀ ਜਾਊਗੀ। ਉਸ ਤੋਂ ਬਾਅਦ ਸਾਡੇ ਕੋਲ ਤੁਹਾਡਾ ਨੰਬਰ ਜਿਹੜਾ ਹੈ ਉਹ ਬਕਾਇਦਾ ਤੌਰ ਦੇ ਉੱਤੇ ਪਹੁੰਚ ਜਾਏਗਾ। ਔਰ ਸਾਡੇ ਹੋਰ ਵੀ ਜਿਹੜੇ ਬੜੇ ਸਪੋਂਸਰਸ ਨੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਅੱਜ ਮੈਂ ਸਮਝਾਂਗਾ ਕਿ ਉਸ ਧਰਤੀ ਜਿਹੜੀ ਹੈ ਉਹ ਪੂਰੀ ਰੁਸ਼ਨਾਈ ਪਈ ਹੈ ਔਰ ਕੇਸਰੀ ਰੰਗ ਦੇ ਵਿੱਚ ਜਿਹੜੀ ਹੈ ਉਹ ਰੰਗੀ ਹੋਈ ਹੈ। ਇਹ ਆਪਣੇ ਆਪ 'ਚ ਇੱਕ ਦੇਖਣ ਵਾਲਾ ਨਜ਼ਾਰਾ ਹੈ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਅਸੀਂ ਸਿੱਖ ਵਿਰਸੇ ਦੇ ਇਸ ਦਾ ਸ਼ਾਨਦਾਰ ਨਜ਼ਾਰਾ ਦੇਖ ਰਹੇ ਹਾਂ। ਆਪਣੇ ਆਪ ਨੂੰ ਦੇਖ ਕੇ ਮਾਣ ਹੁੰਦਾ ਜੀ। ਨਵੀਨ ਜੀ, 10 ਸਾਲ ਪਹਿਲਾਂ ਸਭ ਤੋਂ ਇੱਕੋ ਇੱਕ ਚੈਨਲ ਸੀ ਜਿਸ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਨੂੰ ਲਾਈਵ ਕੀਤਾ, ਔਰ ਅੱਜ 10 ਸਾਲਾਂ ਬਾਅਦ ਮੈਂ ਸਮਝਾਂਗਾ ਕਿ ਇੱਕ ਇਤਿਹਾਸ ਫਿਰ ਦੁਹਰਾਇਆ ਜਾ ਰਿਹਾ ਕਿ ਅੱਜ ਵਰਲਡ ਵਾਈਡ ਜਦੋਂ ਇੰਡੀਆ ਦੇ ਵਿੱਚ ਜੀਓ ਤੱਕ ਵੀ ਜੀਓ ਚੈਨਲ ਦੇ ਉੱਤੇ ਜਸ ਪੰਜਾਬੀ ਚੱਲ ਰਿਹਾ, ਨਿਊਜ਼ੀਲੈਂਡ, ਆਸਟ੍ਰੇਲੀਆ, ਦੁਬਈ, ਹਰ ਪਾਸੇ, ਪੈਰਿਸ, UK ਦੇ ਵਿੱਚ ਇਸ ਵੇਲੇ ਇਹਨੂੰ ਦੁਨੀਆ ਭਰ ਦੇ ਵਿੱਚ ਜਿਹੜਾ ਹੈ ਉਹ ਲਾਈਵ ਦੇਖਿਆ ਜਾ ਰਿਹਾ। ਔਰ ਮੈਂ ਸਮਝਾਂਗਾ ਕਿ ਇਹ ਇੱਕ ਪਰਮਾਤਮਾ ਦਾ ਅਲੌਕਿਕ ਨਜ਼ਾਰਾ ਹੈ ਜਿੱਥੇ ਹਰ ਸਾਹ ਲੈਣ ਵਾਲੇ ਵਿਅਕਤੀ ਦੀ ਉੱਥੇ ਪਹੁੰਚੇ ਹੋਏ ਦੀ ਸ਼ਰਧਾ, ਜਿਹੜੀ ਆਸਥਾ ਜੁੜੀ ਹੋਈ ਹੈ, ਔਰ ਜਿਹੜੇ ਘਰਾਂ 'ਚ ਬੈਠ ਕੇ ਦੇਖ ਰਹੇ ਨੇ ਪ੍ਰੋਗਰਾਮ, ਉਹਨਾਂ ਦੀ ਆਸਥਾ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਉਹ ਜੁੜੀ ਹੋਈ ਹੈ। ਔਰ ਮੈਂ ਫਿਰ ਇੱਕ ਵਾਰੀ ਸਾਡੇ ਸਪੋਂਸਰਸ ਜਿਹੜੇ ਨੇ ਉਹਨਾਂ ਦਾ ਖਾਸ ਤੌਰ ਦੇ ਉੱਤੇ ਮੈਂ ਧੰਨਵਾਦ ਕਰਾਂਗਾ। ਔਰ ਇਸੇ ਤਰ੍ਹਾਂ ਅਸੀਂ ਤੁਹਾਨੂੰ ਨਗਰ ਕੀਰਤਨ ਦਾ ਜਿਹੜਾ ਇਹ ਨਜ਼ਾਰਾ ਲੰਬਾ ਸਮਾਂ ਜਿਹੜਾ ਉਹ ਦਿਖਾਈ ਜਾਣਾ, ਕਿਉਂਕਿ ਯੂਬਾ ਸਿਟੀ ਬਾਰੇ ਇੱਕ ਗੱਲ ਨਵੀਨ ਜੀ ਬੜੀ ਵੱਡੀ ਪ੍ਰਚਲਿਤ ਹੈ ਕਿ ਉਹ ਇੱਕ ਐਸਾ ਕੁੰਭ ਦਾ ਮੇਲਾ ਹੈ ਜਿੱਥੇ ਲੋਕ ਜਿਹੜੇ ਨੇ ਉਹ 15-15, 20-20 ਸਾਲਾਂ ਬਾਅਦ ਗੁਆਚੇ ਹੋ ਵੀ ਇੱਕ ਦੂਜੇ ਨੂੰ ਵੈਸੇ ਨਹੀਂ ਲੱਭਦੇ ਅਤੇ ਉਹ ਯੂਬਾ ਸਿਟੀ ਦੇ ਨਗਰ ਕੀਰਤਨ ਦੇ ਵਿੱਚ ਲੱਭ ਜਾਂਦੇ, ਕਿਉਂਕਿ ਇੱਕ ਆਪਣੇ ਆਪ ਦੇ ਵਿੱਚ ਪਿੰਡ ਵਸ ਜਾਂਦਾ ਔਰ ਇਹ ਸਭ ਤੋਂ ਪਹਿਲਾ ਵੱਡਾ ਨਗਰ ਕੀਰਤਨ ਹੈ। ਮੇਰੇ ਖਿਆਲ 'ਤੇ ਅਮਰੀਕਾ ਦਾ ਸਭ ਤੋਂ ਵੱਡਾ ਜਿਹੜਾ ਇਕੱਠ ਹੋਏਗਾ ਅਸੀਂ ਕਹਿ ਸਕਦੇ ਹਾਂ ਸਭ ਤੋਂ ਵੱਡਾ ਨਗਰ ਕੀਰਤਨ ਹੈ। ਔਰ ਅਸੀਂ ਤੁਹਾਨੂੰ ਦੱਸ ਰਹੇ ਕਿ ਜਸ ਪੰਜਾਬੀ 'ਤੇ ਤੁਸੀਂ ਵਰਲਡ ਵਾਈਡ ਸਪੈਸ਼ਲ ਲਾਈਵ ਟੈਲੀਕਾਸਟ ਇਸ ਸਮੇਂ ਵੇਖ ਰਹੇ ਹੋ, ਔਰ ਇਸ ਲਈ ਜਸ ਪੰਜਾਬੀ ਨੇ ਵੀ ਸਪੈਸ਼ਲ ਉਪਰਾਲੇ ਕੀਤੇ ਨੇ ਸੋਸ਼ਲ ਮੀਡੀਆ 'ਤੇ ਵੀ ਤੁਹਾਨੂੰ ਦਿਖਾਉਣ ਲਈ। ਇਹਦਾ ਲਾਈਵ ਟੈਲੀਕਾਸਟ ਯੂਟਿਊਬ ਔਰ ਫੇਸਬੁੱਕ 'ਤੇ ਜਸ ਪੰਜਾਬੀ TV ਪੇਜ 'ਤੇ ਤੁਸੀਂ ਲਾਈਵ ਟੈਲੀਕਾਸਟ ਦੇਖ ਸਕਦੇ ਹੋ। ਯਾਰ ਸਾਹਿਬ, ਤਸਵੀਰਾਂ ਦੇਖ ਕੇ ਜਦੋਂ ਕੀ ਤੁਸੀਂ ਕਹਿਣਾ ਚਾਹੋਗੇ ਜੋ ਇੱਕ ਰੰਗ ਬਰੰਗ ਨਜ਼ਾਰਾ? ਮੈਂ ਜ਼ਰੂਰ ਜੀ, ਮੈਂ ਇਹ ਸਮਝਾਂਗਾ ਕਿ 39 ਮਹਾਨ ਨਗਰ ਕੀਰਤਨ ਹੈ, ਇਹ ਲੋਕਾਂ ਦੀ ਆਸਥਾ ਸ਼ਰਧਾ ਜਿਹੜੀ ਹੈ ਉਹ ਬਹੁਤ ਵੱਡੇ ਤੌਰ ਦੇ ਉੱਤੇ ਜੁੜੀ ਹੋਈ ਹੈ, ਕਿਉਂਕਿ ਇੱਥੇ ਜਿਹੜੇ ਲੋਕ ਨੇ ਉਹ ਇਹ ਨਹੀਂ ਕਿ ਅਮਰੀਕਾ ਦੀਆਂ ਵੱਖ ਵੱਖ ਸਟੇਟਾਂ ਤੋਂ ਪਹੁੰਚਦੇ ਨੇ, ਵੱਖਰੀਆਂ ਵੱਖਰੀਆਂ ਯੂਰਪ ਦੀਆਂ ਕੰਟਰੀਆਂ ਤੋਂ ਵੀ ਇੱਥੇ ਲੋਕ ਜਿਹੜੇ ਪਹੁੰਚੇ ਹੋਏ ਨੇ। ਸਭ ਤੋਂ ਖਾਸੀਅਤ ਇਸ ਨਗਰ ਕੀਰਤਨ ਦੀ ਜਿਹੜੀ ਅਸੀਂ ਪਿਛਲੇ 10 ਸਾਲਾਂ ਤੋਂ ਦੇਖੀ ਹੈ, ਕਿਉਂਕਿ ਮੈਂ ਸਮਝਾਂਗਾ ਕਿ ਸਿੱਖ ਕੌਮ ਦੇ ਵਿੱਚ ਵੀ ਸਾਡੇ ਕਈ ਮਤ ਨੇ, ਕੋਈ ਗਰਮ ਖਿਆਲੀ ਹੈ, ਕੋਈ ਨਰਮ ਖਿਆਲੀ ਹੈ, ਕੋਈ ਹੈ, ਪਰ ਇਸ ਨਗਰ ਕੀਰਤਨ ਦੇ ਨਾਲ ਹਰ ਇੱਕ ਵਿਅਕਤੀ ਦੀ ਸ਼ਰਧਾ ਜਿਹੜੀ ਹੈ ਉਹ ਇਸ ਢੰਗ ਨਾਲ ਜੁੜੀ ਹੋਈ ਹੈ ਕਿ ਮੈਂ ਨਾ ਤਾਂ ਅੱਜ ਤੱਕ ਦੁਨੀਆ ਦੇ ਵਿੱਚ ਲੰਗਰਾਂ ਦੀ ਜਿਹੜੀ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਦਾ 20 ਰੁਪਈਏ ਦਾ ਸੌਦਾ ਸੀ ਉਸ ਦੀ ਪਰੰਪਰਾ ਕਿਤੇ ਵੀ ਦੇਖੀ ਹੈ ਅੱਜ ਤੱਕ? ਅਤੇ ਨਾ ਹੀ ਮੈਂ ਇਹ ਦੇਖਿਆ ਕਿ ਉੱਥੇ ਸਾਰੇ ਹੀ ਮਤਾਂ ਦੇ ਲੋਕ ਜਿਹੜੇ ਨੇ, ਸਿੱਖ ਕੌਮ ਦੇ ਵਿੱਚ ਵੱਖ ਵੱਖ ਸੰਪਰਦਾਵਾਂ ਦੇ ਲੋਕ ਜਿਹੜੇ ਨੇ ਉਹ ਜ਼ਰੂਰ ਹਾਜ਼ਰੀ ਭਰਦੇ ਨੇ, ਔਰ 3 ਦਿਨ ਤੋਂ ਲੋਕ ਜਿਹੜੀਆਂ ਨੇ ਉਹ ਆਪਣੀਆਂ ਜਗ੍ਹਾ ਮਲ ਕੇ ਬਹਿ ਜਾਂਦੇ ਨੇ। ਘੱਟੋ ਘੱਟ 10-12 ਮਾਈਲ ਦੇ ਏਰੀਏ ਦੇ ਵਿੱਚ ਜਿੱਥੇ ਲੋਕਾਂ ਦੇ ਰਸਤੇ ਦੇ ਵਿੱਚ ਲੰਗਰਾਂ ਦੇ ਸਟਾਲ ਲੱਗੇ ਹੁੰਦੇ ਨੇ, ਉਹਨਾਂ ਨੂੰ 4-4 ਦਿਨ ਜਿਹੜਾ ਹੈ ਉਹ ਥਾਵਾਂ ਉਹਨਾਂ ਦੀਆਂ ਮਲ ਲਈਆਂ ਜਾਂਦੀਆਂ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਦੁਨੀਆ ਭਰ 'ਚ ਲਾਈਵ ਟੈਲੀਕਾਸਟ, ਸਪੈਸ਼ਲ ਟੈਲੀਕਾਸਟ ਜਸ ਪੰਜਾਬੀ 'ਤੇ ਜੋ ਆ ਰਿਹਾ ਦੁਨੀਆ ਭਰ ਦੇ ਲੋਕ ਦੇਖ ਰਹੇ ਨੇ। ਅਸੀਂ ਦਰਸ਼ਕਾਂ ਨੂੰ ਇਹ ਵੀ ਅਪੀਲ ਕੀਤੀ ਸੀ, ਅਗਰ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ, ਕੋਈ ਆਪਣੇ ਵਿਚਾਰ ਸਾਂਝਾ ਕਰਨੇ, ਸਾਨੂੰ ਫੋਨ ਕਰਨ, ਔਰ ਅਸੀਂ ਤੁਹਾਨੂੰ ਦੱਸ ਦਈਏ ਕਿ ਸਾਨੂੰ UK ਔਰ USA ਤੋਂ ਲਗਾਤਾਰ ਫੋਨ ਆ ਰਹੇ ਨੇ। ਆਪਾਂ USA ਦੇ ਦਰਸ਼ਕ ਨਾਲ ਗੱਲ ਕਰਦੇ ਹਾਂ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਰਿਆੜ ਸਿੰਘ ਜੀ, ਸਤਵਿੰਦਰ ਸਿੰਘ ਸੰਦਰ ਬੋਲਦਾ ਨੀ ਜੀ ਆਪ ਤੋਂ। ਹਾਂਜੀ ਹਾਂਜੀ, ਸੰਦਰ ਸਾਹਿਬ ਕੀ ਕਹੋਗੇ ਅੱਜ ਇਸ? ਬਹੁਤ ਮੁਬਾਰਕਾਂ ਜੀ ਸਾਰੇ ਸਿੱਖ ਜਗਤ ਨੂੰ ਇਸ
ਇਸ ਨਗਰ ਕੀਰਤਨ ਨੂੰ ਅਸੀਂ ਪ੍ਰਜੈਂਟ ਕਰ ਰਹੇ ਹਾਂ ਜਿਸ ਢੰਗ ਨਾਲ ਅਸੀਂ ਆਪਣੀ ਵੱਡੀ ਤੋਂ ਵੱਡੀ ਕੋਸ਼ਿਸ਼ ਪੇਸ਼ ਕਰਨ ਦੀ ਕਰ ਰਹੇ ਹਾਂ। ਮੈਂ ਸਮਝਾਂਗਾ ਕਿ ਇੱਕ ਬਹੁਤ ਵੱਡਾ ਉਪਰਾਲਾ ਹੈ ਜਿੱਥੇ ਸਾਡੇ ਲਗਭਗ 8 to 10 ਜਿਹੜੇ ਸਾਡੇ ਇੰਪਲੋਈ ਨੇ ਜਿਹੜੇ ਟੈਕਨੀਕਲ ਸਟਾਫ ਔਰ ਰਿਪੋਰਟਰ ਜਿਹੜੇ ਨੇ ਸਾਡੇ ਉਹ ਯੂਬਾ ਸਿਟੀ ਦੇ ਉਸ ਨਗਰ ਕੀਰਤਨ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਜਿੱਥੇ ਮੌਜੂਦ ਨੇ ਔਰ ਅਸੀਂ ਉਹਨਾਂ ਦਾ ਰਾਬਤਾ ਬਕਾਇਦਾ ਤੌਰ ਦੇ ਉੱਤੇ ਸਟੂਡੀਓ ਤੋਂ ਤੁਹਾਡੇ ਨਾਲ ਜਿਹੜਾ ਹੈ ਉਹ ਜੋੜ ਰਹੇ ਹਾਂ। ਬਹੁਤ ਵਧੀਆ ਜੀ, ਮੁਬਾਰਕਾਂ ਸਾਡੇ ਵੱਲੋਂ, ਸਭ ਨੂੰ ਵਧਾਈਆਂ ਜੀ ਬਹੁਤ ਬਹੁਤ, ਔਰ ਤੁਹਾਡਾ ਖਾਸ ਕਰਕੇ ਜਸ ਪੰਜਾਬੀ ਦਾ ਧੰਨਵਾਦ ਕਰਨਾ ਚਾਹੁੰਦੇ ਨਿਊਯਾਰਕ ਤੋਂ ਗਏ ਹੋਏ ਸਾਰੇ ਵੀਰਾਂ ਦਾ ਜੀ, ਤੁਹਾਡਾ ਖਾਸ ਕਰਕੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀਆਂ ਜੀ, ਮਿਹਰਬਾਨੀ ਜੀ, ਮਿਹਰਬਾਨੀ। ਵਾਹਿਗੁਰੂ ਜੀ। ਅਸੀਂ ਦੱਸ ਦਈਏ ਕਿ ਯੂਬਾ ਸਿਟੀ ਦੇ ਵਿੱਚ ਜਸ ਪੰਜਾਬੀ ਦੀਆਂ ਕਈ ਟੀਮਾਂ ਮੌਜੂਦ ਨੇ ਵੱਖ ਵੱਖ ਲੋਕੇਸ਼ਨਸ ਤੋਂ, ਤੁਹਾਨੂੰ ਪਲ ਪਲ ਦੀ ਜਾਣਕਾਰੀ ਪਲ ਪਲ ਦੀਆਂ ਤਸਵੀਰਾਂ ਅਸੀਂ ਲਾਈਵ ਦਿਖਾ ਰਹੇ ਹਾਂ ਔਰ ਸਾਡੇ ਕਰੋੜਾਂ ਦਰਸ਼ਕ ਜਿਹੜੇ ਨੇ ਇਸ ਸਮੇਂ ਵਰਲਡ ਵਾਈਡ ਇਸ ਲਾਈਵ ਟੈਲੀਕਾਸਟ ਨੂੰ ਦੇਖ ਰਹੇ ਨੇ। ਸਾਡੇ ਕਈ ਦਰਸ਼ਕ ਯੂਕੇ ਤੋਂ ਔਰ ਯੂਐਸਏ ਤੋਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਜੋਗਾ ਸਿੰਘ ਖਾਲਿਸਤਾਨੀ ਬੋਲਦਾ ਵੀਰ ਜੀ। ਹਾਂਜੀ ਜੋਗਾ ਸਿੰਘ ਜੀ, ਜੋਗਾ ਸਿੰਘ ਜੀ ਕੀ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਿਆੜਲ ਤੋਂ ਬੋਲਦੇ ਹਾਂ ਜੀ। ਜੀ ਸਰ, ਜੋਗਾ ਸਿੰਘ ਜੀ ਕੀ ਕਹੋਗੇ ਅੱਜ ਦੇ ਇਸ ਮਹਾਨ ਨਗਰ ਕੀਰਤਨ ਬਾਰੇ? ਸਮੂਹ ਸੰਗਤ ਨੂੰ ਵੀ ਲੱਖ ਲੱਖ ਵਧਾਈਆਂ ਨਗਰ ਕੀਰਤਨ ਦੀਆਂ ਜੀ। ਮੈਂ ਕਹਿਣਾ ਚਾਹੂੰਗਾ ਵੀ ਭਾਰਤ ਤੋਂ ਬਾਹਰ ਅਗਰ ਨਗਰ ਕੀਰਤਨ ਹੁੰਦਾ ਤੇ ਕੈਨੇਡਾ ਦੇ ਵਿੱਚ ਹੋ ਗਿਆ ਯੂਬਾ ਸਿਟੀ, ਤੇ ਫਿਰ ਉੱਧਰ ਲੰਡਨ ਸਾਊਥ ਹਾਲ ਦੇ ਵਿੱਚ, ਤੇ ਸਭ ਤੋਂ ਵੱਡਾ ਹੈ ਯੂਬਾ ਸਿਟੀ ਵਾਲਾ, ਜਿਸ ਸੰਗਤਾਂ ਦਾ ਇਕੱਠ ਲੱਖਾਂ ਦੀ ਗਿਣਤੀ ਦੇ ਵਿੱਚ ਹੋਇਆ ਜੀ, ਸੰਗਤਾਂ ਦਾ ਇਕੱਠ ਜਿਹੜਾ ਹੈਗਾ। ਜਦੋਂ ਜੋਗਾ ਸਿੰਘ ਜੀ ਜਦੋਂ ਉਸ ਧਰਤੀ ਦੇ ਉੱਤੇ ਜਾਂਦੇ ਆ ਨਾ ਆਪਾਂ, ਸਾਨੂੰ ਬਕਾਇਦਾ ਤੌਰ ਦੇ ਉੱਤੇ ਉੱਥੇ ਉਸ ਧਰਤੀ ਦੇ ਉੱਤੇ ਐਟਲਸ ਦੇ ਸਾਈਕਲ ਇੰਡੀਆ ਵਾਲੇ ਮਿਲਦੇ ਨੇ, ਸਾਨੂੰ ਪੇਂਡੂ ਪਰੰਪਰਾਵਾਂ ਮਿਲਦੀਆਂ ਨੇ, ਸਾਡੀਆਂ ਭੈਣਾਂ ਬੀਬੀਆਂ ਜਿਹੜੀਆਂ ਉਹ ਖੇਤਾਂ ਦੇ ਵਿੱਚੋਂ ਸਾਗ ਤੋੜ ਕੇ ਲੈ ਕੇ ਆਉਂਦੀਆਂ ਨੇ। ਮਤਲਬ ਇੱਕ 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 ਪੇਂਡੂ ਮਾਹੌਲ ਔਰ ਇੱਕ ਆਪਣੱਤ ਦਾ ਮਾਹੌਲ ਉਸ ਧਰਤੀ ਦੇ ਉੱਤੇ ਮੈਂ ਸਮਝਾਂਗਾ ਕਿ ਅਭਿੱਜ ਹੈ, ਅਤੇ ਜਿੱਥੇ ਸਤਿਗੁਰੂ ਬੈਠ ਜਾਂਦਾ ਔਰ ਜਿੱਥੇ ਇਹ ਮੈਂ ਸਮਝਾਂਗਾ ਕਿ ਅੱਜ ਉੱਤਰੀ ਅਮਰੀਕਾ ਦਾ ਸਭ ਤੋਂ ਵੱਡਾ ਨਗਰ ਕੀਰਤਨ ਜਿਹੜਾ ਇਸ ਨੂੰ ਮੰਨਿਆ ਜਾਂਦਾ। ਰਿਆੜ ਸਾਹਿਬ, ਥੋੜੀ ਜਿਹੀ ਇੱਕ ਜਿੱਦਾਂ ਆਪਾਂ ਦੇਖਦੇ ਸੀਗੇ, ਮੈਂ ਨੋਟ ਕਰ ਰਿਹਾ ਸੀਗਾ ਵੀ ਇਹ ਕੋਈ ਮੇਲਾ ਨਹੀਂ ਹੈ, ਇਹ ਆਪਣੇ ਨਗਰ ਕੀਰਤਨ ਆ ਸਤਿਗੁਰ ਦਾ, ਤੇ ਨਾ ਬਹੁਤ ਮੇਰੇ ਵੀਰ ਤੇ ਭੈਣਾਂ ਨੰਗੇ ਸਿਰ ਫਿਰ ਰਹੇ। ਅੱਗੇ ਵੀ ਇੱਕ ਵੀਰ ਨੇ ਦੱਸਿਆ ਸੀਗਾ ਇਹ ਥੋੜਾ ਜਿਹਾ ਚਾਹੀਦਾ ਪ੍ਰਬੰਧਕਾਂ ਨੂੰ, ਆਪਾਂ ਨੂੰ ਆਪ ਨੂੰ ਵੀ ਚਾਹੀਦਾ ਵੀ ਅਸੀਂ ਗੁਰੂ ਦੇ ਸਿੱਖ ਹਾਂ, ਗੁਰੂ ਦੀ ਜਿਹੜਾ ਅਸੀਂ ਆਦਰ ਮਾਣ ਰਿਸਪੈਕਟ ਆ ਉਹ ਸਿਰ ਢੱਕ ਕੇ ਕੀਤਾ ਗਾ। ਸਰ ਜੋਗਾ ਸਿੰਘ ਜੀ, ਮੈਂ ਸਮਝਾਂਗਾ ਗੁਰੂ ਘਰ ਦੀ ਧਰਤੀ ਦੇ ਉੱਤੇ ਅੰਦਰ ਵੀ ਬਾਉਂਡਰੀ ਦੇ ਵਿੱਚ ਹੈ ਨੇ, ਜੇ ਅਸੀਂ ਇਹਨਾਂ ਸਤਿਕਾਰ ਕਰਨ ਵਾਲੀਆਂ ਪਰੰਪਰਾਵਾਂ ਨੂੰ ਅਸੀਂ ਬਕਾਇਦਾ ਤੌਰ ਦੇ ਉੱਤੇ ਮੈਂ ਸਮਝਾਂਗਾ ਕਿ ਅਮੀਰ ਵਿਰਾਸਤ ਦੇ ਤੌਰ 'ਤੇ ਵੱਡੀਆਂ ਰੱਖਾਂਗੇ ਤਾਂ ਇਹ ਵਿਰਸਾ ਜਿਹੜਾ ਉਹ ਹੋਰ ਵੱਡਾ ਹੋਏਗਾ ਔਰ ਇਹ ਹੋਰ ਪਰਪੱਕ ਹੋਏਗਾ। ਔਰ ਇਹ ਤੁਹਾਡਾ ਬੜਾ ਅੱਛਾ ਸੁਝਾਅ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨਗਰ ਕੀਰਤਨ ਦੇ ਵਿੱਚ ਕੁਝ ਨਾ ਕੁਝ ਤਬਦੀਲੀ ਲਿਆਉਣ ਵਾਸਤੇ, ਸਭ ਤੋਂ ਵੱਡੀ ਗੱਲ ਤਾਂ ਡਿਸਿਪਲਨ ਦੀ ਤਬਦੀਲੀ ਲਿਆਉਣ ਵਾਸਤੇ ਕਿ ਸਾਡੇ 'ਚ ਤੁਰਨ ਦਾ ਵੀ ਡਿਸਿਪਲਨ ਕਈ ਵਾਰੀ ਨਹੀਂ ਹੁੰਦਾ, ਅਸੀਂ ਇਹ ਡਿਸਿਪਲਨ ਦੀ ਵੀ ਤਬਦੀਲੀ ਲਿਆਈਏ। ਔਰ ਤੁਹਾਡਾ ਸੁਝਾਅ ਬਹੁਤ ਵਧੀਆ, ਥੈਂਕ ਯੂ ਤੁਹਾਡਾ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਜੀ, ਵਾਹਿਗੁਰੂ, ਵਾਹਿਗੁਰੂ ਖਾਲਸਾ ਫਤਿਹ। ਹੈਲੋ 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 ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਕੁਲਦੀਪ ਸਿੰਘ ਇੰਡੀਆ ਤੋਂ ਬੋਲਦਾ। ਹਾਂਜੀ ਸਰ ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਵਾਹਿ ਖਾਲਸਾ ਵਾਹਿ ਫਤਿਹ ਜੀ ਜੀ, ਮੁਬਾਰਕਾਂ ਤੁਹਾਨੂੰ ਨਗਰ ਕੀਰਤਨ ਦੀਆਂ ਔਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ 550ਵੇਂ ਗੁਰਪੁਰਬ ਦੀਆਂ। ਹਾਂਜੀ, ਆਪ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ, ਸਭ ਟੀਵੀ ਦੇਖ ਰਹੇ ਚੈਨਲ ਦੇ ਉੱਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਐਂਡ ਜਸ ਪੰਜਾਬੀ ਨੂੰ ਵੈਰੀ ਗੁੱਡ ਬਿਕੋਜ਼ ਦਾ ਐਵਰੀਥਿੰਗ ਇਜ਼। ਪੰਜਾਬੀ ਦੇਖਣ ਵਾਲੇ ਸਾਰੇ ਸਤਿਕਾਰਯੋਗ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਫਤਿਹ ਅੱਜ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 39ਵਾਂ ਮਹਾਨ ਨਗਰ ਕੀਰਤਨ ਯੂਬਾ ਸਿਟੀ ਤੋਂ ਆਨੰਦ ਮਾਣ ਰਹੇ ਘਰਾਂ ਵਿੱਚ ਬੈਠੇ ਦਰਸ਼ਕ, ਜਿਵੇਂ ਸਵੇਰ ਤੋਂ ਦੇਖ ਰਹੇ ਹੋ ਅੱਜ ਤੁਸੀਂ, ਅਤੇ ਹੁਣ ਨਗਰ ਕੀਰਤਨ ਦੀ ਰਵਾਨਗੀ ਜਿਹੜੀ ਹੋ ਚੁੱਕੀ ਹੈ ਔਰ ਅੱਗੇ ਅੱਗੇ ਮੋਟਰਸਾਈਕਲ ਰਾਈਡਰ ਜਿਹੜੇ ਉਹ ਨੇ ਇਸ ਤੋਂ ਪਿੱਛੇ ਪੰਜ ਪਿਆਰੇ ਨੇ, ਫਿਰ ਫਲੋਟ ਆ ਰਹੇ, ਸਾਰੇ ਦਰਸ਼ਕ ਦੇਖ ਰਹੇ ਹੋਣਗੇ ਅਲੱਗ ਅਲੱਗ ਕੈਮਰਿਆਂ ਤੋਂ, ਅਤੇ ਮੇਰੇ ਨਾਲ ਜੁੜੇ ਨੇ ਮੋਟਰਸਾਈਕਲ ਰਾਈਡਰਸ ਜਿਹੜੇ ਕਿ ਕੈਲੀਫੋਰਨੀਆ ਤੋਂ ਵੀ ਨੇ, ਲੋਕਲ ਯੂਬਾ ਸਿਟੀ ਤੋਂ ਵੀ ਨੇ, ਅਤੇ ਕੈਨੇਡਾ ਤੋਂ ਵੀ ਨੇ। ਕੈਨੇਡਾ ਤੋਂ ਆਏ ਨੇ ਭਾਈ ਸਾਹਿਬ, ਤੁਸੀਂ ਕੀ ਨਾਮ ਤੁਹਾਡਾ? ਮੇਰਾ ਨਾਮ ਮਲਕੀਤ ਸਿੰਘ ਹੈ ਜੀ, ਅਸੀਂ ਆਏ ਹਾਂ ਵੈਨਕੂਵਰੋਂ, ਅਤੇ ਪਹਿਲਾਂ ਤਾਂ ਫਤਿਹ ਸਾਰੀ ਸੰਗਤ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਇੱਥੇ ਉਹ 7 ਦੇ ਹੁੰਦੇ ਸੀ, ਅਤੇ ਅਸੀਂ ਤਕਰੀਬਨ ਇੱਥੇ ਯੂਬਾ ਸਿਟੀ ਦੀ ਧਰਤੀ 'ਤੇ ਪਹਿਲਾਂ ਜਾ ਕੇ ਅਸੀਂ ਲਾਏ ਸੀ ਆ ਕੇ, ਉਦੋਂ ਬਾਅਦ ਅਸੀਂ 2007 'ਚ ਅਸੀਂ ਉਦੋਂ 5 ਸਿੰਘ ਆਏ ਸੀਗੇ, ਉਦੋਂ ਬਾਅਦ ਗਿਣਤੀ ਵੱਧਦੀ ਵੱਧਦੀ ਹੁਣ ਆਲਮੋਸਟ ਤਕਰੀਬਨ ਇੱਥੇ 4 ਮੋਟਰਸਾਈਕਲ ਕਲੱਬ ਹੋ ਗਏ। ਸਾਨੂੰ ਬਹੁਤ ਖੁਸ਼ੀ ਹੁੰਦੀ ਜੋ ਅਸੀਂ ਦੇਖਦੇ ਹਾਂ ਸਾਡੇ ਨਵੇਂ ਮੁੰਡੇ ਹੁੰਦੇ ਆ, ਮੋਟਰਸਾਈਕਲ ਇੰਥੂਸੀਆਸਟ ਆ, ਇੰਡੀਆ ਤੋਂ ਵੀ ਆ, ਇੱਥੋਂ ਲੋਕਲ ਵੀ ਹੈਗੇ ਆ, ਜਿਹੜਾ ਆਪਦਾ ਜਿਹੜਾ ਪ੍ਰੇਮ ਆ ਜਿਹੜਾ ਮੋਟਰਸਾਈਕਲ ਦਾ ਉਤਸ਼ਾਹ ਦਿਖਾਉਂਦੇ ਆ ਉਹ।
ਅਤੇ ਅਸੀਂ ਸਾਨੂੰ ਲਾਈਕ ਸਰ ਇੱਥੇ ਆਉਂਦੇ ਨੂੰ ਕਈ ਸਾਲ ਹੋ ਗਏ, ਅਸੀਂ ਇੰਜੋਏ ਬਹੁਤ ਕਰਦੇ ਹਾਂ, ਸੰਗਤ ਦਾ ਪ੍ਰੇਮ ਬਹੁਤ ਹੈ ਇੱਥੇ, ਸੰਗਤ ਦਾ ਜੇ ਜਸਟ ਲਾਈਕ ਇੰਡੀਆ ਵਾਲਾ ਮਾਹੌਲ ਹੈ ਇੱਥੇ, ਐਂਡ ਵੀ ਲਵ ਇਟ ਹੇਅਰ। ਅਤੇ ਇਸ ਵਾਰ ਕਿੰਨੇ ਮੋਟਰਸਾਈਕਲ ਨੇ? ਅਸੀਂ ਇਸ ਵਕਤ ਲੈ ਕੇ ਨਹੀਂ ਆਏ, ਅਸੀਂ ਫੈਮਿਲੀ ਨਾਲ ਆਏ ਹੋਏ ਹਾਂ, ਬਾਕੀ ਇੱਥੇ ਲੋਕਲ ਜਿਹੜੇ ਮੁੰਡੇ ਆ ਇਹਨਾਂ ਦੇ ਤਕਰੀਬਨ 8-16 ਮੋਟਰਸਾਈਕਲ ਨੇ ਜੀ। ਜੀ, ਤੁਹਾਡਾ ਕੀ ਨਾਮ ਆ, ਕੀ ਕਹਿਣਾ ਚਾਹੁੰਦੇ ਇਸ ਮਹਾਨ ਨਗਰ ਕੀਰਤਨ ਬਾਰੇ, ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਰਹੇ ਹੋ, ਕੀ ਕਹਿਣਾ ਚਾਹੁੰਦੇ, ਕੀ ਨਾਮ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਦਾਸ ਦਾ ਨਾਮ ਹੈ ਭਾਈ ਜੀਵਨ ਸਿੰਘ। ਦਾਸ 1971 'ਚ ਕੈਲੀਫੋਰਨੀਆ ਸਰਦਾਰ ਦਰਦਾਰ ਸਿੰਘ ਜੀ ਉਹਨਾਂ ਪਾਸ, ਉਹਨਾਂ ਦੇ ਸਹੁਰਾ ਸਾਹਿਬ ਸਰਦਾਰ ਪ੍ਰੀਤਮ ਸਿੰਘ ਜੀ ਪੂਨੀ ਉਹਨਾਂ ਕੋਲ ਆਇਆ ਸੀ, ਅਤੇ ਆਪ ਜਸਟ ਬ੍ਰੋਡਕਾਸਟਿੰਗ ਵਾਲਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਅੱਜ ਤੁਸੀਂ ਇੱਥੇ 39ਵੇਂ ਗੁਰਤਾ ਗੱਦੀ ਦਿਵਸ 'ਤੇ ਪਹੁੰਚੇ ਹੋ ਸੰਗਤਾਂ ਦੇ ਦਰਸ਼ਨ ਕਰਨ ਲਈ, ਔਰ ਸੰਗਤਾਂ ਦਾ ਠਾਠਾ ਮਾਰਦਾ ਇਹ ਨਗਰ ਕੀਰਤਨ ਜਲੂਸ ਆਪ ਦੇਖ ਰਹੇ ਹੋ ਕਿ ਜਿਸ ਟਾਈਮ ਸ਼ੁਰੂ ਕੀਤਾ ਸੀ ਉਸ ਟਾਈਮ ਸਿਰਫ 2500 ਸੰਗਤ ਸੀ 2500 ਦੀ, ਉਸ ਤੋਂ ਬਾਅਦ ਦੂਸਰੇ ਸਾਲ 80 ਦੇ ਵਿੱਚ 5000 ਸੰਗਤ ਹੋਈ, ਅਤੇ ਹੁਣ ਲੱਖਾਂ ਦਾ ਸੰਗਤ ਦਾ ਇਕੱਠ ਹੈ, ਅਤੇ ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਹੈ, ਸਰਦਾਰ ਦਰਦਾਰ ਸਿੰਘ ਵੀ ਸ਼ਾਮਿਲ ਹੋ ਰਹੇ ਬਹੁਤ ਛੇਤੀ, ਅਤੇ ਜਲਦੀ ਤੋਂ ਜਲਦੀ। ਸੋ ਸਾਰੀਆਂ ਸੰਗਤਾਂ ਨੂੰ ਗੁਰਤਾ ਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ। ਬਹੁਤ ਬਹੁਤ ਮੁਬਾਰਕਾਂ ਜੀ। ਵਾਹਿਗੁਰੂ ਜੀ। ਤੁਸੀਂ ਵੀ ਅੱਗੇ, ਤੁਸੀਂ ਮੋਟਰਸਾਈਕਲ ਰਾਈਡਰ ਹੋ, ਤੁਸੀਂ ਬੜੀ ਵਧੀਆ ਦਸਤਾਰ ਸਜਾਈ ਹੈ, ਜੇ ਭਗਤ ਸਿੰਘ ਜੀ ਕਹਿੰਦੇ ਸਜਾਉਂਦੇ ਹੁੰਦੇ ਸੀ, ਕੀ ਕਹਿਣਾ ਚਾਹੁੰਦੇ? ਹਾਂਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਥੇ 21 ਸਾਲਾਂ ਦਾ ਆਇਆ, ਤਾਂ ਅਸੀਂ ਲੋਕਲ ਹੀ ਹਾਂ, ਮੈਂ ਇੱਕ ਵੀ ਨਗਰ ਕੀਰਤਨ ਮਿਸ ਨਹੀਂ ਕੀਤਾ। ਇਹ 2007 ਵਿੱਚ ਆਈ ਸੀ ਮੋਟਰਸਾਈਕਲ ਲੈ ਕੇ, ਮੈਂ ਛੋਟਾ ਹੁੰਦਾ ਦੇਖ ਰਿਹਾ ਹਾਂ, ਤਾਂ ਜਦੋਂ ਮੇਰੀ ਉਮਰ ਹੋਈ ਲੈਣ ਦੀ, ਮੈਂ ਕਿਹਾ ਬੁਲਟ ਲੈਣਾ ਹੈ। ਬੁਲਟ ਫਿਰ ਇੱਥੋਂ ਲਿਆ ਕੇ ਇੰਡੀਆ ਤੋਂ ਮੰਗਾਇਆ? ਬੁਲਟ ਇੱਥੋਂ ਲਿਆ ਸੀ, ਹਾਂਜੀ। ਤਾਂ ਦੇਖੋ ਦੇਖੀ ਨਾਲ ਦੇ ਮੁੰਡਿਆਂ ਨੇ ਵੀ ਬੁਲਟ ਲੈ ਲਏ, ਤਾਂ ਤਕਰੀਬਨ ਸਾਡੇ ਕੋਲ 9-10 ਬੁਲਟ ਆ ਹੁਣ ਲੋਕਲ ਹੀ। ਅਤੇ ਨਗਰ ਕੀਰਤਨ 'ਤੇ ਹੀ ਆਉਂਦੇ ਜਾਂ ਬੁਲਟ ਦੇ ਪਟਾਕੇ ਤਾਂ ਨਹੀਂ ਪਾਉਂਦੇ? ਨਹੀਂ ਨਹੀਂ, ਪਟਾਕੇ ਨਗਰ ਕੀਰਤਨ 'ਤੇ ਅਸੀਂ ਨਹੀਂ ਮਾਰਦੇ। ਨਗਰ ਕੀਰਤਨ 'ਤੇ ਨਹੀਂ ਮਾਰਦੇ, ਵੈਸੇ ਉਹ ਮਾਰ ਲਈਦੇ ਆ। ਨਹੀਂ, ਉਹ ਪਟਾਕੇ ਨਾ ਮਾਰਿਆ ਕਰੋ, ਚੰਗੀ ਗੱਲ ਨਹੀਂ ਹੈਗੀ। ਸੋ ਸਭ ਦਾ ਬਹੁਤ ਬਹੁਤ ਧੰਨਵਾਦ, ਬੜਾ ਵਧੀਆ ਸਭ ਜਿਹੜਾ ਪ੍ਰਬੰਧ ਇੱਥੇ ਕਰਦੇ ਹੈਗੇ ਆ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਭਾਅ ਜੀ? ਬਹੁਤ ਬਹੁਤ ਖੁਸ਼ੀ ਹੁੰਦੀ ਹੈ ਜੀ, ਆਪਾਂ ਇੱਥੇ ਛੋਟੇ ਛੋਟੇ ਬੱਚੇ ਪਹਿਲਾਂ ਦੇਖਦੇ ਹਾਂ ਮੋਟਰਸਾਈਕਲ, ਵੱਡੇ ਹੋਏ ਕਹਿੰਦੇ ਲੈਣੇ ਆ ਜੀ। ਮੈਂ ਵੀ ਇਹ ਵੀ ਹਮਣ ਆਪਣਾ ਵੱਡਾ ਬਾਈ ਆ, ਇਹਨਾਂ ਦੇ ਪਿੱਛੇ ਲੈ ਕੇ ਬੁਲਟ ਲਿਆ, ਬਹੁਤ ਖੁਸ਼ੀ ਆ। ਅਤੇ ਹੋਰ ਹਰ ਸਾਲ ਜੀ ਵੱਧ ਤੋਂ ਵੱਧ ਮੋਟਰਸਾਈਕਲ ਆਈ ਜਾਂਦਾ, ਜ਼ਿਆਦਾ ਬੰਦੇ ਆਏ ਜਾਂਦੇ ਆਪਣੇ ਮੋਟਰਸਾਈਕਲ ਖਲਾਬ ਦੇ ਵਿੱਚ, ਬਹੁਤ ਬਹੁਤ ਖੁਸ਼ੀ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਬਿਲਕੁਲ, ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜਿਹੜਾ ਸਾਡੇ ਘਰਾਂ ਵਿੱਚ ਬੈਠੇ ਦਰਸ਼ਕ ਦੇਖ ਰਹੇ ਨੇ, ਲੱਖਾਂ ਪੰਜਾਬੀ ਜਿਹੜੇ ਇੱਥੇ ਪਹੁੰਚੇ ਹੋਏ ਨੇ, ਸਿਰਫ ਪੰਜਾਬੀ ਨਹੀਂ, ਹਰ ਕਮਿਊਨਿਟੀ ਤੋਂ, ਹਰ ਦੇਸ਼ ਦੇ ਵਿੱਚੋਂ ਜਿਹੜੇ ਸੰਗਤ ਇੱਥੇ ਪਹੁੰਚੀ ਹੋਈ ਹੈ ਔਰ ਆਨੰਦ ਮਾਣ ਰਹੇ ਨੇ, ਔਰ ਸਾਰਾ ਜੋ ਹੈ ਇੱਥੇ ਸੰਗਤਾਂ ਦਾ ਪੂਰਾ ਉਤਸ਼ਾਹ ਜੋ ਦੇਖਣ ਨੂੰ ਮਿਲ ਰਿਹਾ, ਤੁਸੀਂ ਜ਼ਰੂਰ ਦੇਖਦੇ ਹੋਵੋਗੇ। ਆਓ ਦੇਖਦੇ ਹਾਂ ਇਸ ਮਹਾਨ ਨਗਰ ਕੀਰਤਨ ਦੇ ਕੁਝ ਹੋਰ ਰੰਗ। ਸਮਝਾਂਗਾ ਕਿ ਜਿਹੜੇ ਸਾਡੇ ਨਿਸ਼ਾਨਚੀ ਨੇ ਸਿੰਘ ਉਹ ਔਰ ਸਾਡੇ ਪੰਜ ਪਿਆਰੇ ਜਿਹੜੇ ਨੇ, ਉਹਨਾਂ ਤੋਂ ਪਹਿਲਾਂ US ਔਰ ਕੈਲੀਫੋਰਨੀਆ ਦਾ ਜਿਹੜਾ ਫਲੈਗ ਹੈ ਉਸ ਨੂੰ ਲੈ ਕੇ ਬਿਲਕੁਲ ਬਹੁਤ ਸ਼ਾਂਤੀਪੂਰਵਕ ਔਰ ਲੋਕ ਆਨੰਦ ਦੇ ਵਿੱਚ ਉਸ ਸੁਹਾਵਣੀ ਧਰਤੀ ਦੇ ਉੱਤੇ, ਸੁਹਾਵਣੇ ਮਾਹੌਲ ਅਤੇ ਮੌਸਮ ਦੇ ਵਿੱਚ ਤੁਰ ਰਹੇ ਨੇ। ਮੈਂ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਸਾਨੂੰ 7187840900 ਦੇ ਉੱਤੇ ਹੁਣ ਵੀ ਸਾਨੂੰ ਟੈਕਸਟ ਮੈਸੇਜ, ਵਟਸਐਪ ਔਰ ਕਾਲ ਕਰਕੇ ਆਪਣੀ ਸਪੋਂਸਰਸ਼ਿਪ ਜਿਹੜੀ ਹੈ ਉਹ ਦੇ ਕੇ ਇਸ 550ਵੇਂ ਗੁਰਪੁਰਬ ਦੇ ਵਿੱਚ ਆ ਕੇ ਹਾਜ਼ਰੀ ਲਵਾ ਸਕਦੇ ਹੋ। ਔਰ ਇਸ ਵੇਲੇ ਬਕਾਇਦਾ ਤੌਰ ਦੇ ਉੱਤੇ ਜੀਓ ਇੰਡੀਆ ਦੇ ਉੱਤੇ ਦੇਖਿਆ ਜਾ ਰਿਹਾ, ਜਿੱਥੇ UK, ਨਿਊਜ਼ੀਲੈਂਡ, ਆਸਟ੍ਰੇਲੀਆ ਔਰ ਦੁਨੀਆ ਭਰ ਦੇ ਸਾਰੇ ਮੁਲਕਾਂ ਦੇ ਵਿੱਚ ਦੇਖਿਆ ਜਾ ਰਿਹਾ, ਉੱਥੇ ਜਸ ਪੰਜਾਬੀ ਦਾ ਇਹ ਐਕਸਕਲੂਸਿਵ ਨਗਰ ਕੀਰਤਨ ਜਿਹੜਾ ਹੈ ਉਹ YouTube ਦੇ ਉੱਤੇ ਜਸ ਪੰਜਾਬੀ ਦੇ ਉੱਤੇ ਔਰ ਜਸ ਪੰਜਾਬੀ ਫੇਸਬੁੱਕ ਪੇਜ ਦੇ ਉੱਤੇ ਬਕਾਇਦਾ ਤੌਰ ਦੇ ਉੱਤੇ ਜਿਹੜਾ ਹੈ ਉਹ ਦੇਖਿਆ ਜਾ ਰਿਹਾ। ਨਵੀਨ ਜੀ, ਇੱਕ ਵਾਰੀ ਫਿਰ ਮੈਂ ਗੁਜ਼ਾਰਿਸ਼ ਕਰਨੀ ਚਾਹਾਂਗਾ 7187840900 ਦੇ ਉੱਤੇ ਕਾਲ, ਟੈਕਸਟ ਮੈਸੇਜ ਔਰ ਵਟਸਐਪ ਕਰਕੇ ਜਿਹੜੀ ਹੈ ਉਹ ਸਪੋਂਸਰਸ਼ਿਪ ਜਿਹੜੀ ਹੈ ਉਹ ਸਾਡੇ ਨਾਲ ਸਾਂਝੀ ਆਪਣੀ ਕਰ ਸਕਦੇ ਹੋ। ਔਰ ਇਹਦੀ ਕੋਈ ਇਸ ਤਰ੍ਹਾਂ ਦੀ ਨਹੀਂ ਹੈ, ਚਾਹੇ ਜਿੰਨੀ ਵੀ ਤੁਸੀਂ ਕਰਨੀ ਚਾਹੋ ਸਪੋਂਸਰਸ਼ਿਪ, ਉਹ ਸਪੋਂਸਰਸ਼ਿਪ ਤੁਸੀਂ ਕਰ ਸਕਦੇ ਹੋ। UK ਵਾਲੇ ਕਾਲਰਸ ਨੂੰ ਔਰ ਯੂਰਪ ਵਾਲੇ ਕਾਲਰਸ ਨੂੰ ਰਿਕੁਐਸਟ ਹੈ, ਦੇ ਕੈਨ ਕਾਲ ਅਸ 2033617752 ਦੇ ਉੱਤੇ ਸਾਨੂੰ ਉਹ ਕਾਲ ਕਰ ਸਕਦੇ ਨੇ। ਸੋ ਕਰੀਏ ਆਪਾਂ ਵਿਚਾਰਾਂ, ਕਾਲਰਸ ਕੀ ਕਹਿ ਰਹੇ ਨੇ। ਹੈਲੋ 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 ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ। ਆਪ ਜੀ ਨੂੰ, ਆਪ ਦੇ ਸੰਗੀਆਂ ਸਾਥੀਆਂ ਨੂੰ, ਰਿਸ਼ਤੇਦਾਰਾਂ ਨੂੰ, ਸਭ ਭੈਣ ਭਰਾਵਾਂ ਨੂੰ, ਜਿੱਥੇ ਤੱਕ ਵੀ ਕਾਇਨਾਤ ਸੁਣਦੀ ਹੈ,
ਔਰ ਮੈਂ ਸਮਝਾਂਗਾ 550ਵੇਂ ਮਹਾਨ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਕਰਮਾਂ ਵਾਲੇ ਆ ਜਿਹੜੇ ਦੇਖ ਰਹੇ ਹਾਂ ਇਹ ਸਾਲ। ਕਿਉਂਕਿ ਮੈਂ ਇੱਥੋਂ ਟੋਰਾਂਟੋ ਤੋਂ ਹਰੀ ਸ਼ਰਮਾ ਬੋਲ ਰਿਹਾ ਜੀ। ਸ਼ਰਮਾ ਜੀ ਤੇ ਆਪਣੇ ਜਦ 500 ਹੋਇਆ ਸੀਗਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਤਾਂ ਅਸੀਂ ਆਪਣੇ ਪਿੰਡ ਮਨਾਇਆ ਸੀ ਜੀ ਤੇ ਬਹੁਤ ਕਾਫੀ ਰੌਣਕ ਸੀਗੀ। ਤਾਂ ਅੱਜ ਦੇਖ ਕੇ ਮੈਂ ਲਾਸਟ ਈਅਰ ਯੂਵਾ ਸਿਟੀ ਆਇਆ ਸੀ ਪਰ ਥੋੜੇ ਜਿਹਾ ਦਿਨ ਬਾਅਦ ਵਿੱਚ ਆਇਆ ਸੀ 8 ਨਵੰਬਰ ਨੂੰ ਤੇ ਆਪਣੇ ਗੁਰਪੁਰਬ ਮੇਰੇ ਖਿਆਲ 4 ਨਵੰਬਰ ਦਾ ਸੀ। ਔਰ ਮੈਂ ਸ਼ਰਮਾ ਜੀ ਉਸ ਜਗ੍ਹਾ ਦੇ ਉੱਤੇ ਲੋਕਾਂ ਦੀ ਸ਼ਰਧਾ ਦੇ ਮੁਤਾਬਕ ਇਸ ਤਰ੍ਹਾਂ ਦੇ ਨਵੀਨ ਜੀ ਮੈਂ ਦੇਖੇ ਨੇ ਕਿ ਇੱਕ ਮਾਤਾ ਜੀ ਨੂੰ ਉਹਨਾਂ ਦੇ ਤਕਰੀਬਨ 55-60 ਸਾਲ ਦੇ ਪੁੱਤਰ ਸਨ ਉਹਨਾਂ ਦੀ ਚਿੱਟੀ ਦਾੜਾ ਸਾਹਿਬ ਸੀ ਪ੍ਰਕਾਸ਼ ਹੋਇਆ ਆ ਔਰ ਮਾਤਾ ਜੀ ਨੂੰ ਚੱਕ ਕੇ ਲੈ ਕੇ ਆਏ ਸੀ ਮਤਲਬ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਲਾਉਣ ਵਾਸਤੇ ਸ਼ਰਧਾ। ਲਾਈਵ ਜਿੱਦਾਂ ਦੇਖ ਰਿਹਾ ਮੈਂ ਇੱਥੋਂ ਜਦ ਦਾ ਸ਼ੁਰੂ ਹੋਇਆ ਸਾਡੇ ਮਹਿੰਦਰ ਸਿੰਘ ਦਸਾਂਝ ਸੈਕਰੋਮੈਂਟੋ ਰਹਿੰਦੇ ਜੀ ਉਹਨਾਂ ਨੇ ਮੈਨੂੰ ਭੇਜਿਆ ਸੀਗਾ ਇਹਦੇ ਉੱਤੇ ਫੇਸਬੁੱਕ ਤੇ ਤੇ ਮੈਂ ਉਦੋਂ ਦਾ ਹੀ ਬਾਤ ਕਰ ਰਿਹਾ ਹਾਂ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤ ਹੈ। ਜੁੜੇ ਰਹੋ ਸਾਡੇ ਨਾਲ ਜੀ, ਇਸੇ ਤਰ੍ਹਾਂ ਆਪਣੇ ਸੁਝਾਅ ਵੀ ਤੁਸੀਂ ਦੇ ਸਕਦੇ ਹੋ। ਹੈਲੋ, ਇੱਕ ਮਿੰਟ ਸਾਡੇ ਤੁਸੀਂ ਹੋਲਡ ਦੇ ਉੱਤੇ ਰੱਖੋ, ਅਸੀਂ ਤੁਹਾਨੂੰ ਇੱਕ ਮਿੰਟ ਬਾਅਦ ਵਾਪਸ ਲਵਾਂਗੇ। ਦੋਸਤੋ, ਕੁਛ ਖਾਸ ਜਿਹੜੀਆਂ ਸਾਡੀਆਂ ਉੱਥੇ ਦੇ ਜਿਹੜੇ ਨਜ਼ਾਰੇ ਆ, ਅਸੀਂ ਇੱਕ ਵਾਰੀ ਫਿਰ ਉਸ ਗਰਾਊਂਡ ਜ਼ੀਰੋ 'ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਜਿੱਥੇ ਨਗਰ ਕੀਰਤਨ ਹੋ ਰਿਹਾ। ਇਸ ਵੇਲੇ ਜਿਹੜਾ ਮੇਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਫਲੋਟ ਹੈ ਉਹ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਆ, ਜਿਸ ਫਲੋਟ ਨੂੰ ਬਹੁਤ ਹੀ ਮਿਹਨਤ ਦੇ ਨਾਲ ਔਰ ਬਹੁਤ ਹੀ ਮੈਂ ਸਮਝਾਂਗਾ ਸੁਚਮਤਾ ਦੇ ਨਾਲ ਕਾਰੀਗਰਾਂ ਵੱਲੋਂ ਜਿਹੜਾ ਹੈ ਉਹ ਸਜਾਇਆ ਜਾਂਦਾ। ਔਰ ਇਹ ਇੱਕ ਫਲੋਟ ਨਹੀਂ ਹੈ, ਪਿੱਛੇ ਬਹੁਤ ਫਲੋਟ ਨੇ ਜਿੱਥੇ ਮੈਂ ਸਮਝਾਂਗਾ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਵੀ ਫਲੋਟ ਹੈ। ਔਰ ਇਹ ਖਾਸੀਅਤ ਮੈਂ ਇਸ ਨਗਰ ਕੀਰਤਨ ਦੀ ਤੁਹਾਨੂੰ ਦੱਸੀ ਸੀ ਕਿ ਇਸ ਨਗਰ ਕੀਰਤਨ ਦੇ ਵਿੱਚ ਸਾਰੀਆਂ ਪਰੰਪਰਾਵਾਂ ਔਰ ਸਾਰੇ ਲੋਕ ਜਿਹੜੇ ਨੇ ਉਹ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੁੰਦੇ ਨੇ, ਭਾਵੇਂ ਉਹ ਆਪਣੇ ਵੱਖ ਵੱਖ ਮਤ ਜਿਹੜੇ ਨੇ ਉਹ ਆਪਣੀ ਵੱਖ ਵੱਖ ਸੋਚ ਜਿਹੜੀ ਆ ਉਹ ਜ਼ਰੂਰ ਰੱਖਦੇ ਹੋਣ। ਔਰ ਇਹਨਾਂ ਖਾਸ ਤੌਰ ਦੇ ਉੱਤੇ ਨਗਰ ਕੀਰਤਨਾਂ ਦੇ ਵਿੱਚ ਸ਼ਰਧਾ ਜਿਹੜੀ ਉਹ ਜ਼ਰੂਰ ਝਲਕਦੀ ਹੈ। ਨਵੀਨ ਜੀ, ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਪਹਿਲਾਂ ਹੀ ਗੁਰਦੁਆਰੇ ਦੀ ਸਟੇਜ ਦੇ ਉੱਤੋਂ ਵੀ ਔਰ ਮੇਰਾ ਖਿਆਲ ਹੈ ਕਿ ਫਲੋਟ ਤੋਂ ਵੀ ਕਿਤਿਓਂ ਇਹ ਅਨਾਊਂਸਮੈਂਟ ਜ਼ਰੂਰ ਹੋਣੀ ਚਾਹੀਦੀ ਹੈ ਕਿ ਅਸੀਂ ਇਸ ਨਗਰ ਕੀਰਤਨ ਦੇ ਵਿੱਚ ਇੱਕ ਇਤਿਹਾਸਕ ਵਰਤਾਰੇ ਦੇ ਤੌਰ ਦੇ ਉੱਤੇ ਸ਼ਾਮਿਲ ਹੋਣ ਆਉਂਦੇ ਹਾਂ। ਔਰ ਖਾਸ ਤੌਰ ਦੇ ਉੱਤੇ ਜਿੱਥੋਂ ਪੰਜਾਬੀ ਅਤੇ ਸਿੱਖ ਪਰੰਪਰਾਵਾਂ ਦੀ ਗੱਲ ਚੱਲਣੀ ਹੈ ਉਹ ਸਾਡੀਆਂ ਭੈਣਾਂ ਤੋਂ ਚੱਲਣੀ ਹੈ ਜ਼ਿਆਦਾ ਤੌਰ 'ਤੇ, ਜਿਨ੍ਹਾਂ ਨੇ ਇਸ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੰਭਾਲਣਾ ਜੀ ਜੀ। ਔਰ ਮੈਂ ਨਗਰ ਕੀਰਤਨ ਦੇ ਵਿੱਚ ਵੀ ਦੇਖ ਰਿਹਾ ਕਿ ਸਭ ਤੋਂ ਜ਼ਿਆਦਾ ਸਿਰ ਜਿਹੜੇ ਨੰਗੇ ਆ ਉਹ ਭੈਣਾਂ ਬੀਬੀਆਂ ਦੇ ਆ, ਔਰ ਇੱਕ ਸਾਡੇ ਕਾਲਰ ਨੇ ਸਾਨੂੰ ਕਿਹਾ ਵੀ ਸੀ, ਔਰ ਇਹ ਪਹਿਲਾਂ ਤੋਂ ਅਗਲੇ ਸਾਲ ਤੋਂ ਅਸੀਂ ਖਿਆਲ ਰੱਖਾਂਗੇ ਔਰ ਅਗਲੇ ਵਰ੍ਹੇ ਤੋਂ ਅਸੀਂ ਨਗਰ ਕੀਰਤਨ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਇਸ ਗੱਲ ਦੀ ਬੇਨਤੀ ਕਰਾਂਗੇ ਜੀ। ਨਵੀਨ ਜੀ, ਅੱਗੇ ਇਸ ਤੋਂ ਇਲਾਵਾ ਅਸੀਂ ਜ਼ਿਕਰ ਕਰਨਾ ਚਾਹਾਂਗੇ ਆਪਣੇ ਸਪੋਂਸਰਸ ਦਾ ਜਿਨ੍ਹਾਂ ਨੇ ਸਪੋਂਸਰ ਕੀਤਾ ਇਸ ਲਾਈਵ ਔਰ ਸਪੈਸ਼ਲ ਟੈਲੀਕਾਸਟ ਨੂੰ। ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਸਪੋਂਸਰਸ ਦਾ। ਮਾਈਕ ਬੋਪਾਰਾਏ, ਬੋਪਾਰਾਏ ਬ੍ਰਦਰਸ, ਅਮੋਲਕ ਸਿੰਘ ਗਾਖਲ, ਗਾਖਲ ਬ੍ਰਦਰਸ, ਬਰੂ ਸਾਹਿਬ ਅਕੈਡਮੀ, ਜਸਦੀਪ ਸਿੰਘ ਜੱਸੀ, ਸੈਂਟਰ ਫਾਰ ਸੋਸ਼ਲ ਚੇਂਜਿਸ, ਰਸ਼ਪਾਲ ਸਿੰਘ ਢੀਂਡਸਾ, ਕਰਤਾਰਪੁਰ ਕੋਰੀਡੋਰ ਐਂਡ ਯੂਨਾਈਟਿਡ ਸਿੱਖ ਮਿਸ਼ਨ। ਇਸ ਤੋਂ ਇਲਾਵਾ ਗੁਰੂ ਮਾਨਿਓ ਗ੍ਰੰਥ, ਚੇਤਨਾ ਗਰੁੱਪ ਕੈਲੀਫੋਰਨੀਆ ਔਰ ਰੰਧਾਵਾ ਫੈਮਲੀ, ਦੇ ਹੈਵ ਵੈਕੈਂਸੀ ਫੋਰ ਟੋ ਟਰੱਕ ਡਰਾਈਵਰਸ, ਆਰ ਐਂਡ ਆਰ ਟੋਇੰਗ ਸਰਵਿਸ, ਐਲ ਸੁਬਰਾਂਤੇ ਬੇ ਏਰੀਆ। ਉਹਨਾਂ ਦਾ ਨੰਬਰ ਹੈ ਜੀ 5106842805। ਇਸ ਤੋਂ ਇਲਾਵਾ ਜਿਹੜੇ ਸਾਡੇ ਦਰਸ਼ਕ ਐਸ ਸਪੋਂਸਰ ਇਸ ਈਵੈਂਟ ਦੇ ਨਾਲ ਲਾਈਵ ਟੈਲੀਕਾਸਟ ਦੇ ਨਾਲ ਜੁੜਨਾ ਚਾਹੁੰਦੇ ਨੇ, ਹੁਣੇ ਦੇ ਹੁਣੇ ਸਾਨੂੰ ਫੋਨ ਕਰਨ, ਵਟਸਐਪ ਕਰਨ ਇਸ ਨੰਬਰ 'ਤੇ 7187840900, ਇਸ 'ਤੇ ਫੋਨ ਕਰਕੇ ਸਪੋਂਸਰ ਦੇ ਤੌਰ 'ਤੇ ਇਸ ਪ੍ਰੋਗਰਾਮ ਇਸ ਲਾਈਵ ਟੈਲੀਕਾਸਟ ਦੇ ਨਾਲ ਜੁੜ ਸਕਦੇ ਨੇ। ਸੋ ਆਪਣੇ ਵਿਚਾਰ ਦੇਣ ਵਾਸਤੇ ਮੈਂ ਰਿਕੁਐਸਟ ਕਰਾਂਗਾ UK ਦੇ ਸਾਡੇ ਕਾਲਰਸ ਜਿਹੜੇ ਨੇ 2036171752 ਦੇ ਉੱਤੇ ਔਰ ਵਟਸਐਪ ਨੰਬਰ ਜਿਹੜਾ ਉਹ 7187840900, ਆਪਣੇ ਪਰਿਵਾਰਾਂ ਵੱਲੋਂ ਇਸ ਨਗਰ ਕੀਰਤਨ ਦੀ ਸਪੋਂਸਰਸ਼ਿਪ ਵਾਸਤੇ ਉਹ ਉਸੇ ਨੰਬਰ 'ਤੇ ਕਾਲ ਕਰਨ, ਪਰ ਲਾਈਵ ਟੈਲੀਕਾਸਟ ਵਾਸਤੇ ਆਪਣੇ ਵਿਚਾਰ ਦੇਣ ਵਾਸਤੇ UK ਔਰ ਯੂਰਪ ਦੇ ਜਿਹੜੇ ਨੇ ਸਾਡੇ ਰੈਗੂਲਰ ਜਿਹੜਾ ਨੰਬਰ ਹੈ 2036171752 ਔਰ US ਦੇ ਜਿਹੜੇ ਨੇ 7187865222 ਦੇ ਉੱਤੇ ਜਿਹੜੀ ਆ ਉਹ ਸਾਨੂੰ ਕਾਲ ਕਰਨ ਜੀ। ਹੈਲੋ 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 ਹਾਂਜੀ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ,
ਮੈਂ ਫਰੀਦਕੋਟ ਤੋਂ ਬੋਲਦਾ ਜੀ ਅਵਤਾਰ ਸਿੰਘ ਰਟਰਾ ਜੀ 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 ਖਾਲਸਾ ਜੀ ਪਿਛਲੇ 22 ਸਾਲ ਤੋਂ ਮੈਂ ਇਹ ਨਗਰ ਕੀਰਤਨ ਦੇਖਦਾ ਆਇਆ ਜੀ ਉੱਥੇ ਜਾ ਕੇ ਅੱਜ ਬਜੜੀ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਤੇ ਤੇ ਗੁਰੂ ਨਾਨਕ ਦੇਵ ਜੀ ਗੁਰਪੁਰਬ ਦੀਆਂ ਬਹੁਤ ਬਹੁਤ ਤੁਹਾਨੂੰ ਵਧਾਈਆਂ ਦੇਣਾ ਸਾਰੀ ਸਾਰੀ ਟੀਮ ਨੂੰ ਤੇ ਸਾਰੀ ਸੰਗਤ ਨੂੰ ਦੇਣਾ ਜੀ ਆਪ ਜੀ ਨੂੰ ਵੀ ਔਰ ਜਿੰਨੇ ਸੁਣ ਰਹੇ ਨੇ ਇਸ ਵੇਲੇ ਉਹਨਾਂ ਨੂੰ ਵੀ ਲੱਖ ਲੱਖ ਮੁਬਾਰਕਾਂ 550ਵੇਂ ਮਹਾਨ ਗੁਰਪੁਰਬ ਸਤਿ ਜੀ ਤੇ ਅੱਜ ਬੜੀ ਕਿਰਪਾ ਕਰਨ ਵਾਲੀ ਗੱਲ ਇਹ ਹੋਈ ਜੀ ਅੱਜ ਪੰਜਾਬੀ ਦੇ ਜ਼ਰੀਏ ਮੈਂ ਇਸ ਵੇਲੇ ਟੋਰਾਂਟੋ 'ਚ ਬੈਠਾ ਇਸ ਵੇਲੇ ਦੇਖ ਰਿਹਾ ਕੁਦਰਤੀ ਮੈਨੂੰ ਇੱਧਰ ਆਉਣ ਦਾ ਮੌਕਾ ਮਿਲਣਾ ਸੀਗਾ ਕਿ ਮੇਰੇ ਕਜ਼ਨ ਦਾ ਵਿਆਹ ਸੀਗਾ ਜੀ ਤੇ ਉੱਧਰੋਂ ਮੇਰਾ ਇਹ ਇਸ ਵੇਲੇ ਜਿਹੜਾ ਨੇਮ ਦਿੱਤਾ ਗੱਲ ਉਹ ਰਹਿ ਜਾਣਾ ਸੀ ਪਰ ਜਿਸ ਢੰਗ ਨਾਲ ਮੈਂ ਸਮਝਾਂਗਾ ਕਿ ਸਾਡੀ ਉੱਥੇ ਜਿਹੜੀ ਟੀਮ ਹੈ ਇਸ ਵੇਲੇ ਦਿਖਾ ਰਹੀ ਹੈ ਸਾਰੇ ਨਗਰ ਕੀਰਤਨ ਨੂੰ ਤੁਸੀਂ ਆਤਮਿਕ ਤੌਰ ਦੇ ਉੱਤੇ ਵਗੈਰਾ ਤੌਰ ਤੇ ਟੈਲੀਵਿਜ਼ਨ ਦੇ ਜ਼ਰੀਏ ਵੀ ਜਿੰਨੀ ਸੰਗਤ ਜੁੜੀ ਹੋਈ ਹੈ ਉਹ ਨਾਲ ਜੁੜੀ ਹੋਈ ਹੈ ਬਿਲਕੁਲ ਸਹੀ ਗੱਲ ਬਿਲਕੁਲ ਸਹੀ ਗੱਲ ਰਾਈਟ ਤਾਂ ਮੈਂ ਇਸ ਦੇ ਕਰਕੇ ਮੈਂ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਵਧੀਆ ਚੱਲਦੀ ਹੈ ਮੈਂ ਵਧਾਈ ਦੇਣਾ ਤੇ ਸ਼ਲਾਘਾ ਜੋ ਕੰਮ ਕਰ ਰਹੇ ਤੁਸੀਂ ਇਸ ਤੇ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਜੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਖਾਲਸਾ ਵਾਹਿਗੁਰੂ ਫਤਿਹ ਖਾਣੇ ਇੰਨੇ ਕੁ ਵਧੀਆ ਲਾ ਚੀਜ਼ ਆ ਰਹੇ ਨੇ ਕਿ ਸਾਡਾ ਸਟੂਡੀਓ ਦੇ ਵਿੱਚ ਬੈਠਿਆਂ ਦੇ ਮੂੰਹ 'ਚ ਪਾਣੀ ਆਈ ਜਾਂਦਾ ਬਸ ਇਹ ਤੁਹਾਡੀਆਂ ਜਿਹੜੀਆਂ ਦਿਲ ਦੀਆਂ ਦੁਆਵਾਂ ਸਾਡੇ ਚੈਨਲ ਦੇ ਨਾਲ ਜੁੜੀਆਂ ਹੋਈਆਂ ਨੇ ਇਹ ਸਾਡੇ ਵਾਸਤੇ ਬਹੁਤ ਵੱਡੀਆਂ ਚੀਜ਼ਾਂ ਨੇ ਬਹੁਤ ਵੱਡੀਆਂ ਚੀਜ਼ਾਂ ਇੱਕ ਤੁਹਾਨੂੰ 550ਵਾਂ ਗੁਰੂ ਨਾਨਕ ਸਾਹਿਬ ਦੇ ਨਗਰ ਕੀਰਤਨ ਦੇ ਲੱਖ ਲੱਖ ਵਧਾਈ ਹੋਵੇ ਤੇ ਇੱਕ ਦਾ ਜਿਹੜਾ ਤੁਸੀਂ ਬਹੁਤ ਵਧੀਆ ਪ੍ਰਾਰਥਨਾ ਕਰ ਰਹੇ ਹੋ ਜੀ ਤੇ ਮੇਰੀ ਸਾਰੀ ਸੰਗਤ ਵੱਲੋਂ ਮੈਂ ਵੀ ਜਿੰਨੇ ਵੀ ਸੰਗਤ ਉੱਥੇ ਆਈ ਸਾਰਿਆਂ ਵੱਲੋਂ ਉਹਨਾਂ ਦੇ ਵਚਨ ਨਹੀਂ ਕਹਿ ਸਕਦਾ ਵੀ ਤੁਹਾਡੀ ਵਾਹਿਗੁਰੂ ਕਿਰਪਾ ਕਰੇ ਤੁਹਾਡੀ ਹੋਰ ਚੁੱਕਣੀ ਚੁੱਕਣੀ ਤੁਹਾਡਾ ਚੈਨਲ ਨੂੰ ਉੱਪਰ ਕਰੇ ਕਿਉਂਕਿ ਆਲਰੇਡੀ ਤੁਸੀਂ ਇੰਡੀਆ ਦੇ ਤਵੀਪ ਚੰਗੇ ਤੋਂ ਚੰਗੇ ਮੁੱਦੇ ਲੈ ਕੇ ਆਉਂਦੇ ਬਹੁਤ ਵਧੀਆ ਲਿਆਉਂਦੇ ਹੋ ਚਲੋ ਨਗਰ ਕੀਰਤਨ ਦੇ ਵਿੱਚ ਵੀ ਹੋਣੇ ਚਾਹੀਦੇ ਆ ਬਿਲਕੁਲ ਲਾਗੇ ਬੈਠੇ ਹੋ ਬੈਠੇ ਤਾਂ ਲਾਗੇ ਆ ਜੀ ਪਰ ਮੇਰੇ ਗੋਡੇ ਚ ਪੇਨ ਹੁੰਦੀ ਤੁਹਾਡੀ ਸਰਜਰੀ ਸ਼ਾਇਦ ਹੋਵੇ ਜੀ ਦੇਖ ਰਿਹਾ ਤੁਹਾਨੂੰ ਸਾਹਮਣੇ ਮਿਹਰਬਾਨੀ ਜੀ ਮਿਹਰਬਾਨੀ ਢਿੱਲੋਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜੇ 20 ਰੁਪਈਏ ਦੇ ਲੰਗਰ ਹੈ ਉਹਨਾਂ ਦੀ ਵਰਤੋਂ ਕਿਸ ਢੰਗ ਨਾਲ ਵਧੀਆ ਢੰਗ ਨਾਲ ਹੋ ਰਹੀ ਹੈ ਔਰ ਸ਼ਰਧਾ ਪੂਰਵਕ ਜਿਹੜੇ ਆ ਲੋਕ ਛਕ ਰਹੇ ਨੇ ਸ਼ਰਧਾ ਪੂਰਵਕ ਛਕਾਉਣ ਵਾਲਿਆਂ ਨੂੰ ਵੀ ਦੇਖੋ ਇੱਥੇ ਕੋਈ ਤੋਟ ਨਹੀਂ ਦੇਖ ਰਹੇ ਜੀ ਅੱਗੇ 3-4 ਵਾਰੀ ਆਏ ਆ ਤੇ ਪਰ ਅੱਜ ਨਹੀਂ ਆ ਸਕੇ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਘਰ ਬੈਠੀ ਸੰਗਤ ਨੂੰ ਦਿਖਾ ਰਹੇ ਹੋ ਸਾਰਾ ਲਾਈਵ ਪ੍ਰੋਗਰਾਮ ਜੀ ਤੇ ਦੂਜਾ ਆਪਣੇ ਗੁਰੂ ਨਾਨਕ ਦੇਵ ਜੀ ਦੀਆਂ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਜੀ ਆਪ ਜੀ ਨੂੰ ਵੀ ਆਪਦੇ ਸੰਗੀ ਸਾਥੀਆਂ ਨੂੰ ਪਰਿਵਾਰਕ ਮੈਂਬਰਾਂ ਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ ਸਾਰਾ ਆਪਣੇ ਸਰੋਂ ਦਾ ਸਾਗ ਸਾਰਾ ਕੁਝ ਟੀਵੀ ਨੂੰ ਦੇਖ ਕੇ ਹੀ ਭੁੱਖ ਲੱਗਣ ਡਈ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਾਡਾ ਵੀ ਇਹੀ ਹਾਲ ਹੈ ਸਟੂਡੀਓ 'ਚ ਬੈਠਿਆਂ ਦਾ ਹਾਂਜੀ ਤੇ ਮੈਂ ਕਿਹਾ ਚਲੋ ਆਪਣੇ ਫੋਨ ਕਰਕੇ ਫਿਰ ਉਹਨਾਂ ਜੌਨ ਬੰਗਾ ਆਈਡਾ ਹੋ ਦੋਸਤ ਦਾ ਵੀ ਮੈਂ ਚਲੋ ਲੱਖ ਵਧਾਈਆਂ ਦੀਆਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀਆਂ ਜੀ ਜੀ ਬੰਗਾ ਸਾਹਿਬ ਤੁਹਾਡਾ ਬਹੁਤ 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 ਧੰਨਵਾਦ ਤੁਹਾਡਾ ਬਹੁਤ ਹੀ ਬਹੁਤ ਔਰ ਮੈਂ ਸਮਝਾਂਗਾ ਕਿ ਕਿਸ ਢੰਗ ਦੇ ਨਾਲ ਜਿਹੜੀ ਹੈ ਉਹ ਸੰਗਤ ਦੇ ਵਿੱਚ ਉਤਸ਼ਾਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੰਗਤ ਦੇ ਵਿੱਚ ਉਸ ਧਰਤੀ ਦੇ ਉੱਤੇ ਜਾ ਕੇ ਠਰੰਮਾ ਬਹੁਤ ਦੇਖਣ ਨੂੰ ਮਿਲਦਾ ਕਿਸੇ ਦੇ ਵਿੱਚ ਕਾਹਲ ਨਹੀਂ ਹੁੰਦੀ 2-3 ਦਿਨ ਲਗਾਤਾਰ ਉੱਥੇ ਲੋਕ ਆਪਣੇ ਰਿਸ਼ਤੇਦਾਰਾਂ ਕੋਲ ਰੁਕਦੇ ਨੇ ਰਿਸ਼ਤੇਦਾਰਾਂ ਦੇ ਰੁਕਣ ਦਾ ਪ੍ਰਬੰਧ ਪਰਿਵਾਰਾਂ ਦੇ ਵਿੱਚ ਹੀ ਕੀਤਾ ਹੁੰਦਾ ਕਿ ਆ ਕਿਸੇ ਦੇ 8 ਕਿਸੇ ਦੇ 10 ਕਿਸੇ ਦੇ 15 ਜਿਹੜੇ ਰਿਸ਼ਤੇਦਾਰ ਸੰਗੀ ਸਾਥੀ ਆਉਂਦੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਹਰ ਉਮਰ ਦਾ ਵਿਅਕਤੀ ਬੱਚੇ ਤੋਂ ਲੈ ਕੇ ਔਰ ਮੈਂ ਸਮਝਾਂਗਾ ਕਿ ਬਕਾਇਦਾ ਤੌਰ ਦੇ ਉੱਤੇ ਉਮਰ ਦੀ ਸ਼ਾਮ ਤੱਕ ਆਇਆ ਹੋਇਆ ਵਿਅਕਤੀ ਜਿਹੜਾ ਉਹ ਵੀ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੁੰਦਾ ਔਰ ਇੰਨੀ ਗਰਮੀ ਦੇ ਵਿੱਚ ਜੇਕਰ ਮਨਾਂ ਦੇ ਵਿੱਚ ਇੱਕ ਸ਼ਰਧਾ ਹੁੰਦੀ ਹੈ ਤਾਂ ਨਿੱਕੇ ਨਿੱਕੇ ਬਾਲਾਂ ਨੂੰ ਬੀਬੀਆਂ ਜਿਹੜੀਆਂ ਨੇ ਉਹ ਸਟਾਲਰਸ ਦੇ ਉੱਤੇ ਪਾ ਕੇ ਲੈ ਕੇ ਆਉਂਦੀਆਂ ਨੇ
ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਬਕਾਇਦਾ ਤੌਰ 'ਤੇ ਯੂਕੇ ਯੂਆਰਪ ਦੇ ਕਾਲਜ ਨੂੰ ਰਿਕੁਐਸਟ ਹੈ ਸਾਡੀ 2031617 52 ਦੇ ਉੱਤੇ ਜਿਹੜਾ ਹੈ ਉਹ ਮਤਲਬ ਕਰੋ। ਆਹ ਜਿਹੜਾ ਫਲੋਟ ਆ ਰਿਹਾ ਇਹ ਇੱਕ ਸ਼ਰਧਾ ਦੇ ਨਾਲ ਸਤਨਾਮ ਵਾਹਿਗੁਰੂ ਦਾ ਫਲੋਟ ਜਿਹੜਾ ਹੈ ਉਹ ਸਜਾਇਆ ਹੋਇਆ। ਔਰ ਬਕਾਇਦਾ ਤੌਰ ਦੇ ਉੱਤੇ ਨਿਸ਼ਾਨ ਸਾਹਿਬ ਜਿਹੜੇ ਨੇ ਇਸ ਫਲੋਟ ਦੇ ਉੱਤੇ ਲਾਏ ਹੋਏ ਨੇ। ਔਰ ਖਾਸ ਤੌਰ ਦੇ ਉੱਤੇ ਮੈਂ ਦੱਸਾਂਗਾ ਜ਼ਰੂਰ ਕਿ ਇਸ ਫਲੋਟ ਦੇ ਬਿਲਕੁਲ ਪਿੱਛੇ ਜਿਹੜਾ ਮਾਰਸ਼ਲ ਆਰਟ ਹੈ ਜਿਹੜਾ ਆਪਣੀ ਸਵੈਰ ਰੱਖਿਆ ਵਾਸਤੇ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਇੱਕ ਵਿਰਾਸਤ ਦੇ ਵਿੱਚ ਦਿੱਤਾ, ਉਹ ਵੀ ਪਿੱਛੇ ਮੈਨੂੰ ਜਿਹੜਾ ਹੈ ਉਹ ਥੋੜ੍ਹਾ ਥੋੜ੍ਹਾ ਨਜ਼ਰ ਆ ਰਿਹਾ। ਅਸੀਂ ਉਸ ਤੱਕ ਵੀ ਤੁਹਾਨੂੰ ਲੈ ਕੇ ਜਾਵਾਂਗੇ। ਔਰ ਇਹ ਫਲੋਟ ਬੜੀ ਰੂਹਦਾਰੀ ਨਾਲ ਸਜਾਇਆ ਹੋਇਆ। ਔਰ ਜਿੱਥੇ ਮੈਂ ਸਮਝਾਂਗਾ ਕਿ ਇਹਦੇ ਉੱਤੇ ਖੰਡਾ ਸਾਹਿਬ ਜਿਹੜੇ ਨੇ ਉਹ ਘੁੰਮ ਰਹੇ ਨੇ। ਔਰ ਇਹ ਗੱਲ ਕਹਿੰਦੇ ਹੁੰਦੇ ਕਿ ਲਿਸ਼ਕਾਰੇ ਪੈ ਰਹੇ ਨੇ, ਲਿਸ਼ਕਾਰੇ ਪੈ ਰਹੇ ਨੇ। ਔਰ ਏਕ ਓਂਕਾਰ ਤੋਂ ਸਤਨਾਮ ਵਾਹਿਗੁਰੂ ਤੱਕ ਦੇ ਵਾਕ ਜਿਹੜੇ ਨੇ ਇਸ ਫਲੋਟ ਦੇ ਉੱਤੇ ਜਿਹੜੇ ਉਹ ਲਿਖੇ ਹੋਏ ਨੇ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿਹੜੀ ਜਗ੍ਹਾ ਤੋਂ ਬੋਲ ਰਹੇ ਭਾਈ ਸਾਹਿਬ? ਭਾਜੀ ਮੈਂ ਫਰਾਂਸ ਤੋਂ ਬੋਲ ਰਿਹਾ ਜੀ, ਸੁਖਪਾਲ ਸਿੱਧੂ। ਵਾਹ ਜੀ ਵਾਹ ਵਾਹ, ਫਰਾਂਸ ਫਰਾਂਸ ਵਾਲਿਓ, ਲੰਘ ਆਓ, ਦੇਖ ਰਹੇ ਹੋ ਨਗਰ ਕੀਰਤਨ? ਬਿਲਕੁਲ ਹਾਂਜੀ, ਆਨਲਾਈਨ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ, ਬੜਾ ਵਧੀਆ ਲੱਗਿਆ ਜੀ। ਜੀ ਹਾਂਜੀ, ਬਹੁਤ ਸੋਹਣਾ। ਕੀ ਕਹੋਗੇ ਅੱਜ ਇਸ ਖੁਸ਼ੀ ਦੇ ਮੌਕੇ ਦੇ ਉੱਤੇ, ਕੀ ਮੁਬਾਰਕ ਦਿਓਗੇ? ਮੁਬਾਰਕ ਬਸ ਵਾਹਿਗੁਰੂ ਸਾਹਿਬ ਨੂੰ ਤੰਦਰੁਸਤੀ ਬਖਸ਼ੇ, ਠੀਕ ਨਾ, ਮੇਰੀ ਤਾਂ ਇਹੀ ਦੁਆ ਰੱਬ ਅੱਗੇ, ਠੀਕ ਨਾ। ਬਸ ਸਰਬੱਤ ਦਾ ਭਲਾ, ਜੋ 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 ਬਾਬੇ ਨਾਨਕ ਨੇ ਸਾਨੂੰ ਕਨਸੈਪਟ ਦਿੱਤਾ ਸਰਬੱਤ ਦਾ ਭਲਾ। ਔਰ ਮੇਲੇ ਵਾਲਾ ਵੀ ਮਾਹੌਲ ਹੈ, ਤੁਸੀਂ ਦੇਖ ਰਹੇ ਹੋਵੋਗੇ, ਮੇਲੇ ਵਾਲਾ ਵੀ ਮਾਹੌਲ ਹੈ, ਬੱਚਿਆਂ ਦੇ ਛੋਟੇ ਛੋਟੇ ਹਾਂਜੀ। ਮੈਂ ਤੁਹਾਨੂੰ ਇੱਕ ਹੋਰ ਮੈਸੇਜ ਚਾਹੁੰਦਾ, ਮੇਰੀ ਫੈਮਿਲੀ ਇੰਡੀਆ ਗਈ ਹੋਈ ਹੈ ਦੀਵਾਲੀ ਕਰਕੇ, ਦੀਵਾਲੀ ਮਨਾਉਣ ਵਾਸਤੇ, ਤੇ ਉਹ ਦੀਵਾਲੀ ਇੰਡੀਆ ਮਨਾ ਰਹੇ ਤੇ ਮੈਂ ਇੱਥੇ ਸਿੰਘਣੀ ਹੈ ਫਿਲਹਾਲ, ਤੇ ਇਸ ਕਰਕੇ ਮੈਂ ਤੁਹਾਡਾ ਪ੍ਰੋਗਰਾਮ ਦੇਖਦਾ ਰਹਿੰਦਾ ਡੇਲੀ, ਠੀਕ ਨਾ। ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਸਾਨੂੰ ਯੂਰਪ ਯੂਕੇ ਤੋਂ ਕਾਲ ਕਰ ਸਕਦੇ ਹੋ 2036171752 ਦੇ ਉੱਤੇ ਫਾਰ ਲਾਈਵ ਸਪੋਂਸਰਸ਼ਿਪ, ਆਪਣੇ ਪਰਿਵਾਰ ਔਰ ਆਪਣੇ ਬਿਜ਼ਨਸ ਦਾ ਬਕਾਇਦਾ ਤੌਰ ਦੇ ਉੱਤੇ ਉਸ ਵੱਲੋਂ ਮੁਬਾਰਕਾਂ ਖਾਸ ਤੌਰ ਦੇ ਉੱਤੇ, ਤਾਂ ਜੋ ਕਿ ਅਸੀਂ ਐਕਸਪਲੇਨ ਕਰੀਏ ਤੁਹਾਡੇ ਬਿਜ਼ਨਸ ਬਾਰੇ, ਅਸੀਂ ਬੋਲੀਏ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 7187840900, ਜਿੱਥੇ ਮੈਂ ਸਮਝਾਂਗਾ ਇੱਕ ਦਰਜਨ ਤੋਂ ਵੱਧ ਪਲੇਟਫਾਰਮਾਂ ਦੇ ਉੱਤੇ ਤੁਸੀਂ ਸਾਨੂੰ ਦੇਖ ਰਹੇ ਹੋ। ਉੱਥੇ ਤੁਸੀਂ ਸਾਨੂੰ ਸੋਸ਼ਲ ਨੈਟਵਰਕ ਦੇ ਉੱਤੇ ਜਸ ਪੰਜਾਬੀ ਦੇ ਫੇਸਬੁੱਕ ਪੇਜ ਦੇ ਉੱਤੇ ਔਰ ਜਸ ਪੰਜਾਬੀ ਦੇ ਯੂਟਿਊਬ ਦੇ ਉੱਤੇ ਤੁਸੀਂ ਵੀ ਸਾਨੂੰ ਜਿਹੜੇ ਆ ਉਹ ਦੇਖ ਰਹੇ ਹੋ। ਹੈਲੋ, ਹੈਲੋ, ਹਾਂਜੀ ਭਾਈ ਖਾਲਸਾ, ਭਾਈ ਫਤਿਹ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ, ਕੌਣ ਸਾਹਿਬ ਬੋਲ ਰਹੇ ਜੀ? ਮੈਂ ਕਰਨੈਲ ਸਿੰਘ ਬੋਲ ਰਿਹਾ ਜੀ, ਅਸੀਂ ਕੈਲੀਫੋਰਨੀਆ ਤੋਂ ਜੀ। ਕਰਨੈਲ ਸਿੰਘ ਜੀ, ਅਸੀਂ ਤੁਹਾਡੀ ਉਮੀਦ ਕਰਦੇ ਸੀ ਕੈਲੀਫੋਰਨੀਆ ਹੋ ਕੇ ਤੁਸੀਂ ਨਗਰ ਕੀਰਤਨ ਚ ਹੋਵੋਗੇ। ਬਹੁਤ ਤੁਹਾਡਾ ਵੱਡਾ ਪ੍ਰਾਲਾ ਜਿਹੜਾ ਸਿੱਖ ਸੰਗਤ ਜੋੜਿਆ ਦੇ ਨਾਲ। ਜੀ 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 ਜੀ, ਥੈਂਕ ਯੂ, ਹਾਂਜੀ, ਥੈਂਕ ਯੂ ਤੁਹਾਡਾ ਜੀ। ਔਰ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇਂ ਗੁਰਪੁਰਬ ਦੀਆਂ ਔਰ ਖਾਸ ਤੌਰ ਦੇ ਉੱਤੇ ਇਸ ਨਗਰ ਕੀਰਤਨ ਦੀਆਂ, ਜਿਹੜਾ ਕਿ ਮੈਂ ਸਮਝਾਂਗਾ ਕਿ ਇਤਿਹਾਸਿਕ ਮਹੱਤਤਾ ਜਿਹੜੀ ਆ ਉਹ ਇਸ ਵੇਲੇ ਹਾਸਿਲ ਕਰ ਚੁੱਕਾ। ਇੱਕ ਹੋਰ ਅਰਦਾਸ ਹੈ ਜੀ, ਜੀ ਇੱਕ ਹੋਰ ਬੇਨਤੀ ਇਹ ਵੀ ਸਿੱਖ ਕੌਮ ਨੂੰ ਚਲੋ ਯੂਨਿਟੀ ਜਿਹੜੀ ਬਖਸ਼ੇ ਪਰਮਾਤਮਾ। ਹਾਂਜੀ ਬਿਲਕੁਲ, ਥੈਂਕ ਯੂ, ਥੈਂਕ ਯੂ, ਤੁਹਾਡਾ ਬਹੁਤ 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 ਤੁਹਾਡਾ ਧੰਨਵਾਦ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੌਣ ਸਾਹਿਬ ਬੋਲ ਰਹੇ ਹੋ ਜੀ? ਮੈਂ ਬੋਲ ਰਿਹਾ ਕਰਨ ਸਿੰਘ, ਪਲੇਨਫੀਲਡ ਇੰਡੀਆਨਾ ਤੋਂ, ਨਾਲੇ ਮੈਂ ਹੁਣੇ ਗੁਰਦੁਆਰੇ ਤੋਂ ਆਇਆ, ਨਾਲੇ ਮੈਂ ਟੀਵੀ ਦੇ ਉੱਪਰ ਦੇਖ ਰਿਹਾ ਪਰਫਾਰਮੈਂਸ। ਵਾਹ ਜੀ ਵਾਹ, ਕਰਮ ਸਿੰਘ ਜੀ, ਕਰਮਾਂ ਵਾਲੇ ਹੋ ਤੁਸੀਂ, ਇੰਨਾ ਮਹਾਨ ਨਗਰ ਕੀਰਤਨ ਘਰੇ ਆ ਕੇ ਦੇਖ ਰਹੇ ਹੋ ਔਰ ਗੁਰੂ ਘਰ ਵੀ ਹਾਜ਼ਰੀ ਲਵਾਇਆ ਹੋ। ਹਾਂਜੀ ਹਾਂਜੀ, ਮੇਰੇ ਕੋਲ ਬਸ ਇੱਕ ਸਵਾਲ ਹੈ, ਤੁਸੀਂ ਨਾ ਕੋਈ ਡਰੋਨ ਜਾਂ ਉੱਪਰੋਂ ਕੋਈ ਦਿਖਾ ਸਕਦੇ, ਕਿਉਂਕਿ ਮੇਰੇ ਫੁੱਫੜ ਜੀ ਨਾ ਗਏ ਹੋਏ ਹੋ ਕੈਲੀਫੋਰਨੀਆ। ਫੁੱਫੜ ਜੀ ਕਿਤੇ ਗੁਆਚ ਤਾਂ ਨੀ ਗਏ? ਲੱਭਦੇ ਨੀ ਵੀ ਆਪਾਂ ਡਰੋਨ ਦੇ ਰਾਹੀਂ ਲੱਭੀਏ? ਸਿਰਫ ਗੁਰੂ ਘਰ ਦੀ ਜਿਹੜੀ ਚਾਰ ਦੀਵਾਰੀ ਹੈ ਜਦੋਂ ਨਗਰ ਕੀਰਤਨ ਸਜਦਾ ਉਸ ਵੇਲੇ ਡਰੋਨ ਦੇ ਰਾਹੀਂ ਦਿਖਾਇਆ ਜਾ ਸਕਦਾ ਹੁੰਦਾ, ਕਿਉਂਕਿ ਮੈਂ ਸਮਝਾਂਗਾ ਕਿ ਸਾਡੀ ਬੜੀ ਵੱਡੀ ਟੀਮ ਹੈ ਜਿਹੜੀ ਵੱਖ ਵੱਖ ਥਾਵਾਂ ਤੋਂ ਕਵਰ ਕਰ ਰਹੀ ਹੈ। ਔਰ ਜਿੱਥੇ ਮੈਂ ਸਮਝਾਂਗਾ ਕਿ ਆ ਦੇਖੋ ਇੱਕ ਸਾਡੀ ਟੀਮ ਦੇ ਜਿਹੜਾ ਕਰੂ ਹੈ ਉਹ ਵਿਰਸੇ ਵਾਲੇ ਪਾਸੇ ਨੂੰ ਜਿਹੜਾ ਹੈ ਉਹ ਗਿਆ ਹੋਇਆ, ਔਰ ਪਿੱਛੇ ਲਗਾਤਾਰ ਜਿਹੜੇ ਫਲੋਟ ਹੈ ਉਹ ਆ ਰਹੇ ਨੇ। ਔਰ ਮੈਂ ਸਮਝਾਂਗਾ ਕਿ ਵੱਖ ਵੱਖ ਫਲੋਟ ਜਿਹੜੇ ਨੇ ਅਸੀਂ ਕਰਮ ਵਾਰ ਜਿਸ ਤਰ੍ਹਾਂ ਅੱਗੇ ਆਈ ਜਾਣਗੇ ਉਸੇ ਤਰ੍ਹਾਂ ਉਸ ਢੰਗ ਦੇ ਨਾਲ ਅਸੀਂ ਇਹਨਾਂ ਫਲੋਟਸ ਦਾ ਜਿਹੜਾ ਹੈ ਤੁਹਾਡੇ ਨਾਲ ਜ਼ਿਕਰ ਕਰੀ ਜਾਵਾਂਗੇ। ਜੀ ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੀ ਫਤਿਹ। ਰਿਆੜ ਸਾਹਿਬ ਬੋਲ ਰਹੇ? ਮੈਂ ਹਰਵਿੰਦਰ ਰਿਆੜ ਅਰਜ਼ ਕਰ ਰਿਹਾ ਜੀ। ਹਾਂਜੀ ਰਿਆੜ ਸਾਹਿਬ, ਬਹੁਤ ਬਹੁਤ ਵਧਾਈ ਹੋਵੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀ।
ਮੈਂ ਅਵਤਾਰ ਸਿੰਘ ਨੀਨਾ ਕੁਸ਼ ਬੋਲ ਰਿਹਾ ਜੀ। ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ, ਔਰ ਮੈਂ ਸਮਝਾਂਗਾ ਕਿ ਤੁਸੀਂ ਘਰ ਬੈਠੇ ਭਾਵਨਾਤਮਕ ਤੌਰ ਦੇ ਉੱਤੇ ਬਕਾਇਦਾ ਤੌਰ ਦੇ ਉੱਤੇ ਜੁੜੇ ਹੋਏ ਹੋ। ਔਰ ਨਵੀਨ ਜੀ, ਕਿਸ ਢੰਗ ਦੇ ਨਾਲ ਜਿਹੜੇ ਫਲੋਟ ਹੈ ਉਹ ਅੱਗੇ ਵੱਧ ਰਹੇ ਨੇ, ਔਰ ਬੜੀ ਸਲੋ ਸਪੀਡ ਨਾਲ ਜਿਹੜਾ ਉਹ ਮੁੱਕਣਾ, ਇਹ ਕਾਫੀ ਟਾਈਮ ਲਗਾ ਕੇ ਇਹ ਨਗਰ ਕੀਰਤਨ ਜਦੋਂ ਵਾਪਸ ਮੁੜ ਕੇ ਗੇੜੀ ਕੱਢ ਕੇ ਆਉਂਦਾ ਹੈਗਾ, ਉਹ ਮਤਲਬ ਹਰ ਇੱਕ ਨੇ ਆਪਣੀਆਂ ਭਾਵਨਾਤਮਕ ਢੰਗਾਂ ਨਾਲ ਜਿਸ ਜਿਸ ਢੰਗ ਨਾਲ ਫਲੋਟ ਆਈ ਜਾਣਗੇ, ਅਸੀਂ ਉਸ ਫਲੋਟ ਦੀ ਇਤਿਹਾਸਿਕ ਮਹੱਤਤਾ ਤੁਹਾਨੂੰ ਜ਼ਰੂਰ ਦਿਖਾਈ ਜਾਵਾਂਗੇ। ਜਿੱਥੇ ਮੈਂ ਸਮਝਾਂਗਾ ਕਿ ਭੈਣਾਂ ਖੁੱਲ੍ਹੇ ਟਾਈਮ ਦੇ ਵਿੱਚ ਕੱਪੜੇ, ਗਹਿਣੇ, ਹੋਰ ਜਿਊਲਰੀ ਵੀ ਖਰੀਦ ਰਹੀਆਂ ਨੇ ਔਰ ਸਭ ਕੁਝ ਕਰ ਰਹੀਆਂ ਨੇ, ਔਰ ਹਰ ਐਂਗਲ ਤੋਂ ਇਸ ਪਰੇਡ ਦਾ ਜਿਹੜਾ ਅਲੌਕਿਕ ਨਜ਼ਾਰਾ ਅਸੀਂ ਉਹ ਤੁਹਾਡੇ ਤੱਕ ਲੈ ਕੇ ਆਉਣਾ। ਸੋ ਜੀ ਨਵੀਨ ਜੀ, ਦੇਖੋ ਜਸ ਪੰਜਾਬੀ ਦੀਆਂ ਵੱਖ ਵੱਖ ਟੀਮਾਂ ਇਸ ਸਮੇਂ ਲੋਕੇਸ਼ਨ 'ਤੇ ਮੌਜੂਦ ਨੇ, ਜਿਸ ਤਰ੍ਹਾਂ ਤੁਹਾਨੂੰ ਦਿਖਾ ਰਹੇ ਹਾਂ ਅਲੱਗ ਅਲੱਗ ਬਾਜ਼ਾਰ ਵੀ ਦਿਖਾ ਰਹੇ ਹਾਂ, ਜਿਹੜੇ ਲਿਟਰੇਚਰ ਦੇ ਸਟਾਲ ਲੱਗੇ ਨੇ ਉਹ ਵੀ ਨੇ, ਜਿਹੜੇ ਲੰਗਰ ਦੇ ਲੱਗੇ ਹੋਏ ਨੇ ਸਟਾਲ ਉਹ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਸੰਗਤਾਂ ਕਿੱਦਾਂ ਲੰਗਰ ਦੇ ਛੱਕ ਰਹੀਆਂ, ਕਿਸ ਤਰ੍ਹਾਂ ਵੱਖ ਵੱਖ ਜਿਹੜੀਆਂ ਚੀਜ਼ਾਂ ਨੇ ਲੰਗਰ ਦੇ ਵਿੱਚ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ, ਔਰ ਜਿਹੜਾ ਨਗਰ ਕੀਰਤਨ ਦੇ ਫਲੋਟਸ ਹੈ ਅਸੀਂ ਉਹ ਅਲੱਗ ਅਲੱਗ ਕੈਮਰਾ ਯੂਨਿਟਸ ਦੇ ਨਾਲ ਕਵਰ ਕਰ ਰਹੇ ਹਾਂ। ਅਤੇ ਮਕਸਦ ਸਾਡਾ ਇਹ ਹੈ ਕਿ ਨਗਰ ਕੀਰਤਨ ਦੇ ਨਾਲ ਜੁੜੀ ਹਰ ਛੋਟੀ ਛੋਟੀ ਤਸਵੀਰ, ਹਰ ਜੋ ਉਹਦੀ ਭਾਵਨਾਵਾਂ ਹੈ, ਉਹ ਸਾਡੇ ਕਰੋੜਾਂ ਦਰਸ਼ਕਾਂ ਤੱਕ ਘਰਾਂ 'ਚ ਬੈਠੇ ਟੀ ਵੀ ਸਕਰੀਨ ਦੇ ਰਾਹੀਂ ਜਾਂ ਯੂਟਿਊਬ ਦੇ ਰਾਹੀਂ ਜਾਂ ਫੇਸਬੁੱਕ ਦੇ ਰਾਹੀਂ ਉਹਨਾਂ ਤੱਕ ਪਹੁੰਚਣ, ਔਰ ਸਾਡੇ ਜਿਹੜੇ ਕਰੋੜੋਂ ਦਰਸ਼ਕ ਨੇ ਇਸ ਸਮੇਂ ਦੇਖ ਵੀ ਰਹੇ ਨੇ, ਸਾਡੇ ਨਾਲ ਫੋਨ 'ਤੇ ਵੀ ਜੁੜੇ ਹੋਏ ਨੇ, ਆਪਣੇ ਜਿਹੜੀ ਵਿਚਾਰ ਨੇ ਉਹ ਸਾਡੇ ਨਾਲ ਸਾਂਝੇ ਕਰ ਰਹੇ ਨੇ। ਔਰ ਤੁਹਾਨੂੰ ਦੱਸ ਦਈਏ ਕਿ 2008 ਤੋਂ ਲਗਾਤਾਰ ਅਸੀਂ ਇਹ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। ਜਸ ਪੰਜਾਬੀ ਨੇ 2008 'ਚ ਯੂਬਾ ਸਿਟੀ ਦਾ ਨਗਰ ਕੀਰਤਨ ਐਕਸਕਲੂਸਿਵ ਅਤੇ ਲਾਈਵ ਦਿਖਾਇਆ ਸੀਗਾ, ਔਰ ਇਸ ਸਾਲ ਵੀ ਇਸੇ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਜਸ ਬ੍ਰੋਡਕਾਸਟਿੰਗ ਨੇ ਪੂਰੇ ਵੱਡੇ ਸਤਰ ਦੇ ਉੱਤੇ, ਵੱਡੇ ਪੈਮਾਨੇ 'ਤੇ ਅਸੀਂ ਕਈ ਲੈਵਲ 'ਤੇ ਪੂਰੀ ਤਿਆਰੀਆਂ ਕੀਤੀਆਂ ਹੋਈਆਂ, ਔਰ ਉਸੇ ਦਾ ਪਰਿਣਾਮ ਤੁਸੀਂ ਦੇਖ ਰਹੇ ਹੋ ਕਿ ਤੁਸੀਂ ਜਿਹੜੀ ਨਗਰ ਕੀਰਤਨ ਦੀ ਲਾਈਵ ਔਰ ਸ਼ਾਨਦਾਰ ਕਵਰੇਜ ਅਸੀਂ ਕਰੋੜਾਂ ਦਰਸ਼ਕਾਂ ਨੂੰ ਦਿਖਾ ਰਹੇ ਹਾਂ। ਜੀ ਨਵੀਨ ਜੀ, ਵਾਪਸ ਪਰੇਡ ਵੱਲ ਮੁੜਨ ਤੋਂ ਪਹਿਲਾਂ ਅਸੀਂ ਬਕਾਇਦਾ ਤੌਰ 'ਤੇ ਜਦੋਂ ਕਿ ਗਰਾਊਂਡ ਜ਼ੀਰੋ 'ਤੇ ਲੈ ਜਾਈਏ ਅਸੀਂ ਲੋਕਾਂ ਨੂੰ, ਔਰ ਉੱਥੇ ਦੇ ਜਿਹੜੇ ਸਨਮੁੱਖ ਨਜ਼ਾਰੇ ਨੇ ਜੀ ਲਾਈਵ ਜਿਹੜੇ ਨੇ ਉਹ ਅਸੀਂ ਦਿਖਾ ਦਈਏ, ਉੱਥੇ ਦੇ ਸਨਮੁੱਖ ਨਜ਼ਾਰਿਆਂ ਨੂੰ ਅਸੀਂ ਜਿਹੜਾ ਹੈ ਉਹ ਦਿਖਾ ਦਈਏ। ਉਸ ਤੋਂ ਪਹਿਲਾਂ ਅਸੀਂ ਬਕਾਇਦਾ ਤੌਰ ਦੇ ਉੱਤੇ ਇੱਕ ਬ੍ਰੇਕ ਲਵਾਂਗੇ, ਜੁੜੇ ਰਹੋ ਯੂਬਾ ਸਿਟੀ ਚਾਰਾ ਵੀਨਾ ਦੇ ਨਗਰ ਕੀਰਤਨ ਦੇ ਨਾਲ। ਸੋ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਉਨਤਾਲੀ ਸਾਲ ਹੋ ਗਏ ਤਾਂ ਬਹੁਤ ਅੱਗੇ ਨਾਲੋਂ ਜਿੱਦਾਂ ਇਕੱਠ ਬਹੁਤ ਵੱਧ ਗਿਆ ਆ, ਅਤੇ ਬਹੁਤ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆ, ਅਤੇ ਅਸੀਂ ਸਿਲਵਾਂ ਗੁਰੂ ਘਰ ਤੋਂ ਆਏ ਹਾਂ, ਬੱਸ ਲੈ ਕੇ ਆਏ ਹਾਂ, ਅਤੇ ਸੰਗਤਾਂ ਦਾ ਉਤਸ਼ਾਹ ਦੇਖ ਕੇ ਬਹੁਤ ਮਨ ਨੂੰ ਖੁਸ਼ੀ ਹੋਈ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਚਲੋ ਜੀ, ਕੈਮਰੇ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੇਰਾ ਨਾਮ ਪ੍ਰੇਮ ਸਿੰਘ ਤੱਖਰ ਆ ਜੀ। ਅਸੀਂ ਇਹ 39ਵੇਂ ਨਗਰ ਕੀਰਤਨ 'ਤੇ ਪਡੋਲ ਦੀ ਉਡੀਕ ਕਰ ਰਹੇ ਹਾਂ, ਆਉਂਦਾ ਤਾਂ ਅਸੀਂ ਸਾਰੇ ਸੰਗਤ ਸਾਡੇ ਇਹ ਫਰਿਜ਼ਰ ਤੋਂ ਆਏ ਆ, ਕੋਈ ਸਾਹ ਸੰਗ ਸਨੋਜ਼ੇ ਤੋਂ ਆਈ, ਸਾਡੇ ਭਰਾ ਇਹ ਬੇਰੀਏ 'ਚੋਂ ਆਏ ਆ, ਸਾਰੇ ਇਕੱਠੇ ਹੋਏ, ਸਾਰੀ ਦੁਨੀਆ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈ ਹੋਈ। ਫਤਿਹ ਜੀ, ਦੇਖੋ ਸੰਗਤਾਂ ਦਾ ਜਿੱਥੇ ਠਾਠਾ ਮਾਰਦਾ ਇਕੱਠ ਹੈਗਾ, ਉੱਥੇ ਜਿਵੇਂ ਅਸੀਂ ਕੋਈ ਮੈਚ ਦੇਖਣ ਵਾਸਤੇ ਜਾਂ ਕਿਤੇ ਬੈਠੇ ਹੁੰਦੇ ਹਾਂ, ਅਲੱਗ ਅਲੱਗ ਕੁਰਸੀਆਂ ਡਾਹ ਕੇ। ਸਤਿ ਸ਼੍ਰੀ ਅਕਾਲ ਜੀ, ਬਹਿ ਜਾਂ ਜੀ, ਤੁਹਾਡਾ ਨਾਮ ਦੱਸ ਦਿਓ ਆਪਣਾ। ਕਮਲਜੀਤ ਕੌਰ। ਕਮਲਜੀਤ ਜੀ, ਕਿਹੜੀ ਜਗ੍ਹਾ ਤੋਂ ਆਏ? ਮੈਂ ਪੰਜਾਬ ਤੋਂ, ਜਲੰਧਰ ਤੋਂ। ਅੱਜ ਇਉਂ ਨਹੀਂ ਲੱਗਦਾ ਜਿਵੇਂ ਤੁਸੀਂ ਬੈਠੇ ਹੋ ਚੌਕੜੀ ਮਾਰ ਕੇ ਡਿੱਗੀ ਖੋਲ੍ਹ ਕੇ, ਕਿ ਪਿੰਡਾਂ ਦੇ ਵਿੱਚ ਆਪਾਂ ਜਿਵੇਂ ਗਏ ਹੋਈਏ ਪਿੰਡਾਂ ਦੇ ਮਾਹੌਲ ਦੇ ਵਿੱਚ, ਇਉਂ ਲੱਗਦਾ? ਹਾਂਜੀ, ਪੂਰੀ ਪੰਜਾਬ ਵਾਲੀ ਫੀਲਿੰਗ ਆ ਰਹੀ ਆ, ਪੰਜਾਬ ਦਾ ਮਾਹੌਲ। ਔਰ ਨਗਰ ਕੀਰਤਨ 'ਚ ਪੂਰੀ ਦੁਨੀਆ 'ਚ ਪੰਜਾਬੀ ਤੁਹਾਡੀ ਆਵਾਜ਼ ਸੁਣ ਰਹੇ ਨੇ, ਦੇਖ ਰਹੇ ਨੇ, ਕੀ ਵਧਾਈਆਂ ਦੇਣੀਆਂ ਚਾਹੁੰਦੇ, ਕੀ ਸੁਨੇਹਾ ਦੇਣਾ ਚਾਹੁੰਦੇ? ਹਾਂਜੀ, ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਠੀਕ ਹੈ ਜੀ, ਚਲੋ ਬੜੀ ਮਿਹਰਬਾਨੀ। ਹਾਂਜੀ, ਤੁਸੀਂ ਆਪਣਾ ਨਾਮ ਦੱਸੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਨਵਜੋਤ ਕੌਰ ਹੈ ਜੀ। ਸਾਰੀ ਸਮੂਹ ਸੰਗਤ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈਆਂ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਪਰਸ ਬੜਾ ਭਾਰੀ ਚੱਕਿਆ, ਕੀ ਪੈਸੇ ਇਹਦੇ 'ਚ ਕੀ ਹੈ? ਹਾਂਜੀ, ਲੱਗਦਾ ਨਹੀਂ ਕਾਫੀ ਕੁਛ ਜਿਵੇਂ ਹੁੰਦਾ, ਕਾਫੀ ਸੰਗਤ ਜਿਹੜੀ ਆ ਦੂਰ ਦੂਰ ਤੱਕ ਜੁੜੀ ਹੋਈ ਆ, ਬੈਠੀ ਹੋਈ ਆ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਕੀ ਨਾਮ ਹੈਗਾ, ਕਿਹੜੀ ਜਗ੍ਹਾ ਤੋਂ? ਮੇਰਾ ਨਾਮ ਕਮਲ ਆ, ਮੈਂ ਸਿਆਟਲ ਤੋਂ ਆਈ ਆ। ਸਿਆਟਲ ਤੋਂ ਸਪੈਸ਼ਲ ਆਏ ਹੋ, ਜੋਬ ਕਰਦੇ ਹੋ? ਹਾਂਜੀ। ਕਿੰਨੇ ਦਿਨ ਦੀ ਛੁੱਟੀ ਲਈ ਉੱਥੋਂ? ਮਿਲ ਗਈ ਛੁੱਟੀ ਸੌਖੀ? ਹਾਂਜੀ, ਇੱਕ ਵੀਕ ਦੀ ਲਈ ਹੋਈ ਆ। ਇੱਕ ਵੀਕ ਦੀ।
ਉਹਨਾਂ ਨੇ ਪੈਸੇ ਕੱਟੇ, ਉਹਨਾਂ ਨੇ ਆਫਰ ਨਹੀਂ ਕੀਤੀ ਤੁਸੀਂ ਡਬਲ ਲੈ ਲਿਓ ਤਾਂ ਤੁਸੀਂ ਨਾ ਜਾਓ? ਨਹੀਂ, ਸਾਨੂੰ ਮੈਨੂੰ ਦੋ ਦਿਨਾਂ ਦੇ ਪੈਸੇ ਮਿਲ ਜਾਣੇ ਆ, ਬਾਕੀ ਨਹੀਂ। ਠੀਕ ਹੈ ਜੀ, ਚਲੋ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਇਸ ਮਹਾਨ ਨਗਰ ਕੀਰਤਨ ਦੀਆਂ। ਹਾਂਜੀ, ਨਹੀਂ ਬਹੁਤ ਖੁਸ਼ੀ ਹੋਈ ਹੈ ਇੱਥੇ ਆ ਕੇ। ਅਸੀਂ ਉੱਥੋਂ ਸਰੀ ਤੋਂ ਆਏ ਹਾਂ, ਬ੍ਰਿਟਿਸ਼ ਕੋਲੰਬੀਆ ਕੈਨੇਡਾ ਤੋਂ, ਨਗਰ ਕੀਰਤਨ ਕਰਕੇ ਸਪੈਸ਼ਲ ਜੀ। ਘਰਾਂ ਵਿੱਚ ਬੈਠੇ ਦਰਸ਼ਕ ਭਲੀ ਭਾਂਤ ਦੇਖ ਸਕਦੇ ਨੇ ਇੱਥੋਂ ਦਾ ਵੱਖਰਾ ਨਜ਼ਾਰਾ, ਜਿਹੜਾ ਕਿ ਹਰ ਰੰਗ ਜਿਵੇਂ ਅਸੀਂ ਕਹਿੰਦੇ ਹਾਂ ਇਹੋ ਜਿਹੇ ਸਮਾਗਮਾਂ ਦੇ ਵਿੱਚ ਹੁੰਦਾ। ਬੱਚੇ ਆਪਣੇ ਬਹੁਤ ਸ਼ੌਕ ਦੇ ਨਾਲ, ਚਾਅ ਦੇ ਨਾਲ ਆਉਂਦੇ ਨੇ। ਫਲੋਟ ਪਿੱਛੇ ਬਿਲਕੁਲ ਨੇੜੇ ਆ ਰਿਹਾ, ਜਿਹੜਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿੱਥੇ ਸੁਸ਼ੋਭਿਤ ਹੈ। ਸੋ ਸਾਰੀਆਂ ਸੰਗਤਾਂ ਉਡੀਕ ਕਰ ਰਹੀਆਂ ਨੇ ਦਰਸ਼ਨ ਕਰਨ ਵਾਸਤੇ ਇਸ ਮਹਾਨ ਨਗਰ ਕੀਰਤਨ ਦੇ ਵਿੱਚ। ਆਓ ਦੇਖਦੇ ਹਾਂ ਇਸ ਮਹਾਨ ਨਗਰ ਕੀਰਤਨ ਦੇ ਕੁਛ ਹੋਰ ਰੰਗ। ਔਰ ਮੈਂ ਸਮਝਾਂਗਾ ਕਿ ਬਕਾਇਦਾ ਤੌਰ ਦੇ ਉੱਤੇ ਅਸੀਂ ਫਿਰ ਫਲੋਟ ਦੇ ਅੱਗੇ ਜਿੱਥੇ ਸੰਗਤ ਸੇਵਾ ਕਰ ਰਹੀ ਆ, ਬਕਾਇਦਾ ਤੌਰ 'ਤੇ ਸਫਾਈ ਕੀਤੀ ਜਾ ਰਹੀ ਆ, ਸਿਕਿਉਰਿਟੀ ਵਾਲੇ ਜਿਹੜੇ ਸ਼ੈਰਫ ਨੇ ਉਹ ਲੋਕਾਂ ਦੇ ਨਾਲ ਕਿਵੇਂ ਇਸ ਨਗਰ ਕੀਰਤਨ 'ਚ ਰਚੇ ਮਿਚੇ ਨੇ, ਜਿੱਥੇ ਪਿੱਛੇ ਸਫਾਈ ਹੋ ਰਹੀ ਆ ਸੜਕਾਂ ਦੀ, ਔਰ ਉੱਥੇ ਪੰਜ ਪਿਆਰੇ ਔਰ ਪੰਜੇ ਨਿਸ਼ਾਨ ਚੀ ਜਿਹੜੇ ਸਾਡੇ ਨੇ ਉਹ ਅੱਗੇ ਅੱਗੇ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਦੀ, ਜਿਹੜਾ ਬਾਕੀ ਫਲੋਟਾਂ ਦੀ ਅਗਵਾਈ ਕਰ ਰਿਹਾ, ਉਸ ਵੱਲ ਅਸੀਂ ਤੁਹਾਡੇ ਵਾਪਸ ਮੁੜੇ ਹਾਂ। ਔਰ ਤੁਸੀਂ ਦੇਖ ਰਹੇ ਹੋ ਕਿ ਇੱਕ ਲੰਬਾ ਨਗਰ ਕੀਰਤਨ ਹੈ ਔਰ ਇੱਕ ਖਾਸ ਜਿਹੜਾ ਹੈ ਉਹ ਈਵੈਂਟ ਹੈ। ਹੈਲੋ 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 ਜੀ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਜਰਾ ਆਪਣੀ ਆਵਾਜ਼ ਘੱਟ ਕਰ ਲਓ ਟੀਵੀ ਦੀ। ਹਾਂਜੀ ਰਿਆਜ਼ ਸਾਹਿਬ ਜੀ। ਜੀ ਸਰ, ਵਾਹਿ ਖਾਲਸਾ ਵਾਹਿ ਫਤਿਹ ਜੀ। ਵਾਹਿ ਖਾਲਸਾ ਵਾਹਿ ਫਤਿਹ। ਰਿਆਜ਼ ਸਾਹਿਬ ਜੀ, ਸਰ ਮੈਂ ਗਿਆਨੀ ਗੁਰਦੇਵ ਸਿੰਘ ਬੋਲਿਸ ਤੋਂ ਬੋਲ ਰਿਹਾ ਰਾਇਤ ਜੀ। ਗਿਆਨੀ ਜੀ ਲੰਡਨ ਤੋਂ ਹੈ ਜੀ। ਗਿਆਨੀ ਜੀ ਮੈਂ ਤੁਹਾਡੇ ਪੁਰਾਣੇ ਦੀ ਬੜੀ ਬਹੁਤ ਜ਼ਿਆਦਾ ਜੋ ਹੈ ਜੀ ਉਹਦੇ ਲਈ ਧੰਨਵਾਦ ਕਰਦਾ ਕਿ ਇਹ ਇੰਨਾ ਵੱਡਾ ਜਿਹੜਾ ਪ੍ਰੋਗਰਾਮ ਤੁਸੀਂ ਦਿਖਾ ਰਹੇ ਹੋ ਸਾਰੇ ਵਰਲਡ 'ਚ। ਜੀ ਸਰ ਜੀ, ਜਸ ਜਿਹੜਾ ਟੈਲੀਵਿਜ਼ਨ ਦਿਖਾ ਲਿਆ ਕੀਤਾ ਹੈ ਜੀ ਜੀ, ਬਹੁਤ ਵੱਡੀ ਗੱਲ ਹੈਗੀ ਹੈ ਤੁਹਾਡੇ ਲਈ ਔਰ ਇਹਦੇ ਲਈ ਤੁਹਾਨੂੰ ਬਹੁਤ ਸਾਰੀਆਂ ਅਸੀਸਾਂ ਹਰ ਪਾਸੋਂ ਮਿਲ ਰਹੀਆਂ ਨੇ। ਠੀਕ ਹੈ ਨਾ ਜੀ। ਵਾਹਿਗੁਰੂ ਤੁਹਾਡਾ ਸ਼ੁਕਰੀਆ। ਮੈਂ ਸੋਚਾਂਗਾ ਜੀ ਮੁੜ ਤੋਂ 10 ਸਾਲ ਹੋ ਗਏ ਨੇ ਲਗਾਤਾਰ ਸਾਨੂੰ ਕਰਦਿਆਂ ਨੂੰ, ਅਸੀਂ ਇੱਕ ਸਾਲ ਵੀ ਕਦੇ ਮਿਸ ਨਹੀਂ ਕੀਤਾ ਔਰ ਹਰ ਸਾਲ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੁਹਾਡੇ ਇੱਕ ਦੋ ਵਾਰੀ ਕਾਲ ਤੇ ਆ ਪਰ ਦੁਬਾਰਾ ਨਹੀਂ ਆ ਸਕਿਆ ਜੀ 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 ਜੀ। ਪਰ ਇਹਦੇ ਨਾਲ ਨਾਲ ਜੀ ਇਹ ਤਾਂ ਇੱਕ ਸੋਹਣਾ ਸਲਾਨਾ ਜਾਂ ਕੋਈ ਪ੍ਰੋਗਰਾਮ ਦੂਸਰਾ ਵੀ ਆ, ਤੁਸੀਂ ਵੈਸੇ ਦੂਸਰੇ ਪ੍ਰੋਗਰਾਮ ਵੀ ਜਿਹੜੇ ਦਿਖਾਉਂਦੇ ਹੋ ਜੀ ਸਰ ਰੋਜ਼ਾਨਾ ਜਿਹੜਾ ਤੁਹਾਡਾ ਹੈ ਪ੍ਰੋਗਰਾਮ ਉਹ ਸੱਚ ਨੂੰ ਸਾਹਮਣੇ ਲਿਆਉਣਾ ਜੀ ਸਾਰੇ ਪਾਸੇ ਜਾਣੀ ਹਰ ਦੇਸ਼ ਚੋਂ ਜਾਂ ਖਾਸ ਕਰ ਹਿੰਦੁਸਤਾਨ ਦਾ, ਉਹਦੇ ਲਈ ਤਾਂ ਕਮਾਲ ਤੁਹਾਡਾ ਪਰਮਾਤਮਾ ਤੁਹਾਨੂੰ ਚਾਹੁੰਦੀ ਹੈ ਕਲਾ ਬਖਸ਼ੇ ਹਰ ਵੇਲੇ। ਮਿਹਰਬਾਨੀ ਜੀ ਤੁਹਾਡੇ ਵਰਗੇ ਸਾਨੂੰ ਸੂਝਵਾਨ ਬਜ਼ੁਰਗਾਂ ਦੀਆਂ ਵੱਡਿਆਂ ਦੀਆਂ ਦੁਆਵਾਂ ਜਿਹੜੀਆਂ ਨੇ ਉਹ ਅਸੀਂ ਹਮੇਸ਼ਾ ਅਸੀਸਾਂ ਚਾਹੁੰਦੇ ਹਾਂ। ਅਸੀਂ ਇਸੇ ਤਰ੍ਹਾਂ ਸਾਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਔਰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਸੇ ਤਰ੍ਹਾਂ ਅਗਵਾਈ ਦਿੰਦੇ ਰਹਿਣ ਔਰ ਕੌਮ ਵਾਸਤੇ ਕੁਛ ਨਾ ਕੁਛ ਕਰਨ ਦਾ ਉਪਰਾਲਾ ਜਿਹੜਾ ਉਹ ਜ਼ਰੂਰ ਰੱਖਦੇ ਰਹਿਣ। ਹੈਲੋ 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 ਰਿਆੜ ਸਾਹਿਬ, ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਰਿਆੜ ਸਾਹਿਬ ਮੈਂ ਗੁਰਦੇਵ ਸਿੰਘ ਭੋਗਲ ਬੋਲ ਰਿਹਾ ਯੂਕੇ ਤੋਂ। ਹਾਂਜੀ ਸਰ ਹਾਂਜੀ, ਬਹੁਤ ਬਹੁਤ ਵਧਾਈਆਂ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ, ਬਹੁਤ ਬਹੁਤ ਸਾਰੇ ਜਗਤ ਨੂੰ ਤੁਹਾਨੂੰ ਵੀ ਖਾਸ ਕਰਕੇ ਬਹੁਤ ਬਹੁਤ ਮੁਬਾਰਕਬਾਦ, ਬਹੁਤ ਵਧਾਈਆਂ, ਬਹੁਤ ਸ਼ਾਨਦਾਰ ਪ੍ਰੋਗਰਾਮ ਸਾਰਾ ਹੀ ਦੇਖਿਆ। ਅਜੇ ਤਾਂ ਤੁਸੀਂ ਦੇਖਣਾ ਹੋਰ 3-4 ਘੰਟੇ ਜੀ। ਅਜੇ ਕੋਈ ਨੀ, ਬੈਠਿਆ ਬੈਠੇ ਹਾਂ, ਬਿਲਕੁਲ ਬੈਠੇ ਹਾਂ, ਉਹਦੇ ਲਾਈਨਾਂ ਖੋਲੀਆਂ ਤੇ ਤੁਹਾਨੂੰ ਪਤਾ ਅਸੀਂ ਤੇ ਰੈਗੂਲਰ ਕਾਲਰ ਹਾਂ ਤੇ ਬਿਲਕੁਲ ਤੇ ਬਹੁਤ ਵਧੀਆ, ਬਹੁਤ ਬੜਾ ਸ਼ਾਨਦਾਰ ਪ੍ਰੋਗਰਾਮ ਤੁਸੀਂ ਪੇਸ਼ ਕੀਤਾ, ਬਹੁਤ ਬਹੁਤ ਸ਼ਾਬਾਸ਼ ਦੇ, ਤੁਸੀਂ ਹੱਕਦਾਰ ਹੋ। ਮੈਂ ਤੇ ਸਿਰਫ ਇਹ ਕਹਿਣਾ ਚਾਹੁੰਦਾ ਰਿਆੜ ਸਾਹਿਬ, ਜਲਦੀ ਜਲਦੀ ਇਹ ਕਹਿਣਾ ਚਾਹੁੰਦਾ ਵੀ ਜਿੱਥੇ ਅਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਦੇ ਹਾਂ ਉਸੇ ਗੁਰੂ ਨਾਨਕ ਪਾਤਸ਼ਾਹ ਦੀ ਮੰਨੀਆਂ ਨੇ, ਜੇ ਦੀ ਮੰਨੀਏ ਨਾ ਤਾਂ ਫਿਰ ਜੀਵਨ ਜੀਵਨ ਬਣ ਜਾਏ, ਜ਼ਿੰਦਗੀ ਜ਼ਿੰਦਗੀ ਬਣ ਜਾਏ, ਕਿਉਂ ਨਾ ਬਣੇਗੀ। ਸਿਧਾਂਤ ਦੇ ਨਾਲ ਜੁੜੀਏ, ਬਿਲਕੁਲ ਸਾਡੀ ਟੀਮ ਜਿਹੜੀ ਹੈ ਭੋਗਲ ਸਾਹਿਬ ਇਸ ਵੇਲੇ ਜੁੜ ਚੁੱਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਫਲੋਟ ਦੀ ਅਗਵਾਈ ਕਰ ਰਹੇ ਬਿਲਕੁਲ ਪੰਜ ਪਿਆਰਿਆਂ ਦੇ ਬਿਲਕੁਲ ਫਰੰਟ ਤੋਂ ਕਿ ਕਿਸ ਜਗ੍ਹਾ ਦੇ ਉੱਤੇ ਨਗਰ ਕੀਰਤਨ ਜਿਹੜਾ ਉਹ ਪਹੁੰਚ ਗਿਆ ਅੱਗੇ, ਔਰ ਸਾਡੀਆਂ ਬੀਬੀਆਂ ਭੈਣਾਂ ਜਿਹੜੀਆਂ ਨੇ ਉਹ ਵੀ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੀਆਂ ਨੇ, ਔਰ ਉਸੇ ਤਰ੍ਹਾਂ ਸਫਾਈ ਚੱਲ ਰਹੀ ਹੈ, ਔਰ ਸੜਕਾਂ ਦੇ ਉੱਤੇ ਯੂਬਾ ਸਿਟੀ ਦੇ ਉੱਤੇ ਮੈਂ ਸਮਝਾਂਗਾ ਕਿ ਕੇਸਰੀ ਰੰਗ ਜਿਹੜਾ ਹੈ ਉਹ ਬਕਾਇਦਾ ਤੌਰ ਦੇ ਉੱਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਇੱਕ ਬਹੁਤ 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 ਵੱਡਾ ਭੁਲੇਖਾ ਜਿਹੜਾ ਹੈ ਉਹ ਪਾ ਰਿਹਾ ਜੀ ਚੜ੍ਹਦੀ ਕਲਾ ਦਾ। ਜੀ ਸਰ ਜੀ ਸਰ ਸਿਰਫ 30 ਸਕਿੰਟ ਜੀ 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 ਰਿਆੜ ਸਾਹਿਬ ਲਿਖਿਆ ਪੀਰ ਪੈਗੰਬਰ ਜਗ ਤੇ ਬੜੇ ਆਏ
ਪੀਰ ਪੈਗੰਬਰ ਜੱਗ ਤੇ ਬੜੇ ਆਏ ਜਿਹੜੇ ਆਪੋ ਆਪਣਾ ਧਰਮ ਪ੍ਰਚਾਰਦੇ ਰਹੇ ਓਏ ਜਿਨ੍ਹਾਂ ਰੱਬ ਦੇ ਧਰਮ ਦੀ ਗੱਲ ਕੀਤੀ ਚੰਦਰੇ ਉਹਨਾਂ ਨੂੰ ਸੂਲੀ ਤੇ ਚਾੜਦੇ ਰਹੇ ਬਈ ਤੁਰਕੀ ਬਹੁਤ ਸ਼ੁਕਰੀਆ ਬਈ ਤੁਰਕੀ ਬਾਣੀ ਨਾਲ ਮਨ ਜੇਕਰ ਮਾਂਝ ਲੈਂਦੇ ਜਿੱਤ ਨਹੀਂ ਮਾਂਝਿਆ ਗਿਆ ਤੁਰਕੀ ਬਾਣੀ ਨਾਲ ਮਨ ਜੇਕਰ ਮਾਂਝ ਲੈਂਦੇ ਸ਼ੈਤਾਨ ਕੀਤੀ ਦਾ ਇੰਨਾ ਨਾ ਸ਼ੋਰ ਹੁੰਦਾ ਓਏ ਨਾਨਕ ਫਲਸਫਾ ਭੋਗਲ ਜੇ ਸਮਝ ਲੈਂਦੇ ਅੱਜ ਹੁਲੀਆ ਹੀ ਸੰਸਾਰ ਦਾ ਹੋਰ ਹੁੰਦਾ ਬਈ ਨਾਨਕ ਫਲਸਫਾ ਭੋਗਲ ਜੇ ਸਮਝ ਲੈਂਦੇ ਅੱਜ ਹੁਲੀਆ ਹੀ ਸੰਸਾਰ ਦਾ ਹੋਰ ਹੁੰਦਾ ਯਾਰੋ ਅੱਜ ਹੁਲੀਆ ਹੀ ਸੰਸਾਰ ਬਹੁਤ ਬਹੁਤ ਅੱਛਾ ਭੋਗਲ ਸਾਹਿਬ ਜਿਵੇਂ ਪਿਛਲੇ ਸਾਡੇ ਕਾਲਰ ਵੀ ਕਹਿ ਕੇ ਗਏ ਨੇ ਕਿਵੇਂ ਗੁਰੂ ਦੀ ਚੜ੍ਹਦੀ ਕਲਾ ਹੈ ਕਿ ਕਿਵੇਂ ਮਤਲਬ ਮਨੂ ਦੀ ਦਾਤਰੀ ਕੌਮ ਨੂੰ ਵੰਡਦੀ ਗਈ ਸਮੇਂ ਸਮੇਂ ਦੇ ਉੱਤੇ ਵੱਖ ਵੱਖ ਰੂਪਾਂ ਦੇ ਉੱਤੇ ਅਤੇ ਕੌਮ ਦੀ ਚੜ੍ਹਦੀ ਕਲਾ ਹੋਰ ਹੁੰਦੀ ਗਈ ਨਵੀਨ ਜੀ ਸੰਤ ਰਾਮ ਉਦਾਸੀ ਲਿਖਦੇ ਨੇ ਕਿ ਬਾਪੂ ਵੇਖਦਾ ਰਹੀ ਤੂੰ ਬੈਠ ਕੰਢੇ ਕਿਵੇਂ ਤਰਨ ਜੁਝਾਰ ਅਜੀਤ ਤੇਰੇ ਚੁੱਭੀ ਮਾਰ ਕੇ ਸਰਸਾ ਦੇ ਰੋਡ ਵਿੱਚੋਂ ਲੱਭ ਲਵਾਂਗੇ ਸਾਰੇ ਹੀ ਗੀਤ ਤੇਰੇ ਇਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ ਝੋਰਾ ਕਰੀ ਨਾ ਕਿਲ੍ਹੇ ਅਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ ਸੋ ਗਰਾਊਂਡ ਜ਼ੀਰੋ ਦੇ ਉੱਤੇ ਫਿਰ ਲੈ ਕੇ ਚੱਲਦੇ ਹਾਂ ਤੁਹਾਨੂੰ ਸਾਡੇ ਸਹਿਯੋਗੀ ਜਗਤਾਰ ਜੱਗੀ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਬੜੀ ਦੂਰ ਦੂਰੋਂ ਆਈਆਂ ਨੇ ਮੌਸਮ ਬੜਾ ਵਧੀਆ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 49ਵੇਂ ਮਹਾਨ ਨਗਰ ਕੀਰਤਨ ਦੀ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਹੋਵੇ ਸਾਡੇ ਕਿੰਨੇ ਭਾਗ ਚੰਗੇ ਆ ਜੁੱਬਾ ਸਿੱਟੀ ਦੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਆ ਜੁੱਬਾ ਸਿੱਟੀ ਪਹੁੰਚੀ ਹੈ ਅੱਜ ਦਾ ਤੁਸੀਂ ਦੱਸਿਆ ਮੌਸਮ ਵੀ ਵਧੀਆ ਬਹੁਤ ਹੀ ਵਧੀਆ ਢੰਗ ਦੇ ਨਾਲ ਸੰਗਤ ਬੜੇ ਡਿਸਿਪਲਿਨ ਦੇ ਨਾਲ ਨਗਰ ਕੀਰਤਨ ਦਾ ਆਨੰਦ ਮਾਣ ਰਹੀ ਆ ਦੂਜੇ ਪਾਸੇ ਥਾਂ ਥਾਂ 'ਤੇ ਪਕਵਾਨ ਬਣੇ ਹੋ ਆ ਸਾਰੇ ਹੀ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਤੁਰ ਰਹੀ ਆ ਕੁਛ ਸੰਗਤ ਬਾਹਰ ਇਹ ਨਜ਼ਾਰਾ ਦੇਖ ਰਹੀ ਆ ਮੈਂ ਇਹੀ ਬੇਨਤੀ ਕਰੂੰ ਕਿ ਰਲ ਮਿਲ ਕੇ ਅੱਜ ਬੜੀ ਸ਼ਾਂਤਮਈ ਤਰੀਕੇ ਦੇ ਨਾਲ ਪਿਆਰ ਦੇ ਨਾਲ ਇਸ ਦਿਨ ਨੂੰ ਮਨਾਈਏ ਤਾਂ ਕਿ ਅਸੀਂ ਦੁਨੀਆ ਭਰ ਵਿੱਚ ਆਪਣਾ ਇੱਕ ਪੋਜ਼ਿਟਿਵ ਸੁਨੇਹਾ ਦੇ ਸਕੀਏ ਕਿ ਸਿੱਖ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਆ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਮਾਨਿਓ ਗ੍ਰੰਥ ਉਹ ਸਾਡੇ ਬਜ਼ੁਰਗ ਉਹਨਾਂ ਨੂੰ ਇਹ ਜਾਂਦਾ ਸਿਹੜਾ ਜਿਨ੍ਹਾਂ ਨੇ ਅੱਜ ਤੋਂ 49 ਸਾਲ ਪਹਿਲਾਂ ਇਸ ਚੀਜ਼ ਨੂੰ ਦੂਜਾ ਮੈਨੂੰ ਚੇਤਾ ਜਦੋਂ ਪਹਿਲਾਂ ਨਗਰ ਕੀਰਤਨ ਹੋਇਆ ਤਾਂ 2,000-1,500 ਦੀ ਗਿਣਤੀ ਵਿੱਚ ਸੰਗਤ ਸੀ ਅੱਜ ਉਹ ਲੱਖਾਂ ਵਿੱਚ ਪਹੁੰਚ ਗਈ ਆ ਇਹ ਸਾਰਾ ਸਿਹਰਾ ਸੰਗਤ ਨੂੰ ਜਾਂਦਾ ਜਿਹੜੇ ਦਿਨ ਰਾਤ ਸੇਵਾ ਕਰ ਰਹੇ ਆ ਇੱਕ ਵਾਰ ਫਿਰ ਸਿੱਖ ਜਗਤ ਨੂੰ 49ਵੇਂ ਮਹਾਨ ਨਗਰ ਕੀਰਤਨ ਦੀ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਜੋ ਸੁਸ਼ੋਭਿਤ ਹੈ ਪਾਲਕੀ ਦੇ ਵਿੱਚ ਦੇਖ ਰਹੇ ਸਾਡੇ ਘਰਾਂ ਵਿੱਚ ਬੈਠੇ ਦਰਸ਼ਕ ਔਰ ਪਿੱਛੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਹੈ ਉਹ ਹੈ ਔਰ ਸਾਰੀਆਂ ਸੰਗਤਾਂ ਦੇ ਵਿੱਚ ਪੂਰਾ ਉਤਸ਼ਾਹ 39ਵੇਂ ਮਹਾਨ ਨਗਰ ਕੀਰਤਨ ਯੂਬਾ ਸਿਟੀ ਵਿਖੇ ਜਿਹੜੇ ਹੋ ਰਹੇ ਨੇ ਉਹਦੇ ਵਾਸਤੇ ਪੂਰੀ ਦੁਨੀਆ ਤੋਂ ਸੰਗਤਾਂ ਪਹੁੰਚੀਆਂ ਨੇ ਔਰ ਪੂਰੀ ਦੁਨੀਆ ਤੋਂ ਸੰਗਤਾਂ ਦੇ ਵਿੱਚ ਪੂਰਾ ਉਤਸ਼ਾਹ ਜਿਹੜਾ ਹੈ 5 ਪਿਆਰਿਆਂ ਦੀ ਅਗਵਾਈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਸੁਸ਼ੋਭਿਤ ਨਾਲ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਗੁਰਬਾਣੀ ਦੇ ਕੀਰਤਨ ਨਾਲ ਚੱਲ ਰਹੇ ਨੇ ਸੰਗਤਾਂ ਨਾਲ ਨਾਲ ਉਹਨਾਂ ਦਾ ਵੀ ਆਨੰਦ ਮਾਣਦੀਆਂ ਨੇ ਦੋਸਤੋ ਮੈਂ ਮੁੜ ਕੇ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਅਸੀਂ ਬਕਾਇਦਾ ਤੌਰ ਦੇ ਉੱਤੇ ਫਲੋਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਜਿਹੜਾ ਫਲੋਟ ਹੈ ਉਹ ਹਰਿਮੰਦਰ ਸਾਹਿਬ ਦਾ ਸੱਚਖੰਡ ਹਰਿਮੰਦਰ ਸਾਹਿਬ ਦਾ ਫਲੋਟ ਹੈ ਕਿਸ ਢੰਗ ਨਾਲ ਇਹ ਜਿਹੜਾ ਇਸ ਨੂੰ ਤਿਆਰ ਕੀਤਾ ਗਿਆ ਔਰ ਬਕਾਇਦਾ ਤੌਰ ਦੇ ਉੱਤੇ ਮੈਂ ਸਮਝਾਂ ਗਿਆ ਕਿ ਜੈਕਾਰੀ ਕਈਆਂ ਚੀਜ਼ਾਂ ਨੂੰ ਮਾਤ ਪਾ ਰਹੀ ਹੈ ਔਰ ਇਸੇ ਤਰ੍ਹਾਂ ਦੇ ਪਿੱਛੇ ਹਾਕਾਂ ਮਾਰਦਾ ਔਰ ਮੈਂ ਇਹ ਗੱਲ ਜ਼ਰੂਰ ਸਮਝ ਕਿ ਐਡਾ ਵੱਡਾ ਇਹ ਮੈਂ ਕਦੇ ਵਿਦੇਸ਼ ਦੀ ਧਰਤੀ ਦੇਖ ਕੇ ਕਦੇ ਨਹੀਂ ਦੇਖਿਆ ਕਿਉਂਕਿ ਅਸੀਂ ਤਾਂ 4-5 ਸਾਲ 6 ਸਾਲ ਲਾਈਫ ਵੀ ਉੱਥੇ ਜਾ ਕੇ ਵਿਚਰਦੇ ਰਹੇ ਹਾਂ ਨਵੀਨ ਜੀ ਔਰ ਇਹ ਇੱਕ ਸੈਲਾਬ ਹੈ ਔਰ ਇਸ ਦੇ ਪਿੱਛੇ ਅੱਗੇ ਹੋਰ ਫਲੋਟ ਕੱਢੀਆਂ ਜਿਸ ਢੰਗ ਨਾਲ ਵੱਖ ਵੱਖ ਗੁਰੂਘਰਾਂ ਤੋਂ ਆਈਆਂ ਹੋਈਆਂ ਨੇ ਉਹ ਹੈ ਨਹੀਂ ਔਰ ਇਹ ਗੱਲ ਬਿਲਕੁਲ ਸੱਚੀ ਹੈ ਕਿ ਇੱਥੇ ਲੋਕ ਜਿਹੜੇ ਨੇ ਉਹ ਜਿਹੜੇ ਵਿਛੜੇ ਨੇ ਉਹ ਵੀ ਨਵੀਨ ਜੀ ਮਿਲਦੇ ਅੱਛਾ ਇੱਕ ਚੀਜ਼ ਹੈ ਇਹਨਾਂ ਤਸਵੀਰਾਂ ਨੂੰ ਦੇਖ ਕੇ ਨਾ ਮੈਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਉਣ ਵਾਲਾ ਹੋਲਾ ਮਹੱਲਾ ਡਿਸੈਂਬਲ ਹੋ ਰਿਹਾ ਹੋਲਾ ਮਹੱਲਾ ਕਈ ਵਾਰੀ ਅਸੀਂ ਕਵਰ ਕੀਤਾ ਕਿ ਡਾਕੂਮੈਂਟਰੀਜ਼ ਬਣਾਈਆਂ
ਉਹ ਤਸਵੀਰ ਔਰ ਇਸ ਤਸਵੀਰ 'ਚ ਮੈਨੂੰ ਲੱਗ ਰਿਹਾ ਜਿਵੇਂ ਹੋਲਾ ਮੱਲਾ ਵਰਗਾ ਇਕੱਠ ਹੈ ਜਿਹੜਾ ਅਸੀਂ ਅਮਰੀਕਾ ਦੀ ਧਰਤੀ 'ਤੇ ਦੇਖ ਰਹੇ ਹਾਂ ਇੱਦਾਂ ਇਹ ਜਦੋਂ ਪਤਾ ਲੱਗਦਾ ਸਿੱਖ ਪੰਥ ਦਾ ਮਿਆਰ ਕੀ ਹੈ, ਵਿਰਸੇ ਦਾ ਮਿਆਰ ਕੀ ਹੈ, ਸਾਡੀ ਜਿਹੜੀ ਕਮਿਊਨਿਟੀ ਸਾਡਾ ਭਾਈਚਾਰਾ ਉਹਦਾ ਮਿਆਰ ਕੀ ਹੈ, ਸਾਡੇ ਧਰਮ ਪ੍ਰਤੀ ਆਪਣੀ ਸ਼ਰਧਾ ਕੀ ਹੈ, ਉਹ ਇੱਕ ਇੱਕ ਚੀਜ਼ ਦੇਖਣ ਨੂੰ ਵੱਖਰੀ ਚੀਜ਼ ਦੇਖਣ ਬਹੁਤ ਹੀ ਰੇਅਰ ਪਿਕਚਰ ਅਸੀਂ ਮੈਂ ਕਹਾਂਗਾ ਮਤਲਬ ਦੇਖਣ ਲਾਇਕ ਹੈ। ਦੇਖੋ ਜੀ ਮੈਂ ਸਮਝਾਂਗਾ ਕਿ ਪੰਜਾਬ ਦੀ ਧਰਤੀ ਦੇ ਉੱਤੇ ਦੋ ਚੀਜ਼ਾਂ ਜਿਹੜੀਆਂ ਨੇ ਉਹ ਵੱਡੇ ਪੱਧਰ ਦੇ ਉੱਤੇ ਨਗਰ ਕੀਰਤਨ ਨੇ, ਚਾਹੇ ਅਸੀਂ ਹੋਲੇ ਮਹੱਲੇ ਦੀ ਗੱਲ ਕਰ ਲਈਏ ਅਨੰਦਪੁਰ ਸਾਹਿਬ ਦੀ, ਚਾਹੇ ਫਤਿਹਗੜ੍ਹ ਸਾਹਿਬ ਧਰਤੀ ਦੇ ਉੱਤੇ ਜਿਹੜਾ ਸ਼ਹੀਦੀ ਜੋੜ ਮੇਲਾ ਲੱਗਦਾ ਉਸ ਦੀ ਗੱਲ ਲਾ ਲਈਏ, ਪਰ ਇੱਕ ਬਹੁਤ ਵੱਡੀ ਜਿਹੜੀ ਹੈ ਉਸ ਦੇ ਪਿੱਛੇ ਸ਼ਰਧਾ ਜੁੜੀ ਹੁੰਦੀ ਹੈ। ਆ ਹੁਣ ਇੱਕ ਫਲੋਟ ਹੈ ਇਸ ਤਰ੍ਹਾਂ ਵੱਡੇ ਟਰੱਕਾਂ ਦੇ ਉੱਤੇ, ਟਰੱਕਾਂ ਨੂੰ ਸਜਾ ਕੇ ਇਹ ਗੁਰੂ ਘਰਾਂ ਦੇ ਪ੍ਰਬੰਧਕ ਲੈ ਕੇ ਆਉਂਦੇ ਨੇ, ਕਿਉਂਕਿ ਕਈ ਵਾਰੀ ਬਜ਼ੁਰਗ ਬੀਬੀਆਂ ਬੱਚੇ ਜਿਹੜੇ ਨੇ ਉਹ ਸਾਰੇ ਨਗਰ ਕੀਰਤਨ ਦੇ ਵਿੱਚ ਜਾਣਾ ਚਾਹੁੰਦੇ ਹੁੰਦੇ ਨੇ, ਕੁਛ ਉਹਨਾਂ ਦੇ ਬੈਨਰਸ ਜਿਹੜੇ ਨੇ ਉਹ ਮੈਸੇਜ ਦਿੰਦੇ ਨੇ, ਮਤਲਬ ਵੱਡੇ ਵੱਡੇ ਜਿੱਥੇ ਟਰੈਕਟਰਾਂ ਦੇ ਮਗਰ ਫਲੋਟ ਪਾਏ ਹੁੰਦੇ ਨੇ ਉੱਥੇ ਟਰੱਕਾਂ ਦੇ ਮਗਰ ਵੀ ਨਵੀਨ ਜੀ ਫਲੋਟ ਪਾਏ ਹੁੰਦੇ ਨੇ। ਔਰ ਇਹ ਇਤਿਹਾਸਕ ਜਿਹੜਾ ਨਗਰ ਕੀਰਤਨ ਹੈ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਸਿੱਖ ਕੌਮ ਦੀ ਦੁਨੀਆ ਭਰ ਦੇ ਵਿੱਚ ਚੜ੍ਹਦੀ ਕਲਾ ਦੀ ਇੱਕ ਲਾ ਮਿਸਾਲ ਗਵਾਹੀ ਹੈ, ਤਸਦੀਕ ਹੈ ਕਿ ਮਤਲਬ ਇਸ ਗੱਲ ਦੇ ਵਿੱਚ ਕੋਈ ਦੋਰਾਵਾ ਨਹੀਂ। ਮੈਂ ਇੱਕ ਵਾਰੀ ਫਿਰ ਲੋਕਾਂ ਦਾ ਬਹੁਤ ਹੀ ਵੱਡਾ ਨਜ਼ਾਰਾ, ਮੈਂ ਯੂਕੇ ਵਾਲੇ ਕਾਲਰਸ ਨੂੰ ਜਿਹੜਾ ਹੈ ਉਹ ਮੈਂ ਜ਼ਰੂਰ ਦੱਸਾਂਗਾ, ਮੈਂ ਨਾਲ ਦੀ ਨਾਲ ਯੂਕੇ ਦੀਆਂ ਕਾਲਸ ਜਿਹੜੀਆਂ ਨੇ ਕੁਛ ਹੋਲਡ ਵੀ ਪਾ ਦਿੰਦਾ ਔਰ ਇਸੇ ਤਰ੍ਹਾਂ ਹੋਲਡ ਰੱਖਣਾ। ਔਰ ਮੈਂ ਅੱਗੇ ਵੀ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ ਸਾਡੇ ਕੋਲ ਬਕਾਇਦਾ ਤੌਰ ਦੇ ਉੱਤੇ ਡਬਲ ਲਾਈਨਸ ਚੱਲ ਰਹੀਆਂ ਨੇ ਜਿਹੜੀਆਂ ਯੂਕੇ ਯੂਰਪ ਤੋਂ ਲਾਈਨਾਂ ਆਉਣਗੀਆਂ, ਕੱਲ੍ਹ ਅਸੀਂ ਲਵਾਂਗੇ ਉਹ ਲਾਈਵ ਕਾਲ ਵਾਸਤੇ ਜਿਹੜਾ 2033617 1752 ਔਰ ਫਾਰ ਐਡਵਰਟਾਈਜ਼ਮੈਂਟ 2033617 1750 ਹੈ। ਸੋ ਤੁਸੀਂ 203-617-1752 ਦੇ ਉੱਤੇ ਗੱਲ ਕਰਨੀ ਹੈ ਸਾਨੂੰ ਔਰ ਅਸੀਂ ਤੁਹਾਡੇ ਨਾਲ ਬਕਾਇਦਾ ਤੌਰ ਦੇ ਉੱਤੇ ਇਸੇ ਤਰ੍ਹਾਂ ਬਣੇ ਰਹਾਂਗੇ। ਹੈਲੋ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਅੱਜ ਕੱਲ੍ਹ ਕੀ ਹਾਲ ਚਾਲ ਹੈ? ਬਿਲਕੁਲ ਕਿਰਪਾ ਹੋ ਰਹੀ ਹੈ ਜੀ, ਕੌਣ ਸਾਹਿਬ ਬੋਲ ਰਹੇ ਜੀ? ਜੀ ਭਾਅ ਜੀ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ। ਦੂਸਰੀ ਗੱਲ ਇਹ ਦੇਖ ਰਹੇ ਹਾਂ ਕਿ ਘਰ ਬੈਠੇ ਉੱਥੇ ਪਰਮੇਸ਼ਵਰ ਮਹਾਰਾਜ ਨੇ ਨਹੀਂ ਆਗਿਆ ਦਿੱਤੀ ਹੈਗੀ ਜੀ, ਅਸੀਂ ਉਹ ਕੋਸ਼ਿਸ਼ ਕੀਤੀ ਹੈ, ਕਿਸੇ ਕੋਸ਼ਿਸ਼ ਦੇ ਲਾਗੇ ਛਾਗੇ ਅਸੀਂ ਜ਼ਰੂਰ ਪਹੁੰਚੇ ਹੋਵਾਂਗੇ, ਮਤਲਬ ਅਸੀਂ ਭਾਵੇਂ ਮਾਈਲ ਸਟੋਨ ਵੱਡੇ ਸੈੱਟ ਨਾ ਕਰੀਏ ਪਰ ਕਿਸੇ ਕੋਸ਼ਿਸ਼ ਦੇ ਲਾਗੇ ਜ਼ਰੂਰ ਪਹੁੰਚੇ ਹੋਵਾਂਗੇ ਕਿ ਭਾਈ ਬਕਾਇਦਾ ਤੌਰ ਦੇ ਉੱਤੇ ਅਸੀਂ ਜਿਹੜਾ ਹੈ ਉਹ ਉਸੇ ਤਰ੍ਹਾਂ ਦਾ ਨਜ਼ਾਰਾ ਦਿਖਾ ਲਿਆ। ਔਰ ਤੁਹਾਨੂੰ ਇੱਕਦਮ ਲੈ ਚੱਲਦੇ ਸੀ ਗਰਾਊਂਡ ਜ਼ੀਰੋ ਦੇ ਉੱਤੇ ਜਿੱਥੇ ਸਾਡੇ ਪ੍ਰਤੀਨਿਧ ਔਰ ਸਾਡੇ ਸਹਿਯੋਗੀ ਬਕਾਇਦਾ ਤੌਰ 'ਤੇ ਸਾਧ ਸੰਗਤ ਦੇ ਨਾਲ ਨੇ, ਆਓ ਚੱਲੀਏ ਗਰਾਊਂਡ ਜ਼ੀਰੋ ਦੇ ਉੱਤੇ। ਸੰਗਤਾਂ ਨੂੰ ਅਸੀਂ ਜੋ ਵੀ ਅਸੀਂ ਨਗਰ ਕੀਰਤਨ ਦੇ ਵਿੱਚ ਆਏ ਨੇ ਲੱਖ ਲੱਖ ਵਧਾਈ, ਮੈਂ ਸੁਖਦੇਵ ਸਿੰਘ ਐਂਡ ਮੇਰੇ ਸਾਰੇ ਸਾਥੀ ਮੇਰੇ ਨਾਲ ਨੇ, ਅਸੀਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੋੜੋਵਾਲ ਤੋਂ ਇਸ ਸਪੈਸ਼ਲ ਫੰਕਸ਼ਨ ਦੇ ਵਿੱਚ ਆਏ ਹਾਂ। ਸੋ ਸਾਰੀਆਂ ਹੀ ਸੰਗਤਾਂ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈਆਂ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਅਸੀਂ ਇੰਡੀਆਨਾ ਤੋਂ ਆਏ, ਵੈਸੇ ਰਹਿਣ ਵਾਲੇ ਸੰਗਰੂਰ ਦੇ ਹਾਂ, ਲੱਖ ਲੱਖ ਵਧਾਈ ਸਭ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਸੰਗਤ ਆਉਂਦੀ ਪੂਰੀ ਦੁਨੀਆ ਤੋਂ ਇੱਥੇ, ਕੀ ਖਾਸੀਅਤ ਲੱਗਦੀ ਹੈ ਇਸ ਨਗਰ ਕੀਰਤਨ ਦੇ ਵਿੱਚ? ਕਿ ਵੈਸੇ ਤਾਂ ਸਭ ਜਗ੍ਹਾ ਹੀ ਸੰਗਤ ਪੂਰੀ ਦੁਨੀਆ 'ਚ ਆਉਂਦੀ ਹੈ, ਪਰ ਅਗਰ ਯੂਬਾ ਸਿਟੀ ਦੀ ਅਸੀਂ ਗੱਲ ਕਰੀਏ ਤਾਂ ਇਹਦੇ ਇੱਕ ਇੱਥੇ ਅਲੱਗ ਨਜ਼ਾਰਾ ਦੇਖਣ ਨੂੰ ਹੁੰਦਾ ਅਤੇ ਅਲੱਗ ਸੰਗਤ ਆਉਂਦੀ। ਹਾਂ ਪੂਰੀ ਸੰਗ ਆਪਣੀ ਸੰਸਾਰ ਦੀ ਸਭ ਤੋਂ ਵੱਡਾ ਮੇਲਾ ਇਹ ਲੱਗਦਾ ਜੀ ਆਪਣੇ ਇੱਥੇ। ਹਾਂਜੀ ਵਾਹਿਗੁਰੂ। ਲੱਖਣ ਤਾਂ ਇਹ ਆ ਜੀ, ਇਹ ਇੱਥੇ ਜੋ ਵੀ ਸੰਗਤ ਇੱਥੇ ਆਉਂਦੀ ਹੈ ਇਹਨਾਂ ਦਾ ਆਪਸ ਦਾ ਆਪਸੀ ਭਾਈਚਾਰਾ, ਆਪਸੀ ਪ੍ਰੇਮ ਨੂੰ ਦੇਖ ਕੇ ਸਾਨੂੰ ਬਹੁਤ ਵਧੀਆ ਲੱਗਦਾ। ਜੋ ਇਸ ਟਾਈਮ ਆਪਣੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜੋ ਚੀਜ਼ ਖਤਮ ਹੋ ਰਹੀ ਆ, ਸੋ ਉਹ ਇਹ ਕੰਟਰੀਆਂ ਦੇ ਵਿੱਚ ਇਹ ਇੱਥੇ ਦੀ ਜੀ ਸੰਗਤ ਆ, ਉਹਨਾਂ ਨੇ ਇਹ ਚੀਜ਼ ਨੂੰ ਬੜਾ ਵਧੀਆ ਸਾਂਭ ਕੇ ਰੱਖਿਆ ਹੋਇਆ, ਬੜੇ ਵਧੀਆ ਪ੍ਰੇਮ ਦੇ ਨਾਲ ਅਤੇ ਬੜੇ ਹੀ ਪ੍ਰੇਮ ਦੇ ਨਾਲ, ਬੜੇ ਹੀ ਉਤਸਾਹ ਦੇ ਨਾਲ ਇਹ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਦੇ ਆ। ਇਹਦੇ 'ਚ ਕੋਈ ਸ਼ੱਕ ਨਹੀਂ, ਅਸੀਂ ਅਕਸਰ ਗੱਲ ਕਰੀ ਦੀ ਹੈ ਕਿ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਨਾਲੋਂ ਇੱਧਰਲੇ ਮੁਲਕਾਂ ਦੇ ਵਿੱਚ ਅਗਰ ਅਸੀਂ ਧਰਮ ਦੀ ਗੱਲ ਕਰੀਏ, ਚਾਹੇ ਸੱਭਿਆਚਾਰ ਦੀ ਗੱਲ ਕਰੀਏ, ਚਾਹੇ ਖੇਡਾਂ ਦੀ ਗੱਲ ਕਰੀਏ, ਸਾਡੇ ਬਾਹਰਲੇ ਮੁਲਕਾਂ ਜਿਹੜੇ ਪੰਜਾਬੀ ਨੇ ਉਹਨਾਂ ਵਿੱਚ ਜ਼ਿਆਦਾ ਉਤਸ਼ਾਹ ਹੁੰਦਾ, ਪੰਜਾਬ ਦੇ ਵਿੱਚੋਂ ਘੱਟਦਾ ਜਾ ਰਿਹਾ, ਇਹਦਾ ਕੀ ਕਾਰਨ ਲੱਗਦਾ? ਕਾਰਨ ਇਹ ਹੈ ਜੀ ਵੀ ਕੁਛ ਨਾ, ਇੱਕ ਤਾਂ ਸਭ ਤੋਂ ਵੱਡੀ ਗੱਲ ਹੈਗੀ ਉੱਥੇ ਰੁਜ਼ਗਾਰ ਬੇਰੁਜ਼ਗਾਰੀ ਬਹੁਤ ਹੈਗੀ ਆ, ਨਸ਼ੇ ਫੈਲ ਗਏ, ਇਹਨਾਂ ਦੇਸ਼ਾਂ ਨੇ ਸਾਂਭ ਕੇ ਰੱਖਿਆ ਹੋਇਆ ਗਾ ਹੈ ਨਾ ਪੰਜਾਬ ਦੇ ਕਲਚਰ ਨੂੰ ਹੋਰ, ਅਤੇ ਉੱਥੇ ਨੂੰ ਸੰਗਤ ਦੀ ਸਪੋਰਟ ਕਰਦੇ ਨੇ। ਜੇ ਹੁਣ ਪੰਜਾਬ ਦੇ ਲੋਕ ਵੀ ਇਹ ਚੀਜ਼ਾਂ ਨੂੰ ਵੀ ਜਿੰਨੇ ਵੀ ਐੱਨ ਆਰ ਆਈ ਬ੍ਰਦਰ ਹੈਗੇ ਨੇ ਉਹਨਾਂ ਨੂੰ ਸਪੋਰਟ ਕਰਨ, ਉਹਨਾਂ ਦੀਆਂ ਮੰਨਣ, ਅਤੇ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਪੰਜਾਬ ਦਾ ਵੀ ਕਾਫੀ ਸੁਧਾਰ ਹੋ ਸਕਦਾ ਗਾ। ਬਿਲਕੁਲ, ਇਸ ਦੇ ਵਿੱਚੋਂ ਮੇਨ ਜੋ ਵੱਡੀ ਥਿੰਗ ਆ, ਇੱਥੇ ਨਸ਼ਾ ਬਹੁਤ ਘੱਟ ਆ,
अपने पंजाब दे विच इन्ना कि ज़्यादा नशा हो चुका जो नवी पीढ़ी आ नशे दे विच गलतान हुई पई है उन्होंने आ चीज़ों बारे कुछ पता ही नहीं है भी जो साड़ी सभ्यता है जो साड़ा सभ्याचार है जो साड़े गुरु साहिबान ने सानू सेध दित्ती आ उन्हां दे उपर तुरन की बजाय नशे वालों तुर पए आ पर इत्थे आ के जो भी तुसीं देखो तुसीं देख ही रहे होवोगे मुंडियां दे जो चेहरे आ दगदग करदे आ बिना नशे तो आ बिल काम करते हैं सो असी भी पंजाब नूं बेनती करते हैं कि प्लीज़ नशे तो दूर रहो काम करो तो थैंक यू जी बड़ी मेहरबानी और पूरी दुनिया चो जिवें असी बार बार गल कर रहे संगत इत्थे पहुंचियां हुई ने और पता ही नहीं लग रहा कि कहड़ी संगत आ रही है जां कहड़ी वापस जा रही है क्योंकि लखां की तादाद दे विच संगत हैगी आ हज़ारां जा रहे हैं हज़ारां आ रहे हैं बहुत सारी संगत ऐसी सी जिहड़ी कि सवेरे नगर कीर्तन आरंभ होने तो पहला ही नतमस्तक हो के मत्था टेक के वापस चल गई दर्शन करके गुरु ग्रंथ साहब जी दे ते कुछ संगत जिहड़ी आ सवेर तो जुड़ी हुई है कुछ संगत जिहड़ी आ कई दिनों तो जुड़ी हुई है ते कुछ संगत जिहड़ी आ ओह आ के फटाफट ते फिर जाण दी गल करदे ने वी आपां चलीए सो पूरी दुनिया दे विच तुसीं जस पंजाबी दे जरिए इस महान नगर कीर्तन दा आनंद माण रहे हो उम्मीद करदे आ बहुत जरूर पसंद आ रहा होएगा न्यूयॉर्क दे विच साडी सारी टीम बैठी है और इत्थे जिहड़े कैमरे वख-वख जगह लगे हुए ने सारी टीम साडी पूरी कोशिश यह है कि घरां विच बैठे दर्शकां नूं वध तो वध आनंद इस महान नगर कीर्तन का आवे ताकि वो जिहड़े मिस कर रहे हैं जिहड़े नहीं देख सकते जिहड़े नहीं पहुँच सकते वो इस लाइव के जरिए पूरी दुनिया के विच इस नगर कीर्तन नूं देख सकन सो देखो इस महान नगर कीर्तन के होर रंग तुसीं देख लो दोस्तों अगला फ्लोट नगर कीर्तन फ्लोट पर बीबिया बच्चे जड़े ने इस फ्लोट पर ने सरबत खालसा फ्लोट है क्योंकि मैं समझागा कि सरबत खालसे का जज्बा जोड़ा सी वह भी विदेश की धरती तो बहुत व्डे पद्धर के उत्ते बूस्ट होया इस गल कोई दो राव नहीं अज विदेश की धरती के उत्ते सिख कौम के गले के जड़ा मैं समझागा कि सिख कौम के अखौती लीडर के जूले लाने वास्ते वक् वक् समय के उत्ते लोग जड़े ने कोशिशें करते हैं आ जो ट्रक भी जा रहे हैं इन्हों पानी या कुछ पीण का समान जरूर होएगा कि साध संगत को जेकर रस्ते दे भी कित पानी की जरूरत पवे तो वह जरूर उस पानी लै सकन और इस तरह आ लोगों की सुविधा वास्ते जोड़े है ये कुछ कर्ट नाल जड़िया ने वो चल रही ने और अपने ढंग के नाल ही ये मतलब संगत नहीं बनाई हुई ने और तुसी देख रहे हो इस वेले गुरु घर के बिल्कुल फ्रंट के उत्ते जिते साड़ी टीम के मैंबर इस वेले टीम के मैंबर उत्थे भी ने गुरु घर बकैरा तौर पर दिस रहा है और गुरु घर के फ्रंट के उत्ते भी उन्ना ही रश है उन्ने ही लोग मौजूद ने जिन्हें लोग जड़े ने गुरु ग्रंथ साहब के फ्लोट या दूजे फ्लोटा के नाल उन्होंने आस पास जोड़े ने वो चल रहे हैं अज के दिन ये मनिया जाता कि यूनिवर्सिटी के एक किस्म का जोड़ा है वो हड़ आ जाता ये सिंह अपने ट्रैक्टर के उत्ते ने जोड़ा ट्रैक्टर ये अपने खेतों के चला होंगे और मैं लगता कि इन सिंह के पिछे गतका जोड़ा वो जरूर होएगा मार्शल आर्ट सो गतका जोड़ा है वो जरूर होएगा जी नवीन जी की कहोगे तुसी देखो जी मैं जिस तरह जिक्र किया कि तस्वीर बहुत ही रेयर ने मतलब बिल्कुल जो अपना पंजाब का कल्चर और जो सिख भाईचारे की अनोखिया तस्वीर असं कहने यूनिवर्सिटी की देखने को मिलती है अमरीका की धरती से इन्ना बड़ा कट है तो अपने आप एक अनोखा नज़ारा एक अलौकिक नज़ारा है हाँ जी अपने स्पॉन्सर असलो धन्यवाद करते हैं उन्होंने नाम ने माइक बोपाराय ब्रदरस अमोलक सिंह गाखल एंड ब्रदरस बरू साहिब अकैडमी जसदीप सिंह जस्सी सेंटर फॉर सोशल चेंजेस दे और इस तो अलावा रशपाल सिंह ढींसा जी करतारपुर कोरीडोर दे और यूनाइटेड सिख मिशन ये साडे स्पॉन्सर्स ने इन्हां दा बहुत बहुत तहे दिल धन्यवाद करते हैं गुरु मान्यो ग्रंथ चेतना ग्रुप कैलीफोर्निया इन्हां दा भी धन्यवाद करते हैं तो रंधावा फैमिली इन्हां दा भी असीं धन्यवाद करते हैं वो भी साडे स्पॉन्सर ने रंधावा फैमिली दे हैव वैकेंसी फॉर टो ट्रक ड्राइवर्स आर एंड आर टोइंग सर्विस ई एल सोब्रांटे एल सोब्रांटे बे एरिया दे विच है जी इन्हों का ऑफिस और 510-684-2805 इन्हों का नंबर असं दस रहे रंधावा फैमिली वैकेंसी फॉर टो ट्रक ड्राइवर्स आर एंड आर टोइंग सर्विस एल सोब्रांटे बे एरिया दे विच
और असं अपने दर्शकों को यह भी दसना चाहवा जो एज ए स्पॉन्सर सूँ जुड़ना चाहते हो सूँ हमने कॉल करो 718-784-0900 अपने बिजनेस का अपने जो भी है स्पॉन्सरशिप देना चाहते हो लाइव और स्पेशल टेलीकास्ट पर आज इस तो पहले जो फ्लोट देखे बकायदा तौर के उत्ते मैं समझा कुरबानिया की दास्तान का सी भाई मती दास वराज के नाल अपने सिख इतिहास में रूबरू करता जिते फ्लोटा के राही भी सिख इतिहास में वड्डे पद्धर के उत्ते रूबरू किया जाता है मैं समझा कि इतने पुरातन इतिहास को लैके आधुनिक इतिहास तक झलक जो बकायदा सब तौर के उत्ते सामने जो देखने मिलती ने सो तुहाडा असीं जिथे धन्नवाद करदे उत्थे नाल नाल तुहानू गुजारिश करांगे इंग्लैंड तो भी साडे नाल यूरोप तो कॉलर जुड़ चुके ने अमरीका तो कॉलर जुड़ चुके ने और असीं हर एंगल तो इस परेड नूं जिहड़ा है नगर कीर्तन नूं दिखाउण दी कोशिश करदे हां सो असीं इसे तरह तुहाडीआं वारी वारी कॉलां नूं जोड़ लवांगे हैलो हाँ जी रसल जी हाँ जी सत श्री अकाल जी हाँ जी वाहे खालसा जी वाहे फतेह जी रब साहब हाँ जी वाहे गुरु जी का खालसा वाहे गुरु जी की फतेह खालसा वाहे फतेह कितो बोले सर गेमिंग ग्रुप से लंदन तो फिर आ रहे हैं जी गुरदेव सिंह जी जी सॉरी मैं गल कर दिया फिर वो बिच रह गई कट गया फोन जी सिर्फ मैं एक मिनट ही गल एक करनी है भी जो ये महाराज का लुक जो नजारा सारी दुनिया देख रही है नहीं जी जी एक तो मैं पहला कह चुका है ताड़ा पुराला ताड़ा जस्ट जिधे टेलीविजन का बड़ा धन्यवाद है मैं एक गल कहना चाहना मेरे मन च गल आंदी आ जी कि गुरु नानक साहब जिते क्या जांदा सतगुरु नानक प्रगटया है जी मिट्टी तो जग चानन होया जी है जी जी ਇਹਦਾ ਭਾਵ ਚਾਨਣ ਦਾ ਭਾਵ ਹੈ ਵੀ ਉਹਨਾਂ ਨੇ ਜਿਹੜੇ ਵਹਿਮ ਸੀ ਨਾ ਹਨੇਰਾ ਸੀ ਲੋਕਾਂ ਦੇ ਵਿੱਚ ਲੋਕ ਭਲਾਈ ਦੇ ਵਿੱਚ ਆਪਸ ਦੇ ਵਿੱਚ ਭਾਈਚਾਰਕ ਤੋਂ ਕੇ ਡਿਸਕ੍ਰਿਮੀਨੇਸ਼ਨ ਸੀ ਜੀ ਜੀ ਹਾਂਜੀ ਵਹਿਮ ਭਰਮ ਜਿਹੜੇ ਸੀ ਉਹਦਾ ਹਨੇਰਾ ਦੂਰ ਕਰਕੇ ਜੀ ਜੀ ਤੇ ਉਹਨੂੰ ਇੱਥੇ ਲਿਆਂਦਾ ਕਿ ਸਭੇ ਸਭੇ ਸਾਂਝੀ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਰਾ ਜੀ ਦਿਸੇ ਬਾਰਾ ਜੀ ਜੀ ਹਾਂਜੀ ਇਹ ਪ੍ਰੈਕਟੀਕਲ ਤੇ ਮਾਰੇ ਨੇ ਨਾ ਲਿਆ ਕੇ ਜੀ 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 ਤਾਂਯੋ ਤੇ ਸੀਦੀ ਪ੍ਰੋਗਰਾਮ ਦੇ ਇੱਥੇ ਅਸੀਂ ਸ਼ੁਰੂਆਤੀ ਪ੍ਰੋਗਰਾਮ ਦੇ ਦੌਰ ਦੇ ਵਿੱਚ ਕਹੀ ਸੀ ਸਿੱਖ ਯੂਥ ਆਫ ਕੈਲੀਫੋਰਨੀਆ ਦੇ ਦੋ ਜਿਹੜੇ ਫਲੋਟ ਹੈ ਉਹ ਜੁੜੇ ਹੋਏ ਨੇ ਔਰ ਮੈਂ ਸਮਝਾਂਗਾ ਕਿ ਇਸ ਵੇਲੇ ਤੁਸੀਂ ਜਿਹੜਾ ਫਲੋਟ ਦੇਖ ਰਹੇ ਹੋ ਗਿਆਨੀ ਜੀ ਇਹ ਕੌਮ ਦੇ ਹੀਰੇ ਫਲੋਟ ਜਿਹੜਾ ਹੈ ਉਹ ਮੈਂ ਸਮਝਾਂਗਾ ਕਿ ਸਾਰੇ ਇਤਿਹਾਸਿਕ ਵਰਤਾਰੇ ਜਿਹੜੇ ਨੇ ਉਹ ਉਹਨਾਂ ਚੀਜ਼ਾਂ ਨੂੰ ਇਹਨਾਂ ਫਲੋਟਾਂ ਨੂੰ ਅੱਗੇ ਤੋਂ ਅੱਗੇ ਉਸ ਢੰਗ ਦੇ ਨਾਲ ਇਹ ਵਧ ਰਹੇ ਨੇ ਔਰ ਸਾਡੀ ਟੀਮ ਉੱਥੇ ਬਕਾਇਦਾ ਤੌਰ ਦੇ ਉੱਤੇ ਡਾਕਟਰ ਸਾਹਿਬ ਇੱਕ ਗੱਲ ਮੈਂ ਹੋਰ ਵੀ ਕਹਿਣੀ ਆ ਜੀ ਜਿੱਥੇ ਮੁਗਲ ਸਲਤਨਤ ਨਾ ਜੀ ਇਹ ਗੁਰੂ ਨਾਨਕ ਮਹਾਰਾਜ ਜੀ ਦਸਮ ਪਾਤਸ਼ਾਹ ਦੀ ਫੁਲਵਾੜੀ ਸੀ ਨਾ ਉਹ ਕਹਿੰਦੇ ਵੀ ਸਿੱਖ ਰਹਿਣ ਨਹੀਂ ਦੇਣਾ ਖਤਮ ਨਹੀਂ ਹੋ ਰਿਹਾ ਪਰ ਦੇਖੋ ਮਹਾਰਾਜ ਦਾ ਵਾਕ ਜੀ ਹੁਣ ਲੱਖਾਂ ਦੇ ਵਿੱਚ ਸਾਰੀ ਦੁਨੀਆਂ 'ਚ ਵਰਲਡ ਵਾਈਜ਼ ਉਹ ਫੁਲਵਾੜੀ ਕਿੱਦਾਂ ਪ੍ਰਫੁੱਲਿਤ ਹੋਈ ਆ ਬਿਲਕੁਲ ਜੀ ਮੈਂ ਇੱਕ ਗੱਲ ਕਹੀ ਸੀ ਗਿਆਨੀ ਜੀ ਆਪਾਂ ਇਸ ਗੱਲ ਨੂੰ ਇੱਥੇ ਵਿਖਾਉਣੇ ਆ ਕਿ ਬਕਾਇਦਾ ਤੌਰ ਤੇ ਜੱਬੇ ਵਾਣ ਲਾਗਿਓ ਤੱਬੇ ਰੋਸ ਜਾਗਿਓ ਔਰ ਇਹ ਸਿੱਖ ਕੌਮ ਜਿਹੜੀ ਆ ਉਹ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਖਿੰਡੀ ਔਰ ਇੱਕ ਇਤਿਹਾਸ ਜਿਹੜਾ ਉਹ ਉਜਾਗਰ ਕੀਤਾ ਹੈਲੋ ਹੈਲੋ ਜੀ ਸਤਿ ਸ੍ਰੀ ਅਕਾਲ ਯਾਰ ਜੀ ਤੇ ਆਪਣੇ ਨਵੀਨ ਜੀ ਬਹੁਤ ਬਹੁਤ ਤੁਹਾਨੂੰ ਵਧਾਈਆਂ ਜੀ ਜੀ ਸਰ ਕਿੱਥੋਂ ਬੋਲ ਰਹੇ ਹੋ ਜੀ ਮੈਂ ਜੀ ਇੰਗਲੈਂਡ ਤੋਂ ਪਰਮਿੰਦਰ ਸਿੰਘ ਰੰਧਾਵਾ ਬੋਲ ਰਿਹਾ ਹਾਂ ਜੀ ਹਾਂ ਜੀ ਰੰਧਾਵਾ ਜੀ ਕੀ ਹਾਲ ਚਾਲ ਹੈ ਗੁਰੂ ਨਾਨਕ ਦੇਵ ਜੀ ਦੇ ਵਾਸਤੇ ਦੀਆਂ ਸਾਰੀ ਜਿੱਥੇ ਜਿੱਥੇ ਸਿੱਖ ਵਸਦਾ ਸਾਰਿਆਂ ਨੂੰ ਵਧਾਈਆਂ ਜੀ ਥੈਂਕ ਯੂ ਤੁਹਾਨੂੰ ਵੀ ਔਰ ਤੁਹਾਡੇ ਪਰਿਵਾਰ ਨੂੰ ਤੁਹਾਡੇ ਸਕੇ ਸੰਬੰਧੀਆਂ ਨੂੰ ਵੀ ਜੀ ਜ਼ਰੂਰ ਹੈ ਹੈਲੋ ਥੈਂਕ ਯੂ ਜੀ ਥੈਂਕ ਯੂ ਅੱਛਾ ਇੱਕ ਮੈਂ ਹੈਲੋ ਆਪ ਜੀ ਨੂੰ ਵੀ ਜੀ ਆਪ ਜੀ ਨੂੰ ਵੀ ਜੀ ਵਾਹ ਜੀ ਵਾਹ ਅਨਜਾਨ ਜੀ ਤੁਸੀਂ ਧਰਮ ਦੇ ਨਾਲ ਬੜਾ ਗੂੜਾ ਰਿਸ਼ਤਾ ਰੱਖਦੇ ਹੋ ਸਾਹਿਤ ਦੇ ਨਾਲ ਗੂੜਾ ਰਿਸ਼ਤਾ ਰੱਖਦੇ ਹੋ ਪ੍ਰਣਾਮ ਅੱਜ ਦੇ ਸਮੇਂ ਨੂੰ ਸੰਗਤਾਂ ਪਹੁੰਚੀਆਂ ਨੂੰ ਤੇ ਆਪਦੇ ਉਪਰਾਲੇ ਨੂੰ ਜੀ ਮਿਹਰਬਾਨੀ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ ਜੀ ਪੂਰਨ ਪਰਮ ਨਿਧਾਨ ਸਦਾ ਹਜ਼ੂਰ ਹੈ ਜੀ ਤੇ ਨਾਮ ਤੇਰੇ ਦੀਆਂ ਗੁੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ ਤੇ ਆਈਆਂ ਸੰਗਤਾਂ ਦੇ ਪਿਆਰ ਨੂੰ ਨਮਸਕਾਰ ਤੇ ਆਪਦੀ ਵੀ ਚੜ੍ਹਦੀ ਕਲਾ ਤੇ ਕੋਟਾਂ ਕਟਾਨ
ਧੰਨਵਾਦ ਇੰਨੀਆਂ ਸੰਗਤਾਂ ਜਿੱਦਾਂ ਦਿਖਾਲਦੇ ਘਰਾਂ ਬੈਠਿਆਂ ਦੇ छोटे छोटे बच्चे जड़े ने किस ढंग के नाल सिख इतिहास के नाल विदेश के विच रह के और सिख संप्रदायिक ढंग के नाल किस ढंग के नाल ये बच्चे जड़े ने ये जुड़े हुए ने और एक बच्ची जड़ी है देखो तुसी मतलब किस ढंग ना मार्शल आर्ट के नाल जुड़ी हुई है फिर ये देखो गल सुनो मसला इस गल दा कि साड़ी उस टीम दे भी साड़ी समुची टीम दे एक मैं समझांगा कि धन्यवाद करना बनता कि कड़ी रूहदारी के नाल वो इस नगर कीर्तन नू वड्डे पद्धर दे उत्ते जिहड़ा है वो दिखा रहे ने और वो तुहानू असल ग्राउंड दे नालों असल धरती दे नालों असल वो जज्बे दे नालों टुट्टण नहीं दिंदे इसे करके माता जी हुणां ने कहा भी टीवी दे मोहरे बैठ के देख के कहिंदे भी चलो नगर कीर्तन दे नाल नाल चलीए आपां ਬੇਮਿਸਾਲ ਆਪਦਾ ਪਿਆਰ ਸਤਿਕਾਰ ਤਾਂ ਦਿਖਾ ਦੇਣਾ ਤੇ ਜੋ ਦਿਖਾਇਆ ਜਾਂਦਾ ਬੇਮਿਸਾਲ ਹੈ ਤੇ ਕੋਟਕ ਤੋਂ ਨਮਸਕਾਰ ਚੜ੍ਹਦੀ ਕਲਾ ਚ ਆਪ ਵੀ ਰਹੋ ਸੰਗਤਾਂ ਵਿੱਚ ਸੰਚਾਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰਸ਼ਲ ਆਰਟ ਗੱਤਕਾ ਜਿਹੜਾ ਕੌਮ ਦਾ ਉਸ ਨੂੰ ਦਿਖਾਇਆ ਜਾ ਰਿਹਾ और किस ढंग के नाल बच्चे बच्चियां जिहड़े ने मार्शल आर्ट के नाल जुड़े हुए ने और ये उस धरती के उत्ते उस सुहावनी धरती के उत्ते जिथे अज गुरु का प्रताप ते गुरु का नूर वरत रहा है उस सुहावनी धरती के उत्ते बकाया तौर के उत्ते जिहड़े ने वो विराजमान ने और मैनू कई बार ये लगता हूँ नवीन जी तुसीं इंडिया के विच भी देखा इन्ने छोटे छोटे बच्चे जिहड़े ने वो इदां मार्शल आर्ट नूं नहीं जुड़े ये बहुत ही श्लाघायोग हैगा मैं मनना इन्होंने पेरेंट्स वालों उन्होंने जो इस तरह बच्चे विदेशों से रह के भी अपने विरसे विरसे के नाम जुड़े हुए हैं और किन्ने देखो सुशरदा के नाल इस चीज़ में जुड़े हुए हैं और बहुत अच्छा उन्होंने जो पेशकारी कर रहे हैं कि बड़ी श्लाघायोग चीज़ है कि जो सा धर्म है साड़ा जो विरसा है वो विदेशों की धरती से भी लैके लोग जुड़े हुए हैं बिल्कुल 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 नवीन जी कॉल लिए असी उनको चलो हैलो ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਭੈਣ ਜੀ ਮੈਂ ਰਜਵਿੰਦਰ ਕੌਰ ਬੋਲਦੀ ਹਾਂ ਇੰਗਲੈਂਡ ਤੋਂ ਸਲੋਹ ਤੋਂ ਮੈਂ ਗੁਰੂ ਨਾਨਕ ਦੇਵ ਜੀ ਦੇ ਆ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਸਾਰੀ ਸੰਗਤ ਜਗਤ ਨੂੰ ਦਿੰਦੇ ਆ ਜੀ 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 ਤੁਹਾਨੂੰ ਵੀ ਜੀ ਤੁਹਾਡੇ ਪਰਿਵਾਰ ਨੂੰ ਤੁਹਾਡੇ ਸਭ ਮੈਂਬਰਾਂ ਨੂੰ ਔਰ ਮੈਂ ਸਮਝਾਂਗਾ ਤੁਹਾਡੇ ਸਕੇ ਸੰਬੰਧੀਆਂ ਨੂੰ ਸਾਰਿਆਂ ਨੂੰ ਸਾਡੇ ਵੱਲੋਂ ਇਹ ਲੱਖ ਲੱਖ ਮੁਬਾਰਕਾਂ ਅਸੀਂ ਪ੍ਰੋਗਰਾਮ ਦੇਖ ਰਹੇ ਹਾਂ ਬਹੁਤ ਸੋਹਣਾ ਆ ਬੜੀ ਸੰਗਤ ਆ ਬੜੀ ਮਨ ਨੂੰ ਖੁਸ਼ੀ ਹੁੰਦੀ ਆ ਦੇਖ ਕੇ ਹੈ ਇਸ ਵੇਲੇ ਬਿਲਕੁਲ ਤੁਸੀਂ ਤੁਸੀਂ ਸੀਨ ਦੇਖ ਰਹੇ ਸੀ ਕਿ ਕਿੱਥੋਂ ਗੁਰੂ ਘਰ ਦੇ ਸਾਹਮਣੇ ਵੀ ਸੰਗਤਾਂ ਨੇ ਔਰ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਸੀਨ ਜਿਹੜਾ ਇਹ ਦਿਖਾਇਆ ਬਕਾਇਦਾ ਤੌਰ ਦੇ ਉੱਤੇ ਨਾਲ ਮੈਂ ਸਮਝਾਂਗਾ ਕਿ ਉਹ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਫਲੋਰ ਦੇ ਉੱਤੇ ਸਾਡੇ ਸਿੰਘ ਜਿਹੜੇ ਗਿਆਨੀ ਨੇ ਉਹ ਕੀਰਤਨ ਕਰ ਰਹੇ ਸੀ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਗੁਰਦੀਪ ਸਿੰਘ ਸੁੰਦਰ ਬੋਲਦਾ ਜੀ ਓਕਲਾਹੋਮਾ ਸਟੇਟ ਦੇ ਟਲਸਾ ਸ਼ਹਿਰ ਵਿੱਚੋਂ ਜੀ 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 ਸੁੰਦਰ ਸਾਹਿਬ ਹਾਂਜੀ ਤੁਸੀਂ ਕੌਣ ਬੋਲ ਰਹੇ ਜੀ ਮੈਂ ਹਰਵਿੰਦਰ ਰਿਆੜ ਬੋਲ ਰਿਹਾ ਜੀ ਹਾਂਜੀ ਰਿਆੜ ਸਾਹਿਬ ਮੈਂ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਕਿਉਂਕਿ ਸਾਡੇ ਟਲਸਾ ਸ਼ਹਿਰ ਵਿੱਚ ਕੋਈ ਗੁਰਦੁਆਰਾ ਸਾਹਿਬ ਨਹੀਂ ਹੈ ਗੁਰਦੁਆਰਾ ਸਾਹਿਬ ਨੂੰ ਬੜਾ ਮਿਸ ਕਰਦਾ ਤੇ ਅੱਜ ਮੈਂ ਪਹਿਲੀ ਵਾਰੀ ਨਗਰ ਕੀਰਤਨ ਦੇਖ ਰਿਹਾ ਲਾਈਵ ਤੇ ਮੈਂ ਬਹੁਤ ਸ਼ਲਾਘਾ ਕਰਦਾ ਤੁਹਾਡੀ ਇਸ ਚੀਜ਼ ਦੀ ਕਿ ਦੂਰ ਬੈਠਿਆਂ ਨੂੰ ਤੁਹਾਨੂੰ ਵੀ ਮੈਸੇਜ ਪਹੁੰਚਣਾ ਚਾਹੀਦਾ ਕਿ ਕਿੰਨੀ ਕਿੰਨੀ ਦੂਰੋਂ ਜਿੱਥੇ ਗੁਰਦੁਆਰਾ ਸਾਹਿਬ ਵੀ ਨਹੀਂ ਹੈ ਉੱਥੇ ਵੀ ਜੇ ਲੋਕ ਵੀ ਲਾਈਵ ਦੇਖ ਰਹੇ ਆ ਤੇ ਪੂਰਾ ਆਨੰਦ ਲੈ ਰਿਹਾ ਬਿਲਕੁਲ ਬਿਲਕੁਲ ਤੁਹਾਨੂੰ ਬਹੁਤ ਮੈਂ ਸ਼ਾਬਾਸ਼ੀ ਔਰ ਮੈਂ
ਕਿੱਥੇ ਕਿੱਥੇ ਦੇਖੋ ਉਹੀ ਗੱਲ ਹੈ ਜੀ ਪ੍ਰੋਗਰਾਮ ਦੇਖ ਰਹੇ ਨੇ ਔਰ ਤੁਹਾਨੂੰ ਹਰਿੰਦਰ ਸਿੰਘ ਮਹਿਬੂਬ ਚਨਾਹ ਵਾਲੀ ਰਾਤ ਉਹਨਾਂ ਦੀ ਕਿਤਾਬ ਬਹੁਤ ਮਸ਼ਹੂਰ ਹੋਈ ਸੀ ਔਰ ਬੈਨ ਕਰ ਦਿੱਤੀ ਸੀ ਗੌਰਮੈਂਟ ਨੇ ਹਰਿੰਦਰ ਸਿੰਘ ਮਹਿਬੂਬ ਉਹਨਾਂ ਦੀ ਕਿਤਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਹੜੀ ਜਗ੍ਹਾ ਤੋਂ ਬੋਲ ਰਹੇ ਸਰਦਾਰ ਸਾਹਿਬ ਹਾਂਜੀ ਅਸੀਂ ਲੰਡਨ ਤੋਂ ਜੀ ਮੈਂ ਸਰਜੀਤ ਸਿੰਘ ਹੀਰਾਪੁਰੀ ਬੋਲਿਆ ਜੀ ਵਾਹ ਜੀ ਵਾਹ ਵਾਹ ਲੰਡਨ ਸਾਹਿਬ ਕੀ ਕਹੋਗੇ ਲੰਡਨ ਤੋਂ ਹਾਂਜੀ ਮੈਂ ਜੀ ਬਹੁਤ ਨਜ਼ਾਰਾ ਆ ਰਿਹਾ ਇੱਦਾਂ ਲੱਗ ਰਿਹਾ ਜਿਵੇਂ ਅਨੰਦਪੁਰ ਸਾਹਿਬ ਹੋਲਾ ਮਹੱਲਾ ਵੇਖ ਰਹੇ ਹੋਈਏ ਐਂ ਵੀ ਮਹਿਸੂਸ ਹੋ ਰਿਹਾ ਹੋਣਾ ਕਿ ਤੁਸੀਂ ਨਾਲ ਨਾਲ ਹੀ ਜਾ ਰਹੇ ਹੋ ਇੱਕ ਕਿਸਮ ਦੇ ਬਿਲਕੁਲ ਆਪ ਜੀ ਦਾ ਜੀ ਮੈਂ ਹਾਲਸਾ ਹੋ ਕੇ ਮਲੇ ਜਾਂਦਾ ਜਿੱਦਾਂ ਉੱਥੇ ਖੜੇ ਆ ਤੇ ਉਹੀ ਹੋਲਾ ਮਹੱਲੇ ਉਹੀ ਨਜ਼ਾਰਾ ਆ ਰਿਹਾ ਰਾਈਟ ਰਾਈਟ ਬਹੁਤ ਮਹਾਰਾਜ ਦੀ ਗੁਰੂ ਨਾਨਕ ਪਾਤਸ਼ਾਹ ਦੀ ਫਲਵਾਰੀ ਉਹਨਾਂ ਦਾ ਪ੍ਰਕਾਸ਼ ਉਸ ਤੋਂ ਜੇ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਬੜਾ ਮਨ ਖੁਸ਼ ਹੋ ਰਿਹਾ ਆਪ ਜੀ ਨੂੰ ਵੀ ਸੁਰਜੀਤ ਜੀ ਆਪ ਜੀ ਨੂੰ ਅਸਲ ਦੇ ਵਿੱਚ ਇਹ ਮੈਂ ਸਮਝਾਂਗਾ ਕਿ ਜਿਸ ਢੰਗ ਦੇ ਨਾਲ ਅਸੀਂ ਇਹਨੂੰ ਅੱਜ ਲਾਈਵ ਇੰਨੇ ਘੰਟੇ ਦਿਖਾ ਰਹੇ ਹਾਂ ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਸੰਭਵ ਨਹੀਂ ਹੈ ਇਹ ਕੋਈ ਸਾਡੇ 'ਤੇ ਵੀ ਗੁਰੂ ਦੀ ਕਿਰਪਾ ਹੈਗੀ ਹੈ ਔਰ ਮੈਂ ਸਮਝਾਂਗਾ ਕਿ ਗੁਰੂ ਦੀ ਕਿਰਪਾ ਦੇ ਨਾਲ ਹੀ ਅੱਜ ਕਿੰਨੀਆਂ ਰੂਹਾਂ ਜਿਹੜੀਆਂ ਨੇ ਉਖੜੀਆਂ ਪਈਆਂ ਨੇ ਘਰਾਂ ਦੇ ਵਿੱਚ ਵੀ ਟੈਲੀਵਿਜ਼ਨ ਬੈਠ ਕੇ ਕਿੰਨੇ ਘੰਟੇ ਹੋ ਗਏ ਨੇ ਸਾਡੇ ਨਾਲ ਉਹ ਕਾਲਾਂ ਨਹੀਂ ਟੁੱਟ ਰਹੀਆਂ ਭਰੀਆਂ ਪਈਆਂ ਨੇ ਕਾਲਾਂ ਲੋਕਾਂ ਦੀਆਂ ਔਰ ਮਤਲਬ ਦੁਨੀਆ ਭਰ ਦੇ ਵਿੱਚੋਂ ਇਹ ਇਹ ਮੈਸੇਜ ਜਿਹੜੇ ਨੇ ਉਹ ਆ ਰਹੇ ਨੇ ਔਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਇਹ ਇੱਕ ਅਦਭੁਤ ਨਜ਼ਾਰਾ ਅਤੇ ਅਦਭੁਤ ਮੌਕਾ ਮਿਹਰਬਾਨੀ ਸੁਰਜੀਤ ਜੀ ਬਹੁਤ ਬਹੁਤ ਸ਼ੁਕਰੀਆ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਦੇਖੋ ਬਾਬਾ ਅਤੇ ਪੋਤਾ ਮਤਲਬ ਉਸ ਏਜ ਦੇ ਹੋਣੇ ਆ ਇਸ ਵੇਲੇ ਲਾਈਵ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਇਹ ਗੱਤਕਾ ਚੱਲ ਰਿਹਾ ਉੱਥੇ ਨਾਲ ਨਾਲ ਨਗਰ ਕੀਰਤਨ ਦੇ ਜੀ ਕੀ ਕਹੋਗੇ ਅੱਜ ਮੈਂ ਮੇਰਾ ਨਾਮ ਸੁਦਰਸ਼ਨ ਸਿੰਘ ਬਲ ਹੈ ਔਰ ਮੈਂ ਹੇਵਰ ਤੋਂ ਬੋਲ ਰਿਹਾ ਜੀ ਬਲ ਸਾਹਿਬ ਬੜਾ ਆਨੰਦ ਆ ਰਿਹਾ ਹੈ ਜੀ 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 ਤੇ ਮੇਰੇ ਮਨ 'ਚ ਬੈਠੇ ਦੇ ਗੱਲ ਆਈ ਜਿਹੜੀ ਮੈਂ ਤੁਹਾਡੇ ਕੋਲ ਪਹੁੰਚਾਉਣੀ ਚਾਹੁੰਦਾ ਜ਼ਰੂਰ ਜ਼ਰੂਰ ਕਿਉਂ ਨਹੀਂ ਇਹ ਜਦੋਂ ਗਦਰੀ ਬਾਬੇ ਆਏ ਪਹਿਲੋਂ ਸਭ ਤੋਂ ਸਾਡੇ ਸਿੱਖਾਂ 'ਚੋਂ ਜੀ ਉਹ ਕੋਈ ਲੰਮਾ ਸਮਾਂ ਨਹੀਂ ਹੋਇਆ ਅਤੇ ਅੱਜ ਅਸੀਂ ਇਹ ਕੌਮ ਕਿੱਥੇ ਖੜੀ ਹਾਂ ਬਿਲਕੁਲ ਬਿਲਕੁਲ ਨਜ਼ਰ ਆ ਰਿਹਾ ਇਸ ਮੇਲੇ 'ਚ ਮਤਲਬ ਮੈਂ ਇਹ ਸਮਝਾਂਗਾ ਕਿ ਕੌਮ ਜਿਹੜੀ ਹੈ ਉਹ ਅਸਲ ਦੇ ਵਿੱਚ ਨਿਕਲੀ ਹੀ ਸੰਘਰਸ਼ਾਂ ਦੇ ਵਿੱਚੋਂ ਆ ਨਿਕਲੀ ਹੀ ਸੰਘਰਸ਼ ਦੇ ਵਿੱਚੋਂ ਆ ਔਰ ਮੈਂ ਸਮਝਾਂਗਾ ਕਿ ਜਿਵੇਂ ਜਿਵੇਂ ਸੰਘਰਸ਼ ਦੇ ਵਿੱਚੋਂ ਇਹ ਮਤਲਬ ਨਿਕਲਦੀ ਗਈ ਉਵੇਂ ਉਵੇਂ ਜਿਹੜੀ ਹੈ ਇਹ ਕੌਮ ਜਿਹੜੀ ਆ ਉਹ ਅੱਗੇ ਵੱਧਦੀ ਗਈ ਔਰ ਬੜਾ ਅਲੌਕਿਕ ਨਜ਼ਾਰਾ ਹੈ ਜੀ ਦੇਖੋ ਅਸਲੀ ਬੇਨਤੀ ਹੈ ਜੀ ਸਹੀ ਗੱਲ ਮੈਂ ਸਮਝਾਂਗਾ ਕਿ ਉਹ ਇਸ ਨਜ਼ਾਰੇ ਨੂੰ ਦੇਖਣ ਕੇ ਇੱਥੇ ਕੌਮ ਕਿਸ ਢੰਗ ਦੇ ਨਾਲ ਚਾਹੇ ਉਹਨਾਂ ਦੇ ਗਰੁੱਪ ਵੀ ਹੋਣ ਪਰ ਜਦੋਂ ਇੱਦਾਂ ਦਾ ਮੌਕਾ ਆਉਂਦਾ ਏਕਤਾ ਦੇ ਨਾਲ ਔਰ ਸੰਜਮ ਦੇ ਨਾਲ ਇਕੱਠੇ ਹੁੰਦੇ ਆ ਸਾਨੂੰ ਹਰ ਸਮੇਂ ਇੱਕ ਘੋੜਾ ਚਾਹੀਦਾ ਸਿੱਖਾਂ ਨੂੰ ਬਿਲਕੁਲ ਬਿਲਕੁਲ ਦੀ ਲਾਰਜੈਸਟ ਕਮਿਊਨਿਟੀ ਇਨ ਦੀ ਵਰਲਡ ਇਜ਼ ਕਮਿੰਗ 10 ਇਅਰਸ ਮੈਂ ਅੱਜ ਕੁਰਬਾਨੀ ਦਾ ਔਰ ਸਰਵੰਸਦਾਨੀ ਦਾ ਮੈਂ ਉਹ ਮੇਰੇ ਕੋਲ ਅਸੀਂ ਸ਼ਬਦਾਂ ਦੇ ਨਾਲ ਉਹਨਾਂ ਦਾ ਰਿਣ ਨਹੀਂ ਉਤਾਰ ਸਕਦੇ ਕਿ ਮਤਲਬ ਕਿੰਨੀਆਂ ਕੌਮ 'ਤੇ ਹਨੇਰੀਆਂ ਝੁਲਦੀਆਂ ਰਹੀਆਂ ਕਿ ਦਸਮੇਸ਼ ਤੇਰੀ ਕੌਮ 'ਤੇ ਝੁਲੀਆਂ ਬਥੇਰੀਆਂ ਪਰ ਬਚਦੇ ਰਹੇ ਹਾਂ ਫਿਰ ਵੀ ਰਹਿਮਤਾਂ ਨੇ ਤੇਰੀਆਂ ਆਪਸ ਵਿੱਚ ਲੜੇ ਬਾਜ ਤਾਂ ਬਿੱਲੀ ਨੇ ਮਾਰਿਆ ਅੰਮ੍ਰਿਤਸਰ ਆਈ ਤੇੜ ਤਾਂ ਦਿੱਲੀ ਨੇ ਮਾਰਿਆ ਸਾਡੀ ਅੰਮ੍ਰਿਤਸਰ ਦੀ ਤੇੜ ਹੀ ਨਹੀਂ ਹਾਲੇ ਤੱਕ ਮਿਟ ਸਕੀ ਜੀ ਕਿਆ ਬਾਤ ਹੈ ਜੀ ਆਹ ਦੇਖੋ ਨਜ਼ਾਰਾ ਸਰਦਾਰ ਸਾਹਿਬ ਸੁਦਰਸ਼ਨ ਜੀ ਕੈਸਾ ਨਜ਼ਾਰਾ ਜਿੱਥੇ ਲੋਕ ਮੱਥਾ ਟੇਕ ਰਹੇ ਨੇ ਇਹ ਬਿਲਕੁਲ ਫਲੋਟ ਦਾ ਫਰੰਟ ਹੈ ਜਿਹਨੂੰ ਸ਼ਾਸਤਰਾਂ ਦੇ ਨਾਲ ਸਜਾਇਆ ਗਿਆ
और बच्चे बीबियां भैन मत्था टेक के प्रसाद जिहड़ा उत्थों लैंदे ने और ये लोगों के श्रद्धा है कदों का नगर कीर्तन चलिया राहां दे विच किवें खलकत जिहड़ी है वह इस तरह भर वग दे दरियावां दे वांगू खड़ी है। नवीन जी की कहोगे इस नज़ारे दी? ये अपने आप बहुत ही अद्भुत बहुत ही अलौकिक नज़ारा है जी जिस तरह से देख रहे हैं और असं अपने दर्शकों को यह दसना चाहेंगे कि जस पंजाबी से तुम वर्ल्ड वाइड लाइव टेलीकास्ट देख रहे हो दुनिया भर के साथ करोड़ों दर्शक इसको लाइव देख रहे हैं घर बैठ के और गुरु घर के नाल जुड़े हुए हैं नगर कीर्तन के अपने आप में शामिल महसूस कर रहे हैं। इन कई साढ़े दर्शकों के फोन आए इंग्लैंड तो फ्रांस तो वो भी यही गल कर रहे हैं कि असं इदा लग रहा कि असी नगर कीर्तन के नाल नाल चल रहे हैं। असं तुम दस दिए कि जस पंजाबी ने बहुत उपराला किया और असं साड़ियाँ कई सारिया कैमरा टीम्स कई सारे यूनिट साडे रिपोर्टर्स इस यूबा सिटी के नगर कीर्तन के नाल नाल चल रहे हैं और तुम हर कोने तो हर एंगल तो हर कोने पल पल की जानकारी असं तुम लाइव दे रहे हैं और तुम्हें यह दस दिए कि पूरी दुनिया भर के एक्सक्लूसिव सिर्फ तो सिर्फ तुम जस पंजाबी से इसको लाइव देख रहे हो। कुछ चैनल की सूँ खबर आई कि वो कल की पुरानी कोई फुटेज चला के पिछले साल की फुटेज चला के लाइव दिखा रहे हैं। लाइव असं तुम दस सिर्फ तुम जस पंजाबी के चैनल पर देख रहे हो और दुनिया भर के चैनल जा रहे हैं। पर मैं जो मीडिया के भी छल हों मतलब मैं समझा कि गुरु घर के प्रोग्रामों पिछले साल दुरानिया फुटेज दिखा के लोगों के सिद्ध करना ये छल कि मतलब मीडिया के कामयाब हो सकता मीडिया के योजा काम नहीं करना चाहिए खास तौर के उत्ते धार्मिक थान इस जिते लोगों की श्रद्धा जुड़ी हुई है कि यार ये पिछले साल वाला ही शॉट जी थोड़ी थोड़ी दिखा रहे हैं सानू पुराना ही दिखाई जाते हैं लाइव तो कितने चलता नहीं है ये मैं समझता नहीं कि मतलब ये मीडिया के अज मीडिया के गिरावट आई है इस गल में असं कह सकते कि जिन्होंने बेईमानी करनी उन्होंने कोई चक्कर नहीं तो उन्होंने उस विचार भी नहीं होंगे वो बेईमानी करनी है वो योजे नेक और योजे पाक काम के बेईमानी करते तो यह बड़ी मंदभागी गल है। मीडिया के चीज़ा होंदिया रहियां ने कई जो मछली सारे तलाब में बंदा करती है लेकिन जो मीडिया के इस नेक काम वास्ते योजे चीज़ के वास्ते अगर कोई बेईमानी कर रहा है आ फ्लोट देखो जी कि खास फ्लोट कि सोहना फ्लोट बनया हुआ और ये मैं लगता कि जी ये असल दे विच डैम बनया हुआ ये असल दे विच मैं समझांगा कि बकायदा तौर के उत्ते पंजाब के पंजा दरियावां की धरती दर्शाता हुआ जिहड़ा वो बनया हुआ और जिहड़ा सब तो उपरले पासे है वो भुलेखा पा रहा बकायदा तौर के उत्ते स्टॉकटन पैसिफिक खालसा ये स्टॉकटन का ही है जी 1912 च गुरुद्वारा सी देखो आ गया पिछे मैं पहला दस्या सी स्टॉकटन गुरु घर की तस्वीर है और ये 1912 जदों गदरी बाबिया ने साडिया ने बनाया अज तो 106 साल पहला जिथे करतार सिंह सराभा आके जिन्होंने उत्थे एक डेक है बहुत वड्डी जे मीह भी आ जाए थोड़ा वाला तो वो थले बंदा भिजदा नहीं और उस डेक के थले बैठ के करतार सिंह सराभे ने नजम लिखी सी सेवा देश की जिंदगी बड़ी औखी गल् करनी ढेर सुखलियां ने जिन्ह देश सेवा में पैर पाया उन्हें लख मुसीबत चलिया ने अज उत्थे म्यूजियम है इस गुरु घर के बिल्डिंग म्यूजियम के तब्दील कर दी गई और इस अंदर जी गदर लहर की हाथ में चलाने वाली प्रिंटिंग मशीन सी वह भी अज पई है उन्होंने डिपॉजिट स्लिपां स्टैंपां भी जी पी सो मैं यूके तो कॉल ले लाँ यूके वाले मैं एक बार जरूर रिक्वेस्ट करा कि वो कॉल कर सकते हैं सानू 2036171752 और साढ़े एडवरटाइजमेंट वास्ते 2036171750 है पर लाइव कॉल वास्ते 203-617-1752 है जी नंबर ये। हैलो 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 हाँ जी सत श्री अकाल जी वाहे खालसा वाहे फतेह जी ਵਾਹਿਗੁਰੂ ਜੀ ਕੀ ਫਤਿਹ ਆਪ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਸੋਹਣਾ ਤੁਹਾਡਾ ਪ੍ਰੋਗਰਾਮ ਦੇਖ ਰਹੇ ਹਾਂ ਮੇਰੇ ਖਿਆਲ 2-3 ਘੰਟੇ ਹੋ ਗਏ ਸਾਨੂੰ ਦੇਖਦਿਆਂ ਨੂੰ ਘੰਟੇ ਆ ਤੁਹਾਡਾ ਮੋਬਾਈਲ ਨਹੀਂ ਸੀ ਲੱਗ ਰਿਹਾ ਨੰਬਰ ਅੱਛਾ ਨਾ ਨੰਬਰ ਮੈਂ ਤਾਂ ਹੋਲਡ 'ਤੇ ਲੈ ਲੈਂਦਾ ਜੀ ਕਈ ਵਾਰੀ ਤੁਸੀਂ ਨਹੀਂ ਇਹ ਨੰਬਰ ਜਿਹੜਾ ਸਾਡਾ 203-617-1752 ਜਿਹੜਾ ਕਿ ਸਾਡਾ ਯੂਕੇ ਅਤੇ ਯੂਰਪ ਵਾਲਿਆਂ ਲਈ ਨੰਬਰ ਹੈ ਪਰ USA ਕੈਨੇਡਾ ਵਾਲਿਆਂ ਵਾਸਤੇ ਜਿਹੜਾ ਹੈ ਉਹ 7187-86-5222 ਨੰਬਰ ਹੈ ਜੀ ਔਰ ਮੇਰਾ ਖਿਆਲ ਹੈ ਕਿ ਤੁਸੀਂ ਹੋਰ ਘੰਟਿਆਂ ਵੱਧੀ ਜਿਹੜਾ ਸਾਡੇ ਨਾਲ ਸਾਰ ਸਾਹਿਬ ਜੁੜੇ ਹੀ ਰਹੋਗੇ ਔਰ ਇਹ ਅਲੌਕਿਕ ਨਜ਼ਾਰੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਤੁਸੀਂ ਮੈਂ ਲੀਡ ਤੋਂ ਬੋਲ ਰਿਹਾ ਜੀ ਲੀਡ ਤੋਂ ਔਰ ਯੂਕੇ ਤੋਂ ਹਾਂਜੀ ਕੀ ਕਹੋਗੇ ਤੁਹਾਨੂੰ ਕੀ ਫੀਲ ਹੋ ਰਿਹਾ ਇਸ ਵੇਲੇ ਕਿ ਤੁਸੀਂ ਕੀ ਕਿਸੇ ਟੀਵੀ ਚੈਨਲ ਦੇ ਉੱਤੇ ਪਹਿਲਾਂ ਇਸ ਤਰ੍ਹਾਂ ਦਾ ਨਗਰ ਕੀਰਤਨ ਇਸ ਢੰਗ ਦੇ ਨਾਲ ਦੇਖਿਆ ਨਹੀਂ ਮੈਂ ਪਹਿਲੀ ਵਾਰੀ ਦੇਖਿਆ ਹੈਗਾ ਮਤਲਬ ਵੀ ਤੁਹਾਡਾ ਇੱਕ ਅਰੇਂਜਮੈਂਟ ਮੈਨੇਜਮੈਂਟ ਦਾ ਜਿਹੜਾ ਇਹਨਾਂ ਦੇ ਆਪਣੇ ਕਮੇਟੀ ਦਾ ਹੈਗਾ ਦੂਸਰਾ ਤੁਹਾਡਾ ਜਿਹੜਾ ਜਸ ਟੀਵੀ ਵਾਲਿਆਂ ਦਾ ਹੈਗਾ ਔਰ ਜਸ ਜਿਹੜਾ ਮਤਲਬ ਆ ਜਸ ਤਾਂ ਬਹੁਤ ਵਧੀਆ ਮੈਂ ਕਹਿੰਦਾ ਤੁਸੀਂ ਜਸ ਖੱਟ ਲਿਆ ਸਾਰਾ ਹੀ ਇਹ
थैंक यू। मैं तुहानू दसना चाहांगा कि मेरे जिहड़े सीओ पैनिक और संधू ने उह सवेर दे तकरीबन 9:30 बजे दे स्टूडियो दे विच मास्टर कंट्रोल दे विच इस चीज़ नू कमांड दे रहे ने और उहनू बकायदा तौर दे उत्ते उह मतलब नाल काम साडे बरोबर कर रहे ने। जिड्डी साडी टीम उत्थे है ओडी टीम ऑफिस दे विच जिहड़ी है उह साडी बकायदा तौर ते काम कर रही है। ਮੈਂ ਤੁਹਾਡੀ ਸਾਰੀ ਟੀਮ ਦਾ ਤੇ ਤੁਹਾਡੇ ਮੈਨੇਜਰ ਦਾ ਡਾਇਰੈਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਤੁਹਾਡੀ ਜਸ ਟੀਵੀ ਦੀ ਬਹੁਤ ਪ੍ਰਮਾਤਮਾ ਵੱਲੋਂ ਤੇ ਲੰਮੀ ਉਮਰ ਹੋਵੇ ਔਰ ਤੁਹਾਡਾ ਬਹੁਤ ਕੰਮ ਹੋਰ ਵਧੇ ਤਰੱਕੀਆਂ 'ਚ ਜਾਓ ਤੁਸੀਂ ਤੇ ਬਹੁਤ ਸੋਹਣਾ ਤੁਸੀਂ ਇਹ ਮਤਲਬ ਪੇਸ਼ ਕਰ ਰਹੇ ਹੈਗੇ ਆ ਮਤਲਬ ਮੇਰੇ ਕੋਲ ਰਿਹਾ ਨਹੀਂ ਗਿਆ ਹੈਗਾ ਮੈਂ ਕਿਹਾ ਵੀ ਅੱਜ ਤਾਂ ਤਾਰੀਫ ਕਰਨੀ ਉਹਨਾਂ ਦੀ ਜ਼ਰੂਰੀ ਬਣਦੀ ਹੈਗੀ ਆ। ਥੈਂਕ ਯੂ ਸਾਨੂੰ 3 ਘੰਟੇ ਹੋ ਗਏ ਦੇਖਦਿਆਂ ਨੂੰ ਮੈਂ 3 ਘੰਟੇ ਹੋ ਗਏ ਜੀ ਮਹਾਦੇਵ ਸਿੰਘ ਆ ਮੈਂ ਬੋਲ ਰਿਹਾ ਜੀ ਮਹਾਦੇਵ ਸਿੰਘ ਲਾਲ ਜੀ ਮਹਾਦੇਵ ਜੀ ਮਹਾਦੇਵ ਜੀ ਇੱਦਾਂ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋਗੇ ਔਰ ਹੋਰ ਵੀ ਇੰਨਾ ਲੰਬਾ ਸਮਾਂ ਵੱਖ ਵੱਖ ਫਲੋਟ ਜਿਹੜੇ ਆ ਉਹਨਾਂ ਦਾ ਨਜ਼ਾਰਾ ਤੁਸੀਂ ਦੇਖ ਰਹੇ ਹੋ। ਹਾਂਜੀ ਥੈਂਕ ਯੂ ਜੀ ਥੈਂਕ ਯੂ। ਹੈਲੋ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਕੌਣ ਸਾਹਿਬ ਬੋਲ ਰਹੇ ਜੀ? ਮੈਂ ਜੀ ਹਾਲੈਂਡ ਤੋਂ ਗੁਰਮੇਲ ਸਿੰਘ ਕੀਨਾ ਬੋਲਦਾ। ਵਾਹ ਜੀ ਵਾਹ ਵਾਹ ਹਾਲੈਂਡ ਤੋਂ ਲੰਘਿਓ ਹਾਲੈਂਡ ਵਾਲਿਓ ਤੁਸੀਂ ਵੀ ਆਓ। ਹਾਲੈਂਡ ਬੈਠੇ ਤੁਸੀਂ ਦੇਖ ਰਹੇ ਹੋ ਕੀ ਫੀਲ ਕਰ ਰਹੇ ਹੋ ਇਸ ਨਗਰ ਕੀਰਤਨ ਨੂੰ ਦੇਖ ਕੇ ਜਸ ਪੰਜਾਬੀ ਦੇ ਉੱਤੇ ਲਾਈਵ? ਅਸੀਂ ਅੱਗੇ ਪਹਿਲਾਂ ਸੁਣਿਆ ਸੀ ਵੀ ਇੱਥੇ ਜੇ ਨਿਊਯਾਰਕ ਵਿੱਚ ਬਹੁਤ ਨਗਰ ਕੀਰਤਨ ਦਾ ਇਕੱਠ ਹੁੰਦਾ। ਹਾਂਜੀ ਪਰ ਹੁਣ ਤਾਂ ਮੈਂ ਅਸੀਂ 3-4 ਘੰਟੇ ਦੇ ਅਸੀਂ ਜਿਉਂ ਸ਼ੁਰੂ ਹੋਇਆ ਉਦੋਂ ਅਸੀਂ ਮੈਂ ਟੈਲੀਵਿਜ਼ਨ ਦੇ ਮੂਹਰੇ ਮੈਂ ਇੱਕ ਕਹਿਮ ਦਾ ਮੈਂ ਆਪਣਾ ਲਾਈਵ ਦੇਖ ਰਿਹਾ। ਆਹ ਦੇਖੋ ਕੀਰਤਨ ਦਾ ਫਲੋਟ ਜਾ ਰਿਹਾ ਨਾ ਕੋ ਵੈਰੀ ਨਾ ਬਗਾਨਾ ਸਿੱਖ ਧਰਮ ਦੇ ਵਿੱਚ ਉਹਨਾਂ ਨੇ ਸਿੱਖ ਧਰਮ ਦਾ ਫਲੋਟ ਬਣਾਇਆ ਨਾ ਕੋ ਵੈਰੀ ਨਾ ਬਗਾਨਾ ਇਸੇ ਤਰ੍ਹਾਂ ਫਲੋਟ ਜਿਹੜੇ ਨੇ ਉਹ ਚੱਲੀ ਜਾਂਦੇ ਨੇ ਔਰ ਔਰ ਮੇਰਾ ਖਿਆਲ ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਤੁਸੀਂ ਇਸ ਅਰੇਂਜਮੈਂਟ ਦੇ ਨਾਲ ਇਸ ਢੰਗ ਦਾ ਇਸ ਕੁਆਲਿਟੀ ਦਾ ਲਾਈਵ ਜਿਹੜਾ ਪ੍ਰੋਗਰਾਮ ਹੈ ਪਹਿਲਾਂ ਨਹੀਂ ਦੇਖਿਆ ਹੋਏਗਾ। ਮੈਂ ਕਦੀ ਨਹੀਂ ਦੇਖਿਆ ਜੀ ਮੈਂ ਤਾਂ ਅਸੀਂ ਤਾਂ ਸਰ ਇੱਥਾ ਬੈਠੇ ਮਸੂਦ ਆਵੇ ਜਿੱਦਾਂ ਅਸੀਂ ਜੁਬਾ ਸਿੰਘ ਨਗਰ ਕੀਰਤਨ ਵਿੱਚ ਆਈ ਖੁਦ ਪਹੁੰਚੇ ਹੋਈਏ। ਬਿਲਕੁਲ 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 ਆਸਥਾ ਔਰ ਆਸਥਾ ਇੱਕ ਫੀਲਿੰਗਸ ਜਿਹੜੀਆਂ ਨੇ ਮੈਂ ਸਮਝਾਂਗਾ ਕਿ ਉਹ ਇਸ ਚੀਜ਼ ਵੱਲ ਨੂੰ ਦਿਸ਼ਾ ਨਿਰਦੇਸ਼ ਜਿਹੜੀਆਂ ਨੇ ਉਹ ਜ਼ਰੂਰ ਕਰਦੀਆਂ ਨੇ। ਮਿਹਰਬਾਨੀ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਮੈਂ ਯੂਐਸਏ ਵਾਲੇ ਕਾਲਜ ਦੀਆਂ ਵੀ ਇਸ ਤੋਂ ਬਾਅਦ ਹੁਣ ਕਾਲ ਜ਼ਰੂਰ ਲਵਾਂਗਾ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਯੂਕੇ ਤੋਂ ਬੋਲਦੇ ਹੋ? ਯੂਕੇ ਤੋਂ ਬੋਲਦੇ ਹੋ? ਲੰਡਨ ਤੋਂ ਜੀ। ਕੀ ਫੀਲ ਕਰਦੇ ਹੋ, ਕੀ ਮਹਿਸੂਸ ਕਰਦੇ ਹੋ ਇਸ ਨਗਰ ਕੀਰਤਨ ਨੂੰ ਦੇਖ ਕੇ? ਬਸ ਜੀ ਮਸਲਾ ਤਾਂ ਇਸ ਗੱਲ ਦੀ ਹੈ ਗੁਰੂ ਪ੍ਰਤੀ, ਗੁਰੂ ਦੀ ਨੀਤੀ ਪ੍ਰਤੀ, ਗੁਰੂ ਦੇ ਸਿਧਾਂਤ ਪ੍ਰਤੀ ਤੁਹਾਡੀ ਨੀਅਤ ਸਾਫ਼ ਹੈ ਤੇ ਸਭ ਕੁਛ ਆ ਜਾਂਦਾ ਹੈ। ਪਰ ਉੱਥੇ ਮੈਂ ਸਮਝਾਂਗਾ ਕਿ ਉੱਥੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਪਸ਼ਟ ਨਹੀਂ ਹੈ, ਸਾਫ਼ ਨਹੀਂ ਹੈ। ਮੈਂ ਤੁਹਾਨੂੰ ਮੁਬਾਰਕ ਦਿੰਦਾ ਕਿ ਇਸ ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇਂ ਗੁਰਪੁਰਬ ਦੀ ਲੱਖ ਲੱਖ ਮੁਬਾਰਕ ਹੋਵੇ ਔਰ ਤੁਸੀਂ ਇਸੇ ਤਰ੍ਹਾਂ ਹੋਰ ਘੰਟਿਆਂ ਵੱਧੀ ਸਾਡੇ ਨਾਲ ਜੁੜੇ ਰਹੋ ਔਰ ਇਸ ਤੁਹਾਨੂੰ ਨਗਰ ਕੀਰਤਨ ਦੀ ਵਾਪਸੀ ਤੱਕ ਮੁੜ ਉੱਥੇ ਤੱਕ ਜਿਹੜਾ ਉਹ ਸਾਰਾ ਕੁਛ ਜ਼ਰੂਰ ਦਿਖਾਵਾਂਗੇ ਜੀ। ਥੈਂਕ ਯੂ ਜੀ, ਮਿਹਰਬਾਨੀ, ਬਹੁਤ 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 ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਹੈਲੋ ਹੈਲੋ ਹਾਂਜੀ ਹਾਂਜੀ ਵਾਹਿ ਖਾਲਸਾ ਜੀ ਵਾਹਿ ਫਤਿਹ ਜੀ। ਕਿਹੜੀ ਜਗ੍ਹਾ ਤੋਂ ਬੋਲ ਰਹੇ? ਥੋੜਾ ਉੱਚੀ ਬੋਲੋ ਜੀ। ਜੀ ਮੈਂ ਲਗਾਤਾਰ ਦੇਖ ਰਿਹਾ ਤੁਹਾਡਾ ਮਤਲਬ ਸਟੈਮਿਨਾ ਤੇ ਜਸ ਪੰਜਾਬੀ ਦਾ ਜਿਹੜਾ ਵੱਡਾ ਉਪਰਾਲਾ। ਜੀ ਵਾਹਿਗੁਰੂ, ਦੇਖੋ ਮਹਾਰਾਜ ਦਾ ਸਰੂਪ ਨਜ਼ਰ ਆ ਰਿਹਾ ਇਸ ਵੇਲੇ ਨਗਰ ਕੀਰਤਨ ਦਾ ਦਰਸ਼ਨ ਕਰਾ ਰਹੇ ਹੋ ਜੀ, ਤੁਹਾਡਾ ਵੀ ਧੰਨਵਾਦ ਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਤੇ ਸਾਰੇ ਸੰਗਤ ਨੂੰ ਲੱਖ ਲੱਖ ਮੇਰੀ ਵਧਾਈ ਹੋਵੇ ਜੀ। ਬਸ ਇਹ ਸਾਡਾ ਉਪਰਾਲਾ ਜੀ, ਕੋਸ਼ਿਸ਼ ਸਾਡੀ ਹੈ ਭਈ ਅਸੀਂ ਆਪਣੀ ਕੌਮ ਨੂੰ, ਆਪਣੀ ਸੰਗਤ ਨੂੰ ਵੱਖ ਵੱਖ ਢੰਗਾਂ ਦੇ ਨਾਲ ਜਿਹੜਾ ਹੈ ਇਹ ਨਗਰ ਕੀਰਤਨ ਦੇ ਨਾਲ ਜੋੜੀਏ ਔਰ ਇਸ ਪਰੰਪਰਾਵਾਂ ਨਾਲ ਜੋੜੀਏ, ਆਪਣੇ ਧਰਮ ਨਾਲ ਜੋੜੀਏ ਜੀ। ਜੀ 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 ਪਰ ਸਾਡੇ ਆਪਣੇ ਘਰ ਦੇ ਵਿੱਚ ਕੀ ਹਾਲ ਚਾਲ ਹੈ ਤੇ ਕਿੰਨੇ ਲੋਕ ਕਹਿੰਦੇ ਆ ਹੋਰ ਜਿਹੜੇ 1984 ਵਾਲੇ ਆਪਣੇ ਕੰਮ ਕਰਾਉਣ ਵਾਲੇ ਆ ਜਿਹੜੇ ਚੁਰਾ ਮਾਰਨ ਵਾਲੇ ਆ
ਉਹੀ ਜਾ ਕੇ ਦਿੱਲੀ ਬੈਠੇ ਆ ਕਿ ਜਿਹੜੇ ਹੁਣ ਇਹ ਇਹਨਾਂ ਨੂੰ ਫੜੋ ਜਿਹੜੇ ਇਹਨਾਂ ਇਹਨਾਂ ਨੂੰ ਮਾਰਿਆ ਜੀ 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 ਤੋ ਉਹਨਾਂ ਨੂੰ ਵੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਸੇਜ ਦੇਣ ਦਾ। ਇੰਗਲੈਂਡ ਤੋਂ ਬਹੁਤ ਕਾਲਾਂ ਜਿਹੜੀਆਂ ਨੇ ਸਾਡੇ ਨਾਲ ਜੁੜੀਆਂ ਹੋਈਆਂ ਨੇ, ਅਮਰੀਕਾ ਤੋਂ ਬਹੁਤ ਕਾਲਾਂ ਜੁੜੀਆਂ ਹੋਈਆਂ ਨੇ, ਫਰਾਂਸ, ਯੂਰਪ, ਨਿਊਜ਼ੀਲੈਂਡ ਤੋਂ ਕਾਲਾਂ ਜੁੜੀਆਂ ਨੇ। ਸਾਰੇ ਕਾਲਰਸ ਨੂੰ ਮੈਂ ਕਹਾਂਗਾ ਮੈਂ ਤੁਹਾਡੀਆਂ ਕਾਲਾਂ ਹੋਲਡ 'ਤੇ ਪਾਈਆਂ, ਵਾਰੀ ਵਾਰੀ ਮੈਂ ਤੁਹਾਡੀਆਂ ਕਾਲਸ ਲਵਾਂਗਾ। ਇੱਕ ਵਾਰੀ ਮੈਂ ਫਿਰ ਆਪਣੇ ਸਪੋਂਸਰਸ ਜਿਹੜੇ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ। ਸਰਦਾਰ ਮਾਈਕ ਬੋਪਾ ਰਾਏ, ਮਲਕੀਤ ਸਿੰਘ ਬੋਪਾ ਰਾਏ ਔਰ ਬੋਪਾ ਰਾਏ ਬ੍ਰਦਰ ਜਿਹੜੇ ਕਿ ਸਾਡੇ ਸੈਕਰਾਮੈਂਟੋ ਤੋਂ ਹੈ ਨੇ ਔਰ ਉਹਨਾਂ ਦਾ ਸਾਡੇ ਨਾਲ ਬੜਾ ਸਹਿਯੋਗ ਬਣਿਆ ਰਹਿੰਦਾ। ਸਰ ਅਮੋਲਕ ਸਿੰਘ ਗਾਖਲ, ਅਮੋਲਕ ਸਿੰਘ ਗਾਖਲ ਐਂਡ ਗਾਖਲ ਬ੍ਰਦਰਸ, ਬੜੂ ਸਾਹਿਬ ਅਕੈਡਮੀ, ਸਰ ਜਸਦੀਪ ਸਿੰਘ ਜੱਸੀ ਐਂਡ ਸਾਜਿਦ ਤਰਾਰ ਜਿਹੜੇ ਸੈਂਟਰ ਫਾਰ ਸੋਸ਼ਲ ਚੇਂਜਸ ਦੇ, ਸਰ ਰਸਪਾਲ ਸਿੰਘ ਢੀਂਚਾ ਜਿਹੜੇ ਕਰਤਾਰਪੁਰ ਕੋਰੀਡੋਰ ਔਰ ਯੂਨਾਈਟਡ ਸਿੱਖ ਮਿਸ਼ਨ ਨੂੰ ਰਨ ਕਰਦੇ ਨੇ ਬਹੁਤ ਦਿਆਨਤਦਾਰੀ ਦੇ ਨਾਲ, ਔਰ ਗੁਰੂ ਮਾਨਿਓ ਗ੍ਰੰਥ ਚੇਤਨਾ ਗਰੁੱਪ ਜਿਹੜਾ ਕੈਲੀਫੋਰਨੀਆ ਦਾ ਉਹ ਵੀ ਮਤਲਬ ਸਾਡੇ ਇਸ ਸਪੋਂਸਰਸ ਦੇ ਵਿੱਚ ਨੇ। ਔਰ ਬਕਾਇਦਾ ਤੌਰ ਦੇ ਉੱਤੇ ਮੈਂ ਸਮਝਾਂਗਾ ਕਿ ਰੰਧਾਵਾ ਫੈਮਿਲੀ ਜਿਹੜੇ ਵੈਕੈਂਸੀ ਫੋਰ ਟੋਇੰਗ ਟਰੱਕ ਡਰਾਈਵਰਸ ਆਰ ਐਂਡ ਆਰ ਟੋਇੰਗ ਸਰਵਿਸ ਐਲਸ ਬਰੰਟੇ ਕੈਲੀਫੋਰਨੀਆ, ਔਰ ਉਹਨਾਂ ਦਾ ਟੈਲੀਫੋਨ ਨੰਬਰ ਹੈ 510-684-2805-510-684 ਐਂਡ 2805 ਉਹਨਾਂ ਦਾ ਫੋਨ ਨੰਬਰ ਹੈ। ਮੈਂ ਉਹਨਾਂ ਦਾ ਇੱਕ ਵਾਰੀ ਫਿਰ ਧੰਨਵਾਦ ਕਰਦਾ ਔਰ ਨਾਲ ਨਾਲ ਅਸੀਂ ਉਹਨਾਂ ਦਾ ਜ਼ਿਕਰ ਕਰੀ ਜਾਵਾਂਗੇ ਕਿਉਂਕਿ ਜਿਹੜੇ ਸਪੋਂਸਰ ਜਾਂ ਸਪੋਰਟ ਕਰਨ ਵਾਲੇ ਸਾਡੇ ਸੱਜਣ ਹੁੰਦੇ ਨੇ, ਸਾਡੀ ਬਕਾਇਦਾ ਤੌਰ ਦੇ ਉੱਤੇ ਬੈਕਬੋਨ ਹੁੰਦੇ ਨੇ, ਬਹੁਤ ਧੰਨਵਾਦ ਕਰਦਾ। ਨਾਲ ਨਾਲ ਗੁਰਬਾਣੀ ਚੱਲ ਰਹੀ ਹੈ ਔਰ ਨਾਲ ਨਾਲ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਔਰ ਨਾਲ ਨਾਲ ਦੂਸਰੇ ਫਲੋਰ ਕਿਹੜੇ ਨੇ ਉਹ ਦਿਖਾਏ ਜਾ ਰਹੇ ਨੇ। ਔਰ ਕੀ ਕਹੋਗੇ ਤੁਸੀਂ ਇੱਕ ਹੋਰ ਦਰਸ਼ਕਾਂ ਨੂੰ? ਅਸੀਂ ਇਹ ਵੀ ਕਹਿਣਾ ਚਾਹਾਂਗੇ ਜਿਹੜੇ ਦਰਸ਼ਕ ਸਾਡੇ ਸਪੋਂਸਰਸ਼ਿਪ ਦੇ ਨਾਲ ਜੁੜਨਾ ਚਾਹੁੰਦੇ ਨੇ, ਸਪੋਂਸਰ ਕਰਨਾ ਚਾਹੁੰਦੇ ਨੇ ਇਸ ਲਾਈਵ ਔਰ ਐਕਸਕਲੂਸਿਵ ਈਵੈਂਟ ਨੂੰ, ਉਹ 7187840900 'ਤੇ ਸਾਨੂੰ ਸੰਪਰਕ ਕਰ ਸਕਦੇ ਨੇ। ਕਾਲ ਕਰਕੇ ਵਟਸਐਪ ਦਾ ਮੈਸੇਜ ਛੱਡ ਕੇ ਸਾਨੂੰ ਹੁਣੇ ਦੇ ਹੁਣੇ ਸੰਪਰਕ ਕਰਨ ਅਤੇ ਇਹਦੇ ਨਾਲ ਸਪੋਂਸਰਸ਼ਿਪ ਦੇ ਰਾਹੀਂ ਇਸ ਲਾਈਵ ਟੈਲੀਕਾਸਟ ਨਗਰ ਕੀਰਤਨ ਦੇ ਨਾਲ ਜੁੜ ਸਕਦੇ ਨੇ। UK ਦੇ ਕਾਲਰ ਜਿਹੜੇ ਨੇ ਜੁੜ ਸਕਦੇ ਨੇ 2036171752 ਦੇ ਉੱਤੇ, ਔਰ ਬਕਾਇਦਾ ਤੌਰ 'ਤੇ ਐਡਵਰਟਾਈਜ਼ਮੈਂਟ ਵਾਸਤੇ ਸਾਨੂੰ ਕਾਲ ਕਰ ਸਕਦੇ ਨੇ 2036171750 'ਤੇ, ਔਰ US ਦੇ ਜਿਹੜੇ ਸਾਡੇ ਮਿੱਤਰ ਦੋਸਤ ਨੇ ਉਹ ਸਾਨੂੰ ਕਾਲ ਕਰ ਸਕਦੇ ਨੇ ਬਕਾਇਦਾ ਤੌਰ ਦੇ ਉੱਤੇ ਲਾਈਵ ਪ੍ਰੋਗਰਾਮ ਦੇ ਵਿੱਚ ਆਪਣਾ ਸੰਦੇਸ਼ ਦੇਣ ਵਾਸਤੇ, ਆਪਣਾ ਮੈਸੇਜ ਦੇਣ ਵਾਸਤੇ 7187865222 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਔਰ ਮੈਂ ਸਾਰਿਆਂ ਵੱਲੋਂ ਇਹ ਛੋਟੀਆਂ ਛੋਟੀਆਂ ਮੁਬਾਰਕ ਜਿਹੜੀਆਂ ਨੇ ਜ਼ਰੂਰ ਲਵਾਂ। ਹੈਲੋ ਹੈਲੋ ਜੀ, ਵਾਹ ਖਾਲਸਾ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਦੇਖੋ, ਬਸ ਲੰਡਨ ਤੋਂ ਬੋਲ ਰਿਹਾ ਜੀ। ਜੀ ਜੀ ਸਰ, ਆਪ ਜੀ ਨੇ 39ਵੇਂ ਨਗਰ ਕੀਰਤਨ ਦੀ ਪਹਿਲਾਂ ਤਾਂ ਸਭ ਤੋਂ ਲੱਖ ਲੱਖ ਵਧਾਈ ਹੋਵੇ। ਮੁਬਾਰਕ ਜੀ ਮੁਬਾਰਕ। ਤੇ ਨਗਰ ਕੀਰਤਨ ਦੇਖ ਕੇ ਅੱਜ ਬਹੁਤ ਮਨ ਖੁਸ਼ ਹੋਇਆ ਤੇ ਤੁਹਾਡੇ ਜਸ ਟੀਵੀ ਨੂੰ ਵੀ ਇਸ ਵਿੱਚ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਹਨ ਜੀ। ਤੇ ਕਈ ਵਾਰੀ ਸਰਦਾਰ ਸਾਹਿਬ ਦੇਖ ਕੇ ਏਦਾਂ ਲੱਗਦਾ ਵੀ ਸਾਡੀ ਪਨੀਰੀ ਗੁਰਮਤ ਤੋਂ ਅਤੇ ਮਾਂ ਬੋਲੀ ਤੋਂ ਵੀ ਦੂਰ ਹੋ ਰਹੀ ਆ, ਪਰ ਏਦਾਂ ਦੇ ਓਕੇਜ਼ਨ ਦੇਖ ਕੇ ਲੱਗਦਾ ਆਪਣੀ ਵਿਰਾਸਤ ਨੂੰ, ਆਪਣੇ ਧਰਮ ਨੂੰ, ਆਪਣੇ ਸੰਸਕਾਰਾਂ ਨੂੰ, ਅਸੀਂ ਆਪਣੇ ਵੱਡਿਆਂ ਦੀ ਇੱਜ਼ਤ ਨੂੰ, ਆਬਰੂ ਨੂੰ ਔਰ ਸਿਧਾਂਤ ਨੂੰ ਵੱਡੇ ਪੱਧਰ ਦੇ ਉੱਤੇ ਸਾਂਭਿਆ ਹੋਇਆ। ਤੁਸੀਂ ਕਹਿ ਨੀ ਸਕਦੇ ਆ ਦੇਖ ਕੇ ਬਈ ਸਾਡੇ ਵਿੱਚ ਜੇ ਸੱਚਮੁੱਚ ਹੀ ਇੰਨੀ ਏਕਤਾ ਆ ਜਾਵੇ, ਮੇਰਾ ਖਿਆਲ ਸਾਡੇ ਜਿਹੜੇ ਸਿੱਖ ਵਿਰੋਧੀ ਆ ਉਹਨਾਂ ਦੇ ਇਹ ਦੇਖ ਕੇ ਨਗਰ ਕੀਰਤਨ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਊਗੀ ਬਾਜੀ। ਅਸਲ ਦੇ ਵਿੱਚ ਮਸਲੇ ਇਸ ਗੱਲ ਦੇ, ਜਿਸ ਬੂਟੇ ਦਾ ਮੁੱਢ ਜਿਹੜਾ ਨਾ ਬਹੁਤ ਮਜ਼ਬੂਤ ਹੁੰਦਾ, ਬਹੁਤ ਮਜ਼ਬੂਤ ਹੁੰਦਾ, ਜਿਸ ਕੌਮ ਦੀਆਂ ਨੀਹਾਂ ਦੇ ਵਿੱਚ ਜਿਹੜੇ ਨੇ ਉਹ ਪੱਥਰ ਰੋੜੇ ਸੀਮੈਂਟ ਬਜ਼ਰੀ ਨਾ ਹੋਵੇ ਔਰ ਦਸਮ ਪਿਤਾ ਦੇ ਲਾਲ ਹੋਣ ਚਾਰ, ਉਸ ਦਾ ਸਰਵੰਸ ਹੋਵੇ, ਸਿੱਖ ਕੌਮ ਦੀਆਂ ਸ਼ਹਾਦਤਾਂ ਹੋਣ, ਉਹਦੀ ਨੀਂਹ ਬਹੁਤ ਮਜ਼ਬੂਤ ਹੁੰਦੀ ਹੈ। ਦੂਸਰਾ ਨੀਹਾਂ ਵਿੱਚ ਖੂਨ ਆ ਜੀ, ਦੂਜੀ ਗੱਲ ਨੀਹਾਂ ਦੇ ਵਿੱਚ ਖੂਨ ਆ ਸਾਡੇ। ਦੂਜੀ ਗੱਲ ਇਹ ਕਹਿਣੀ ਬਣਦੀ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ, ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਹੈ ਪਹਿਲੇ ਦਿਨ ਤੋਂ ਰਾਜੇ ਛੀ ਮੁਕੱਦਮ ਕੁੱਤੇ, ਔਰ ਮੈਂ ਸਮਝਾਂਗਾ ਕਿ ਉਹ ਇੱਕ ਬਹੁਤ ਵੱਡੀ ਲਲਕਾਰ ਹੈ, ਉਹ ਬਹੁਤ ਵੱਡੀ ਵੰਗਾਰ ਹੈ ਔਰ ਇਹੀ ਕਾਰਨ ਹੈਗਾ ਜੀ। ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਭਾਈ ਜਸ ਪੰਜਾਬੀ, ਤੁਹਾਨੂੰ ਅੱਜ ਬਹੁਤ ਬਹੁਤ ਵਧਾਈਆਂ, ਮੈਂ ਲੰਡਨ ਤੋਂ ਬੋਲ ਰਿਹਾ। ਜੀ ਜੀ ਜੀ, ਤੁਹਾਨੂੰ ਵੀ ਮੁਬਾਰਕਾਂ ਜੀ ਅੱਜ ਦੇ ਦਿਨ ਦੇ ਉੱਤੇ।
बहुत बहुत शुक्रिया जी, तुहाडा भी बहुत 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 तुहाडा भी बहुत बहुत धन्यवाद, तुहाडा भी बहुत बहुत ही शुक्रिया। हैलो 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 हेलो, हाँ जी सत श्रीकाल जी, भैन जी सत श्रीकाल, सत श्रीकाल वीर जी, सत श्रीकाल। इन्ना वधिया तुहाडा प्रोग्राम देख के दिल खुश होया। असि गुरद्वारे गए हुए सी, मैं होस्टन तो बावा टोट बोल रही हां जी। ते मेनू इंज लगदा, तुहानू मैं सच दसां कि जिवें सारी संगत दे ओले गुरु जी आप विराज ने ते सब कुछ दस रहे, एक एक लफ्ज तुहाडा मेनू इन्ना वधिया लगा कि जिवें सुचे ਮੋਤੀਆਂ ਦੀ ਮਾਲਾ ਪਰੋਈ ਹੁੰਦੀ ਆ। ਰਿਆਲ ਸਾਹਿਬ ਜੀ, ਤੁਸੀਂ ਇੰਨੇ ਸਿਆਣੇ ਤੇ ਸੁਲਝੇ ਹੋਏ ਜੇ, ਮੈਂ ਕਈ ਵਾਰੀ ਕਹਿੰਦੀ ਹਾਂ ਵੀ ਮੈਂ ਇਹਨਾਂ ਨੂੰ ਫੋਨ ਕਰਾਂ, ਅੱਜ ਪਹਿਲੀ ਵਾਰੀ ਕੀਤਾ, ਵੀ ਤੁਸੀਂ ਇੰਨਾ ਸੋਹਣਾ ਬੋਲਦੇ ਜੇ, ਕਲੀਅਰ ਠੇਠ ਪੰਜਾਬੀ ਸਭ ਨੂੰ ਸਮਝ ਆਉਂਦੀ ਆ, ਤੇ ਬੜੀ ਖੁਸ਼ੀ ਹੋਈ ਆ ਵੀ ਇਸੇ ਤਰ੍ਹਾਂ ਹੀ ਸਾਡੇ ਭੈਣ ਭਰਾ ਪਰਦੇਸਾਂ 'ਚ ਜਿਹੜੇ ਆ ਇੱਕ ਫੈਮਿਲੀ ਦੇ ਤੌਰ 'ਤੇ ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ ਕਰਦੇ ਰਹਿਣ। ਆਸ਼ੀਰਵਾਦ ਦਿਆ ਕਰੋ ਜੀ, ਆਸ਼ੀਰਵਾਦ ਦਿਆ ਕਰੋ। ਕੁਛ ਯੂਐਸਏ ਦੀਆਂ ਕਾਲਸ ਲੈਣੇ ਅਸੀਂ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਜ਼ਾਰਾ ਦੇਖ ਰਹੇ ਨੇ, ਗੁਰਸਿੱਖੀ ਚਾਰ ਸਵੇਰੇ ਆ ਜੀ 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 ਇਹ ਨੀ ਖਤਮ ਹੋ ਸਕਦੀ, ਅਸੀਂ ਹਰ ਤੁਹਾਡੇ ਸੁਣਦੇ ਆ ਪ੍ਰੋਗਰਾਮ, ਪਰ ਮਹਾਰਾਜ ਦੀ ਬੜੀ ਕਿਰਪਾ ਤੁਸੀਂ। ਮਿਹਰਬਾਨੀ ਸਰ, ਸਾਨੂੰ ਤੁਹਾਡੀਆਂ ਦੁਆਵਾਂ ਸਾਡੇ ਚੈਨਲ ਨੂੰ ਨੇ, ਔਰ ਮੇਰਾ ਖਿਆਲ ਹੈ ਕਿ ਇਹ ਦੁਆਵਾਂ ਕਰਕੇ ਹੀ ਅਸੀਂ ਹਮੇਸ਼ਾ ਆਪਣੀ ਹਸਤੀ ਨੂੰ ਬੁਲੰਦ ਜਿਹੜਾ ਉਹ ਜ਼ਰੂਰ ਰੱਖਿਆ। ਹੈਲੋ, ਸਤਿ ਸ਼੍ਰੀ ਅਕਾਲ ਰਿਆੜ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਲੱਖ ਲੱਖ ਮੁਬਾਰਕਾਂ ਆਪ ਜੀ ਨੂੰ 39ਵੇਂ ਮਹਾਨ ਨਗਰ ਕੀਰਤਨ ਤੇ 550ਵੇਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਦੀਆਂ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਰਿਆੜ ਸਾਹਿਬ, ਤੁਹਾਨੂੰ ਤੇ ਸਮੁੱਚੀ ਟੀਮ ਨੂੰ, ਜਸ ਪੰਜਾਬੀ ਜੀ ਨੂੰ, ਜਿਹੜੇ ਤੁਸੀਂ ਇੱਕ ਐਡਾ ਵੱਡਾ ਉਪਰਾਲਾ ਕਰਕੇ ਪੂਰੇ ਦੁਨੀਆ ਭਰ ਦੇ ਵਿੱਚ ਹਰ ਇੱਕ ਘਰ ਤੱਕ ਪਹੁੰਚਾ ਰਹੇ ਹੋ ਇਹ ਪ੍ਰੋਗਰਾਮ ਨੂੰ ਜੀ। ਰੈਡ ਸਾਹਿਬ, ਇੱਕ ਖਾਸ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ, ਜਿਹੜਾ ਮੇਨ ਫਲੋਟ ਚੱਲ ਰਿਹਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜੀ, ਉਸਦੇ ਅੱਗੇ ਲੱਗਿਆ ਹੋਇਆ ਨਿਸ਼ਾਨ ਹੈ ਜਿਹੜਾ ਖੰਡੇ ਦਾ ਚਿੰਨ ਹੈ ਜੀ, ਉਹਦਾ ਇੱਕ ਰੂਪ ਬਦਲਿਆ ਜਾ ਚੁੱਕਿਆ, ਪਤਾ ਨੀ ਉਹ ਕਿਸ ਤਰੀਕੇ ਨਾਲ ਮੋਡੀਫਾਈ ਕੀਤਾ ਹੋਇਆ। ਜੇ ਤੁਸੀਂ ਉਹਨੂੰ ਉਹਦੇ ਤੇ ਧਿਆਨ ਕੇਂਦਰਿਤ ਕਰੋ ਤਾਂ ਉਹ ਇੱਕ ਤਰਸ਼ੂਲ ਦੀ ਸ਼ਕਲ ਦੇ ਵਿੱਚ ਲੱਗ ਰਿਹਾ, ਉਹ ਖੰਡੇ ਦਾ ਰੂਪ ਨੀ ਲੱਗ ਰਿਹਾ। ਤੇ ਮੈਂ ਬਹੁਤ ਦੇਰ ਤੋਂ ਤੁਹਾਡੇ ਨਾਲ ਜੁੜਿਆ ਹੋਇਆ, ਦੇਖ ਰਿਹਾ ਧਿਆਨ ਨਾਲ, ਤੇ ਅਚਾਨਕ ਮੇਰੀ ਨਿਗਾਹ ਗਈ ਹੈ ਇਸ ਚਿੰਨ ਦੇ ਉੱਤੇ। ਅਸੀਂ ਇਹ ਸਾਰੀਆਂ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਜੀ, ਇਹਨੂੰ ਬਕਾਇਦਾ ਤੌਰ ਦੇ ਉੱਤੇ ਵੱਡੀਆਂ ਸਕਰੀਨਾਂ ਸਾਡੇ ਸਾਹਮਣੇ ਚੱਲ ਰਹੀਆਂ ਨੇ, ਜਿਹੜੀ ਚੀਜ਼ ਵੀ ਉੱਥੇ ਚੱਲ ਰਹੀ ਹੈ, ਅਸੀਂ ਆਪ ਮਤਲਬ ਇਹ ਚਾਹੁੰਦੇ ਹਾਂ ਕਿ ਸਾਨੂੰ ਤਾਂ ਤੁਸੀਂ ਰੋਜ਼ ਮਿਲਦੇ ਹੋ, ਪਰ ਅਸੀਂ ਸਮੇਂ ਸਮੇਂ 'ਤੇ ਅਸੀਂ ਆ ਤੁਹਾਨੂੰ ਉੱਥੇ ਦੇ ਅਲੌਕਿਕ ਨਜ਼ਾਰੇ ਦਿਖਾ ਲਈਏ, ਤੁਸੀਂ ਸਾਡੇ ਇਹ ਗੱਲ ਧਿਆਨ ਦੇ ਵਿੱਚ ਲਿਆਉਂਦੀ ਹੈ। ਇਹ ਦੂਜੀ ਘਾਟ ਕਮਜ਼ੋਰੀ ਜਿਹੜੀ ਹੈ ਸਾਡੇ ਧਿਆਨ 'ਚ ਆਈ ਹੈ, ਇੱਕ ਤਾਂ ਜ਼ਿਆਦਾਤਰ ਸਿੱਖ ਬੀਬੀਆਂ ਵੀ ਜਿਹੜੀਆਂ ਨੇ
ਉਹ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਨੂੰ ਮੱਥਾ ਵੀ ਨੰਗੇ ਸਿਰ ਹੀ ਟੇਕ ਰਹੀਆਂ ਨੇ, ਪਰ ਜਦਕਿ ਮੈਂ ਸਮਝਾਂਗਾ ਕਿ ਸਾਡੇ ਅੰਦਰ ਇੱਕ ਆਤਮਿਕ ਵਿਸ਼ਵਾਸ ਅਤੇ ਸ਼ਰਧਾ ਦਾ ਇੱਕ ਇਸ ਤਰ੍ਹਾਂ ਦਾ ਸਮੁੰਦਰ ਅਤੇ ਲਾਵਾ ਹੋਣਾ ਚਾਹੀਦਾ ਕਿ ਅਸੀਂ ਜੇਕਰ ਮੱਥਾ ਵੀ ਟੇਕਣਾ ਜਾਂ ਅਸੀਂ ਨਗਰ ਕੀਰਤਨ 'ਚ ਸ਼ਾਮਿਲ ਹੋ ਕੇ ਪਿੱਛੇ ਵੀ ਰਹਿਣਾ, ਫਿਰ ਵੀ ਸਾਡੇ ਜਿਹੜੇ ਸਿਰ ਹੈ ਉਹ ਇੱਕ ਸ਼ਰਧਾ ਵਜੋਂ ਢੱਕੇ ਪਏ ਹੋਣ, ਕਿਉਂਕਿ ਇਹ ਸਾਡੀਆਂ ਪਰੰਪਰਾਵਾਂ ਨੇ ਔਰ ਇਹ ਸਾਡੇ ਸਿੱਖੀ ਸਿਧਾਂਤਾਂ ਦੇ ਵਿੱਚ ਸ਼ਾਮਿਲ ਹੈ। ਇਹ ਦੋ ਚੀਜ਼ਾਂ ਤੁਸੀਂ ਨੋਟ ਕਰਵਾਈਆਂ ਨੇ, ਇਹਨਾਂ ਨੂੰ ਜ਼ਰੂਰ ਦੇਖਾਂਗੇ ਅਸੀਂ। ਹਾਂਜੀ ਬਿਲਕੁਲ ਜੀ, ਜਿਹੜਾ ਤੁਸੀਂ ਦੇਖਿਓ ਇਹਨੂੰ ਦੁਬਾਰਾ ਕਿ ਜਿਹੜਾ ਖੰਡਾ ਹੈ ਉਹਦਾ ਜਿਹੜਾ ਰੂਪ ਹੈ ਬਿਲਕੁਲ ਹੀ ਮਤਲਬ ਵੱਖਰਾ ਦਿਖਾਈ ਦੇ ਰਿਹਾ ਹੈ। ਥੈਂਕ ਯੂ ਜੀ, ਥੈਂਕ ਯੂ ਸਰਦਾਰ ਸਾਹਿਬ, ਤੁਸੀਂ ਨੋਟਿਸ ਦੇ ਵਿੱਚ ਲਿਆਂਦਾ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਹਾਂਜੀ ਬੋਲ ਰਿਹਾ ਭੈਣ ਜੀ, ਕੌਣ ਬੋਲ ਰਹੇ ਹੋ? ਮੈਂ ਆਂਟੀ ਬੋਲ ਰਹੀ ਤੇਰੀ। ਅੱਛਾ ਜੀ, ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ, ਇੰਡੀਅਨ ਐਪਲਸ ਤੋਂ ਬੋਲ ਰਹੇ ਹੋ ਜੀ? ਹਾਂਜੀ, ਠੀਕ ਹੈ ਜੀ। ਬਹੁਤ ਵਧੀਆ ਲੱਗਾ, ਬਹੁਤ ਵਧਾਈਆਂ, ਨਵੀਂ ਜਿਹੜਾ ਨਗਰ ਕੀਰਤਨ ਆ ਬਹੁਤ ਸੋਹਣਾ ਚੱਲ ਰਿਹਾ ਇਸ ਵੇਲੇ। ਜੀ, ਤੇ ਤੁਸੀਂ ਸੁਖਦੇਵ ਦੇ ਮੰਮੀ ਬੋਲ ਰਹੇ ਹੋ? ਹਾਂਜੀ। ਵਾਹ ਜੀ, ਸਾਡੇ ਖਾਸ ਭਰਾ ਨੇ ਜੀ ਉਹ, ਸੁਖਦੇਵ ਸਮਰਾ ਹੋਣੀ ਮਤਲਬ, ਔਰ ਤੁਹਾਡੇ ਪੱਕੇ ਹੱਥਾਂ ਦੀਆਂ ਤੇ ਰੋਟੀਆਂ ਸੀ ਕਈ ਵਾਰੀ ਖਾਧੀਆਂ। ਉਹ ਰੋਟੀਆਂ ਦੀ ਗੱਲ ਤਾਂ ਛੱਡੋ ਪਰੇ ਜੀ, ਤੇ ਆਪਣਾ ਆ ਪ੍ਰੋਗਰਾਮ ਬਹੁਤ ਸੋਹਣਾ ਆ, ਮੈਂ ਉਹਨਾਂ ਦੀ ਮੰਮੀ ਬੋਲਦੀ ਸੁਖਦੇਵ ਦੀ। ਅੱਛਾ ਜੀ, ਤੁਹਾਨੂੰ ਦੇਖੋ ਪਸੰਦ ਆਇਆ ਇੱਥੇ ਬੈਠਿਆਂ ਨੂੰ, ਬਹੁਤ ਜੀ ਖੁਸ਼ ਹੋਇਆ। ਰਾਈਟ, ਵਧੀਆ ਕੰਮ ਚੱਲੇ ਜਸ ਪੰਜਾਬੀ ਦਾ। ਥੈਂਕ ਯੂ। ਹਾਂ ਜੀ, ਦੇਖੋ ਹਰ ਇੱਕ ਚੀਜ਼ ਜਿਹੜੀ ਹੈ ਉਹ ਇਤਿਹਾਸਿਕ ਵਰਤਾਰੇ ਦੇ ਅਨੁਸਾਰ ਜਿਹੜੀ ਹੈ, ਮੈਂ ਸਮਝਾਂਗਾ ਲੰਗਰ ਤੋਂ ਲੈ ਕੇ ਪੰਗਤ ਤੱਕ ਸੰਗਤ ਦੀ ਕਿਸ ਢੰਗ ਦੇ ਨਾਲ ਉਦੋਂ ਦੇ ਤੁਰੇ ਹੋਏ ਨੇ, ਕਾਫਲਾ ਜੁੜੀ ਜਾਂਦਾ ਹੈ, ਔਰ ਮੈਂ ਸਮਝਾਂਗਾ ਕਿ ਇਸ ਸੰਗਤ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਬੀਜੀ, ਇਹ ਇਹ ਇੱਕ ਅਣਗਿਣਤ ਜਿਹੜੀ ਗਿਣਤੀ ਹੈ, ਇਹ ਇਹ ਮਤਲਬ ਅਣਗਿਣਤ ਗਿਣਤੀ ਦਾ ਰੂਪ ਹੈ ਇਹ ਸੰਗਤ ਦੀ ਜਿਹੜੀ, ਇਹ ਗਿਣਤੀ ਨਹੀਂ ਕੀਤੀ ਜਾ ਸਕਦੀ। ਥੈਂਕ ਯੂ ਜੀ, ਤੁਹਾਨੂੰ ਤੁਹਾਡੇ ਪਰਿਵਾਰ ਨੂੰ ਔਰ ਸਮੁੱਚੇ ਪਰਿਵਾਰ ਨੂੰ ਸਾਰੇ ਨੂੰ ਇਸ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ, ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੈਂ ਹਰਵਿੰਦਰ ਰਿਆੜ ਅਰਜ਼ ਕਰ ਰਿਹਾ ਜੀ। ਜੀ ਸਰ, ਸੁਖਦਾਰ ਸਾਹਿਬ, ਮੇਰੀ ਬੇਨਤੀ ਹੈ, ਚਲੋ ਰਿਸਪੈਕਟ ਕਰੇ ਤਾਂ ਬੜੀ ਅੱਛੀ ਚੀਜ਼ ਹੈ, ਤੁਸੀਂ ਹਰੇਕ ਨੂੰ ਸਾਹਿਬ ਕਹਿ ਕੇ ਬੁਲਾਉਂਦੇ, ਬਹੁਤ ਚੰਗੀ ਗੱਲ ਹੈ ਜੀ। ਪਰ ਸਾਹਿਬ ਜਿਹੜਾ ਆ ਉਹ ਤਾਂ ਪਾਲਕੀ 'ਚ ਵਿਰਾਜਮਾਨ ਹੋ ਕੇ ਨਗਰ ਕੀਰਤਨ ਦੀ ਅਗਵਾਈ ਕਰ ਰਿਹਾ, ਉਹ ਆ ਸਾਹਿਬ। ਬਿਲਕੁਲ ਜੀ, ਬਿਲਕੁਲ, ਉਹ ਤੇ ਸਾਹਿਬਾਂ ਦਾ ਸਾਹਿਬ ਹੈ ਨਾ ਜੀ। ਹਾਂਜੀ, ਉਹ ਤੇ ਸਾਹਿਬਾਂ ਦਾ ਸਾਹਿਬ ਹੈ ਫਿਰ। ਮਿਹਰਬਾਨੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣ ਵਾਸਤੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਸਾਹਿਬ ਬੋਲ ਰਹੇ ਜੀ? ਵਾਹ ਜੀ ਵਾਹ, ਸਪੇਨ ਵਾਲੇ ਉਹ ਲੰਘੇ ਹੋ ਤੁਸੀਂ ਵੀ, ਸਪੇਨ ਵਾਲੇ ਵੀ ਦੇਖ ਰਹੇ ਨੇ ਪੂਰਾ ਨਗਰ ਕੀਰਤਨ, ਔਰ ਸਮੁੱਚੇ ਸਪੇਨ ਦੇ ਪੰਜਾਬੀਆਂ ਨੂੰ ਜਿਹੜੇ ਦੇਖ ਰਹੇ ਨੇ ਇਸ ਵੇਲੇ, ਲੱਖ ਲੱਖ ਮੁਬਾਰਕਾਂ, ਕੀ ਕਹੋਗੇ, ਕੀ ਮਹਿਸੂਸ ਕਰ ਰਹੇ ਹੋ? ਭਾਜੀ ਮੈਂ ਵੇਖ ਰਿਹਾ ਬਹੁਤ ਖੁਸ਼ੀ ਹੋ ਰਹੀ, ਅੰਤਾਲੀਆ ਅਮਰੀਕਾ ਦਾ ਨਗਰ ਕੀਰਤਨ ਬਹੁਤ ਵਧੀਆ ਲੱਗਾ ਜੀ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਵਧੀਆ ਢੰਗ ਨਾਲ ਵਿਖਾ ਰਹੇ ਜੀ, ਤੁਹਾਡਾ ਜੱਟ ਪੰਜਾਬੀ ਹੋਰ ਤਰੱਕੀਆਂ ਕਰੇ ਜੀ, ਬਹੁਤ ਬਹੁਤ ਚੜ੍ਹਾਈ ਬੁਲੰਦੀਆਂ ਤੇ ਜਾਵੇ ਤੁਹਾਡਾ। ਮਿਹਰਬਾਨੀ ਮਿਹਰਬਾਨੀ ਭਾਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ। ਮੈਂ ਗੁਜ਼ਾਰਿਸ਼ ਕਰਾਂਗਾ ਜਿਹੜੇ ਸਾਡੇ UK ਦੇ ਕਾਲਰਸ ਨੇ ਉਹ ਸਾਨੂੰ 2036171752 ਦੇ ਉੱਤੇ ਕਾਲ ਕਰ ਸਕਦੇ ਨੇ ਫੋਰ ਐਡਵਰਟਾਈਜ਼ਮੈਂਟ, 2036171750 ਤੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਹਾਂਜੀ ਹਾਂਜੀ, ਮੁਸਾਫਿਰ ਸਾਹਿਬ ਕੀ ਕਹੋਗੇ? ਬਹੁਤ ਬਹੁਤ ਤੁਹਾਡਾ ਧੰਨਵਾਦ, ਇੱਕ ਤਾਂ ਐਡੇ ਲੰਬੇ ਕਿਊ ਚ ਮੈਨੂੰ ਰੱਖਣ ਦਾ, ਤੇ ਮੈਂ ਬਹੁਤ ਹੀ, ਮੇਰੇ ਕੋਲ ਉਹ ਲਵਜ਼ ਹੈ ਨੀ ਜਿਹਦੇ ਨਾਲ ਮੈਂ ਤੁਹਾਡੀ ਚੈਨਲ ਦੀ ਜਾਂ ਤੁਹਾਡੀ ਤਾਰੀਫ਼ ਕਰਾਂ। ਸੱਚੇ ਪਾਤਸ਼ਾਹ ਤੁਹਾਨੂੰ ਆਰ ਜਾਨੀ ਜਾਣਾ, ਤੁਹਾਡੇ ਸਾਰੇ ਸਟਾਫ ਨੂੰ, ਜਿੰਨੇ ਵੀ ਹਿੰਦੂ ਸਿੱਖ ਮੁਸਲਮਾਨ ਤੁਹਾਡੇ ਚੈਨਲ ਨਾਲ ਅਟੈਚ ਨੇ ਸਟਾਫ, ਸਭ ਨੂੰ ਕੁਟਾਣ ਕੁਟਾਣ ਵਧਾਈਆਂ, ਤੇ ਵਾਹਿਗੁਰੂ ਕਰੇ ਇਹਨਾਂ ਦੀਆਂ ਲੰਮੀਆਂ ਉਮਰਾਂ ਕਰੇ, ਇਹਨਾਂ ਤਰੱਕੀਆਂ ਬਖਸ਼ੇ। ਮਿਹਰਬਾਨੀ ਸਰ, ਮਿਹਰਬਾਨੀ, ਇਹ ਦੁਆਵਾਂ
ਮੈਂ ਸਮਝਾਂਗਾ ਕਿ ਸਭ ਤੋਂ ਵੱਡੀਆਂ ਦੁਆਵਾਂ ਹੁੰਦੀਆਂ ਨੇ ਔਰ ਮੈਂ ਕਹਿੰਦਾ ਜੋ ਕੰਮ ਤੁਸੀਂ ਕੀਤਾ ਨਾ ਸ਼ਾਇਦ ਆਪਾਂ ਚੈਨਲ ਦੇ ਨਾਂ ਲੈਣ ਦੀ ਲੋੜ ਨਹੀਂ ਸਭ ਨੂੰ ਪਤਾ ਹੀ ਹੈ ਪਰ ਜੋ ਤੁਸੀਂ ਦਿਨ ਰਾਤ ਮਿਹਨਤ ਕਰਕੇ ਇਹ ਚੀਜ਼ ਪੇਸ਼ ਕੀਤੀ ਨਾ ਤੁਸੀਂ ਇਹਦੇ ਕੁਟਾਂ ਕੁਟਾਂ ਤੁਸੀਂ ਧੰਨਵਾਦੀ ਹੋ ਅਤੇ ਜੇ ਆਪਾਂ ਸ਼ੋ ਅਪ ਨਹੀਂ ਕਰਨਾ ਚਾਹੁੰਦੇ ਪਰ ਮਹਾਰਾਜ ਕਰੇ ਚੜ੍ਹਦੀਆਂ ਕਲਾਂ ਤੁਹਾਡਾ ਚੈਨਲ ਰਹੇ ਅਤੇ ਇਸ ਕਰਕੇ ਮੈਂ ਬਹੁਤ ਤੁਹਾਡੇ ਕੋਲ ਟਾਈਮ ਕਿਉਂ ਇਸ ਟਾਈਮ ਜਦੋਂ ਪ੍ਰੋਗਰਾਮ ਚੱਲ ਰਿਹਾ ਸਾਡੇ ਕੋਲ ਜੀ ਸਾਡੇ ਕੋਲ ਬਕਾਇਦਾ ਤੌਰ 'ਤੇ ਨਿਊਯਾਰਕ ਦਾ ਸਟੈਂਡਰਡ ਟਾਈਮ 5:01 ਹੋ ਚੁੱਕਾ ਔਰ ਤੁਸੀਂ ਇਸ ਨੂੰ 3 ਘੰਟੇ ਜਿਹੜੇ ਨੇ ਉਹ ਪਿੱਛੇ ਲਗਾਓ ਕਿ 2 ਵਜੇ ਨੇ ਇਸ ਵੇਲੇ ਕੈਲੀਫੋਰਨੀਆ ਦੀ ਧਰਤੀ ਦੇ ਉੱਤੇ ਲਗਾਤਾਰ ਇਹ ਪ੍ਰੋਗਰਾਮ ਜਿਹੜਾ ਉਹ ਚੱਲ ਰਿਹਾ ਲਗਾਤਾਰ ਅਜੇ ਸਾਡਾ ਪ੍ਰੋਗਰਾਮ ਜਿਹੜਾ ਆ ਸਾਨੂੰ ਉਮੀਦ ਹੈ ਕਿ ਜਦੋਂ ਤੱਕ ਮਹਾਰਾਜ ਦਾ ਸਰੂਪ ਵਾਪਸ ਆਉਣਾ ਉਦੋਂ ਤੱਕ ਮੁਸਾਫਰ ਸਾਹਿਬ ਉਦੋਂ ਤੱਕ ਅਜੇ 2 ਤੋਂ 3 ਘੰਟੇ ਤੱਕ ਹੋਰ ਪ੍ਰੋਗਰਾਮ ਚੱਲੇਗਾ ਮਿਹਰਬਾਨੀ ਮਿਹਰਬਾਨੀ ਮੁਸਾਫਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਔਰ ਮੈਂ USA ਦੇ ਕਾਲਰਸ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਕਾਲ ਕਰ ਸਕਦੇ ਨੇ ਸਾਨੂੰ ਵਗੈਰਾ ਤੌਰ ਦੇ ਉੱਤੇ 7187865222 ਔਰ ਫਾਰ ਸਪੋਂਸਰਸ਼ਿਪ ਔਰ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਵਾਸਤੇ ਸਾਨੂੰ 7187840900 ਦੇ ਉੱਤੇ ਕਰ ਸਕਦੇ ਹੋ ਵਟਸਐਪ ਕਾਲ ਔਰ ਟੈਕਸਟ ਮੈਸੇਜ ਕਿਸ ਢੰਗ ਦੇ ਨਾਲ ਹਰੇ ਰੰਗ ਦਾ ਟਰੱਕ ਜਿਹੜਾ ਉਸ ਦੇ ਉੱਤੇ ਵੀ ਇੱਕ ਵਿਲੱਖਣ ਫਲੋਟ ਬਣਿਆ ਹੋਇਆ ਔਰ ਇੱਕ ਪਾਸੇ ਤੁਹਾਨੂੰ ਦਿਖਾਈ ਦੇ ਰਿਹਾ ਦੂਰ ਤੁਹਾਨੂੰ ਨਜ਼ਰ ਪੈ ਰਿਹਾ ਹੋਏਗਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਫਲੋਟ ਹੈ ਔਰ ਉਸ ਦੇ ਵਿੱਚ ਲੋਕਾਂ ਦੀ ਕਾਇਨਾਤ ਲੋਕਾਈ ਜਿਹੜੀ ਹੈ ਉਹ ਕਿਸ ਢੰਗ ਦੇ ਨਾਲ ਤੁਹਾਨੂੰ ਦਿਖਾਈ ਦੇ ਰਹੀ ਹੈ ਔਰ ਵੱਖ ਵੱਖ ਰੂਪਾਂ ਦੇ ਵਿੱਚ ਅਜੇ ਤੁਹਾਨੂੰ ਇਸ ਦੇ ਵਿੱਚ ਕੁੜਤੇ ਚਾਦਰਿਆਂ ਵਾਲੇ ਜਿਹੜੇ ਸਿੰਘ ਹੈ ਉਹ ਵੀ ਨਜ਼ਰ ਆ ਜਾਣਗੇ ਔਰ ਮੋਢਿਆਂ ਦੇ ਉੱਤੇ ਸੰਮਾਂ ਵਾਲੀਆਂ ਡਾਂਗਾਂ ਉਹਨਾਂ ਨੇ ਰੱਖੀਆਂ ਹੋਈਆਂ ਸਾਲ ਦੀ ਵੇਟ ਕਰਦੇ ਹੁੰਦੇ ਨੇ ਸਾਰੇ ਹਰ ਤਰ੍ਹਾਂ ਦਾ ਵਿਅਕਤੀ ਜਿਹੜਾ ਉਹ ਇਸ ਨਗਰ ਕੀਰਤਨ ਦੇ ਵਿੱਚ ਪਹੁੰਚਿਆ ਹੋਇਆ ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਬਹੁਤ ਨਵੇਂ ਕੀਰਤਨੀਆਂ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਸਾਨੂੰ ਬਹੁਤ ਖੁਸ਼ੀ ਹੋਈ ਅਸੀਂ ਇੱਥੇ ਇੰਗਲੈਂਡ 'ਚ ਬੈਠੇ ਦੇਖ ਰਹੇ ਹਾਂ ਤੁਹਾਡਾ ਪ੍ਰੋਗਰਾਮ ਜੀ ਹਾਂਜੀ ਨੋਟਿੰਗਹਮ ਤੋਂ ਇੰਗਲੈਂਡ ਤੋਂ ਅਸੀਂ ਕਰਦੇ ਹਾਂ ਫੋਨ ਜੀ ਅੱਛਾ ਜੀ ਬਹੁਤ 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 ਆਨੰਦ ਆ ਰਿਹਾ ਦੇਖ ਕੇ ਸਾਰਾ ਦੇਖੋ ਹੁਣ ਤਾਂ ਆਪਾਂ ਦੁਨੀਆ ਭਰ ਦੇ ਵਿੱਚ ਬੈਠੇ ਸਾਰੇ ਪੰਜਾਬੀ ਮੈਨੂੰ ਐਂ ਮਹਿਸੂਸ ਹੁੰਦਾ ਵੀ ਇੱਕ ਪਲੇਟਫਾਰਮ ਥੱਲੇ ਜੁੜ ਗਏ ਹਾਂ ਔਰ ਕਿਸ ਢੰਗ ਦੇ ਨਾਲ ਅਸੀਂ ਹਰ ਜਗ੍ਹਾ ਦੇ ਉੱਤੇ ਦੁਨੀਆ ਦੇ ਹਰ ਮੁਲਕ ਦੇ ਵਿੱਚ ਜਿਹੜਾ ਹੈ ਉਹ ਜਸ ਪੰਜਾਬੀ ਜਿਹੜਾ ਦੇਖਿਆ ਜਾਂਦਾ ਜੀ ਬਹੁਤ ਬਹੁਤ ਵਧੀਆ ਲੱਗ ਰਿਹਾ ਹੈ ਇਤਨਾ ਬਸ ਜਾਣੀ ਕਿ ਮਹਾਰਾਜ ਦੇ ਇੰਨੇ ਹਨਾ ਮਿਹਰਬਾਨੀਆਂ ਮਹਾਰਾਜ ਦੀਆਂ ਬਹੁਤ ਬਹੁਤ ਅੱਛਾ ਲੱਗ ਰਿਹਾ ਚੜ੍ਹਦੀ ਕਲਾ ਰੱਖੇ ਤੁਹਾਡੇ ਪਰਿਵਾਰ ਨੂੰ ਪ੍ਰਮਾਤਮਾ ਔਰ ਤੁਹਾਨੂੰ ਵੀ ਲੱਖ ਲੱਖ ਮੁਬਾਰਕਾਂ ਬਹੁਤ ਬਹੁਤ ਸ਼ੁਕਰੀਆ ਹੈਲੋ ਹੈਲੋ ਹਾਂਜੀ ਰਿਆਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ ਦੇਖੋ ਜੀ ਅੱਜ ਇਸ ਤਰ੍ਹਾਂ ਲੱਗ ਰਿਹਾ ਹੈ ਨਗਰ ਕੀਰਤਨ ਨੂੰ ਦੇਖ ਕੇ ਜੀ ਇਹ ਯੂਬਾ ਸਿਟੀ ਛੋਟਾ ਪੈ ਗਿਆ ਯੂਬਾ ਸਿਟੀ ਜਿਸ ਤਰ੍ਹਾਂ ਦਾ ਚੱਲ ਰਿਹਾ ਹੈ ਪ੍ਰੋਗਰਾਮ ਸਾਨੂੰ ਕਈ ਯੂਬਾ ਸਿਟੀਆਂ ਦੀ ਆਉਣ ਵਾਲੇ ਸਮੇਂ 'ਚ ਲੋੜ ਪੈ ਜਾਊਗੀ ਲੋੜ ਪੈ ਰਹੀ ਹੈ ਔਰ ਮੈਂ ਤੁਹਾਨੂੰ ਮੈਨੂੰ ਜਿੰਨੇ ਕੁ ਮਤਲਬ ਸਾਡੇ ਥਾਵਾਂ ਤੋਂ ਕਾਲਜ ਆਈਆਂ UK ਤੋਂ ਵੀ ਜਾਂ ਫਰਾਂਸ ਸਪੇਨ ਤੋਂ ਵੀ ਹੋਰ ਉਹ ਮਤਲਬ ਉਹਨਾਂ ਨੇ ਇਹ ਕਿਹਾ ਕਿ ਅਸੀਂ ਆਪਣੀ ਐਸ ਐਡੀ ਉਮਰ ਸਾਡੀ ਹੋ ਗਈ ਹੈ ਅਸੀਂ ਅੱਜ ਤੱਕ ਇਸ ਢੰਗ ਦੇ ਨਾਲ ਨਗਰ ਕੀਰਤਨ ਦੀ ਪ੍ਰੈਜੈਂਟੇਸ਼ਨ ਨਹੀਂ ਦੇਖੀ ਲਾਈ ਬਹੁਤ ਹੀ ਡਿਸਿਪਲਿਨਡ ਹੈ ਔਰ ਬਹੁਤ ਹੀ ਵੈਲ ਮੈਨੇਜਡ ਹੈ ਜੀ ਸਾਹਿਬ ਕੋਈ ਨਹੀਂ ਬਾਕੀ ਜਸ ਟੀਵੀ ਦਾ ਜਿੰਨੀ ਅਸੀਂ ਪ੍ਰਸ਼ੰਸਾ ਕਰੀਏ ਤੇ ਰਿਆਰ ਸਾਹਿਬ ਜੋ ਤਾਂ ਤੁਸੀਂ ਸੇਵਾ ਕਰ ਰਹੇ ਹੋ ਇਹਦਾ ਕੋਈ ਜਵਾਬ ਨਹੀਂ ਜੀ ਥੈਂਕ ਯੂ ਸਰ ਜਵਾਬ ਨਹੀਂ ਅੱਜ ਮਹਾਰਾਜ ਆਪ ਆ ਕੇ ਖੜੇ ਨੇ ਇਸ ਨਗਰ ਕੀਰਤਨ ਦੇ ਵਿੱਚ ਇੰਨਾ ਸ਼ਾਨਦਾਰ ਔਰ ਇੰਨਾ ਵਧੀਆ ਤਰੀਕੇ ਨਾਲ ਹੋ ਰਿਹਾ ਹੈ ਰਾਈਟ ਮੈਂ ਸਰਦਾਰ ਸਾਹਿਬ ਮਤਲਬ ਮੈਂ ਜਿਹੜੇ ਕਾਲਜ ਹੈ ਮੈਨੂੰ ਆਪ ਮਹਿਸੂਸ ਹੋ ਰਿਹਾ ਜਿਹੜੀਆਂ ਸਕਰੀਨਾਂ ਮੇਰੇ ਲੱਗੀਆਂ ਹੋਈਆਂ ਮੈਨੂੰ ਨਹੀਂ ਮਹਿਸੂਸ ਹੋ ਰਿਹਾ ਕਿ ਮੈਂ ਹੈੱਡਕੁਆਟਰ ਸਟੂਡੀਓ ਦੇ ਵਿੱਚ ਬੈਠ ਕੇ ਤੁਹਾਡੇ ਨਾਲ ਇਸ ਨਗਰ ਕੀਰਤਨ ਬਾਰੇ ਬੋਲ ਰਿਹਾ ਮੈਨੂੰ ਆਪ ਐਂ ਲੱਗ ਰਿਹਾ ਕਿ ਮੈਂ ਉਸ ਧਰਤੀ ਦੇ ਉੱਤੇ ਬੈਠਾ ਆਪ ਵਕੈਰਾ ਤੌਰ 'ਤੇ ਬੋਲ ਰਿਹਾ ਨਾ ਦੇਖੋ ਇਸ ਤਰ੍ਹਾਂ ਲੱਗਦਾ ਵੀ ਸਾਨੂੰ ਤਾਂ ਬਹੁਤ ਯੂਬਾ ਸਿਟੀ ਵੱਡੇ ਵੱਡੇ ਚਾਹੀਦੇ ਹੋਣਗੇ ਜਿਸ ਤਰ੍ਹਾਂ ਸੰਗਤਾਂ ਦਾ ਘੱਟ ਵੱਧਦਾ ਜਾ ਰਿਹਾ ਹੈ ਜੀ ਹੋਰ ਬਹੁਤ ਵੱਡੀ ਨਜ਼ਰ ਆ ਰਹੀ ਹੈ ਕਿ ਬਈ ਉਹ ਸੱਚੇ ਪਾਤਸ਼ਾਹ ਅੱਗੇ ਅਰਦਾਸ ਹੈ ਕਿ ਵੀ ਜਿੰਨਾ ਇਕੱਠ ਪਿਆਰ ਮੁਹੱਬਤ ਅੱਜ ਨਜ਼ਰ ਆ ਰਿਹਾ ਸਾਡੇ ਬਾਕੀ ਮਸਲਿਆਂ 'ਚ ਵੀ ਇੰਨਾ ਹੀ ਇਕੱਠ ਜੁੜ ਜਾਣ ਤਾਂ ਸਾਡੇ ਵਾਸਤੇ ਕੋਈ ਦੁਨੀਆਂ 'ਚ ਐਸੀ ਚੀਜ਼ ਨਹੀਂ ਜਿਹੜੀ ਅਸੀਂ ਹਾਸਲ ਨਾ ਕਰ ਸਕੀਏ ਬਿਲਕੁਲ ਦਰੁਸਤ ਗੱਲ ਹੈ ਬਿਲਕੁਲ ਦਰੁਸਤ ਹੈ ਕੋਈ ਐਸੀ ਚੀਜ਼ ਨਹੀਂ ਜਿਹੜੀ ਹਾਸਲ ਨਾ ਕਰ ਸਕੀਏ ਬਿਲਕੁਲ ਬਿਲਕੁਲ ਇੰਨਾ ਪਿਆਰ ਭਰਿਆ ਇਕੱਠ ਲੱਗਦਾ ਹੀ ਨਹੀਂ ਕਿ ਵੀ ਸਾਡੇ 'ਚ ਕੋਈ ਗਿਲੇ ਗੁੱਸੇ ਕੋਈ ਸ਼ਿਕਵੇ ਹੈਗੇ ਨੇ
ਤੇ ਅਸੀਂ ਤਾਂ ਅਰਦਾਸ ਇਹੀ ਕਰਦੇ ਹਾਂ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਮਹਾਰਾਜ ਨੇ ਜਿਸ ਤਰ੍ਹਾਂ ਇਹ ਸਾਰਿਆਂ ਸੰਗਤਾਂ ਨੂੰ ਜੋੜਿਆ ਵੀ ਇੰਨੀਆਂ ਜੁੜ ਜਾਣ ਤਾਂ ਫਿਰ ਅਸੀਂ ਕੋਈ ਚੀਜ਼ ਹੈ ਹੀ ਨਹੀਂ ਹੋਈ ਜਿਹੜੀ ਅਸੀਂ ਨਾ ਹਾਸਿਲ ਕਰ ਸਕੀਏ। ਸਾਡੀ ਟੀਮ ਜਿਹੜੀ ਆ ਉਹ ਪਿਛਲੇ ਚਾਰ ਦਿਨਾਂ ਤੋਂ ਸਾਡੀ ਟੀਮ ਜਿਹੜੀ ਆ ਉਹ ਇਸੇ ਢੰਗ ਦੇ ਨਾਲ ਮਿਹਨਤ 'ਤੇ ਲੱਗੀ ਹੋਈ ਹੈ। ਸ਼ੁੱਕਰਵਾਰ ਨੂੰ ਜਾ ਕੇ ਕਿਸ ਢੰਗ ਨਾਲ ਤੁਸੀਂ ਆਤਿਸ਼ਬਾਜ਼ੀ ਦਾ ਨਜ਼ਾਰਾ ਜਿਹੜਾ ਸੀ ਉਹ ਰਾਤ ਨੂੰ ਲਾਈਵ ਦੇਖਿਆ, ਕੱਲ੍ਹ ਤੁਸੀਂ ਨਿਸ਼ਾਨ ਸਾਹਿਬ ਦੀ ਸੇਵਾ, ਹੋਰ ਜਿਸ ਢੰਗ ਨਾਲ ਬਾਹਰ ਸਟਾਲ ਲੱਗੇ ਹੋਏ ਸੀ, ਲੰਗਰਾਂ ਦੇ ਸਟਾਲ ਲੱਗੇ ਹੋਏ ਸੀ, ਉਹਨਾਂ ਦਾ ਨਜ਼ਾਰਾ, ਔਰ ਅੱਜ ਸਵੇਰ ਤੋਂ ਤੁਸੀਂ ਵਕੈਰਾ ਤੌਰ ਦੇ ਉੱਤੇ ਇਸ ਨਗਰ ਕੀਰਤਨ ਨੂੰ ਦੇਖ ਰਹੇ ਹੋ। ਔਰ ਮੈਂ ਕਹਾਂਗਾ ਵੀ ਸਾਡੇ ਇੱਕ ਇੱਕ ਮੈਂਬਰ ਦਾ ਜਿਹਨਾਂ ਦੀ ਉੱਥੇ ਮਿਹਨਤ ਹੈ, ਅਸੀਂ ਵਕੈਰਾ ਤੌਰ 'ਤੇ ਧੰਨਵਾਦ ਕਰਾਂਗੇ ਕਿ ਬਹੁਤ ਵੱਡੀ ਮਿਹਨਤ ਹੈ। ਜੀ ਨਵੀਨ ਜੀ ਕੁਛ ਜ਼ਿਕਰ, ਅਸੀਂ ਕੇਸ ਪਲੇਟਫਾਰਮ ਦੇ ਉੱਤੇ ਦੁਨੀਆ ਭਰ ਦੇ ਵਿੱਚ ਇਸ ਮਹਾਨ ਨਗਰ ਕੀਰਤਨ ਨੂੰ ਜਸ ਪੰਜਾਬੀ ਪ੍ਰਜੈਂਟ ਕਰ ਰਹੇ ਹਾਂ। ਅਸੀਂ ਕਈ ਫਿਰ ਦਰਸ਼ਕਾਂ ਨੂੰ ਦੱਸ ਦਈਏ ਕਿ ਸਾਡਾ ਜਿਹੜਾ ਲਾਈਵ ਟੈਲੀਕਾਸਟ ਤੁਸੀਂ ਦੇਖ ਰਹੇ ਹੋ ਦੁਨੀਆ ਭਰ ਦੇ ਵਿੱਚ ਜਸ ਪੰਜਾਬੀ 'ਤੇ ਵਰਲਡ ਵਾਈਡ ਟੈਲੀਕਾਸਟ ਹੋ ਰਿਹਾ, ਜਿਸ ਤਰ੍ਹਾਂ ਤੁਸੀਂ ਦੇਖਿਆ ਸਾਡੇ ਕਈ ਵਿਊਜ਼ ਨੇ ਹੋਲੈਂਡ ਤੋਂ, ਇਟਲੀ ਤੋਂ, ਸਪੇਨ ਤੋਂ, ਅਲੱਗ ਅਲੱਗ ਮੁਲਕਾਂ ਤੋਂ ਫੋਨ ਕਰ ਰਹੇ, ਸਾਰੇ ਲਾਈਵ ਦੇਖ ਰਹੇ ਨੇ ਆਪਣੇ ਆਪਣੇ ਘਰਾਂ 'ਚ ਬੈਠ ਕੇ, ਪੂਰੀ ਦੁਨੀਆ 'ਚ ਪ੍ਰੋਗਰਾਮ ਲਾਈਵ ਜਾ ਰਿਹਾ। ਔਰ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਦੋਸਤ ਨੇ, ਤੁਹਾਡੇ ਰਿਸ਼ਤੇਦਾਰ ਨੇ, ਉਹਨਾਂ ਨੂੰ ਵੀ ਤੁਸੀਂ ਦੱਸ ਸਕਦੇ ਹੋ ਕਿ ਯੂਕੇ, ਯੂਰਪ, ਇੰਡੀਆ, ਆਸਟ੍ਰੇਲੀਆ, ਨਿਊਜ਼ੀਲੈਂਡ ਔਰ USA ਦੇ ਵਿੱਚ ਤੁਸੀਂ ਇਹ ਪ੍ਰੋਗਰਾਮ ਲਾਈਵ ਦੇਖ ਰਹੇ ਹੋ। ਯੂਕੇ ਔਰ ਯੂਰਪ 'ਤੇ ਦੇਖਣ ਵਾਸਤੇ ਸਕਾਈ ਦੇ ਚੈਨਲ 712 'ਤੇ ਅਸੀਂ ਅਵੇਲੇਬਲ ਹਾਂ, ਇੰਡੀਆ ਦੇ ਵਿੱਚ ਯਪ TV ਔਰ ਜੀਓ ਨੈਟਵਰਕ 'ਤੇ ਅਵੇਲੇਬਲ ਹਾਂ, ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦੇ ਵਿੱਚ ਵਿਜ਼ਨ ਏਸ਼ੀਆ ਦੇ ਚੈਨਲ ਨੰਬਰ 25 ਔਰ ਯਪ TV 'ਚ ਅਵੇਲੇਬਲ ਹਾਂ, ਔਰ USA ਦੇ ਅਲੱਗ ਅਲੱਗ ਜਿਹੜੇ ਮੇਜਰ ਨੈਟਵਰਕਸ ਨੇ ਅਸੀਂ ਉਹਨਾਂ 'ਤੇ ਅਵੇਲੇਬਲ ਹਾਂ, ਡਿਸ਼ 'ਤੇ, ਸਲਿੰਗ 'ਤੇ, ਡਿਸ਼ ਨੈਟਵਰਕ ਦੇ 736 ਚੈਨਲ 'ਤੇ ਤੁਸੀਂ ਚੈਨਲ ਲਾਈਵ ਦੇਖ ਸਕਦੇ ਹੋ, ਵੈਰੀਜ਼ੋਨ ਦੇ 1757, ਕੇਬਲ ਵਿਜ਼ਨ ਦੇ 1164, ਸਪੈਕਟਰਮ 9 ਔਰ ਟਾਈਮ ਵਾਰਨਰ ਸਪੈਕਟਰਮ 'ਤੇ 1563 'ਤੇ ਚੈਨਲ ਲਾਈਵ ਅਵੇਲੇਬਲ ਹੈ। ਇਸ ਤੋਂ ਇਲਾਵਾ ਜਸ ਬ੍ਰੋਡਕਾਸਟਿੰਗ ਨੇ ਇੱਕ ਵੱਡੇ ਪੈਮਾਨੇ 'ਤੇ, ਵੱਡੇ ਪੱਧਰ 'ਤੇ ਅਰੇਂਜਮੈਂਟ ਕੀਤੇ ਨੇ ਕਿ ਸੋਸ਼ਲ ਮੀਡੀਆ 'ਤੇ ਵੀ ਤੁਹਾਨੂੰ ਇਹ ਪ੍ਰੋਗਰਾਮ ਜਿਹੜਾ ਲਾਈਵ ਆ ਰਿਹਾ ਪੂਰੀ ਦੁਨੀਆ 'ਚ ਬਹਿ ਕੇ ਤੁਸੀਂ ਦੇਖ ਸਕੋ, ਯੂਟਿਊਬ 'ਤੇ ਔਰ ਜਸ ਪੰਜਾਬੀ TV 'ਤੇ, ਫੇਸਬੁੱਕ 'ਤੇ ਵੀ ਤੁਸੀਂ ਉਹਨੂੰ ਲਾਈਵ ਦੇਖ ਸਕਦੇ ਹੋ। ਜੀ ਨਵੀਨ ਜੀ, ਮੈਂ ਜ਼ਰੂਰ ਸਾਧ ਸੰਗਤ ਨੂੰ ਇੱਕ ਗੱਲ ਜ਼ਰੂਰ ਦੱਸਣੀ ਚਾਹਾਂਗਾ ਕਿ ਜਦੋਂ ਸਾਡੀ ਟੀਮ ਨਗਰ ਕੀਰਤਨ ਨੂੰ ਕਵਰ ਕਰਦੀ ਹੈ ਪਿਛਲੇ 4 ਦਿਨਾਂ ਤੋਂ, ਔਰ ਅੱਜ ਦੇ ਦਿਨ ਖਾਸ ਤੌਰ 'ਤੇ ਜਿਸ ਦਿਨ ਨਗਰ ਕੀਰਤਨ ਨਿਕਲਣਾ ਹੁੰਦਾ, ਜਿਹੜੀ ਸਮੁੱਚੀ ਟੈਕਨੀਕਲ ਟੀਮ ਹੈ, ਔਰ ਅਸੀਂ ਵੀ ਪਹਿਲਾਂ ਜਾਂਦੇ ਰਹੇ ਹਾਂ ਨਾਲ, ਔਰ ਅੱਜ ਅਸੀਂ ਸਟੂਡੀਓ ਤੋਂ ਭਾਵੇਂ ਕਰਦੇ ਹਾਂ, ਪਰ ਸਵੇਰੇ ਠੀਕ 6:30 ਦੇ ਉੱਤੇ ਜਾਂ 6 ਵਜੇ ਤੋਂ 6:30 ਦੇ ਵਿੱਚ ਗੁਰੂ ਘਰ ਜਿਹੜੀ ਹੈ ਉਹ ਗਰਾਊਂਡ ਦੇ ਉੱਤੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੰਦੀ ਹੈ। ਕਿਸ ਕਿਸ ਜਗ੍ਹਾ ਦੇ ਉੱਤੇ ਜਿਹੜੀਆਂ ਉਹ ਸੇਵਾਵਾਂ ਲੈਣੀਆਂ, ਕਿੱਥੋਂ ਕੋਈ ਇਲੈਕਟ੍ਰੀਸਿਟੀ ਲੈਣੀ ਹੈ, ਕਿੱਥੋਂ ਕੋਈ ਕੀ ਲੈਣਾ, ਮਤਲਬ ਉਹ ਟੀਮ ਦੀ ਇੱਕ ਬਹੁਤ ਵੱਡੀ ਜਿਹੜੀ ਹੈ ਉਹ ਟੈਕਨੀਕਲ ਟੀਮ ਦੀ ਮਿਹਨਤ ਹੁੰਦੀ ਹੈ। ਤੁਸੀਂ ਦੇਖੋ ਹੁਣ ਸ਼ਾਰਟ ਦਿਸਦੇ ਨੇ ਕਿ ਇੱਕ ਬਾਹਰਲੇ ਪਾਸਿਓਂ ਗੁਰੂ ਘਰ ਤੁਹਾਨੂੰ ਦੂਰ ਨਜ਼ਰ ਆ ਰਿਹਾ ਹੈ, ਗੁਰੂ ਘਰ ਦਿਸ ਰਿਹਾ, ਉੱਥੋਂ ਲੁਕਾਈ ਸਾਰੀ ਦਿਸ ਰਹੀ ਹੈ, ਕਦੇ ਤੁਹਾਨੂੰ ਅਗਲਾ ਫਲੋਟ ਜਿਹੜਾ ਆ ਸਾਧ ਸੰਗਤ ਵਾਲਾ ਇੱਥੇ ਦਿਸ ਰਿਹਾ, ਕਦੇ ਤੁਹਾਨੂੰ ਬਾਹਰਲੇ ਸਟਾਲ ਦਿਸ ਰਹੇ ਨੇ, ਮਤਲਬ ਕਿਹੜੀ ਕਿਹੜੀ ਜਗ੍ਹਾ ਆ ਜਿਹੜੀ ਨੁੱਕਰ ਇਸ ਨਗਰ ਕੀਰਤਨ ਤੋਂ ਸਾਡੇ ਕੈਮਰੇ ਦੀ ਅੱਖ ਤੋਂ ਜਾਂ ਸਾਡੀ ਟੈਕਨੀਕਲ ਟੀਮ ਦੀ ਅੱਖ ਤੋਂ ਪਰੇ ਰਹੀ ਹੋਏਗੀ। ਔਰ ਮੈਂ ਇਸ ਗੱਲ ਦਾ ਚਸ਼ਮਦੀਦ ਗਵਾਂ ਕਿ ਟੀਮ ਨੂੰ ਜਿਹੜੀ ਟੈਕਨੀਕਲ ਟੀਮ ਹੈ, ਜਿਹੜੀ ਮਤਲਬ ਇਸ ਵੇਲੇ ਕੈਮਰਿਆਂ 'ਤੇ ਲਾਈਵ ਦੇ ਉੱਤੇ ਲੱਗੀ ਹੋਈ ਹੈ, ਮਤਲਬ ਕੰਮ ਕਰ ਰਹੀ ਹੈ, ਉਹਨਾਂ ਨੂੰ ਕਈ ਵਾਰੀ 6:30 ਉਹਨਾਂ ਨੇ ਜਿਹੜੀ ਚਾਹ ਪੀ ਲਈ ਹੈ, ਰਾਤ ਦੇ 11 ਵਜੇ ਤੱਕ ਉਹਨਾਂ ਨੂੰ ਮੁੜ ਕੇ ਕਈ ਵਾਰੀ ਲੰਗਰ ਜਿਹੜਾ ਉਹ ਨਸੀਬ ਨਹੀਂ ਹੁੰਦਾ, ਵੀ ਕਿਉਂਕਿ ਉਹ ਆਪਣੇ ਕੰਮ ਦੇ ਵਿੱਚ ਹੁੰਦੇ ਕਿ ਸਾਡਾ ਕੰਮ ਜਿਹੜਾ ਉਹ ਕਿਤੇ ਵੀ ਡੋਲ ਨਾ ਜਾਵੇ, ਕੰਮ ਦੇ ਵਿੱਚ ਸਾਡੇ 'ਚ ਸਿਦਕ ਹੈ, ਕੰਮ ਦੇ ਵਿੱਚ ਸਾਡੇ 'ਚ ਜਜ਼ਬਾ ਹੈ, ਕੰਮ ਦੇ ਵਿੱਚ ਸਾਡੇ 'ਚ ਇੱਕ ਸਾਫ਼ ਨੀਤੀ ਹੈ, ਕੰਮ ਦੇ ਵਿੱਚੋਂ ਸਾਡੀ ਨੀਅਤ ਜਿਹੜੀ ਹੈ ਉਹ ਆਪਣੀ ਕੌਮ ਪ੍ਰਤੀ, ਔਰ ਮੈਂ ਸਮਝਾਂਗਾ ਕਿ ਆਪਣੀ ਕਾਇਨਾਤ ਪ੍ਰਤੀ ਜਿਹੜੀ ਆ ਔਰ ਆਪਣੀ ਗੁਰੂ ਪ੍ਰਤੀ ਜਿਹੜੀ ਆ ਉਹ ਸ਼ਰਧਾ ਦਾ ਪ੍ਰਤੀਕ ਸਿੰਬਲ ਜਿਹੜਾ ਉਹ ਸਾਡੀ ਨੀਅਤ ਅਤੇ ਨੀਤੀ ਜਿਹੜੀ ਆ ਉਹ ਬਕਾਇਦਾ ਤੌਰ ਦੇ ਉੱਤੇ ਝਲਕ ਰਹੀ ਆ। ਜੀ ਨਵੀਨ ਜੀ, ਹੈਲੋ, ਮੈਂ ਟੈਕਨੀਕਲ ਟੀਮ ਜਿਹੜੀ ਸਾਡੀ ਆ ਉਹ ਲਾਈਵ ਦੇ ਰਹੇ ਨੇ, ਅਸੀਂ ਰੀਅਲੀ ਐਪਰੀਸ਼ੀਏਟ ਦੈਮ। ਔਰ ਦੂਸਰਾ ਮੈਂ ਲੱਗ ਰਿਹਾ ਕਿ ਟੈਕਨੋਲੋਜੀਕਲ ਇਨੋਵੇਸ਼ਨ ਹੈ ਜੋ ਅਸੀਂ ਦੇਖ ਰਹੇ ਹਾਂ ਕਿ ਲਾਈਵ ਟੈਲੀਕਾਸਟ ਦੇ ਵਿੱਚ, ਕਿ ਇੱਦਾਂ ਲੱਗ ਰਿਹਾ ਕਿ ਐਵਰੀਬਡੀ ਨਾਲ ਨਾਲ ਚੱਲ ਰਹੇ ਨੇ, ਨਾਲ ਚੱਲ ਰਹੇ, ਸਾਰੀ ਦੁਨੀਆ 'ਚ ਸੰਗਤ ਚੱਲ ਰਹੀ, ਅਤੇ ਤੁਸੀਂ ਟੈਕਨੋਲੋਜੀ ਦਾ ਤੁਸੀਂ ਇੱਕ ਬਿਹਤਰ ਇਸਤੇਮਾਲ ਦੇਖੋ ਔਰ ਮਾਡਰਨ ਟੈਕਨੋਲੋਜੀ ਦਾ ਇਸਤੇਮਾਲ ਦੇਖੋ, ਤੁਸੀਂ ਲਾਈਵ ਵੀ ਚੱਲ ਰਹੇ ਹੋ, ਅਲੱਗ ਅਲੱਗ ਕੈਮਰੇ ਨੇ, ਆਲ ਕੈਮਰਾਜ਼ ਆਰ ਮੂਵਿੰਗ ਐਂਡ ਵੀ ਆਰ ਲਾਈਵ। ਬਿਲਕੁਲ ਬਿਲਕੁਲ, ਨਜ਼ਾਰਾ ਅਮੇਜ਼ਿੰਗ। ਜੀ ਜੀ, ਆਈ ਐਪਰੀਸ਼ੀਏਟ ਦੀ ਟੈਕਨੀਕਲ ਟੀਮ ਆਲਸੋ ਐਟ ਦੈਟ ਫਰੰਟ, ਬਹੁਤ ਵਧੀਆ ਕੰਮ ਹੋ ਰਿਹਾ। ਰਾਈਟ 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 ਰਾਈਟ। ਸੋ ਅਸੀਂ ਤੁਸੀਂ ਜਿੱਥੇ ਹੁਣ ਲਾਈਵ ਦੇਖ ਰਹੇ ਹੋ ਵਗੈਰਾ ਤੌਰ ਦੇ ਉੱਤੇ, ਉਸ ਜਗ੍ਹਾ ਤੋਂ, ਉਸ ਸਥਾਨ ਤੋਂ, ਉਸ ਭਾਗਾਂ ਤੋਂ, ਧਰਤੀ ਤੋਂ
ਜਿੱਥੇ ਗੁਰੂ ਦੀ ਅੱਜ ਫੁੱਲ ਕਿਰਪਾ ਹੈ ਪੂਰੀ ਆ ਰਹੀ ਹੈ। ਸਮਝਾਂਗਾ ਕਿ ਸਾਧ ਸੰਗਤ ਜਿਹੜੀ ਹੈ ਉਹ ਇੱਡੀ ਤੰਦਰੁਸਤੀ ਨਾਲ ਆਈ ਹੈ ਔਰ ਇਸੇ ਢੰਗ ਦੇ ਨਾਲ ਉਹ ਜਿਹੜੀ ਆਪਣੇ ਘਰਾਂ ਨੂੰ ਵਾਪਸ ਗੁਰਦੁਆਰੇ ਦੇ ਵੱਖ ਵੱਖ ਸਟੇਟਾਂ ਨੂੰ ਪਹੁੰਚੇਗੀ ਔਰ ਦਰਬਾਰ ਸਾਹਿਬ ਦਾ ਹਲੋਟ ਜਿਹੜਾ ਹੈ ਉਹ ਤੁਸੀਂ ਇਸ ਵੇਲੇ ਦੇਖ ਰਹੇ ਹੋ। ਪ੍ਰੋਗਰਾਮ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਵਗੈਰਾ ਤੌਰ ਦੇ ਉੱਤੇ ਲੈ ਕੇ ਜਾਵਾਂਗੇ ਫਿਰ ਮੁੜ ਕੇ ਕੁਝ ਪਲਾਂ ਦੇ ਵਿੱਚ ਹੀ ਇਸ ਸੁਹਾਵੀ ਧਰਤ ਵਾਲੇ ਪਾਸੇ ਨੂੰ ਪ੍ਰੋਗਰਾਮ ਨੂੰ ਪਰ ਇੱਕ ਲਵਾਂਗੇ ਅਸੀਂ ਬ੍ਰੇਕ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹਾਂ ਇਸੇ ਤਰ੍ਹਾਂ ਮੈਂ ਔਰ ਨਵੀਨ ਸ਼ਰਮਾ ਜੀ ਮੇਰੇ ਨਾਲ ਬੈਠੇ ਨੇ ਔਰ ਮੈਂ ਸਮਝਾਂਗਾ ਕਿ ਅਸੀਂ ਇਸ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ। ਲੰਬਾ ਸਮਾਂ ਅਜੇ ਤੱਕ ਤੁਹਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਾਂਗੇ। ਤੁਹਾਡੀਆਂ ਦਿੱਤੀਆਂ ਦੁਆਵਾਂ ਅਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡੇ ਸ਼ਬਦ ਵੀ ਖਤਮ ਨਾ ਹੋਣ, ਸਾਡੀ ਸਮਰੱਥਾ ਵੀ ਜਿਹੜੀ ਹੈ ਉਹ ਨਾ ਘਟੇ ਔਰ ਤੁਸੀਂ ਸਾਨੂੰ ਦੁਆਵਾਂ ਦਿੰਦੇ ਰਹੋ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਪਰ ਇੱਥੇ ਇੱਕ ਹੋਰ ਵੱਖਰਾ ਨਜ਼ਾਰਾ ਜਿੱਥੇ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਇਸ ਗੁਰੂ ਘਰ ਦਾ, ਯੂਬਾ ਸਿਟੀ ਦਾ ਖਾਸ ਤੌਰ 'ਤੇ। ਗੁਰੂ ਘਰ ਦੇ ਬਿਲਕੁਲ ਬਗਲ ਦੇ ਵਿੱਚ ਸੱਜੇ ਹੱਥ ਗੁਰੂ ਘਰ ਦੇ ਸਾਹਮਣੇ ਆਪਾਂ ਖੜ੍ਹੇ ਹੋਈਏ ਅਤੇ ਸੱਜੇ ਹੱਥ ਇੱਕ ਪਾਰਕ ਬਹੁਤ ਵੱਡੀ ਬਣਾਈ ਗਈ ਹੈ, ਥੋੜ੍ਹਾ ਸਮਾਂ ਪਹਿਲਾਂ ਮਾਤਾ ਗੁਜਰੀ ਪਾਰਕ ਇਹਦਾ ਨਾਮ ਰੱਖਿਆ। ਔਰ ਖੰਡਾ ਸਾਹਿਬ ਤੁਸੀਂ ਦੇਖਿਆ ਬਹੁਤ ਵੱਡਾ ਖੰਡਾ ਸਾਹਿਬ ਇੱਥੇ ਸਜਾਇਆ ਹੋਇਆ ਹੈਗਾ। ਔਰ ਖੰਡਾ ਸਾਹਿਬ ਦੀ ਅਗਰ ਗੱਲ ਕਰੀਏ ਖੰਡਾ ਅਤੇ ਇਸ ਪਾਰਕ ਦਾ ਡਿਜ਼ਾਈਨ ਜਿਹੜਾ ਬਣਾਇਆ ਗਿਆ, ਅਗਰ ਅਸੀਂ ਇਹਦਾ ਸ਼ਾਟ ਉੱਪਰੋਂ ਦੇਖਦੇ ਹਾਂ, ਹੈਲੀਕਾਪਟਰ ਤੋਂ ਦੇਖਦੇ ਹਾਂ ਇਸ ਪਾਰਕ ਨੂੰ, ਜਾਂ ਅਸੀਂ ਇਸ ਪਾਰਕ ਦੀ ਕੋਈ ਪਿਕਚਰ ਦੇਖਦੇ ਹਾਂ, ਫੋਟੋ ਦੇਖਦੇ ਜਿਹੜੀ ਕਿ ਉੱਪਰੋਂ ਟੌਪ ਐਂਗਲ ਤੋਂ ਖਿੱਚੀ ਹੋਈ ਹੈ, ਤਾਂ ਇਸ ਪਾਰਕ ਦੇ ਵਿੱਚ ਵੀ ਤੁਹਾਨੂੰ ਇਹ ਖੰਡਾ ਸਾਹਿਬ ਹੀ ਬਣਿਆ ਨਜ਼ਰ ਆਵੇਗਾ ਫੋਟੋ ਦੇ ਵਿੱਚ। ਇਸ ਹਿਸਾਬ ਨਾਲ ਇਹਦਾ ਡਿਜ਼ਾਈਨ ਕੀਤਾ ਗਿਆ, ਇਸ ਹਿਸਾਬ ਦੇ ਨਾਲ ਇਹਦੇ ਪਾਰਕ ਦੇ ਵਿੱਚ ਘਾਹ ਵਗੈਰਾ ਲਾਇਆ ਗਿਆ ਅਤੇ ਬੱਚੇ ਇੱਥੇ ਖੇਡ ਰਹੇ ਨੇ, ਆਨੰਦ ਮਾਣ ਰਹੇ ਨੇ। ਜਿਹੜੇ ਹੈਗੀ ਸੰਗਤ ਹੈਗੀ ਕਾਫੀ ਉਹ ਉਡੀਕ ਕਰ ਰਹੀ ਹੈ ਕਿ ਫਲੋਟ ਜਦੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਵਾਪਸ ਆਏਗਾ ਤਾਂ ਉਦੋਂ ਫਿਰ ਦਰਸ਼ਨ ਕਰਨ ਵਾਸਤੇ ਇੱਥੇ ਫਿਰ ਜੁੜੂਗੀ ਸੰਗਤ। ਮੇਰੇ ਖਿਆਲ ਲੰਗਰ ਵਗੈਰਾ ਛੱਕ ਕੇ ਅਤੇ ਕੁਝ ਸੰਗਤਾਂ ਇੱਥੇ ਲੰਗਰ ਛੱਕ ਰਹੀਆਂ ਨੇ ਔਰ ਇਸ ਪਾਰਕ ਦੇ ਵਿੱਚ ਸਾਰੀਆਂ ਸੰਗਤਾਂ ਜੁੜੀਆਂ ਹੋਈਆਂ ਨੇ। ਇੱਧਰ ਗੱਲਬਾਤ ਕਰਦੇ ਹਾਂ ਜੀ, ਸੰਗਤ ਹੈਗੇ ਸਾਡੇ ਨਾਲ ਜੁੜੇ ਹੋਏ ਔਰ ਪਾਰਕ ਦੀ ਇਹ ਬਹੁਤ ਵੱਡੀ ਪਾਰਕ ਜਿਹੜੀ ਹੈਗੀ ਹੈ ਇਹ ਲੈਜੈਂਡ ਟਰਾਂਸਪੋਰਟ ਜਿਹੜੀ ਯੂਬਾ ਸਿਟੀ ਉਹਨਾਂ ਵੱਲੋਂ ਇਹਦਾ ਜਿਹੜੀ ਕਰਟਸੀ ਹੈਗੀ ਆ ਉਹ ਕੀਤੀ ਹੋਈ ਹੈ ਔਰ ਯੂਬਾ ਸਿਟੀ ਦੀ ਇਸ ਧਰਤੀ ਦੇ ਉੱਪਰ ਇਹ 39ਵਾਂ ਨਗਰ ਕੀਰਤਨ ਜਿਹੜਾ ਉਹਦੇ ਵੱਖ ਵੱਖ ਰੰਗ ਵੱਖ ਵੱਖ ਨਜ਼ਾਰੇ ਅਸੀਂ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ, ਕੀ ਨਾਮ ਹੈ? ਮੇਜਰ ਸਿੰਘ। ਮੇਜਰ ਸਿੰਘ ਜੀ ਕਿਹੜਾ ਏਰੀਆ ਪੰਜਾਬ ਤੋਂ? ਭਾਜੀ ਮੈਂ ਸਾਡੇ ਬੋਰਾ ਵਾਲੇ ਬੰਗਿਆਂ ਲੱਗੇ। ਅੱਛਾ ਜੀ, ਅਤੇ ਹੁਣ ਇੱਥੇ ਤੁਸੀਂ ਰੈਸਟ ਕਰ ਰਹੇ ਹੋ, ਵੇਟ ਕਰ ਰਹੇ ਹੋ ਫਲੋਟਸ ਵਾਪਸ ਆਉਣ ਦੀ? ਹਾਂਜੀ। ਜਦੋਂ ਵਾਪਸ ਫਲੋਟ ਆ ਗਏ ਗੁਰੂ ਘਰ ਤੋਂ ਫਿਰ ਤੁਸੀਂ ਦਰਸ਼ਨ ਕਰਕੇ ਫਿਰ ਜਾਓਗੇ? ਹਾਂਜੀ ਫਿਰ ਜਾਏਗੇ। ਕੀ ਗੱਲ, ਨਾਲ ਨਹੀਂ ਗਏ ਥੱਕ ਗਏ? ਗੋਡਿਆਂ ਦਾ ਥੋੜ੍ਹਾ ਜਿਹਾ ਹੋ ਜਾਂਦਾ ਅਤੇ ਇਹ ਬੜਾ ਵਧੀਆ ਨਗਰ ਕੀਰਤਨ ਇਸ ਵਾਰ ਹੋਇਆ, ਜਿੱਦਾਂ ਅਸੀਂ ਕਹੀਏ ਹਰ ਸਾਲ ਹੀ ਵੈਸੇ ਤਾਂ ਵਧੀਆ ਹੁੰਦਾ ਪਰ ਇਸ ਵਾਰ ਦੀ ਅਗਰ ਗੱਲ ਕਰੀਏ ਤਾਂ ਇਸ ਵਾਰ ਤਾਂ ਮੌਸਮ ਬਹੁਤ ਵਧੀਆ ਰਿਹਾ ਔਰ ਬਾਰਿਸ਼ ਵਗੈਰਾ ਬਿਲਕੁਲ ਨਹੀਂ ਹੋਈ, ਬਿਲਕੁਲ ਸਾਫ਼ ਮੌਸਮ, ਖਿੜੀ ਹੋਈ ਧੁੱਪ ਪੂਰੀ। ਅਤੇ ਜਿਹੜੇ ਇੰਗਲੈਂਡ ਦੇ ਵਿੱਚ ਦੇਖ ਰਹੇ ਨੇ ਸਾਨੂੰ ਫੋਨ ਆ ਰਿਹਾ ਕਹਿੰਦੇ ਸਾਡੇ ਤਾਂ ਠੰਡ ਬਹੁਤ, ਤੁਸੀਂ ਬੜੀ ਵਧੀਆ ਧੁੱਪ 'ਚ ਬੈਠੇ ਹੋ, ਸੋ ਕੀ ਕਹਿਣਾ ਚਾਹੁੰਦੇ ਹੋ ਪੂਰੀ ਦੁਨੀਆ ਸੰਗਤ? ਮੈਂ ਤਾਂ ਜੀ ਪਰਸੋਂ ਦਾ ਆਏ ਹਾਂ, ਬਾਬੇ ਨਾਨਕ ਦਾ ਜਸ਼ਨੇਸ਼ ਪੇ ਦਾ ਧੰਨਵਾਦ ਕਰੀ ਜਾਂਦਾ। ਬਾਬੇ ਨਾਨਕ ਦੇ ਲੰਗਰ ਚੱਲਦੇ ਥਾਂ ਥਾਂ, ਜਸ਼ਨੇਸ਼ ਪੇ ਨੇ ਕਿਹਾ ਵੀ ਖਾਲਸੇ ਦਾ ਨਿਸ਼ਾਨ ਕੋਲ ਦੁਨੀਆ ਦੇ ਝੁਲੂਗਾ, ਉਹ ਚੱਲ ਰਹੇ ਆ। ਸਭ ਤੋਂ ਵੱਡੀ ਤੁਸੀਂ ਤਾਂ ਇਹੋ ਖੁਸ਼ੀ ਹੈ। ਕੁਲਦੀਪ ਸਿੰਘ ਹਰਿਆਣੇ ਤੋਂ, ਫਤਿਹਾਬਾਦ ਤੋਂ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਜੀ, ਤੁਸੀਂ ਵੀ ਇਸ ਨਗਰ ਕੀਰਤਨ ਦੇ ਨਾਲ ਜੁੜੇ ਹੋ ਔਰ ਸੰਗਤਾਂ ਮੈਂ ਦੇਖ ਰਿਹਾ ਪੂਰੀ ਪਾਰਕ ਦੇ ਵਿੱਚ ਦੂਰ ਦੂਰ ਤੱਕ ਬੈਠੀਆਂ ਨੇ, ਕੀ ਕਹਿਣਾ ਚਾਹੁੰਦੇ? ਅਸੀਂ ਪਹਿਲਾਂ ਤਾਂ ਯਸ ਟੀ ਵੀ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਉਸ ਤੋਂ ਬਾਅਦ ਇਹ ਕਹਿਣਾ ਚਾਹੁੰਦੇ ਹਾਂ ਵੀ ਸਵੇਰੇ ਪ੍ਰਭਾਤ ਕੀਰਤਨ ਗਿਆ ਸੀ ਅਤੇ ਆਉਣਾ ਅਤੇ ਉਹਦੀ ਉਡੀਕ ਕਰ ਰਹੇ ਹਾਂ, ਉਸ ਤੋਂ ਬਾਅਦ ਸ਼ਾਮ ਨੂੰ ਘਰ ਜਾਵਾਂਗੇ। ਇੱਥੇ ਸੰਗਤ ਬਹੁਤ ਜ਼ਿਆਦਾ ਹੈ, ਬੇਹਿਸਾਬ ਹੈ, ਕੰਟਰੋਲ ਬਹੁਤ ਵਧੀਆ ਹੈ, ਲੰਗਰ ਪਾਣੀ ਦਾ ਬਹੁਤ ਪ੍ਰੋਗਰਾਮ ਹੈ, ਪ੍ਰਬੰਧ ਹੈ, ਬਹੁਤ ਵਧੀਆ ਤਰ੍ਹਾਂ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ। ਯੈਸ ਟੀ ਵੀ ਵਾਲੇ ਹਰ ਥਾਂ 'ਤੇ ਪ੍ਰੋਗਰਾਮ ਸੰਭਾਲ ਰਹੇ ਨੇ, ਬਹੁਤ ਮਿਹਰਬਾਨੀ ਜੀ। ਔਰ ਸਾਡੇ ਪਿੱਛੇ ਜਿਹੜੇ ਦਰਸ਼ਕ ਨੇ ਦੇਖ ਰਹੇ ਨੇ, ਆਜੋ ਉਰੇ ਆਜੋ ਬਾਈ ਜੀ, ਵਾਹ 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 ਕਿਆ ਬਾਤ ਹੈ, ਇਹ ਆਜੋ ਇੱਧਰ ਹੀ ਆਜੋ, ਆਪਣਾ ਦਲਵੀਰ ਕੈਮਰਾਮੈਨ ਸਾਡੇ ਨਾਲ ਹੈਗਾ ਬਾਈ, ਕੀ ਹਾਲ ਹੈ? ਬੜੇ ਵਧੀਆ ਕੰਬੀਨੇਸ਼ਨ ਬਣਾਈ ਹੈ, ਹਰਾ ਕੁੜਤਾ ਪਜਾਮਾ ਅਤੇ ਪੂਰੇ ਬੂਟ ਦਿਖਾਓ ਜੀ, ਇਹਨਾਂ ਦੇ ਪੂਰੇ ਪੀਲੇ ਬੂਟ,
ਇਹ ਕੰਬੀਨੇਸ਼ਨ ਰੱਖੀ ਹੈ, ਇਹਦਾ ਕੀ ਖਾਸ ਕੀ ਕਾਰਨ ਹੈ ਇਸ ਕੰਬੀਨੇਸ਼ਨ ਦਾ? ਸੋਹਣਾ ਸੁਣਾ ਖਮਣਾ ਮਾਡਲ ਮੋਡਲ ਕਰਦੇ ਹੋ ਮਾਡਲਿੰਗ? ਨਹੀਂ ਜੀ ਮਾਡਲ ਫਿਲਮਾਂ ਫੁਲਮਾਂ 'ਚ? ਨਹੀਂ 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 ਲੱਗਦਾ ਤਾਂ ਹੈ ਭਾਈ ਯਾਰ ਮਾੜਾ ਮੋਟਾ? ਨਹੀਂ ਨਹੀਂ ਫਿਲਮਾਂ ਫੁਲਮਾਂ ਅਜੇ ਤੱਕ ਤਾਂ ਕੋਈ ਟਰਾਈ ਨਹੀਂ ਕੀਤਾ ਜੀ। ਅੱਛਾ ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਅਸੀਂ ਵੈਸੇ ਤਾਂ ਇੱਥੇ ਵਲੇਹੋ ਰਹਿੰਦੇ ਹਾਂ ਜੀ, ਸੈਕਰਾਮੈਂਟੋ ਕੋਲ, ਵੈਸੇ ਪਿੱਛੋਂ ਅਸੀਂ ਕਰਨਾਲ ਤੋਂ, ਹਰਿਆਣਾ ਤੋਂ। ਠੀਕ ਹੈ। ਇਸ ਨਗਰ ਕੀਰਤਨ ਦੇ ਵਿੱਚ ਆਉਂਦੇ, ਹਰਿਆਣੇ ਦੇ ਵਿੱਚ ਵੀ ਆਪਾਂ ਦੇਖਦੇ ਬੜੇ ਮਹਾਨ ਨਗਰ ਕੀਰਤਨ ਹੁੰਦੇ ਨੇ, ਸੰਗਤਾਂ ਜੁੜਦੀਆਂ ਨੇ, ਪਰ ਅਗਰ ਅਸੀਂ ਯੂਬਾ ਸਿਟੀ ਦੀ ਗੱਲ ਕਰੀਏ ਤਾਂ ਤੁਹਾਨੂੰ ਵੱਖਰਾ ਨਹੀਂ ਲੱਗਦਾ ਉੱਥੇ ਨਾਲੋਂ ਜ਼ਿਆਦਾ ਉਤਸ਼ਾਹ ਲੋਕਾਂ ਦੇ ਵਿੱਚ? ਨਹੀਂ ਨਹੀਂ, ਬਹੁਤ ਜ਼ਿਆਦਾ ਉਤਸ਼ਾਹ ਹੈ ਜੀ, ਬਹੁਤ ਜ਼ਿਆਦਾ ਇਕੱਠ ਹੈ, ਹਰਿਆਣਾ, ਪੰਜਾਬ, ਕੈਨੇਡਾ, ਹਰ ਇੱਕ ਥਾਂ ਤੋਂ ਸਿੱਖ ਫੈਮਿਲੀਜ਼ ਆਈਆਂ ਨੇ, ਅਤੇ ਬਹੁਤ ਜ਼ਿਆਦਾ ਡਿਸਪਲੇ ਨੇ ਹਰ ਇੱਕ 'ਚ, ਬਹੁਤ ਜ਼ਿਆਦਾ ਐਜੂਕੇਟਿਡ ਨੇ ਹਰ ਇੱਕ, ਅਤੇ ਬਹੁਤ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਜੀ। ਬਿਲਕੁਲ, ਸਿੱਖ ਫੈਮਿਲੀ ਦੀ ਅਗਰ ਗੱਲ ਕਰੀਏ, ਸਿੱਖ ਫੈਮਿਲੀ ਤੋਂ ਇਲਾਵਾ ਹਰ ਧਰਮ ਦੇ, ਹਰ ਮੁਲਕ ਦੇ ਲੋਕ, ਹਰ ਕਮਿਊਨਿਟੀ ਦੇ ਲੋਕ, ਚਾਹੇ ਉਹ ਇੱਧਰ ਗੋਰੇ ਨੇ, ਚਾਹੇ ਕਾਲੇ ਨੇ, ਚਾਹੇ ਆਪਣੇ ਪੰਜਾਬੀ ਨੇ, ਚਾਹੇ ਕ੍ਰਿਸਚਨ ਨੇ, ਹਿੰਦੂ ਨੇ, ਮੁਸਲਿਮ ਨੇ, ਹਰ ਧਰਮ ਦੇ ਲੋਕ ਇੱਥੇ ਪਹੁੰਚਦੇ ਨੇ ਬੜਾ ਹੁੰਮ ਹਮਾ ਕੇ, ਔਰ ਤੁਸੀਂ ਵੀ ਇੱਥੇ ਅੱਜ ਇਸ ਨਗਰ ਕੀਰਤਨ ਸ਼ਾਮਿਲ ਹੋਏ ਹੋ। ਚਲੋ, ਬਹੁਤ ਬਹੁਤ ਮੁਬਾਰਕ ਤੁਹਾਨੂੰ। ਥੈਂਕ ਯੂ ਜੀ, ਥੈਂਕ ਯੂ। ਠੀਕ ਹੈ ਜੀ। ਹਾਂਜੀ ਬਾਈ, ਤੁਹਾਡੀ ਕੀ ਗੱਲ? ਠੀਕ ਨਹੀਂ, ਸਿਹਤ ਨਹੀਂ ਠੀਕ? ਠੀਕ ਹੈ ਭਾਈ। ਮੈਂ ਜਵਾਨ ਮੁੰਡਾ ਅਤੇ ਬੈਠੇ, ਮਤਲਬ ਜਿੱਦਾਂ ਥੱਕੇ ਹਾਰੇ ਜੇ, ਕੀ ਗੱਲ? ਸਵੇਰ ਦੇ ਆਏ ਟੁੱਟ ਟੁੱਟ ਕੇ, ਤੁਹਾਨੂੰ ਪਤਾ ਹੀ ਸਵੇਰ ਦਾ ਅਤੇ ਫਿਰ। ਅੱਛਾ ਅੱਛਾ, ਅਤੇ ਕਿਵੇਂ ਲੱਗਿਆ ਅੱਜ ਜਿਹੜਾ ਨਗਰ ਕੀਰਤਨ? ਹੁਣ ਫਲੋਟਸ ਜਿਹੜੇ ਆ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਫਲੋਟ ਜਿਹੜਾ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ, ਮੇਰੇ ਖਿਆਲ ਵਾਪਸੀ ਉੱਥੋਂ ਚੱਲ ਪਈ ਹੋਏਗੀ, ਸਾਡੀ ਕੈਮਰੇ ਟੀਮਾਂ ਉੱਥੇ ਵੀ ਲੱਗੀਆਂ ਹੋਈਆਂ ਨੇ, ਉਹ ਵੀ ਦਿਖਾ ਰਹੀਆਂ ਨੇ ਨਾਲ ਨਾਲ, ਅਤੇ ਤੁਸੀਂ ਹੁਣ ਵਾਪਸੀ ਦੀ ਉਡੀਕ ਕਰ ਰਹੇ ਹੋ, ਅਤੇ ਕਿਵੇਂ ਅੱਜ ਦਾ ਇਹ ਨਜ਼ਾਰਾ ਲੱਗਿਆ ਜਿਹੜਾ ਹੁਣ ਤੱਕ ਦੇਖਿਆ? ਬਹੁਤ ਸੋਹਣਾ ਲੱਗਾ ਜੀ, ਬਹੁਤ ਚਾਰ ਕੇ ਰੌਣਕ, ਆਪਣੇ ਪੰਜਾਬੀ ਵੀਰ ਸਭ ਇਕੱਠੇ ਹੁੰਦੇ ਨੇ ਜਦੋਂ ਇੱਥੇ ਇਕੱਠੇ ਹੋ ਕੇ, ਆਪਣੇ ਭਾਈਚਾਰਾ, ਆਪਣੇ ਜਿਹੜਾ ਵੀ ਕਈ ਵਾਰੀ ਹੁੰਦਾ ਆਪਾਂ ਇੱਥੇ ਕੰਮ 'ਚ ਇੰਨੇ ਬਿਜ਼ੀ ਹੈ ਨਾ, ਆਪਾਂ ਨਹੀਂ ਇਕੱਠੇ ਹੁੰਦਾ ਇੱਥੇ, ਇਸੇ ਬਹਾਨੇ ਕੁਛ ਪਰਮਾਤਮਾ ਨਾਲ ਬੰਦਾ ਜੁੜ ਜਾਂਦਾ, ਕੁਛ ਆਪਣਾ ਇਕੱਠੇ ਹੋ ਕੇ ਆਪਣੇ ਸੱਜਣ ਮਿੱਤਰਾਂ ਨੂੰ ਮਿਲੀਦਾ, ਸਾਰੇ ਆਪਣਾ ਪੁਰਾਣੇ ਜਿਨ੍ਹਾਂ ਨੂੰ ਸਾਰਾ ਸਾਲ ਮਿਲ ਨਹੀਂ ਪਾਉਂਦੇ ਜਾਂ ਕਈ ਵਾਰੀ ਫੋਨ ਤੱਕ ਨਹੀਂ ਕਰ ਪਾਉਂਦੇ ਬਿਜ਼ੀ ਹੋਣ ਕਰਕੇ, ਤਾਂ ਇੱਥੇ ਫਿਰ ਮੁਲਾਕਾਤ ਹੋ ਜਾਂਦੀ ਹੈ। ਹਾਂਜੀ, ਬਸ ਇਹ ਵੀ ਇਕੱਠੇ ਹੋ ਕੇ ਮੁਲਾਕਾਤ ਹੋ ਜਾਂਦੀ ਇੱਥੇ, ਅਤੇ ਵਧੀਆ ਲੱਗਦਾ ਆ ਕੇ, ਕੁਛ ਆਪਣੇ ਹੋਰ ਪੰਜਾਬੀ ਮਿਲਦੇ ਨੇ, ਕੁਛ ਸਿੱਖਣ ਨੂੰ ਮਿਲਦਾ ਵੀ ਆਪਣਾ ਇੰਡੀਆ ਅਤੇ ਆਪਣੇ ਸਾਰੇ ਜੁੜ ਮੇਲੇ ਹੁੰਦੇ ਰਹਿੰਦੇ ਨੇ, ਇਕੱਠੇ ਆਪਾਂ ਕਰਦੇ ਰਹਿੰਦੇ ਹਾਂ, ਇੱਥੇ ਜਿਹੜਾ ਹੁੰਦਾ ਹੈ ਵਧੀਆ ਲੱਗਦਾ ਵੇਖ ਕੇ, ਵੀ ਆਪਾਂ ਦੂਜੇ ਦੇਸ਼ ਵੀ ਆ ਕੇ ਆਪਣਾ ਸੋਹਣਾ ਇਕੱਠੇ ਹੋ ਕੇ ਆਪਣਾ ਕਰਦੇ ਹਾਂ। ਬਿਲਕੁਲ ਜੀ, ਇਹ ਜਿੱਥੇ ਸਾਡੇ ਇਹ ਇੱਕ ਧਰਮ ਦਾ ਸੁਨੇਹਾ ਮਿਲਦਾ ਇਸ ਮਹਾਨ ਨਗਰ ਕੀਰਤਨਾਂ ਦੇ ਵਿੱਚ, ਜਿੱਥੇ ਇੱਕ ਪਿਆਰ ਦਾ ਸੁਨੇਹਾ ਮਿਲਦਾ, ਉੱਥੇ ਇੱਕ ਯੂਨਿਟੀ ਦਾ ਸੁਨੇਹਾ ਵੀ ਸਾਨੂੰ ਮਿਲਦਾ, ਔਰ ਸਾਡੀ ਸਾਰੀ ਸੰਗਤ ਜਿਹੜੀ ਇੱਥੇ ਪਹੁੰਚਦੀ ਹੋ। ਹੈਲੋ ਬੇਟਾ, ਕੀ ਨਾਮ ਹੈ? ਨਾਮ ਦੱਸ ਦਿਓ। ਤੇਜਲ। ਤੇਜ ਕਿਹੜੀ ਕਲਾਸ 'ਚ ਪੜ੍ਹਦੇ ਹੋ? ਸੈਕਿੰਡ। ਸੈਕਿੰਡ 'ਚ, ਠੀਕ ਹੈ, ਪਾਸ ਹੋ ਗਿਆ? ਅੱਜ ਕੀ ਖਾਇਆ ਲੰਗਰ ਦੇ ਵਿੱਚ? ਕੀ ਕੀ ਖਾਇਆ? ਹਾਂਜੀ, ਖਾਧਾ ਨਹੀਂ। ਖਾਧਾ ਹੀ ਨਹੀਂ? ਉਹ ਪੁੱਤਰ ਤਾਂ ਹੀ ਚਿਹਰਾ ਤੇ ਰਗਮਲਾਇਆ ਹੋਇਆ। ਹਾਂਜੀ, ਤੁਹਾਡਾ? ਮੇਰਾ ਨਾਮ ਵਿਪਿੰਦਰ। ਵਿਪਿੰਦਰ ਜੀ, ਕਿਹੜੀ ਜਗ੍ਹਾ ਤੋਂ? ਅਸੀਂ ਫੇਅਰਫੀਲਡ ਤੋਂ। ਇੰਡੀਆ ਤੋਂ? ਚਲੋ ਜੀ, ਇੱਥੇ ਗੱਲਬਾਤ ਕਰਦੇ ਹਾਂ ਥੋੜ੍ਹੀ ਦੇਰ, ਨਾਲੇ ਮੈਂ ਵੀ ਰੈਸਟ ਹੋ ਜੂ ਥੋੜ੍ਹੀ ਜਿਹੀ। ਹਾਂਜੀ। ਅੱਛਾ ਜੀ, ਅਤੇ ਅੱਜ ਇਸ ਨਗਰ ਕੀਰਤਨ 'ਚ ਤੁਸੀਂ ਸ਼ਾਮਿਲ ਹੋਏ ਹੋ, ਬੜਾ ਵਧੀਆ ਇੱਥੇ ਇੱਕ ਨਜ਼ਾਰਾ, ਨਾ ਬੰਦਾ ਥੱਕਦਾ ਨਾ ਅੱਕਦਾ ਸਵੇਰ ਤੋਂ ਤੁਰ ਕੇ ਵੀ, ਅਤੇ ਤੁਸੀਂ ਬੱਚਿਆਂ ਕਰਕੇ ਮੇਰੇ ਖਿਆਲ ਨਾਲ ਫਿਰ ਫਲੋਟ ਦੇ ਨਹੀਂ ਗਏ, ਅਤੇ ਬਟ ਅਸੀਂ ਫਿਰ ਉੱਥੋਂ ਵਾਪਸ ਆ ਗਏ ਸੀਗੇ, ਅੱਧ ਵਿੱਚੋਂ ਵਾਪਸ ਆ ਗਏ, ਬਟ ਹੁਣ ਸਾਡੇ ਹਸਬੈਂਡ ਗਏ ਨੇ। ਅੱਛਾ, ਉਹਨਾਂ ਦੀ ਡਿਊਟੀ ਲਾਈ ਹੈ ਜੀ, ਬਾਕੀ ਤੁਸੀਂ ਅੱਗੇ ਉਹ ਸੇਵਾ ਕਰਨਗੇ, ਅਸੀਂ ਬੱਚਿਆਂ ਦੀ ਸੇਵਾ ਕਰਨੇ ਹੈ। ਠੀਕ ਹੈ ਜੀ, ਠੀਕ ਹੈ, ਇੱਕ ਹੀ ਗੱਲ ਹੈ ਜੀ, ਜਾਂ ਉਹਨਾਂ ਨੂੰ ਬੱਚਿਆਂ ਦੀ ਸੇਵਾ ਕਰਨੀ ਪੈਣੀ ਜਾਂ ਫਿਰ ਉੱਧਰ ਸੇਵਾ, ਸੋ ਵੰਡ ਕੇ ਕੰਮ, ਜਿਹੜਾ ਬੜੀ ਵਧੀਆ ਗੱਲ ਹੈ। ਅਤੇ ਅੱਛਾ, ਕਿਵੇਂ ਮਹਿਸੂਸ ਹੁੰਦਾ ਇੱਥੋਂ ਦੇ ਨਗਰ ਕੀਰਤਨ ਅਤੇ ਪੰਜਾਬ ਦੇ ਨਗਰ ਕੀਰਤਨ ਦੀ ਅਗਰ ਗੱਲ ਕਰੀਏ? ਪੰਜਾਬ ਦੀ ਯਾਦ ਨਹੀਂ ਆਉਂਦੀ ਜਦੋਂ ਇੱਥੇ ਆ ਰਹੇ ਹੋ, ਫਿਰ ਇੱਦਾਂ ਦਾ ਨਗਰ ਕੀਰਤਨ, ਇੱਦਾਂ ਲੱਗਦਾ ਕਿ ਲਾਈਕ ਪੰਜਾਬ ਇੱਥੇ ਹੀ, ਉਦੋਂ ਵੀ ਵੱਧ ਚੜ੍ਹ ਕੇ ਯੂਨੋ ਸੰਗਤਾਂ ਦੂਰ ਦੂਰੋਂ ਆਉਂਦੀਆਂ ਨੇ, ਬਹੁਤ ਜ਼ਿਆਦਾ ਰਸ਼ ਹੈ, ਬਹੁਤ ਚੰਗਾ ਲੱਗਦਾ, ਵੈਰੀ ਨਾਈਸ। ਹਾਂਜੀ, ਤੁਸੀਂ ਤੁਹਾਡਾ ਕੀ ਨਾਂ ਜੀ, ਤੁਸੀਂ ਵੀ ਨਾਮ ਦੱਸ ਦਿਓ? ਲਵਦੀਪ ਕੌਰ। ਲਵਦੀਪ ਜੀ, ਤੁਸੀਂ ਇਸ ਨਗਰ ਕੀਰਤਨ ਦੇ ਵਿੱਚ ਪਹਿਲੀ ਵਾਰ ਆਏ ਹੋ ਕਿ ਅੱਗੇ ਵੀ ਸ਼ਿਰਕਤ ਕਰਦੇ ਹੋ? ਨਹੀਂ, ਸੈਕਿੰਡ ਟਾਈਮ ਆਈ ਹਾਂ। ਅਤੇ ਬਹੁਤ ਵਧੀਆ ਮਾਹੌਲ ਲੱਗਦਾ ਤੁਹਾਨੂੰ, ਇਉਂ ਲੱਗਦਾ ਨਹੀਂ ਕਿ ਅਸੀਂ ਪੰਜਾਬ ਦੇ ਵਿੱਚ ਵੀ ਨਗਰ ਕੀਰਤਨ ਦੇਖਦੇ ਹਾਂ, ਜਾਂ ਅਸੀਂ ਖੇਡ ਮੇਲੇ ਦੇਖਦੇ ਹਾਂ, ਜਾਂ ਸੱਭਿਆਚਾਰਕ ਮੇਲੇ ਦੇਖਦੇ ਹਾਂ, ਇੱਧਰਲੇ ਮੁਲਕਾਂ ਦੇ ਵਿੱਚ ਪੰਜਾਬੀਆਂ ਦੇ ਵਿੱਚ ਉੱਧਰ ਨਾਲੋਂ ਜ਼ਿਆਦਾ ਉਤਸ਼ਾਹ ਹੁੰਦਾ ਕਿ ਨਹੀਂ ਲੱਗਦਾ? ਹਾਂਜੀ, ਲੱਗਦਾ ਆ। ਹਾਂਜੀ, ਇੱਥੇ ਜ਼ਿਆਦਾ ਆ, ਥੋੜ੍ਹਾ ਜ਼ਿਆਦਾ ਨਹੀਂ ਆਉਂਦੀ ਹੈਗੀ ਆ ਕੇ ਇੱਥੇ, ਉੱਦਾਂ ਇੰਡੀਆ ਦੀ ਯਾਦ ਆਉਂਦੀ ਆ ਘਰੇ, ਇੱਥੇ ਆ ਕੇ ਨਹੀਂ ਆਉਂਦੀ। ਬਿਲਕੁਲ ਜੀ, ਬਿਲਕੁਲ, ਇੱਥੇ ਆ ਕੇ ਤਾਂ ਫਿਰ ਮਾਹੌਲ ਇਹੋ ਜਿਹਾ ਪੰਜਾਬੀਆਂ ਨੇ ਸਿਰਜਿਆ ਹੋਇਆ। ਲੰਗਰ ਦੀ ਸੇਵਾ ਬਹੁਤ ਵਧੀਆ ਥਾਂ 'ਤੇ, ਲੰਗਰ ਲਾਈਕ ਐਵਰੀ, ਥੋੜ੍ਹੇ ਜਿਹੇ ਤੁਸੀਂ ਪੈਰ ਚੱਲ ਕੇ ਜਾਂਦੇ ਹੋ, ਤੁਹਾਨੂੰ ਪਾਣੀ, ਜੋ ਜੂਸ
ਸਭ ਕੁਝ ਅਵੇਲੇਬਲ, ਲੰਗਰ ਵੱਖਰਾ, ਮੱਕੀ ਦੀ ਰੋਟੀ, ਸਰਸੋਂ ਦਾ ਸਾਗ, ਐਵਰੀਥਿੰਗ ਬੱਚਿਆਂ ਵਾਸਤੇ, ਬੱਚਿਆਂ ਦੇ ਹਿਸਾਬ ਨਾਲ। ਆਓ, ਤੁਸੀਂ ਵੀ ਕਾਫੀ ਦੇਰ ਤੋਂ ਜੁੜੇ ਹੋਵੋਗੇ ਗੁਰੂ ਘਰ ਦੇ ਨਾਲ ਤੇ ਪੰਜਾਬ ਦੇ ਵਿੱਚ ਵੀ, ਤੇ ਜਿਹੜੇ ਲੰਗਰ ਦੀ ਗੱਲ ਜਿਵੇਂ ਇਹਨਾਂ ਨੇ ਕੀਤੀ ਹੈ, ਲੰਗਰ ਹਰ ਥਾਂ ਬਹੁਤ ਵਧੀਆ ਹੈਗਾ। ਅਗਰ ਅਸੀਂ ਪੰਜਾਬ ਦੇ ਪੁਰਾਣੇ ਲੰਗਰ ਦੀ ਗੱਲ ਕਰੀਏ ਤਾਂ ਉਦੋਂ ਲੰਗਰ ਸਿਰਫ ਹੁੰਦਾ ਸੀ ਫੁਲਕੇ ਦੇ ਉੱਪਰ ਦਾਲ ਪਾ ਕੇ, ਜੋ ਵੀ ਦਾਲ ਸਬਜ਼ੀ ਆਉਂਦੀ ਸੀ ਸਬਜ਼ੀ ਦਾਲ ਇੱਕੋ ਜਗ੍ਹਾ ਬਣਾਈ ਜਾਂਦੀ ਸੀਗੀ, ਅਤੇ ਉਹ ਹੀ ਫਿਰ ਲੰਗਰ ਛਕਦੇ ਹੁੰਦੇ ਸੀ, ਉਹ ਲੰਗਰ ਦਾ ਅਸਲੀ ਪਰਥਾ ਉਹਨੂੰ ਮੰਨਿਆ ਜਾਂਦਾ। ਪਰ ਅੱਜ ਲੰਗਰ ਦੇ ਮਾਹਨੇ ਚੇਂਜ ਹੋ ਗਏ, ਲੰਗਰ ਦੀ ਰੂਪ ਰੇਖਾ ਰੰਗ ਰੂਪ ਚੇਂਜ ਹੋ ਗਿਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਇਹਦੇ ਬਾਰੇ ਜਿੱਦਾਂ ਸਾਇੰਸ ਨੇ ਹੋਰ ਤਰੱਕੀ ਕਰ ਲਈ ਆ, ਇੱਥੇ ਵੀ ਤਰੱਕੀ ਆ ਗਈ ਆ। ਹਾਂਜੀ, ਇਹਦੇ ਨਾਲ ਬੱਚੇ ਵੀ ਐਡਵਾਂਸ ਹੋ ਗਏ, ਉਹਨਾਂ ਨੂੰ ਇੱਦਾਂ ਦਾ ਜਿੱਦਾਂ ਦਾ ਖਾਣਾ ਚਾਹੀਦਾ ਉੱਦਾਂ ਦਾ ਇੱਥੇ ਮਿਲ ਰਿਹਾ। ਬਾਬੇ ਨਾਨਕ ਦਾ ਹੱਟ ਆ, ਇਹ ਬਾਬੇ ਨਾਨਕ ਦਾ ਹੱਟ ਆ, ਹਰ ਚੀਜ਼ ਅਵੇਲੇਬਲ ਆ ਇੰਨੀ ਸੰਗਤ ਦੇ ਵਿੱਚ। ਮਿਹਰਬਾਨੀ ਜੀ, ਬਹੁਤ ਬਹੁਤ ਸੰਗਤਾਂ ਤਾਂ ਬਹੁਤ ਜੁੜੀਆਂ ਨੇ ਔਰ ਗੱਲਬਾਤ ਵੀ ਸਾਡੇ ਘਰਾਂ ਵਿੱਚ ਬੈਠੇ ਦਰਸ਼ਕਾਂ ਦੇ ਰੂਬਰੂ ਹੋਣੀਆਂ ਚਾਹੁੰਦੀਆਂ ਨੇ। ਪਰ ਨਾਲ ਦੀ ਨਾਲ ਜਿਹੜਾ ਸਮਾਂ ਇੱਕ ਬ੍ਰੇਕ ਦਾ ਵੀ ਹੋ ਗਿਆ, ਸਾਡੀ ਜਸ ਪੰਜਾਬੀ ਦੀ ਟੀਮ ਜਿਹੜੀ ਹੈ ਨਿਊਯਾਰਕ ਦੇ ਵਿੱਚ ਵੀ ਬੈਠੀ ਹੈ ਸਾਰੀ ਟੀਮ, ਸਾਡੇ ਮੈਡਮ CEO ਜਿਹੜੇ ਹੈਗੇ ਨੇ ਪੈਨੀਕੇ ਸੰਧੂ ਜੀ, ਅਸ਼ਮਿਤਾ ਜੀ, ਹਰਵਿੰਦਰ ਰਿਆੜ ਜੀ, ਉਹ ਸਾਰੇ ਨਿਊਯਾਰਕ ਦੇ ਵਿੱਚੋਂ ਤੁਹਾਡੇ ਨਾਲ ਰੂਬਰੂ ਨੇ। ਇੱਥੋਂ ਸਾਡੀ ਸਾਰੀ ਟੀਮ ਜਿਹੜੀ ਹੈਗੀ ਆ ਅਲੱਗ ਅਲੱਗ ਜਗ੍ਹਾ ਕੈਮਰੇ ਲੱਗੇ ਹੋਏ ਨੇ ਅਤੇ ਅਲੱਗ ਅਲੱਗ ਜਗ੍ਹਾ ਤੋਂ ਇੱਥੋਂ ਦਾ ਹਰ ਐਂਗਲ, ਹਰ ਕੋਣਾ ਸਾਡੀ ਕੋਸ਼ਿਸ਼ ਆ ਵੀ ਤੁਹਾਡੇ ਰੂਬਰੂ ਕਰੀਏ। ਫਿਲਹਾਲ ਵੇਖ ਲੈਂਦੇ ਹਾਂ, ਤੁਸੀਂ ਦੇਖਦੇ ਰਹੋ ਜਸ ਪੰਜਾਬੀ।